ਸਸ ਸੀ ਗੱਲ ਜੀ ਸਾਰਿਆਂ ਨੂੰ ਅੱਜ ਆਪਣੇ ਨਾਲ ਇੱਕ ਹੋਰ ਵਿਊਜ਼ ਦੀ ਮਸ਼ੀਨ ਆ ਸੋ ਪਿੱਛੇ ਆਪਾਂ ਕੀਤੀ ਸੀ ਗੱਲਬਾਤ ਇਟਲੀ ਵਾਲੇ ਨਾਲ ਤੇ ਆ ਕੇ ਆਪਾਂ ਲਿਆ ਲਾਈਨ ਤੇ ਫਰੈਸ਼ੀ ਕੈਨੇਡੀਅਨ ਇਹ ਬੰਦੇ ਨੇ ਵੀ ਬੜਾ ਆਪਣਾ ਇੱਕ ਵੱਖਰਾ ਜਿਹਾ ਮੁਕਾਮ ਬਣਾਇਆ ਵਾ ਤੇ ਹਰ ਇੱਕ ਚੀਜ਼ ਤੇ ਐਂ ਲੱਗਦਾ ਵੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੇ ਵੀ ਕੰਮ ਕੀਤਾ ਜੇ ਚਾਹੇ ਨਾਮ ਲੈ ਲਓ ਜਾਂ ਕਿਸੇ ਵੀ ਤਰੀਕੇ ਨਾਲ ਜਾਂ ਉਹਨੇ ਆਪਣਾ ਸੈਟਅਪ ਕ੍ਰੀਏਟ ਕੀਤਾ ਤੇ ਉਹਨੇ ਬੜੇ ਪ੍ਰੋਫੈਸ਼ਨਲ ਦੀ ਕਿਨਾਂ ਸਾਰਾ ਕੀਤਾ ਤੇ ਪਿੱਛੇ ਜੇ ਵਿਚਾਰਾ ਇੱਕ ਵਾਰੀ ਕਿ ਦਿਲ ਅਫਸੁਰਦਾ ਵੀ ਹੋ ਗਿਆ ਸੀ ਕਿਉਂਕਿ ਜਦੋਂ ਇਹਦਾ ਚੈਨਲ ਡਿਲੀਟ ਵਗੈਰਾ ਹੋ ਗਿਆ ਸੀ ਉਦੋਂ ਇੱਕ ਵਾਰੀ ਕਰਦਾ ਸੀ ਕਹਿੰਦਾ ਭਾਜੀ ਵੀ ਬੜੀ ਮੁਸ਼ਕਲ ਨਾਲ ਇੰਨੇ ਸਬਸਕ੍ਰਾਈਬਰ ਕੀਤੇ ਸੀ ਡਿਲੀਟ ਹੋ ਗਏ ਤੇ ਉਦੋਂ ਫੇਰ ਆਪਾਂ ਹਣਾ ਵੀ ਦੇਣਾ ਹੀ ਹੁੰਦਾ ਵੀ ਆਪਾਂ ਨੂੰ ਕੋਈ ਕੋਈ ਵੀ ਆਪਣੇ ਨਾਲ ਕਰੇ ਹਣਾ ਵੀ ਉਹਨੂੰ ਕਹੀਦੇ ਵੀ ਨਹੀਂ ਯਾਰ ਵੀ ਕੁਝ ਨਹੀਂ ਹੋ ਗਿਆ ਵੀ ਦੁਬਾਰਾ ਫੇਰ ਹੋ ਜਾ ਪਰ ਸੱਚੀ ਗੱਲ ਆ ਕਿ ਕਈ ਜਾਣਦੇ ਆ ਵੀ ਜਿਹੜੇ YouTube ਤੇ ਬਹੁਤ ਸਟਰਗਲ ਕਰਦੇ ਹੋਣਗੇ ਮੇਰੇ ਵਾਂਗੂ ਕਿ 1000 ਸਬਸਕ੍ਰਾਈਬਰ ਜੋੜਨਾ ਵੀ ਖਾਲਾਈ ਦਾ ਬਾੜਾ ਹੋ ਜਾਂਦਾ ਟੂ ਮੱਚ ਐਫਰਟ ਆ ਕਈ ਲੋਕੀ ਦੱਸਦੇ ਆ ਵੀ ਸਾਨੂੰ ਇੰਨੇ ਸਾਲ ਹੋ ਗਏ ਹੁਣ ਸਾਡੇ 1000 ਹੋ ਜਾਂ 2000 ਹੋਏ ਹੁੰਦਾ ਤਾਂ ਟਾਸਕ ਬਹੁਤ ਵੱਡਾ ਵਾ ਪਰ ਮੁੰਡੇ ਨੇ ਫਿਰ ਦੁਬਾਰਾ ਅਚੀਵ ਕਰ ਹੀ ਲਿਆ ਤੇ ਮੁੰਡਾ ਹੌਲੀ ਹੌਲੀ ਹੁਣ ਇੱਕ ਖੁੱੱਚ ਵੀ ਬੰਦੇ ਨੂੰ ਕੰਫੀਡੈਂਸ ਆ ਹੀ ਜਾਂਦਾ ਨਾ ਵੀ ਮੈਂ ਕਰ ਸਕਦਾ ਇਹ ਚੀਜ਼ ਨਾ ਮੈਂ ਪਿੱਛੇ ਵੀ ਆ ਵੀ ਫ੍ਰੈਸ਼ੀ ਵੀ ਆਪਣੇ ਨਾ ਫ੍ਰੈਸ਼ੀ ਗਈ ਜਾਵਾਂ ਜਾਂ ਪੂਰਾ ਨੀ ਫਰੈਸ਼ੀ ਕਰ ਲੋ ਬਈ ਫਰੈਸ਼ੀ ਕਰ ਲੋ ਕੋਈ ਗੱਲ ਨਹੀਂ ਓਕੇ ਨਹੀਂ ਨਹੀਂ ਮੈਂ ਕਹਾਂ ਜੇ ਛੋਟਾ ਨਾ ਭਰਾਵਾ ਜੋ ਵੀ ਆਹੋ ਕੋਈ ਹੋਰ ਨਹੀਂ ਇਹ ਛੋਟਾ ਦੱਸ ਦੇ ਨਹੀਂ ਫਰੈਸ਼ੀ ਠੀਕ ਆ ਬਈ ਫਰੈਸ਼ੀ ਠੀਕ ਆ ਠੀਕ ਆ ਫਰੈਸ਼ੀ ਠੀਕ ਆ ਓਕੇ ਤਾਂ ਉਹ ਮੈਂ ਲੱਗਾ ਦੱਸਣਾ ਵੀ ਹਿੰਦੀ ਹਿੰਦੀ ਨੂੰ ਹੀ ਪਿਛਲੀ ਨਾ ਵੀਡੀਓ ਜਿਹੜੀ ਮੈਂ ਉਹਨਾਂ ਕੀਤੀ ਡਰੀ ਵਾਲੇ ਨਾ ਉਹ ਚ ਵੀ ਹਿੰਦੀ ਦੀ ਬੜੀ ਉਹਦਾ ਵੀ ਵਾਰ-ਵਾਰ ਜ਼ਿਕਰ ਹੋਇਆ ਵੀ ਉਹ ਚਲੋ ਆਪਣੇ ਚ ਇੱਕ ਕਾਮਨ ਜਿਹਾ ਹੈਗਾ ਬੰਦਾ ਉਹ ਤੇ ਮੈਂ ਉਹਦੀ ਗੱਲ ਲੱਗਾ ਹੀ ਦੱਸਣ ਉਹ ਇਦਾਂ ਦਾ ਬੜਾ ਹੁੰਦਾ ਸੀ ਉਹ ਉਹ ਵੀ ਨਾ ਉਹ ਦੋਂ ਅਔਰ ਕੁੱਟ ਤੇ ਪੇਜ ਹੁੰਦੇ ਸੀ ਫੇਸਬੁੱਕ ਤੇ ਪੇਜ ਹੁੰਦੇ ਸੀ ਇਹੋ ਜਿਹਾ ਕੰਮ ਕਰਦਾ ਹੁੰਦਾ ਸੀ ਉਹ ਕਈ ਵਾਰੀ ਉਹਦਾ 1.5 ਲੱਖ ਵਾਲਾ ਪੇਜ ਹੋਣਾ ਜਾਂ ਤੇ 1.5 ਲੱਖ ਉਹਦੇ ਨਾਲ ਲੋਕ ਹੈਗੇ ਆ ਉਹਨੇ ਡਿਲੀਟ ਕਰ ਦੇਣਾ ਉਹਨੇ ਡਿਲੀਟ ਕਰ ਦੇਣਾ ਤੇ ਮੈਂ ਕਹਣਾ ਤੇਰਾ ਦਿਮਾਗ ਸਹੀ ਆ ਵੀ ਤੂੰ ਇੰਨੀ ਮਿਹਨਤ ਕੀਤੀ ਇੰਨੇ ਲੋਕ ਜੁੜੇ ਕੋਈ ਨਹੀਂ ਕੋਈ ਚੱਕਰ ਨਹੀਂ ਫੇਰ ਬਣਾ ਲਾਂਗੇ ਇਹ ਕੋਈ ਗੱਲ ਉਹ ਇਦਾਂ ਹੁੰਦਾ ਸੀ ਇਦਾਂ ਹੀ ਪੇਜ ਡਿਲੀਟ ਕਰ ਦੇਣਾ ਉਹਨੇ ਫੇਰ ਦਿਨ ਰਾਤ ਲੱਗੇ ਰਹਿਣਾ ਹੁਣ ਵੀ ਕਈ ਵਾਰੀ ਮੈਨੂੰ ਕਹਿ ਦੂਗਾ ਯਾਰ ਮੇਰੀ ਟਿਕਟੌਕ ਡਾਤੀ ਸਾਰੀ ਮੇਰਾ ਉੱਤੇ ਲੱਖੋ ਚੱਲਿਆ ਸੀ ਫਿਰ ਕਹੂਗਾ ਕੋਈ ਨਾ ਆਪਾਂ ਵੇਖੀ ਅੱਜ ਕੰਮ ਫੇਰ ਖਿੱਚ ਦੇਣਾ ਫਿਰ ਮੈਂ ਉੱਥੇ ਜਦੋਂ ਕੈਨੇਡਾ ਸੀ ਦੋਆਂ ਕਿ ਦਿਨਾਂ ਇਹ ਕਹਿ ਦੂ ਅੱਜ 10000 ਕਰਤਾ ਇਹ 15000 ਕਰਤਾ ਇਹ ਪਤਾ ਨਹੀਂ ਕਿ ਵੱਲਬੁੱਲ ਆ ਜਾਂਦਾ ਵਾ ਇੱਕ ਬੰਦੇ ਨੂੰ ਯਕੀਨ ਵੀ ਹੋ ਜਾਂਦਾ ਨਾ ਵੀ ਮੈਂ ਕੋਸ਼ਿਸ਼ ਕਰਨ ਦੇ ਕਾਬਿਲ ਹੈਗਾ ਵਾਂ ਤੇ ਤੈਨੂੰ ਫਿਰ ਕਿੱਦਾਂ ਜਦੋਂ ਹਰ ਚੈਨਲ ਉੱਡ ਗਿਆ ਵੀ ਉਦੋਂ ਵੀ ਆਇਆ ਸੀ ਮਨ ਚ ਖਿਆਲ ਕੇ ਛੱਡ ਪਰਾਂ ਯਾਰ ਹੁਣ ਨਹੀਂ ਕਰਨਾ ਯਾਰ ਵੀ ਹੋਰ ਕੋਸ਼ਿਸ਼ ਕਰਦੇ ਬਹੁਤ ਵਾਰ ਭਾਈ ਬਹੁਤ ਜਦੋਂ ਉੱਡਿਆ ਸੀ ਨਾ ਉਦੋਂ ਮੇਰਾ ਸੱਚੀ ਕਿਹਾ ਨਾ ਕਿ ਮੇਰੇ ਸਾਹਮਣੇ ਮਰ ਕੇ ਮੈਂ ਰੀਲੋਡ ਹੀ ਕਰਦਾ ਵਿਆ ਸੀ ਮੇਰੇ ਚੈਨਲ ਹੈਗਾ ਸੀ ਮੈਂ ਰੀਲੋਡ ਕਰਦਾ ਵਿਆ ਅਗਲੀ ਰੀਲੋਡ ਹੀ ਨਹੀਂ ਹੋਇਆ ਮੈਂ ਕਿਹਾ ਕੀ ਚੱਕਰ ਪੈ ਗਿਆ ਮੈਂ ਅਸਲੇ ਨਾਲ ਦਰ ਨੂੰ ਕਿਹਾ ਮੈਂ ਕਿਹਾ ਯਾਰ ਸਰਚ ਕਰ ਚੈਨਲ ਸ਼ੋ ਹੁੰਦਾ ਕਿ ਨਹੀਂ ਹੁੰਦਾ ਜੋ ਕਹਿੰਦਾ ਕਿ ਯਾਰ ਨਹੀਂ ਹੋ ਰਿਹਾ ਤੇਰਾ ਚੈਨਲ ਸਰਚ ਤੇ ਉਦੋਂ ਸੱਚੀ ਦਿਲ ਨੂੰ ਯਾਰ ਹੌਕਾ ਲੱਗਾ ਬਾੜਾ ਯਾਰ ਮੈਂ ਰੋ ਪਿਆ ਸੀ ਬਿਲਕੁਲ ਭਾਈ ਰੋਊਗਾ ਹੀ ਬੰਦਾ ਹਨਾ ਕਿਸੇ ਦਾ ਵੀ ਕਿਸੇ ਨੇ ਕੋਈ ਖੜਾ ਕੀਤਾ ਹੋਵੇ ਤੇ ਉਦੋਂ ਵੀ ਇੱਕ ਗੱਲ ਹੈ ਕਿ ਉਸ ਮਹੀਨੇ ਜਿਹੜਾ ਚੈਨਲ ਤੇ ਨਾ ਲਾਸਟ ਮਹੀਨਾ ਜਿਹੜਾ ਮੇਰੇ ਚੈਨਲ ਉਹ ਹੋਇਆ ਸੀਗਾ ਉਦੋਂ ਬਹੁਤ ਜ਼ਿਆਦਾ ਵਿਊ ਆਏ ਸੀ ਉਹ ਚੈਨਲ ਤੇ 700k ਸੀ ਉਦੋਂ ਮੰਥਲੀ ਮਤਲਬ ਕਿ ਮੇਰੇ ਇੰਨੇ ਕਦੇ ਨਹੀਂ ਆਏ ਸੀ ਕਦੇ ਵੀ ਤੇ ਮੇਰੀ ਲਾਸਟ ਦੋ ਵੀਡੀਓ 100k ਤੇ ਸੀਗੀ 1 200k ਤੇ ਸੀਗੀ ਤੇ ਮੈਂ ਪੂਰਾ ਲਾਈਕ ਨਾ ਬਹੁਤ ਜ਼ਿਆਦਾ ਰਾਸ ਸੀਗਾ ਯਾਰ ਕਿ ਆਹ ਕੀ ਹੋ ਗਿਆ ਫਿਰ ਮੈਂ ਸੋਚਿਆ ਵੀ ਸੀ ਕਿ ਛੱਡ ਦਾਂ ਪਰ ਹਣਾ YouTube ਕਿਉਂਕਿ ਮੈਂ ਆਲਰੇਡੀ ਮੇਰੇ ਚੌਥਾ ਚੈਨਲ ਆ ਇਹ YouTube ਤੇ ਪਹਿਲਾਂ ਮੈਂ ਇੱਕ ਚੈਨਲ ਬਣਾਇਆ ਸੀਗਾ ਉਸ ਤੋਂ ਬਾਅਦ ਮੈਂ ਉਹ ਖੁਦ ਡਿਲੀਟ ਕਰਤਾ ਮੈਨੂੰ ਖੁਦ ਜਲਦੀ ਕਰਦਾ YouTube ਕਰ ਨੂੰ ਉਸ ਤੋਂ ਬਾਅਦ ਇੱਕ ਹੋਰ ਚੈਨਲ ਬਣਾਇਆ ਉਹ ਵੀ ਮੈਂ ਖੁਦ ਹੀ ਕਰ ਦਿਆਂ ਕਿਤੇ ਕਰ ਦਿਆਂ ਕਿਹੜੇ ਕੰਮਾਂ 'ਚ ਲੱਗਾ ਪਿਆ ਮੈਂ ਡਿਲੀਟ ਕਰ ਦੇ ਫਿਰ ਤੀਜਾ ਚੈਨਲ ਬਣਾਇਆ ਸੀ ਜਿਹੜਾ ਉਹ ਫਿਰ ਇਹਨਾਂ ਡਿਲੀਟ ਹੋ ਗਿਆ ਹੁਣ ਆ ਚੌਥਾ ਆ ਤੇ ਮੈਂ ਸੋਚਿਆ ਸੀਗਾ ਵੀ ਨਹੀਂ ਯਾਰ ਛੱਡ ਪਰ ਹੁਣ ਨਹੀਂ ਬਣਾਉਣਾ ਚੈਨਲ ਬਟ ਫਿਰ ਜਦੋਂ ਉਹੋ ਜਿਹੇ ਬੰਦੇ ਮੇਰੇ ਇੱਕ ਬਹੁਤ ਫਾਇਦਾ ਹੋਇਆ ਮੈਨੂੰ ਇਹ ਗੱਲ ਉਹਨਾਂ ਨੇ ਬੋਲਿਆ ਕਿ ਭਾਈ ਜੀ ਦੁਬਾਰਾ ਬਣਾਓ ਦੁਬਾਰਾ ਬਣਾਓ ਦੁਬਾਰਾ ਬਣਾਓ ਤੇ ਮੈਂ ਕਿਹਾ ਚਲੋ ਕੀ ਆ ਵਿਲੇ ਤਾਂ ਹੁਣ ਨਹੀਂ ਆ ਤੇ ਦੁਬਾਰਾ ਬਣਾ ਲੈਨੇ ਆ ਤੇ ਦੁਬਾਰਾ ਬਣਾਇਆ ਤੇ 19 ਸਬਸਕ੍ਰਾਈਬਰ ਹੋ ਗਏ ਜਦੋਂ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਆਪਾਂ ਦੁਬਾਰਾ ਅਚੀਵ ਕਰ ਲਿਆ ਤੇ ਇਹ ਵੀ ਗੱਲ ਹੈ ਨਾ ਕਿ ਭਾਈ ਜੀ ਤੁਸੀਂ ਕੰਟੈਂਟ ਆਪਣਾ ਵਧੀਆ ਦੋਗੇ ਉਹੋ ਜਿਹਾ ਦੋਗੇ ਤਾਂ ਬਿਲਕੁਲ ਗੱਲ ਅਚੀਵ ਹੋਊਗਾ ਜਦੋਂ ਕਈ ਲੋਕ ਕਹਿੰਦੇ ਨੇ ਕਿ ਸਾਡੇ ਸਬਸਕ੍ਰਾਈਬਰ ਵਾਧ ਹੀ ਨਹੀਂ ਰੇ ਤੇ ਆਪਾਂ ਬਹੁਤ ਟਰਾਈ ਕਰ ਲਿਆ ਤੁਸੀਂ ਕੁਝ ਟਰਾਈ ਚੇਂਜ ਕਰਕੇ ਦੇਖੋ ਆਪੇ ਸਭ ਕੋ ਸਹੀ ਹੁੰਦਾ ਵਾ ਜਦੋਂ ਤੁਸੀਂ ਕੋਈ ਚੀਜ਼ ਨੂੰ ਜਦਾਂ ਇਟਲੀ ਵਾਲਾ ਬਾਈ ਕਹਿੰਦਾ ਹੁੰਦਾ ਕਿ ਕੋਈ ਚੀਜ਼ ਨੂੰ ਉਹਦੀ ਰੀਜ ਨਾ ਬਣਾਉਂਦੇ ਜੇ ਨਾ ਕੋਈ ਵੀਡੀਓ ਬਣਾ ਲਈ ਜਾਂ ਕੁਝ ਵੀ ਜਿਦੋਂ ਤੁਸੀਂ ਰੀਜਾਂ ਪੂਰੀਆਂ ਲਾਤੀਆਂ ਆਪਣੀਆਂ ਕਿ ਯਾਰ ਹਾਂ ਮੈਂ ਹੁਣ ਜਿਹੜੀ ਮੈਂ ਚੀਜ਼ ਬਣਾਈਆਂ ਇਹਨੂੰ ਦੇਖ ਕੇ ਮੈਨੂੰ ਮਜ਼ਾ ਆ ਰਿਹਾ ਵਾ ਤੇ ਫਿਰ ਉਹ ਲੋਕਾਂ ਨੂੰ ਪਸੰਦ ਆਉਣੀ ਆਉਣੀ ਆ ਤੇ ਉਹਨੂੰ ਫੋਲੋਅਰਸ ਆਉਣੀ ਆਉਣੇ ਜਿੱਦਾਂ ਤੁਸੀਂ ਹਿੰਦੀ ਭਾਜ ਦੀ ਗੱਲ ਕੀਤੀ ਹਨਾ ਉਹਨਾਂ ਦਾ ਤਾਂ ਮੈਨੂੰ ਤਾਂ ਸੱਤਵੇਂ ਅੱਠਵੇਂ ਟਿਕਟੌਕ ਤੇ ਆਈਡੀ ਡਿਲੀਟ ਹੋ ਗਈ ਨਾ ਤੇ ਉਹਨਾਂ ਦੇ ਪਤਾ ਨਹੀਂ ਕਿੰਨੀ ਹੈਗਾ ਹੌਰ ਟਿਕਟੌਕ ਦੀਆਂ ਤੇ ਵਾਕਈ ਉਹਦੇ ਮਹੀਨੇ ਚ ਹੋਈ ਹੁੰਦੀ ਹੈ ਮਹੀਨੇ ਕਿ ਜਿਆਦਾ ਉਹਦੇ ਹੇਟਰ ਉਹਨਾਂ ਦੇ ਹੇਟਰ ਵੀ ਬਹੁਤ ਆ ਪਰ ਭਾਜੀ ਨੇ ਆਪਣਾ ਨਾਮ ਹੀ ਇੰਦਾ ਬਣਾਇਆ ਹੋਇਆ ਹੈ ਕਿ ਹਿੰਦੀ ਚ ਸਵਾਲ ਦਾ ਨਾਮ ਲੈ ਕੇ ਵੀਡੀਓ ਪਾ ਦੋ ਟਿਕਟੌਕ ਤੇ ਤੇ ਲੱਖ ਤੇ ਲੱਖ ਸ਼ਗੇ ਵਿਊ ਚਲ ਜਾਂਦੇ ਤੇ ਉਹੀ ਗੱਲ ਹੈ ਨਾ ਕਿ ਤੁਸੀਂ ਆਪਣਾ ਫੇਸ ਵੈਲਿਊ ਆਪਣੀ ਬਣਾਓ ਬਸ ਉਹ ਮੈਟਰ ਕਰਦਾ ਵਾ ਤੇ ਵਧੀਆ ਭਰਾਵਾ ਥੈਂਕ ਯੂ ਜਿਹੜੇ ਬੰਦੇ ਨੇ ਦੁਬਾਰਾ ਸਬਸਕ੍ਰਾਈਬ ਕੀਤਾ ਉਮੀਦ ਨਹੀਂ ਸੀ ਵਾਜੀ ਉਮੀਦ ਨਹੀਂ ਸੀ ਮੈਨੂੰ ਮੈਂ ਨਾ ਨਹੀਂ ਪਰ ਜਿਹੜੇ ਸਾਬ ਨਾਲ ਤੂੰ ਆਖ ਰਿਹਾ ਵੀ ਇਟਲੀ ਵਾਲਾ ਆਂਦਾ ਵੀ ਜਿਹੜੀ ਚੀਜ਼ ਤਾਨੂੰ ਚੰਗੀ ਲੱਗਦੀ ਹੈ ਮੇਰੇ ਕੇਸ 'ਚ ਨਹੀਂ ਇਦਾਂ ਹੁੰਦਾ ਮੈਂ ਨਾ ਜਿਹੜੀ ਵੀਡੀਓ ਮੈਨੂੰ ਖੁਦ ਨੂੰ ਬਹੁਤ ਪਸੰਦ ਹੋਊਗੀ ਨਾ ਵੀ ਕਹੂੰਗਾ ਯਾਰ ਵੀ ਆ ਤੇ ਯਾਰ ਬਹੁਤ ਸਿਰਾ ਬਣੀ ਆ ਉਹ ਨਹੀਂ ਚੱਲਦੀ ਤੇ ਜਿਹੜੀ ਨਾ ਤੇ ਜਿਹੜੀ ਮੈਂ ਕਹੂੰਗਾ ਯਾਰ ਆ ਰਹਿਣ ਹੀ ਦਵਾ ਯਾਰ ਇਹ 'ਚ ਕੁਛ ਨਹੀਂ ਹੈਗਾ ਯਾਰ ਮੈਂ ਕਹਿ ਰਹੀ ਜੀ ਕਰੂਗਾ ਛੱਡ ਪਰਾਂ ਯਾਰ ਇਹ ਨਹੀਂ ਪਾਉਣੀ ਤੇ ਫਿਰ ਕਹੀਦਾ ਚੱਲ ਯਾਰ ਵੀ ਹੁਣ ਕਈ ਦਿਨ ਅੱਗੇ ਕੁਛ ਵੀ ਨਹੀਂ ਹੋਣਾ ਚੱਲ ਪਾ ਹੀ ਦਿੰਨੇ ਆ ਹਨਾ ਸ਼ੈ ਉਹ ਉਹ ਪਸੰਦਾ ਆਂਦੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕੋਈ ਕੁਝ ਇਹ ਗੱਲ ਭਾਈ ਤੁਹਾਡੀ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਬਹੁਤ ਜ਼ਿਆਦਾ ਨਾ ਜਦੋਂ ਮੈਂ ਕੱਲ ਇੱਕ ਵੀਡੀਓ ਬਣਾਈ ਆ ਰਾਮ ਰੀਮ ਤੇ ਠੀਕ ਆ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਮੈਂ ਕਿਹਾ ਯਾਰ ਛੱਡ ਦੇ ਗੱਲਾਂ ਬਹੁਤ ਸੋਹਣੀ ਵੀਡੀਓ ਬਣ ਗਈ ਠੀਕ ਆ ਇਹ ਤਾਂ ਵਿਊ ਖਿੱਚੂਗੀ ਖਿੱਚੂਗੀ ਜਣਾ ਲੱਖ ਤੇ ਲੱਖ ਸ਼ੱਕ ਇੱਕ ਦਿਨ ਚ ਲੱਗ ਜਾਣਾ ਬਾਅਦ ਚੋ ਵੀਡੀਓ ਮੇਰੀ ਇਸ ਟਾਈਮ ਸਭ ਤੋਂ ਡਾਊਨ ਤੇ ਆ ਇਸ ਟਾਈਮ ਉਹ ਨਵੇਂ ਨੰਬਰ ਚੱਲਣ ਦੀਏ ਦੱਸਣੇ ਚ ਨੌ ਨੰਬਰ ਚੱਲਣ ਦੀਏ ਤੇ ਜਿੰਨੀ ਤੁਸੀਂ ਮੈਂ ਕਹਿੰਦਾ ਇਹ ਗੱਲ ਪੱਕੀ ਗੱਲ ਆ ਕਿ ਜਿੰਨੀ ਸਾਨੂੰ ਲੱਗਦੀ ਐ ਕਿ ਇਹ ਵੀਡੀਓ ਬਹੁਤ ਜਿਆਦੀ ਵਧੀਆ ਵਾ ਇਹ ਪੱਕਾ ਚੱਲੂਗੀ ਚੱਲੂਗੀ ਉਹ ਵੀਡੀਓ ਕਦੇ ਨਹੀਂ ਚੱਲਦੀ ਜੇ ਤਾਂ ਕਹਿੰਦੇ ਕਦੇ ਕਦੇ ਨਾ ਕਦੇ ਮੈਂ ਕਈ ਕੀ ਵੀਡੀਓ ਛੱਡ ਜਰ ਪਾਉਣੀ ਨਹੀਂ ਐ ਇਦਾਂ ਹੀ ਪਾ ਦਿੰਨੇ ਹਣਾ ਚੱਕ ਕੇ ਉਹ ਵੀਡੀਓ ਲੱਖ ਲੱਖ ਕਰ ਜਾਂਦੀ ਆ ਰਾਮਣਾਈ ਤੇ ਉਹ ਫ ਆਪਣਾ ਕੰਮ ਚ ਨੀਤ ਰੱਖੋ ਕਿ ਹਾਂ ਯਾਰ ਮੈਂ ਕੰਮ ਆਪਣੇ ਦਿਲ ਨਾਲ ਕਰਨਾ। ਬਸ ਫਿਰ ਕੋਈ ਚੱਕਰ ਨਹੀਂ ਦ। ਹਾਂ ਇਹ ਤਾਂ ਵੀਊ ਤਾਂ ਥੱਲੇ ਉੱਤੇ ਜਾਂਦੇ ਰਹਿੰਦੇ ਯਾਰ। ਵੀਊ ਤਾਂ ਭਾਜੀ ਤੁਹਾਨੂੰ ਪਤਾ ਹੀ ਆ ਤੁਹਾਡੇ ਹਨਾ ਕਦੇ-ਕਦੇ ਇੱਕ-ਇੱਕ ਵੀਡੀਓ ਲੱਖ ਤੇ ਵੀ ਚੱਲ ਜਾਂਦੀ ਆ ਤੇ ਕਦੇ-ਕਦੇ ਵੀਡੀਓ 10000 ਤੇ ਰਹਿ ਜਾਂਦੀ ਆ ਆਪਣਾ ਵੀ ਸੇਮ ਹੀ ਆ। ਕਦੇ-ਕਦੇ ਕੋਈ ਵੀਡੀਓ ਬਾਲੀ ਵਧੀਆ ਕਰ ਜਾਂਦੀ ਕਦੇ-ਕਦੇ ਬਾਲੀ ਥੱਲੇ ਰਹਿ ਜਾਂਦੀ ਆ। ਪਰ ਇਹ ਤਾਂ ਵੀਊ ਸ਼ਿਪ ਭਜਣਾ ਛੱਡ ਹੀ ਦੋ ਵੈਸੇ ਪਰ ਭਜਦੇ ਸਾਰੇ ਆ। ਬੜੇ ਸਾਰੇ ਹਨਾ ਯਾਰ ਇਹ ਚੀਜ਼ ਆ ਹੁਣ ਮੇਰੇ ਨਾਲ ਉਹਦਾ ਨਾ ਇੱਥੇ ਪਿੱਛੇ ਜੇ ਸਾਬਾ ਵਾ ਨਾ ਰਾਏ ਤੂੰ ਵੀ ਮੈਨੂੰ ਕਿਹਾ ਸੀ ਵੀ ਉਹ ਵਧੀਆ ਗੱਲਬਾਤ ਕਰਦਾ ਉਹਨਾਂ ਨਾਲ ਗੱਲ ਕਰਿਆ ਕਰੋ ਹਾਂਜੀ ਹਾਂਜੀ ਉਹ ਵੀ ਮੈਨੂੰ ਕਈ ਵਾਰੀ ਕਹੂਗਾ ਉਹ ਕਹਿੰਦਾ ਭਰਾਵਾ ਆਪਾਂ ਨੂੰ ਰੈਸਟੋਰੈਂਟ ਤੇ ਇੰਨੇ ਪੈਸੇ ਆਉਂਦੇ ਆ ਵੀ ਆਪਣਾ ਠੀਕ ਆ ਕੰਮ ਉਹ ਕਹਿੰਦਾ ਤੂੰ ਕਿੱਥੇ ਕਹਿੰਦਾ ਵੀ ਉਹ ਥੋੜੇ ਥੋੜੇ ਸੈਂਟਾਂ ਦੇ ਕਹਿੰਦਾ ਵੀ ਆਫਕੋਰ ਨਾ ਵੀ ਕਈ ਵਾਰੀ ਕਈ ਵੀਡੀਓ ਤੇ ਸੱਚ ਪੁੱਛੇ ਕਈ ਵੀਡੀਓ ਤੇ 5-10 ਯੂਰੋ ਹੀ ਬਣਦੇ ਆ ਇੱਕ ਵੀਡੀਓ ਦੇ ਠੀਕ ਹੈ ਕਹਿੰਦਾ ਤੂੰ ਦਿਨ ਲਾਉਣਾ ਵਾ ਵੀ ਇੱਕ ਦਿਨ ਬਣਾਉਣਾ ਵਾ ਫਿਰ ਉਹਨੂੰ ਐਡਿਟ ਕਰਦਾ ਪਾਉਣਾ ਵਾ ਦਿਨਾਂ ਗਿਆਂਦਾ ਵੀ ਤੂੰ ਕਾਨੂੰ ਇੱਧਰ ਖਾਪਦਾ ਵਾ ਪਰ ਮੈਨੂੰ ਨਾ ਮੈਨੂੰ ਲੱਗਦਾ ਵਾ ਵੀ ਵੀ ਫਿਊਚਰ ਜਿਆ ਹੈਗਾ ਹਨਾ ਏੜੀ ਚੀਜ਼ ਦਾ ਕਿ ਜਦਾਂ ਤੁਸੀਂ ਦੇਖੋ ਨੈਟਫਲਿਕਸ ਆ ਉਹ ਕਿੰਨਾ ਡਾਊਨ ਚਲਾ ਗਿਆ ਹਨਾ ਨੈਟਫਲਿਕਸ ਤੇ ਉਹ ਹੁਣ ਲੋਕੀ ਇਹੋ ਹੀ ਆਖੰਡਾ ਵੀ ਹੁਣ ਤੁਸੀਂ ਦੋ ਚੀਜ਼ਾਂ ਦੇਖੋ ਨਾ ਇੱਕ ਸਾਈਡ ਉਹ ਪਲੈਟਫਾਰਮ ਆ ਜਿਹੜਾ ਐਕਟਰਾਂ ਨੂੰ ਪੇ ਕਰ ਰਿਆ ਵਾ ਬੀ ਤੁਸੀਂ ਉਹਨਾਂ ਦੇ ਨਾਲ ਫਿਲਮਾਂ ਬਣਾ ਰਿਹਾ ਉਹਨਾਂ ਨੂੰ ਪੇ ਕਰ ਰਿਹਾ ਤੇ ਫਿਰ ਉਹਨਾਂ ਕੋਲ ਕੰਟੈਂਟ ਆ ਰਿਹਾ ਤੇ YouTube ਇੱਕ ਐਸੀ ਐਸੀ ਸ਼ੈਅ ਹੈ ਜਿਹੜੀ ਉਹ ਤੁਹਾਨੂੰ ਆਪਣੇ ਪੱਲੇ ਕੁਝ ਨਹੀਂ ਪੇ ਕਰਦੀ ਹਨਾ ਬਿਲਕੁਲ ਬਿਲਕੁਲ ਕਿੰਨੇ ਕੰਟੈਂਟ ਕ੍ਰியேਟਰ ਉਹ ਤੇ ਆਪ ਹੀ ਵੀਡੀਓ ਪਾ ਰਹੇ ਨੇ ਹਨਾ ਤੇ ਉਸੇ ਕੰਟੈਂਟ ਦੇ ਉੱਤੇ YouTube ਕਮਿਸ਼ਨ ਖਾ ਰਿਹਾ ਹਨਾ ਤੇ ਮੈਨੂੰ ਲੱਗਦਾ ਵੀ ਇਹ ਇਹ ਪਤਾ ਨਹੀਂ ਕੱਲ ਨੂੰ ਕੁਝ ਹੋਰ ਆ ਜਾਏ ਬਟ ਐਟ ਮੋਮੈਂਟ ਇਹੋ ਹੀ ਚੱਲ ਰਿਹਾ ਜਿੱਦਾਂ ਮੈਂ ਅੱਜ ਹੀ ਮੈਂ ਨਾ ਹੁਣ ਉਹ ਦੇਖਣ ਡਿਆ ਸੀ ਨੈਟ ਦੇ ਉੱਤੇ ਆਈ ਦੀ ਫੇਸਬੁੱਕ ਨੇ ਜਿਹੜੀਆਂ ਵਰਚੁਅਲ ਗਲਾਸਸ ਜਿਹਾ ਮੈਟਾ ਕੁਐਸਟ ਜੀ ਤੇ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਵੀ ਇਹ ਚੀਜ਼ ਆਮ ਹੋ ਰਹੀ ਆ ਤੇ ਮੈਂ ਕਿਹਾ ਵੀ ਕੋਈ ਐਸ ਵਾਲੇ ਸਟਿਲ ਮੈਨੂੰ ਨਹੀਂ ਲੱਗਦਾ ਪੰਜਾਬੀ ਦੇ ਵਿੱਚ ਕੋਈ ਟਰੈਵਲਿੰਗ ਵਾਲਾ ਬਲੌਗਰ ਆਈਡੀਆ ਹੀ ਆ ਚੱਲ ਉਦਾਂ ਮੈਂ ਕਿਹਾ ਮੈਨੂੰ ਵੀ ਆਈਡੀਆ ਬੜੇ ਆਉਂਦੇ ਮੈਂ ਕਿਹਾ ਇੰਪਲੀਮੈਂਟ ਸਾਰੇ ਕਰਦਾ ਤੇ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਕਿ ਟਰੈਵਲਿੰਗ ਵਾਲਾ ਕੋਈ 3D ਦੇ ਵਿੱਚ ਅਜੇ ਬਣਾ ਕੇ ਪਾ ਨਹੀਂ ਰਿਹਾ ਵੀ 3D ਪੂਰਾ ਜਿਨੀ ਕਿ ਉਹਦੀ ਐਡੀਟਿੰਗ ਨਾ ਕਰੇ ਜਸਟ 3D ਅਪਲੋਡ ਕਰ ਦੇ 360 ਵਲੌਗ ਬਣਾ ਕੇ ਤੇ ਮੈਂ ਕਹਿਆ ਵੀ ਉਹ ਗਲਾਸਸ ਚ ਉਹ ਵੇਖਣ ਦਾ ਬਹੁਤ ਮਜ਼ਾ ਆਉਣਾ ਉਹਦੇ ट्रैवलिंग ਵਲੌਗ ਦਾ ਵੀ ਉਹ ਜਿੱਧਰ ਹਾਂ ਉਹ ਬਹੁਤ ਜਲਦ ਬਣੂਗਾ ਕੈਮਰੇ ਵੀ ਉਹ ਆ ਗਏ ਨਾ 360 ਵਾਲੇ ਇੰਸਟਾ ਵਾਲੇ ਉਹ ਜੇ ਤੁਸੀਂ ਤੇ ਕੈਮਰੇ ਨੂੰ ਆਪਣੇ ਦਾ ਫਿਟਿੰਗ ਆਪਣੇ ਸਿਰ ਦੇ ਤੇ ਫਿਟ ਕਰ ਦਿੰਦੇ ਹੋਣਾ ਤਾਂ ਤੁਹਾਨੂੰ ਪੂਰਾ ਹਾਂ ਇੰਸਟਾ ਦਾ ਆ ਗਿਆ ਹਨਾ ਇਹਨਾਂ ਦਾ ਫਿਰ ਉਹ ਬਹੁਤ ਉਹਦੀ ਚੀਜ਼ ਆ ਤੇ ਇੱਕ ਵਾਰ ਤੁਸੀਂ ਹੁਣੇ ਗੱਲ ਕੀਤੀ ਕਿ ਹਨਾ ਮੈਂ ਜਿਹੜਾ ਭਾਈ ਜੀ ਕਹਿੰਦੇ ਤੁਹਾਨੂੰ ਕੀ ਕਿੰਨੇ ਪੈਸੇ ਪਿੱਛੇ ਕਾਤੋਂ ਬਣਾਈ ਜਨਾ 5-6 ਯੂਰੋ ਦੀ ਉਹ ਗੱਲ ਨਹੀਂ ਭਾਈ ਜੀ ਹੁਣ ਤੁਸੀਂ ਪਿੱਛੇ ਜਦੋਂ ਆਪਾਂ ਮਿਲੇ ਸੀ ਹਨਾ ਕੈਨੇਡਾ ਤੁਸੀਂ ਕਿਹਾ ਕਿ ਮੈਂ YouTube ਛੱਡ ਦੇਣੀ ਹੈ ਮੈਂ ਤੁਹਾਨੂੰ ਉਹਦੇ ਵੀ ਇਹ ਗੱਲ ਕਹੀ ਸੀਗੀ ਕਿ ਤੁਹਾਨੂੰ 50000 ਬੰਦੇ ਨੇ ਸਬਸਕ੍ਰਾਈਬ ਕੀਤਾ ਹੋਇਆ ਤੁਹਾਡੇ ਚੈਨਲ ਤੇ ਜੋ ਤੁਸੀਂ ਮੈਂ ਕਹਿੰਨਾ 50000 ਦਾ 10% ਵੀ ਤੁਹਾਡੇ ਨੂੰ ਕਿਤੇ ਇਕੱਠਾ ਮਿਲਣਾ ਜਿਨ੍ਹਾਂ ਦਾ ਤੁਹਾਨੂੰ ਲੱਭਣਾ ਨਹੀਂ ਕਿ ਮੈਂ ਕੀ ਕਰਾਂ ਤੇ ਇੰਨਾ ਬੰਦਾ ਤੁਹਾਡੇ ਨਾਲ ਜੁੜਾ ਜੁੜਿਆ ਹੋਇਆ ਤੁਹਾਡੇ ਨਾਲ ਬੰਦਾ ਇੰਨਾ ਤੇ ਜੇ ਉਹ ਬੰਦੇ ਨੂੰ ਤੁਹਾਨੂੰ ਕੋਈ ਦਿਖਦਾ ਹੋਊਗਾ ਤੁਹਾਡੀ ਵੀਡੀਓ ਚ ਲੱਗਦੀ ਹੋਊਗੀ ਤਾਂ ਹੀ ਤੁਹਾਨੂੰ ਸਬਸਕ੍ਰਾਈਬ ਕੀਤਾ ਤੇ ਆਪਾਂ ਉਹਨਾਂ ਲਈ ਵੀਡੀਓ ਬਣਾਉਂਦੇ ਹਾਂ ਹਨਾ ਮਲਕੀ ਚਲੋ ਹਾਂ ਨਹੀਂ ਨਹੀਂ ਉਹ ਵਾਕਿਆ ਹੋ ਮੈਂ ਇਹਦੇ ਨਾਲ ਵੀ ਉੱਥੇ ਗੱਲ ਕੀਤੀ ਸੀ ਸ਼ੇਰੇ ਹੋਈ ਮੈਂ ਕਿਹਾ ਯਾਰ ਵੀ ਮੇਰਾ ਟਾਈਮ ਨਾ ਵੀ 2 ਸਾਲੋਂ ਚੱਲੇ ਮੈਨੂੰ ਹੁਣ ਬਿਲਕੁਲ ਬਿਲਕੁਲ ਆਈ ਥਿੰਕ ਹੋ ਹੀ ਗਿਆ ਸੱਚ ਆ ਹੋ 2 ਸਾਲ ਤੋਂ ਉੱਪਰ ਹੀ ਹੋ ਗਏ ਹੁਣ ਤੇ ਮੈਂ ਕਹਿੰਦਾ ਵੀ ਯਾਰ ਮੈਨੂੰ 2 ਸਾਲ ਹੋ ਗਏ ਆ ਵੀ ਜੋ ਮੈਂ ਮੇਰਾ ਟਾਰਗੇਟ ਸੀ ਵੀ 2 ਸਾਲ ਦੇ ਵਿੱਚ ਨਾ ਲੱਖ ਸਬਸਕ੍ਰਾਈਬਰ ਕਰਨਾ ਵਾ ਹਨਾ ਹੋ ਗਿਆ ਹੋਇਆ ਨਹੀਂ ਤੇ ਉਹ ਬੰਦੇ ਨੂੰ ਹੁੰਦਾ ਹੀ ਆ ਨਾ ਵੀ ਜਿੱਦਾਂ ਬੇ ਪਰ ਉਹ ਉਸੇ ਕਰਕੇ ਮੇਰਾ ਮਨ ਗਿਆ ਸੀ ਤੂੰ ਤੂੰ ਵੀ ਗੱਲ ਕੀਤੀ ਫਿਰ ਮੈਨੂੰ ਜਿੱਦਾਂ ਮੈਂ ਆਲਵੇਜ਼ ਕਹਿੰਦਾ ਨਾ ਯਾਰ ਮੈਨੂੰ ਇਹੋ ਹੀ ਆ ਵੀ ਲੋਕ ਵਧੀਆ ਮਿਲਦੇ ਆ ਵੀ ਇਹ ਆ ਪਰ ਸਾਕੀ ਨਾਲ ਪਤਾ ਮੈਨੂੰ ਕੋਈ ਗੇਮ ਪਤਾ ਕੀ 1 ਲੱਖ ਸਬਸਕ੍ਰਾਈਬਰ ਵਾਲੀ ਗੇਮ ਜੇ ਤੁਈਆਂ ਨੇ ਲੱਖ ਸਬਸਕ੍ਰਾਈਬਰ ਕਰਨਾ ਵਾ ਮੈਨੂੰ ਹਨਾ ਜਦੋਂ ਦੇਖੇ ਕਿ ਸਬਸਕ੍ਰਾਈਬਰ ਕਾਉਂਟ ਮੈਟਰ ਹੀ ਨਹੀਂ ਕਰਦਾ ਬਾਈ YouTube ਤੇ ਕਿਸੇ ਦਾ ਮੈਟਰ ਨਹੀਂ ਕਰਦਾ ਭਾਵੇਂ ਤੁਹਾਡੇ ਮਿਲੀਅਨ ਹੋਣ 2 ਮਿਲੀਅਨ ਹੋਣ 3 ਮਿਲੀਅਨ ਹੋਣ ਆਹੋ ਇਹ ਵੀ ਬੜੇ 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 ਮੱਦੇ ਦੇਖਿਆ ਆਪਣੀ ਮਿਲੀਅਨ ਮਿਲੀਅਨ ਦੇ ਵਿਊਜ਼ 30000 ਦੇ ਸਲਕਸ਼ੇ ਰਹਿੰਦੇ ਸਬਸਕ੍ਰਾਈਬਰ ਕਾਉਂਟ ਨਹੀਂ ਮੈਟਰ ਕਰਦਾ ਬਾਈ ਤੁਹਾਡਾ ਵਧੀਆ ਜਿਹੜੀ ਵੀਡੀਓ ਨੇ ਚੱਲਣਾ ਹੁੰਦਾ ਨਾ ਬਾਈ ਭਾਵੇਂ ਬੰਦੇ ਦਾ 1000 ਸਬਸਕ੍ਰਾਈਬਰ ਹੋਣ ਨਾ ਉਹ ਵੀ ਵੀਡੀਓ ਕੋਈ ਉਹ ਇੱਕ ਚੈਨਲ ਸੀਗਾ ਪਿੱਛੇ ਜੇ ਉਹਦੀ ਵੀਡੀਓ ਟ੍ਰੈਂਡਿੰਗ 4 ਦਿਨ ਰਹੀ ਆ ਤੇ ਨੰਬਰ ਤੇ ਉਹ ਸਬਸਕ੍ਰਾਈਬਰ ਉਹ ਜਰ ਪਾਈ ਸੀ ਨੀ ਵੀਡੀਓ ਚੈਨਲ ਤੇ ਉਹ ਸਿਰਫ 56 ਸਬਸਕ੍ਰਾਈਬਰ ਸੀ ਚੈਨਲ ਤੇ ਉਹ 4 ਦਿਨ ਟ੍ਰੈਂਡਿੰਗ ਤੇ ਰਹੀ ਵੀਡੀਓ 5 ਮਿਲੀਅਨ ਕਰ ਗਈ ਵੀਡੀਓ ਤੇ ਉਹ ਹੁੰਦਾ ਨਾ ਕਦੇ-ਕਦੇ ਇਹ ਤਾਂ ਸਮਝ ਨਹੀਂ ਆਉਂਦੀ ਐਲਗੋਰਿਦਮ ਦੀ ਇਹਨਾਂ ਦਾ ਕੀ ਹਿਸਾਬਤਾ ਪਿਆ YouTube ਦਾ ਤੂੰ ਹੀ ਖੁਦ ਦੇਖਦੇ ਹੋਣੇ ਆ ਕਿ ਕਦੇ-ਕਦੇ ਆਪਾਂ ਕੈਪਸ਼ਨ ਸੇਮ ਪਾਈਏ ਸੇਮ ਵੀਡੀਓ ਪਾਈਏ ਦੂਜੇ ਚੈਨਲ ਤੇ ਪਾ ਦੋ ਤੇ ਜਾਰੀ ਚੱਲ ਜਾਂਦੀ ਆ ਇਧਰ ਚੱਲਦੀ ਨਹੀਂ ਗਈ ਇਹ ਸਿਸਟਮ ਜਾਂ ਕੁਝ ਤੇ ਆਪਾਂ YouTube ਦੀ ਗੱਲਾਂ ਛੱਡੀ ਐ ਇਹੋ ਜਿਹੇ ਅਲਗਰੇਥਮ ਵਾਲੀਆਂ ਕੋਈ ਫਨੀ ਛੜੀ ਗੱਲਾਂ ਕਰੀਏ ਲੋਕਾਂ ਨੇ ਬੋਰ ਹੋ ਜਾਣਗੇ ਨਾ ਬੜੇ ਬੜੇ ਸੀਰੀਅਸ ਇਹ ਗੱਲ ਤੇ ਨਹੀਂ ਸਹੀ ਇਹਨਾਂ ਨੇ ਕਹਿਣਾ ਵੀ ਆਪਣੇ ਹੀ ਰੋਣੇ ਚ ਰੋਣ ਬਹਿ ਜਾਂਦੇ ਆ ਨਾ ਵੀ ਜਦੋਂ ਹੁਣ ਕੀ ਕਰੀਏ ਹੁਣ ਵੀ ਭਾਈ ਕੰਮ ਆਪਣੇ ਦੋਨਾਂ ਜਿੱਕੇ ਕਾਮਨ YouTube ਆ ਤਾਂ ਫਿਰ ਉਹ YouTube ਦੀ ਤੇ ਗੱਲ ਆਈ ਜਾਣੀ ਆ ਨਹੀਂ ਵੈਸੇ ਵਧੀਆ ਵੀ ਲੋਕੀ ਨਾ ਬੜੇ ਪੁਛਦੇ ਰਹਿੰਦੇ ਆ ਆਪਣਾ ਮੈਸੀ ਕਰਕੇ ਕਿ ਭਾਜੀ ਆਪੜ ਚੈਨਲ ਗਰੋ ਨਹੀਂ ਹੁੰਦਾ ਜੇ ਆਪਾਂ ਉਹਨਾਂ ਨੂੰ ਇੱਦਾਂ ਦੀ ਗੱਲ ਦੱਸ ਦਾਂਗੇ ਕਿ ਭਾਈ ਲੱਗੇ ਰੋ ਹਾਂ ਜੇ ਤੁਹਾਡਾ ਇੱਥੇ ਨਹੀਂ ਆ ਹਰ ਕਿਸੇ ਨੂੰ ਲੱਗਦਾ ਮੈਂ ਜਿਵੇਂ ਨਾ ਮੈਨੂੰ ਕਈ ਜਾਣੇ ਇਹ ਗੱਲ ਨਾ ਵੀ ਕਈ ਜਾਣੇ ਪੁੱਛ ਲੈਣਗੇ ਵੀ ਅ ਵੀ ਅਸੀਂ YouTube ਕਰਨੀ ਆ ਕਿਹੜਾ ਕੈਮਰਾ ਲੈ ਲਈਏ ਕਿਹੜਾ ਫਲਾਂ ਲੈ ਲਈਏ ਜਾਂ ਟੀ ਕਰ ਲਈਏ ਹਨਾ ਠੀਕ ਆ ਕਿਤੇ ਨਾ ਕਿਹਦੇ ਚੀਜ਼ਾਂ ਮੈਟਰ ਕਰਦੀਆਂ ਮੇਰੇ ਕੋਲ ਬਹੁਤ ਗੈਜਟ ਆ ਨਾ ਪਰ ਇਹ ਨਹੀਂ ਚੀਜ਼ਾਂ ਕੰਮ ਕਰਦੀਆਂ ਮੈਂ ਤਾਂ ਕਿਹਾ ਨਾ ਨਾ ਕਿ ਜੇ ਇਹ ਚੀਜ਼ਾਂ ਕੰਮ ਕਰਦੀਆਂ ਹੁੰਦੀਆਂ ਵੀ ਵੀਡੀਓਗ੍ਰਾਫੀ ਕੰਮ ਕਰਦੀ ਹੁੰਦੀ ਤੇ ਦੁਨੀਆ ਦੇ ਜਿੰਨੇ ਫੋਟੋਗ੍ਰਾਫਰ ਆ ਸਾਰੇ ਮਸ਼ਹੂਰ YouTuber ਹੁੰਦੇ ਹਨਾ ਉਹ ਉਹਨਾਂ ਨੂੰ ਉਹਨਾਂ ਨਾਲੋਂ ਤੋਂ ਵੱਧ ਕਿਸੇ ਨੂੰ ਪਤਾ ਨਹੀਂ ਕਿਹੜਾ ਸ਼ਾਟ ਕਿਹੜੇ ਐਂਗਲ ਤੋਂ ਲੈਣਾ ਪਰ ਵੀ ਗੱਲ ਪਤਾ ਨਹੀਂ ਵੀ ਕਿੱਦਾਂ ਲੋਕੀ ਤੁਹਾਡੇ ਨਾਲ ਕਨੈਕਟ ਕਰਦੇ ਆ ਇਹ ਥੋੜਾ ਜਿਹਾ ਵੀ ਸਮਝੋ ਬਾਹਰ ਵੀ ਕਿੰਨਾ ਕੁ ਉਹਦੇ ਵਿੱਚ YouTube ਦੇ ਐਲਗੋਰਿਦਮ ਦਾ ਰੋਲ ਆ ਕਿੰਨਾ ਕੁ ਕਿਉਂਕਿ ਹੁਣ ਆ ਮੈਂ ਪਿੱਛੇ ਪਿੱਛੇ ਜੇ ਨਾ ਹਾਂਜੀ ਜੀ ਮੈਂ ਨਾ ਉੱਤੇ ਕਲਾਸਾਂ ਜੀਆਂ ਦੇਖਣ ਲੱਪਿਆ ਸਕਿੱਲ ਸ਼ੇਅਰ ਤੇ ਨਾ ਸਕਿੱਲ ਸ਼ੇਅਰ ਹੀ ਨਾ ਟਾਣਾ ਜਿਹੜੇ ਸਕਿੱਲ ਸ਼ੇਅਰ ਹਾਂਜੀ ਉਹ ਜਿਹੜੇ ਪ੍ਰੋਮੋਸ਼ਨ ਕਰਦੇ ਹੁੰਦੇ ਸਾਰੇ ਇਹਦੇ ਬਾਰੇ SEO ਬਾਰੇ ਹੈ ਨਾ ਬਾਬਾ ਕਈਆਂ ਦੀਆਂ ਵੇਖੇ ਲੈਸਨ ਜੇ ਉਹ ਬੜਾ ਟੂ ਮੱਚ ਆ ਕੰਪਲਿਕੇਟਡ ਹੈ ਨਾ ਤੂੰ ਇਸ ਤੁਸੀਂ ਐਸਈਓ ਕਰੋ ਹਨਾ ਵੀ ਆਪਣੇ ਕੀਵਰਡ ਯੂਜ਼ ਕਰੋ ਫਲਾਨ ਕਰੋ ਮੈਂ ਕਹਾ ਪ੍ਰਵਾ ਵੀ ਉਹ ਵੀ ਇੱਕ ਚੀਜ਼ ਹੈ ਭਈ ਸਭ ਤੋਂ ਵੱਡਾ ਸਕੈਮ ਜਿਹੜਾ ਨਾ YouTube ਤੇ ਹੁੰਦਾ ਉਹ ਇਹ ਆ ਕਿ ਜਿਹੜੇ ਬੰਦੇ YouTube ਦਾ ਕੋਰਸ ਵੇਚਦੇ ਆ ਤੁਸੀਂ ਦੇਖਿਆ ਨੇ ਕਿ YouTube ਗਰੋਥ ਦਾ ਕੋਰਸ ਲੈ ਲਓ ਮੇਰੇ ਕੋਲੋਂ ਉਹ ਇਦਾਂ ਦਾ ਕੋਈ ਵੀ ਕੋਰਸ ਨਹੀਂ ਬਣਿਆ ਦੁਨੀਆ ਤੇ ਜਿਹੜਾ ਤੁਹਾਨੂੰ ਇੱਥੇ ਰੀਚ ਦੇ ਦੂਗਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਜਿੰਨੇ ਮਰਜ਼ੀ ਐਸਈਓ ਲਾ ਲਓ ਚਲੋ ਹਾਂ ਕਿਸੇ ਹਰ ਤੱਕ ਉਹ ਹੈਲਪ ਕਰਦੇ ਨੇ ਪਰ ਮੈਂ ਟ੍ਰੈਂਡ ਤੇ ਕਰਨਾ ਕਿ ਲੋਕੀ ਤੁਹਾਡੇ ਨਾਲ ਕਿਦਾਂ ਕਨੈਕਟ ਕਰਦੇ ਨੇ ਹੁਣ ਆਪਣਾ ਮੈਂ ਕਹਿੰਦਾ ਸੀਗਾ ਕਿ ਕਈ ਕਈ ਆਪਣੇ ਵਲੌਗਰ ਤੁਸੀਂ ਦੇਖਣੇ ਆ ਪੰਜਾਬ ਚ ਜਿਨ੍ਹਾਂ ਦੀ ਵਲੌਗ ਤੁਸੀਂ ਦੇਖ ਕੇ ਕਹਿੰਦੇ ਕਿ ਯਾਰ ਕੀ ਬਣਾਈ ਜਾਂਦੇ ਆ ਕਿਦਾਂ ਦਾ ਹਨਾ ਕੋਈ ਨਾ ਵੀਡੀਓਗ੍ਰਾਫੀ ਨਾ ਪਤਾ ਕੈਮਰਾ ਫੜਨ ਦਾ ਨਾ ਪਤਾ ਕਿਦਾਂ ਗੱਲ ਕਰਨੀ ਆ ਉਹਨਾਂ ਨੇ ਵੀਡੀਓ ਕੱਟ ਉਹ ਐ ਉਹਨਾਂ ਨੇ ਤਾਂ ਐਡ ਐਡਿਟ ਵੀ ਨਹੀਂ ਕੀਤਾ ਹੁੰਦਾ ਵਿੱਚ ਹੀ ਕਰ ਕਹਿੰਦੇ ਤੇ ਹਾਂ ਹਾਂ ਚਾਲੂ ਆ ਚੱਲ ਆਹੋ ਤੇ ਉਹ ਵੀ ਲੱਖ ਲੱਖ ਕਰ ਜਾਂਦੀ ਤੇ ਕਦੇ ਕਦੇ ਮੈਂ ਦੇਖਦਾ ਨਾ ਕਦੇ ਜਿਹੜੇ ਆਪਣੇ ਕਈ ਵੈਸਟਰਨ ਕੰਟਰੀਜ਼ ਦੇ ਬੰਦੇ ਵਲੌਗ ਬਣਾਉਂਦੇ ਨੇ ਇੰਨਾ ਸੋਹਣਾ ਜਿਹਾ ਵੀਊ ਡ੍ਰੌਨ ਸ਼ੌਰਟਸ ਸਿਨੇਮੈਟਿਕ ਵੀ ਰੋਲ ਏ ਰੋਲ ਤੇ ਉਹਨਾਂ ਦੀ ਵੀਡੀਓ ਵੀ ਕਰਕੇ 10000 ਤੱਕ ਖੜੀ ਹੁੰਦੀ ਆ ਚਾਰ ਚਾਰ ਹਜ਼ਾਰ ਪਰ ਵੀਡੀਓ ਤੇ ਮੈਟਰ ਨਹੀਂ ਕਰਦਾ ਬਸ ਜਿਹੜਾ ਜਿਹੜਾ ਇੱਥੇ ਕੁਝ ਮੈਨੂੰ ਵੀ ਕਰਕੇ ਨੇ ਮੈਸੇਜ ਕੀਤਾ ਬਈ ਮੇਰਾ ਚੈਨਲ ਗਰੋ ਨਹੀਂ ਹੋ ਰਿਹਾ ਮੈਨੇਜਰ ਤਾਂ ਲੱਗਾ ਹੋਇਆ ਵਾ ਬਈ ਜਿਹਦਾ ਜੇ ਤੁਹਾਡਾ ਇੱਥੇ ਕੁਝ ਲਿਖਿਆ ਹੈਗਾ YouTube ਤੇ ਜੇ ਹੋਏਗਾ ਕਿ ਹਾਂ ਮਤਲਬ ਕਿ ਤੁਹਾਡਾ ਨਾਮ ਬਨਣਾ ਵਾ ਤੇ ਤੁਸੀਂ ਲੱਗੇ ਰਹੋ ਇੱਕ ਨੈਗਟਨ ਜ਼ਰੂਰ ਬਨ ਜਾਣਾ ਤੁਹਾਨੂੰ ਪਤਾ ਬਈ ਸਤਾਰਵ ਜੋਸ਼ੀ ਵਲੌਗਸ ਇਸ ਟ ਸਤਾਰਜ ਜਿਵੇਂ ਵਲੌਗਸ ਦੇਖਦੇ ਨਹੀਂ ਬਦਰ ਨਹੀਂ ਨਹੀਂ ਉਹ ਦੀ ਹੁਣ ਮੈਨੂੰ ਲੱਗਦਾ ਪਿਛਲੀਆਂ 300 ਵੀਡੀਓ ਲਗਾਤਾਰ ਟ੍ਰੈਂਡਿੰਗ ਚ ਨੇ ਲਗਾਤਾਰ ਓਕੇ ਡੇਲੀ ਟ੍ਰੈਂਡਿੰਗ ਕਰਦਾ ਇੰਡੀਆ ਚ ਡੇਲੀ ਟ੍ਰੈਂਡਿੰਗ ਕਰਦਾ ਉਹਦਾ ਵਲੌਗ ਸਿਰਫ ਸਿੰਪਲ ਵਲੌਗ ਹੁੰਦਾ ਉਹਦਾ ਘਰੇ ਬਾਰ ਜਾਣਾ ਅੰਦਰ ਹੋਣਾ ਤੇ ਉਹਦਾ ਵਲੌਗ ਕੋਈ ਵੀ ਭਾਜੀ 5-5 ਮਿਲੀਅਨ ਵਿਊ ਤੋਂ ਥੱਲੇ ਨਹੀਂ ਹੈਗਾ ਪਿਛਲੇ ਸਾਲ ਦਾ ਓਕੇ ਤੇ ਇਸ ਟਾਈਮ ਦਾ ਸਤਜਰਮਾ ਕੀ ਰੀਚ ਆ ਇੰਡੀਆ ਦਾ YouTube ਚ ਚੈਨਲ ਹੈ ਉਹ ਇਸ ਟਾਈਮ ਤੇ ਉਹਨੇ ਪਹਿਲਾਂ 2 ਸਾਲ ਮਲਕੀ ਹੁਣ ਤਾਂ ਚੋਰ ਚੱਲ ਪਿਆ ਨਾ ਉਹਨੂੰ ਸਾਲ ਹੋ ਗਿਆ ਬੜੇ ਚੱਲਦੇ ਨੂੰ ਉਸ ਤੋਂ ਪਹਿਲਾਂ 2 ਸਾਲੋਂ ਵਲੌਗ ਰੈਗੂਲਰ ਬੇਸ ਤੇ ਪਾਉਂਦਾ ਸੀ ਤੇ ਉਹਦੇ ਵਿਊ ਹੀ ਆਰ ਨਹੀਂ ਹੁੰਦਾ ਸੀ ਪਰ ਉਹ ਛੱਡਿਆ ਨਹੀਂ ਉਹਨੇ ਉਹ ਰੈਗੂਲਰ ਬੇਸ ਤੇ ਪਾਉਂਦਾ ਰਿਹਾ ਫਿਰ ਇੱਕ ਦਿਨ ਉਹਦੀ ਇੱਕ ਵੀਡੀਓ ਕਲਿੱਕ ਕਰ ਗਈ ਲੋਕਾਂ ਨੂੰ ਕਿ ਜਿੱਚੋ ਆਪਣੇ ਭਰਾਣ ਤੁਰੇ ਫਰਦਾ ਸੀ ਤੇ ਉਹ ਵੀਡੀਓ ਲੋਕਾਂ ਨੂੰ ਕਲਿੱਕ ਕਰ ਗਈ ਤੋਂ ਉੱਤੋਂ ਬਹੁਤ ਸਾਰੀਆਂ ਵੀਡੀਓਜ਼ ਤੇ ਵਿਊ ਆਉਣ ਲੱਗੇ ਤੇ ਅੱਜ ਉਹਦੇ ਮੇਬੀ 10-15 ਮਿਲੀਅਨ ਦੇ ਲਗਭਗ ਸਬਸਕ੍ਰਾਈਬਰ ਹੋ ਗਏ ਆ ਮੈਨੂੰ ਜੇ ਮੈਂ ਗਲਤ ਨਹੀਂ ਕਰ ਰਿਹਾ ਤੇ ਇੱਦਾਂ ਹੀ ਆ ਤੁਸੀਂ ਕਰਦੇ ਰਹੋ ਆਪਣਾ ਕੰਮ ਕਦੇ ਨਾ ਕਦੇ ਅੱভিਆ ਮਿਸਟਰ ਬੀਸਟ ਆ ਨਾ ਇੰਗਲਿਸ਼ ਜਾ ਉਹ ਵੀ ਉਹਦੇ ਵੀ ਵਿਚਾਰੇ ਦੇ ਕਹਿੰਦੇ ਸੀ 2-3 ਸਾਲ ਉਹਦੇ ਕੁਝ ਕੁ ਹਜ਼ਾਰ ਕੀ ਸੀ ਉਹਦੇ ਸਬਸਕ੍ਰਾਈਬਰ ਹਨ ਫਿਰ ਇੱਕ ਦਿਨ ਉਹਨੇ ਇੱਕ ਵੀਡੀਓ ਪਾਈ ਵੀ ਮੈਂ ਲਾਈਵ ਬੈ ਕੇ 1 ਤੋਂ 2 ਮਿਲੀਅਨ ਕਾਊਂਟ ਕਰਨਾ ਹਨ ਆਹੋ ਉਹ ਲਾਈਵ ਬਹਿ ਗਿਆ بڑے ਪੰਗੇ ਕਰਦਾ 10 ਲੱਖ ਕੇ ਆਹੋ ਉਹ ਭਾਈ ਬਹੁਤ ਪੈਸੇ ਖਰਚਦਾ ਉਹ ਵੀਡੀਓ ਦਾ ਬਜਟ ਹੀ ਵੀਡੀਓ ਦਾ ਕਈ-ਕਈ ਮਿਲੀਅਨ ਡਾਲਰ ਹੁੰਦਾ ਉਹਦਾ ਤੇ ਇਹ ਆਪਣਾ ਉਹਦਾ ਇੱਕ ਵੀਡੀਓ ਨੇ ਪਾਈ ਸੀ ਪਿੱਛੇ ਜੇ ਉਹ ਵੀਡੀਓ ਨੇ 5 ਸਾਲ ਪਹਿਲਾਂ ਰਿਕਾਰਡ ਕੀਤੀ ਆ ਕਿ ਜਿੱਦਨ ਮੇਰੇ 5 ਸਾਲ ਅਜ ਤੋਂ ਬਾਅਦ ਹੋਣਗੇ ਮੈਂ ਉਦੋਂ ਇਹ ਵੀਡੀਓ ਪਬਲਿਸ਼ ਕਰੂੰਗਾ ਠੀਕ ਆ ਉਹਦੇ ਚੋ ਬੈਠਾ ਵਿਚਾਰਾ ਕਾਊਂਟ ਕਰ ਰਿਆ ਵਾ ਮੇਰੇ ਸਬਸਕ੍ਰਾਈਬਰ ਕਹਿੰਦਾ 5000 ਹੋਣ ਵਾਲੇ ਆ ਠੀਕ ਆ ਬੜਾ ਖੁਸ਼ ਹੋ ਰਿਹਾ ਜਦੋਂ 5000 ਉਹ ਨੂੰ ਤੁਸੀਂ ਵੀਡੀਓ ਸੱਚ ਕਰੀਓ ਯਾਰ 5000 ਹਿੱਟ ਕਰਦਾ ਨਾ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਉਹਨੂੰ ਪਤਾ ਸੀ ਦੱਸ ਕਿ 5 ਸਾਲਾਂ ਬਾਅਦ ਜਦੋਂ ਮੈਂ ਇਹ ਵੀਡੀਓ ਅਪਲੋਡ ਕਰੂੰਗਾ ਅੱਜ ਮੇਰੇ 70 80 ਮਿਲਣ ਦਾ ਲੱਗੇ ਸਬਸਕ੍ਰਾਈਬਰ ਉਹਦੇ ਤੇ ਉਹ ਤਾਂ ਮਤਲਬ ਜੇ ਬਣਾਉਂਦਾ ਕੋਈ ਬਣਾਵੇ ਤੇ ਉਹਦੇ ਵਾਸਤੇ ਬਜਟ ਬਹੁਤ ਚਾਹੀਦਾ ਮੈਨੂੰ ਇਹਨਾਂ ਪਤਾ ਉਹ ਆਪਣਾ ਦੱਸਦਾ ਸੀ ਕਿ ਆਪਣੇ ਚੈਨਲ ਦਾ 100% ਜਿੰਨਾ ਰੈਵਨਿਊ ਆਉਂਦਾ ਨਾ ਬਾਦੂ ਆਉਂਦਾ ਨਾ ਉਹਨੂੰ ਬਹੁਤ ਰੈਵਨਿਊ ਆਉਂਦਾ ਬਿਲੀਅਨਸ ਦੇ ਵਿੱਚ ਗੱਲ ਹੁੰਦੀ ਉਹ ਸਾਰਾ YouTube ਦੇ ਵੀਡੀਓਸ ਤੇ ਖਰਚ ਦਿੰਦਾ ਆਪਣਾ ਜਿਹੜਾ ਜਿੰਨਾ ਰੈਵਨਿਊ ਆਉਂਦਾ ਵਾ ਤੇ ਉਹਨੂੰ ਪਿਛੇ ਪੈਸੇ ਦੀ ਕਮੀ ਵੀ ਪਈ ਸੀਗੀ ਫਿਰ ਉਹਨੇ ਤਿੰਨ ਚਾਰ ਚੈਨਲ ਹੋਰ ਖੋਲੇ ਹੁਣ ਆਪਣੀ ਉਹਨੇ ਵੀਡੀਓ ਹਿੰਦੀ ਡਬਸ਼ ਕਰਨੀਆਂ ਸ਼ੁਰੂ ਕਰਤੀਆਂ ਨੇ ਕਿ ਜਿਹੜੀ ਵੀਡੀਓ ਉਹਦੀ ਬਣਦੀਆਂ ਨੇ ਉਹਦੇ ਆਪਣਾ ਮਿਸਟਰ ਬੀਸਟ ਹਿੰਦੀ ਚੈਨਲ ਬਣਾਇਆ ਉਹ ਡਬ ਕਰਕੇ ਹਿੰਦੀ ਤੇ ਐ ਐदाईਦਰੀ ਚੀਜ਼ਾਂ ਕਰਦਾ ਰਹਿੰਦਾ ਉਹ ਤਾਂ ਐਂਡ ਬੰਦਾ ਵਾ ਪਤਾ ਕੀ ਚੱਕਰ ਆ ਜਿਵੇਂ ਉਹਨਾਂ ਨੇ ਨਾ ਕਈ ਬੰਦਿਆਂ ਨੇ ਵੀ ਇਹੋ ਜਿਹਾ ਬੋਲਡ ਸਟੈਪ ਲਾਇਆ ਜਿਨ੍ਹਾਂ ਨੇ ਆਪਣੀ ਨੌਕਰੀ ਛੱਡ ਗਏ ਹਨਾ ਉਧਰ ਹੀ ਫੋਕਸ ਹੋ ਗਏ ਮੈਂ ਹਿੰਦੀ ਨੂੰ ਹਿੰਦੀ ਨਾਲ ਗੱਲ ਕਰਦਾ ਨਾ ਹੂੰ ਹੂੰ ਇਹ ਹੋਈ ਹਿੰਦੀ ਮੈਨੂੰ ਕਹੂਗਾ ਇੰਦੀ ਕਹੂਗਾ ਤੂੰ ਉਦਨ ਚੱਲਣਾ ਵਾ ਜਦੋਂ ਕਹਿੰਦਾ ਤੂੰ ਆਪਣਾ ਕੰਮ ਛੱਡ ਕੇ YouTube ਤੇ ਹੋਇਆ ਇਹਦਾ ਵੀ ਕਹਿੰਦਾ ਛੱਡ ਦੇ ਸਾਰਾ ਕੁਝ YouTube ਤੇ ਹੋ ਜਾ ਕੇ ਤਾਂ ਵੇਖੀ ਤੇਰੀ ਚੱਲ ਪੈਣੀ ਹੈ ਕਹਿੰਦਾ ਕਹਿੰਦਾ ਤੇਰਾ ਹਲੇ ਹੈ ਨਹੀਂਗਾ ਧਿਆਨ ਕਹਿੰਦਾ ਤੂੰ ਆ ਦੋਆ ਬੇੜੀਆਂ 'ਤੇ ਸਵਾਰ ਕਹਿੰਦਾ ਜੇ ਇੱਕ ਝੋਮੇਗਾ ਤਾਂ ਫਿਰ ਗੱਲ ਬੰਨੀ ਮੈਂ ਫਰਾਵਾ ਅਜੇ ਨਹੀਂ ਮੈਂ ਕਹਿੰਦਾ ਜਦੋਂ ਕਿਤੇ ਮੈਨੂੰ ਲੱਗਾ ਵੀ ਓਕੇ ਕਿਉਂਕਿ ਮੈਂ ਨਾ ਮੈਂ ਪਤਾ ਕੀ ਕਰਨਾ ਚਾਹੁੰਦਾ ਮੈਂ ਅੱਜ ਹੀ ਨਾ ਨਵਤੇਜ ਭਾਈ ਨਾਲ ਫੋਨ 'ਤੇ ਗੱਲ ਕਰਦਾ ਸੀ ਠੀਕ ਹੈ ਮੈਂ ਨਾ ਮੇਰਾ ਮੇਰਾ ਜੀ ਇਹ ਕਰਦਾ ਵਾ ਮੈਂ ਲੈਣਾ ਮੋਟਰ ਹੋਮ ਲਵਾ ਤੇ ਉਹਦੇ ਵਿੱਚ ਆਪਣਾ ਸੈਟਅਪ ਕਰ ਲਾਂ ਆਹੀ ਦਿਨੇ ਮੈਂ ਘੁੰਮਾਂ ਸ਼ਾਮ ਤੱਕ ਹਨਾ ਤੇ ਘੁੰਮਦਾ ਘਮਾਉਂਦਾ ਮੈਂ ਕੁਝ ਵੀਡੀਓ ਰਿਕਾਰਡ ਕਰ ਲਾਂ ਉਹ ਬਾਅਦ ਚ ਮੈਂ ਆ ਕੇ ਆਪਣੇ ਬਹਿ ਕੇ ਉਹ ਚ ਮੋਟਰ ਹੋਮ ਚ ਜਾ ਕੇ ਸਾਰਾ ਦੱਸਾਂ ਵੀ ਅੱਜ ਕਿਹੜੀ ਕਿਹੜੀ ਥਾਂ ਵੇਖੀ ਤੇ ਨਾਲ ਉੱਪਰ ਵੀਡੀਓ ਚਲਾਵਾਂ ਤੇ ਜਿੱਥੇ ਮਰਜੀ ਸੌ ਜਾ ਸਵੇਰੇ ਫੇਰ ਉਠਾਂ ਸੈਲਫ ਮਾਰਾਂ ਹਰ ਕਿਸੇ ਦਾ ਖਾਪ ਤੇ ਹੋਈ ਹੁੰਦਾ ਹਰ ਕਿਸੇ ਦੀ ਜ਼ਿੰਦਗੀ ਇਹੋ ਹੀ ਚਾਹੁੰਦਾ ਵਾ ਬੀ ਇਹ ਹੋ ਜੀ ਹੋਵੇ ਮੈਨੂੰ ਨਾ ਨੇੜੇ ਲੱਗਦੀ ਆ ਵੀ ਇਹ ਪੋਸੀਬਲ ਹੈਗੀ ਆ ਚੀਜ਼ ਮੈਂ ਕਰ ਸਕਦਾ ਹਣਾ ਪਰ ਮੈਨੂੰ ਨਾ ਬਹੁਤਾ ਵੱਡੀ ਨਹੀਂ ਛਾਲ ਦੀ ਲੋੜ ਮੈਂ ਜਿੱਥੇ ਅਸਲ YouTube ਤੇ ਖਲੋਤਾ ਨਾ ਮੇਰੀ ਇਸ ਤੋਂ ਇਹ ਨਹੀਂ 10 ਗੁਣਾ ਗ੍ਰੋਥ ਹੋ ਗਈ ਮੇਰੀ 2 ਜਾਂ 3 ਗੁਣਾ ਗ੍ਰੋਥ ਹੋ ਗਈ ਨਾ ਤੇ ਮੈਨੂੰ ਪਤਾ ਵਾ ਵੀ ਉਹ ਲਾਈਫ ਪੋਸੀਬਲ ਹੈਗੀ ਆ ਤੇ ਉਹ ਕਈਰ ਜੀਤ ਕਰਦਾ ਵੀ ਚੱਲ ਇੱਥੇ ਇੰਨਾ ਕੁ ਰੈਵਨਿਊ ਆਉਣ ਲੱਪੇ ਨਾ ਫੇਰ ਇਹੋ ਜਿਹਾ ਆਪਾਂ ਕੰਮ ਕਰ ਲੈਣਾ ਸੋ ਇਦਾਂ ਹੀ ਆ ਚੱਲ ਯਾਰ ਬਸ ਹੋਣੀ YouTube ਦੀਆਂ ਗੱਲਾਂ ਹੋਰ ਇੱਕ ਇੱਕ लास्ट ਤੇ ਇੱਕ लास्ट ਤੇ ਗੱਲ ਕਰਦਾ ਚੱਲ ਤੂੰ ਕਰ ਲੈ ਹੁਣ ਬਚਾਈ ਹੋ ਕੋਈ ਨਹੀਂ ਨਹੀਂ ਵਧੀਆ ਜਿੱਦਾਂ ਜਿੰਦਗੀ ਤੁਸੀਂ ਕਹਿਆ ਨਾ ਇਦਾਂ ਇਹਦਾ ਹਰ ਕਦੇ ਲਈ ਇਹਦਾ ਸੱਚੀ ਬਈ ਇਹ ਹੁੰਦਾ ਯਾਰ ਮੈਂ ਘੁੰਮਾ ਫੇਰਾ ਘੁੰਮਣਾ ਕੋਣ ਨਹੀਂ ਜਾਂਦਾ ਬਟ ਨੈਟ ਦੇ ਸਾਥ ਆਪਣੀ ਜੇਬ ਬਸ ਲੋਕ ਕਰੇ ਤੇ ਇੱਕ ਹੋਰ ਗੱਲ ਜਦੋਂ ਕਈ ਆ ਕੇ YouTube ਤੇ ਕਹਿੰਦੇ ਨਾ ਕਿ ਭਈ ਆਪਾਂ ਮੈਨੂੰ ਬੜੇ ਮੈਸੀ ਕਰਦੇ ਭਾਈ ਮੈਂ ਆਹ ਕੈਮਰਾ ਲੈ ਲਿਆ ਇਹ ਨਾਲ ਮੇਰੀ ਵੀਡੀਓ ਵਧੀਆ ਹੋਊਗੀ ਜਾਇਦਾਂ ਨਾ ਬਈ ਖਰਚਾ ਕਰੋ ਜਿੱਦਾਂ ਤੁਹਾਨੂੰ ਰੈਵਨਿਊ ਆਉਣਾ ਸ਼ੁਰੂ ਹੋ ਗਿਆ ਫਿਰ ਉਤੋ ਜੋ ਮਰਜੀ ਲਈ ਜਾਓ ਆਪਣੇ ਪੱਲੇ ਕੋਚਾ ਕਰਕੇ ਕੋਈ ਫਾਇਦਾ ਨਹੀਂ ਫੋਨ ਦੀ ਵੀਡੀਓ ਵੀ ਬਹੁਤ ਵਧੀਆ ਅੱਜ ਕੱਲ੍ਹ ਤੇਆਂ ਦੀ ਜਿੰਨੇ ਬਣਾਉਣੀ ਆ YouTube ਲਈ ਜਿੰਨੇ ਆ ਮੈਂ ਹੁਣ ਕਹੀ ਸੀ ਹੁਣ ਮੈਂ ਨਾ ਨਹੀਂ ਲੈਂਦਾ ਇੱਕ ਦੋ ਹੈਗੇ ਯੂਟਿਊਬਰ ਉਹਨਾਂ ਦੇ ਬੜੇ ਸਬਸਕ੍ਰਾਈਬਰ ਆ ਉਹ ਇੱਕ ਵਾਰੀ ਮੈਨੂੰ ਪੁੱਛਣ ਲੱਪ ਪਏ ਹਨਾ ਵੀ ਕੈਮਰਾ ਆ ਮੈਂ ਲੈਣ ਲਗਾ ਹਾਂ ਲੈਂ ਲਗਾ ਉਹ ਮੈਂ ਕਹਾ ਭਰਾਵਾ ਫੋਨ ਤੋਂ ਪਰੇ ਕੁਝ ਨਹੀਂ ਹੈਗਾ ਵੀ ਫੋਨ ਤੁਹਾਡੇ ਕੋਲ ਆਲਵੇਜ਼ ਜੇਬ ਚਾਹ ਤੁਸੀਂ ਕਈ ਵਾਰੀ ਹੁਣ ਕੈਮਰਾ ਇੱਕ ਫੋਨ ਵੀ ਕੈਰੀ ਕਰੋਗੇ ਕਿ ਕੈਮਰਾ ਵੀ ਕੈਰੀ ਕਰੋਗੇ ਵੀ ਫੋਨ ਤੋਂ ਪਰੇ ਕੁਝ ਨਹੀਂ ਹੈਗਾ ਹੁਣ ਇਸ ਐਡ ਦੀ ਮੌਜੂਦਤ ਅੱਜ ਕੱਲ੍ਹ ਤੇ ਫੋਨ ਬ ਫੋਨ ਮੇ ਲੋ ਅੱਜ ਕੱਲ ਦੇ ਫੋਨਾਂ 'ਚ ਜੋ ਕੈਮਰਾ ਆ ਗਿਆ ਸਾਰਿਆਂ ਕੋ ਆਈਫੋਨ ਅੱਜ ਕੱਲ ਇੰਡੀਆ 'ਚ ਵੀ ਹੈਗਾ ਹੀ ਆ ਜਿਹੜੇ ਬੰਦੇ YouTube ਕਰਨਾ ਚਾਹੁੰਦੇ ਆ ਉਹਦੇ ਵੀ ਆ ਜਿਹੜੇ ਮਾਡਲ ਆ ਗੈਲੈਕਸੀ ਗਲੈਕਸੀ ਤੜੇ ਨੇ ਉਹਨਾਂ ਦੇ ਬਿਲਕੁਲ ਬਹੁਤ ਤੜੇ ਕੈਮਰੇ ਉਹਨਾਂ ਦੇ ਚਲੋ ਛੱਡੋ YouTube ਕੋਈ ਹੋਰ ਗੱਲ ਕਰਦੇ ਆ ਛੱਡੋ ਹੋਰ ਕਿੱਦਾਂ ਹੈ ਰ ਡਿਮੈਂਟਨ ਠੰਡ ਕਿੱਦਾਂ ਹੈ ਰ ਕੱਲੀ ਸنو ਸ਼ੁਰੂ ਹੋਈ ਬਈ ਅਜੇ ਤਾਂ ਬਹੁਤ 15 ਸੈਂਟੀਮੀਟਰ ਸنو ਪੈ ਗਈ ਇੱਥੇ ਤੇ ਕਿੰਨਾ ਮਾਈਨਸ ਹੈ ਅੱਜ 15 ਕੇ 20 ਨਹੀਂ ਮੈਂ -8 ਕਿਹਾ ਜੀ ਮੈਨੇ ਸ 3-4 ਲਾ ਕੇ ਆ ਬਟ ਹੁਣ ਅਗਲੇ ਵੀਕs ਸنو ਨਹੀਂ ਹੈਗੀ ਅਗਲੇ ਵੀਕ ਟੈਂਪਰੇਚਰ ਮਾਈਨਸ ਚ ਜਾਣਾ ਹੈ ਉਦੋਂ ਸنو ਨਹੀਂ ਹੈਗੀ ਵੈਦਰ ਦੇ ਹਿਸਾਬ ਨਾਲ ਹਾਂ ਮੈਂ ਕਿ ਕਦੇ-ਕਦੇ ਸنو ਦੇ ਵਿੱਚ ਤੁਹਾਨੂੰ ਪਤਾ ਵਾ ਕਦੇ-ਕਦੇ ਗਰਮ ਠੰਡ ਨਹੀਂ ਨਹੀਂ ਲੱਗਦੀ ਪਰ ਜਦੋਂ ਹੀਟ ਕੋ ਚੱਲਦੀ ਹੁੰਦੀ ਨਾ ਕਹਿੰਦਾ ਫ੍ਰੀਜ਼ਿੰਗ wind ਚੱਲਦੀ ਹੁੰਦੀ ਆ ਉਹਦੇ ਚ ਲੱਗਦੀ ਹੁੰਦੀ ਕਰੇ ਉਹ ਅਗਲੇ ਵੀਕ ਹੈਗੀ ਇੱਥੇ ਆਪਣੇ ਐਡਮਿੰਟਨ ਚ ਤੇ ਬਲੈਕ ਆਈਸ ਹੈਗੀ ਆ ਤੇ ਹੁਣ ਮੈਂ ਕੱਲ ਦਾ ਹੀ ਘਰੋਂ ਨਹੀਂ ਨਿਕਲਿਆ ਮੈਂ ਤਾਂ ਕਰੀ ਬੈਠਾ ਕੱਲ ਦਾ ਸਦੋਂ ਲਈ ਆ ਮੇਰਾ ਕੰਮ ਵੀ ਕਰੋ ਜੀ ਜਾਂਦੀ ਯਾਰ ਇਹ ਵੀ ਗੱਲ ਸਹੀ ਹੈ ਬਰਫਣਾ ਬਿਲਕੁਲ ਤੇ ਨਹੀਂ ਵੇਖੀ ਉਹ ਜਿੱਦਾਂ ਮੈਂ ਨਾ ਜਦੋਂ ਨਵਾਂ ਨਵਾਂ ਆਇਆ ਸਪੇਨ ਆਇਆ ਠੀਕ ਹੈ ਤੇ ਅਹੀਂ ਜਿੱਥੇ ਰਹਿੰਦੇ ਹਾਂ ਵੀ ਮੋਸ ਸਪੇਨ ਦੀ 70% ਪਾਪੂਲੇਸ਼ਨ ਵਿਚਾਂ-ਬੂਚਾਂ ਦੇ ਰਹਿੰਦੀ ਹੈ ਹਨਾ ਵੀ ਜਿੱਥੇ ਸਨੋ ਕਟ ਆਲਮੋਸਟ ਉਹਨਾਂ ਥਾਵਾਂ ਤੇ ਨਹੀਂ ਪੈਂਦੀ ਠੀਕ ਹੈ ਤੇ ਸੋ ਇਸੇ ਕਰਕੇ ਜਦੋਂ ਨਾ ਲੋਕੀ ਮੈਜਨ ਕਰਦੇ ਆ ਲੋਕੀ ਇਹ ਹੀ ਮੈਜਨ ਕਰਦੇ ਵੀ ਸ਼ਾਇਦ ਸਪੇਨ ਸਾਰਾ ਹੀ ਗਰਮਾ ਸਪੇਨ ਦੇ ਵਿੱਚ ਕਿਤੇ ਵੀ ਹਨਾ ਵੀ ਠੰਡ ਨਹੀਂ ਪੈਂਦੀ ਜਾਂ ਬਰਫ਼ ਨਹੀਂ ਪੈਂਦੀ ਤੇ ਭਰਾਵਾ ਮੈਂ ਜਦੋਂ ਨਵਾਂ ਨਵਾਂ ਇੱਥੇ ਆਇਆ ਤਾਂ ਇਹੋ ਇਹੋ ਹੀ ਪਰਸੈਪਸ਼ਨ ਇੰਡੀਆ ਵੀ ਇਹ ਸਾਰਿਆਂ ਦੀ ਤੇ ਮੇਰੇ ਭੂਆ ਦਾ ਮੁੰਡਾ ਸੀ ਉਹ ਏਸੇ ਗੱਲੋਂ ਸੀ ਕਹਿੰਦਾ ਭਾਜੀ ਤੁਸੀਂ ਕਿਹੜੇ ਬਾਹਰਲੇ ਮੁਲਕ ਚਲੇ ਗਏ ਕਹਿੰਦਾ ਨਾ ਇਹਨਾਂ ਦੀ ਉਹ ਉਹ ক্রিকেট ਖੇਡਦਾ ਹੁੰਦਾ ਸੀ ਕਲੱਬ ਵੱਲੋਂ ਕਹਿੰਦਾ ਨਾ ਇੱਥੇ ਸਨੋਪੈਂਦੀ ਨਾ ਇਹਨਾਂ ਦੀ ਕ੍ਰਿਕਟ ਟੀਮ ਆ ਮੈਂ ਕਹਿੰਦਾ ਸਹੀ ਹੈ ਮੈਂ ਤੇਰੇ ਹਿਸਾਬ ਨਾਲ ਜਦੋਂ ਮੈਂ ਉਦੋਂ ਆਇਆ ਹਾਂ ऑस्ट्रेलिया ਦਾ ਪੂਰੀ ਤਾਕਤ ਵਾਲੀ ਟੀਮ ਹੁੰਦੀ ਮੈਂ ਤੇਰੇ ਹਿਸਾਬ ਨਾਲ ਸਭ ਤੋਂ ਬੈਸਟ ਪਲੇਸ ऑस्ट्रेलिया ਵਾ ਮੇਰੇ ਆਸਤੇ ਹੈ ਮੈਂ ਉਹਨਾਂ ਦੀ ਟੀਮ ਤਗੜੀ ਹੁੰਦਾ ਨਾ ਕਿ ਜਿਹੜੀ ਸ਼ੌਂਕ ਜਿਹੜੀ ਚੀਜ਼ ਆ ਰੋਸ ਆਹੋ ਆਹੋ ਅਸੀਂ ਨਾ ਆ ਮੈਂ ਸ਼ਾਇਦ ਗੱਲ ਪਤਾ ਨਹੀਂ ਕਦੀ ਦੱਸੀ ਕਿ ਨਹੀਂ ਅਹੀਂ ਨਾ ਖੇਤੀ ਦਾ ਕੰਮ ਕਰਦੇ ਹੁੰਦੇ ਸੀ ਸ਼ੁਰੂ ਦੇ ਮੈਂ 3-4 ਸਾਲ ਉਹ ਕੰਮ ਕੀਤਾ ਓਕੇ ਓਕੇ ਠੀਕ ਉਦੋਂ ਨਾ ਹੀ ਜੇ ਸਨੋ ਸਰਾ ਨਹੀਂ ਦੇਖੀ ਠੀਕ ਹੈ ਖੇਤੀ ਦਾ ਕੰਮ ਵੀ ਸਿਆਲਾਂ ਚ ਵੀ ਚੱਲਦਾ ਰਹਿੰਦਾ ਉਹ ਸਲਾਸ ਨੂੰ ਵੱਢੀਦਾ ਸੀ ਤੇ ਸਨੋਂ ਨਹੀਂ ਕਦੀ ਦੇਖੀ ਠੀਕ ਹੈ ਤੇ ਅਸੀਂ ਨਾ ਇੱਕ ਚੱਕਰ ਇਹ ਹੁੰਦਾ ਸੀ ਕਿ ਉਹ ਨਾ ਅਸੀਂ ਸਾਨੂੰ ਪਤਾ ਹੁੰਦਾ ਸੀ ਸਿਆਲਾਂ ਚ ਮੀਂਹ ਪੈਂਦੇ ਆ ਕਈ ਏਰੀਆ ਚ ਜ਼ਿਆਦੇ ਤੇ ਅਸੀਂ ਆਪਣੀਆਂ ਜਿਹੜੀਆਂ ਕਟਾਂ ਜਾਂ ਚ ਰੋਟੀ ਵਗੈਰਾ ਕੋਈ ਲੈ ਜਾਂਦਾ ਹੁੰਦਾ ਸੀ ਨਾ ਅਸੀਂ ਉਹਦੇ ਵਿੱਚ ਆਪਣੀਆਂ ਬਰਸਾਤੀਆਂ ਵੀ ਲੈ ਕੇ ਜਾਂਦੇ ਹੁੰਨੇ ਸੀ ਕਿਉਂਕਿ ਇਹ ਨਹੀਂ ਸੀ ਹੁੰਦਾ ਕਿ ਮੀਂਹ ਪੈਣ ਲੱਪਿਆ ਤੇ ਤੁਸੀਂ ਬਹਿ ਜਾਣਾ ਉਹ ਕਿਉਂਕਿ ਆਰਡਰ ਆਇਆ ਹੁੰਦਾ ਸੀ ਵੀ ਆੜਾ ਇੱਕ 5 26 ਪੈਲੇਟ ਆੜੇ ਸਲਾਦ ਦੇ ਵੱਢ ਕੇ ਭੇਜਣੇ ਭੇਜਣੇ ਆ ਵੀ ਇਹ ਉਹ ਉਹਨਾਂ ਨੇ ਗਾਂ ਪੈਸੇ ਫੜੇ ਹੁੰਦੇ ਸੀ ਹਨਾ ਕੰਪਨੀਆਂ ਨੇ ਵੀ ਇਹ ਇੱਕ ਟਰੱਕ ਸਲਾਦ ਦਾ ਉੱਥੇ ਜਾਣਾ ਉੱਥੇ ਜਾਣਾ ਤੇ ਉਹ ਅਸੀਂ ਬਰਸਾਤੀਆਂ ਵਗੈਰਾ ਕੋਲੀ ਰੱਖੀ ਦੀਆਂ ਅਸੀਂ ਸੋ ਉਹ ਜੇ ਮੀਂਹ ਪੈਣ ਲੱਪਿਆ ਫਿਰ ਬਰਸਾਤੀਆਂ ਪਾ ਕੇ ਵੱਟਣ ਲੱਪੈਣਾ ਨਾ ਤੇ ਇਹ ਪ੍ਰੋਬਲਮ ਇਹ ਹੁੰਦੀ ਹੈ ਇਸੇ ਕਰੋਂ ਡਰੀਦਾ ਹੁੰਦਾ ਹੈ ਕਿ ਹਾਏ ਰੱਬਾ ਮੀਂਹ ਆ ਪਵੇ ਕਿਉਂ ਕਿਉਂਕਿ ਜੇ ਮੀਂਹ ਪੈਣ ਲੱਪਿਆ ਅਦਰਵਾਈਜ਼ ਨਾ ਅਸੀਂ ਜਿੱਦਾਂ ਇੱਕ ਇੱਕ ਮਸ਼ੀਨ ਜੀ ਚੱਲਦੀ ਹੁੰਦੀ ਆ ਤੇ ਉਹਦੇ ਅੱਗੇ ਵੱਢ ਵੱਢ ਕੇ ਨਾ ਫੁੱਲ ਜੇ ਤੇ ਉਹ ਮਸ਼ੀਨ ਤੇ ਰੱਖੀ ਜਾਂਦੀ ਏ ਉਹ ਕੁੱਪੀਆਂ ਜੀਆਂ ਘੁੰਮ-ਘੁੰਮ ਕੇ ਨਾ ਉਹ ਪਿੱਛੇ ਜਾਂਦੀਆਂ ਵਾ ਪਿੱਛੇ ਜਿਹਦੇ ਵਿੱਚ ਨਾ ਅ ਟਰਾਲੀ ਜੀ ਟਾਈਪ ਹੁੰਦਾ ਉਹਦੇ ਵਿੱਚ ਉਹਨੂੰ ਪੈਕ ਕਰੀ ਜਾਂਦੇ ਰਹਿੰਦੇ ਠੀਕ 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 ਸੁਣੀਆ ਉਹ ਚੱਕਰੇ ਇਹ ਹੋ ਜਾਂਦਾ ਕਿ ਜਦੋਂ ਮੀਂਹ ਪੈ ਜਾਂਦਾ ਸੀ ਨਾ ਤਾਂ ਉਹ 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 ਖੁੱਬਣ ਲੱ ਪੈਂਦੀਆਂ ਮਸ਼ੀਨਾ ਉਹ ਮਸ਼ੀਨਾ ਕਰ ਦਿੰਦੇ ਹੁੰਦੇ ਸੀ ਬੰਦ ਉਹ ਕਹਿੰਦੇ ਹੁੰਦੇ ਸੀ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਆ ਪਲਾਸਟਿਕ ਦੇ ਕੈਰਟਾਂ 'ਚ ਵੱਟ-ਵੱਟ ਕੇ ਨਾ ਤੇ ਇਹ ਤੁਸੀਂ ਬਾਹਰ ਕੱਢਣੇ ਆ ਕੈਰਟ ਵੀ ਪੱਕੀ ਸੜਕ ਦੇ ਉਧਰੋਂ ਕੱਢਣੇ ਹੁਣ ਅਸੀਂ ਉਹ ਬੋਤੇ ਜੇ ਪਾਲੀ ਦੇ ਸੀ ਪਲਾਸਟਿਕ ਦੇ ਹੁਣ ਗਿੱਲੇ ਹੋਣੇ ਪੈਰ ਉਹ ਚੱਕੜ ਇਹ ਨਾ ਇਹ ਨਾ ਪੈਰਾਂ ਨੂੰ ਲੱਗ ਜਾਂਦਾ ਹੁੰਦਾ ਸੀ ਹਨ ਵੀ ਉਹ 15 20 ਕਿਲੋ ਭਾਰ ਵੱਜ ਜਾਂਦਾ ਹੁੰਦਾ ਸੀ ਅਸੀਂ ਸਾਨੂੰ ਇਹ ਕਿਲੋ ਬੜਾ ਦੁਖੀ ਹੋਈਦਾ ਸੀ ਤੇ ਇੱਕ ਰੀ ਨਾ ਕੀ ਚੱਕਰ ਹੋਇਆ ਕਿ ਮੀਂਹ ਹੀ ਬੜਾ ਪਵੇ ਇੱਕ ਰਾਤ ਨਾਲ ਕੰਟੀਨਿਊ ਮੀਂਹ ਪਈ ਗਿਆ ਪਈ ਗਿਆ ਅਸੀਂ ਕਿਹਾ ਮਿੱਤਰੋ ਅੱਜ ਤੇ ਨਹੀਂ ਮੈਂ ਕਿਹਾ ਵੀ ਵੀ ਅੱਜ ਨਹੀਂ ਆਪਾਂ ਖੁਸ਼ੀ ਹੁੰਦੀ ਸੀ ਕੰਮ ਤੋਂ ਛੁੱਟੀ ਹੋ ਜਾਏ ਹਨ ਅਸੀਂ ਇੰਨੇ ਖੁਸ਼ ਹੋਣਾ ਕਿਉਂਕਿ ਉਹਦੇ ਟਾਈਮ ਦੇ ਵਿੱਚ ਨਾ ਖੇਤੀ ਦਾ ਕੰਮ ਬਹੁਤ ਹੁੰਦਾ ਸੀ ਕਈ ਵਾਰੀ ਨਾ ਉਹਨਾਂ ਨੂੰ ਪਤਾ ਵੀ ਹੁੰਦਾ ਸੀ ਕਿ ਇਹ ਇੰਡੀਆ ਨਹੀਂ ਨਾ ਉਹ ਕਰਦੇ ਕੰਮ ਤੋਂ ਉਹਨਾਂ ਨੇ ਸਾਨੂੰ ਕਿ ਸ਼ਨੀਚਰਵਾਰ ਤੋਂ ਲਵਾਉਣੇ ਲਵਾਣਾ ਐਤਵਾਰ ਵੀ ਕਹਿੰਦੇ ਹੁੰਦੇ ਸੀ ਆ ਜਿਓ ਠੀਕ ਹੈ ਠੀਕ ਹੈ ਅਸੀਂ ਨਾਮ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਅਸੀਂ ਕੱਚੇ ਹੁੰਨੇ ਹਾਂ ਅਸੀਂ ਜੇ ਹੁਣ ਠੇਕੇਦਾਰ ਜੜ ਸਾਨੂੰ ਲੈ ਕੇ ਜਾਂਦਾ ਇਹ ਨੂੰ ਕਹਦੀਏ ਭਾਈ ਇਹ ਨਹੀਂ ਹੋਣਾ ਉਹ ਅਗਲਾ ਕਹਿੰਦਾ ਸੀ ਓਕੇ ਜੇ ਅੱਜ ਨਹੀਂ ਹੋਣਾ ਤਾਂ ਕੱਲ ਨੂੰ ਨਾਈ ਸਹੀ ਹੈ ਫਿਰ ਘਰੇ ਰਹੀ ਸਹੀ ਹੈ ਅਹੀਂ ਨਾ ਅਹੀਂ ਕਿ ਆ ਵੀ ਲੈ ਵੀ ਅੱਜ ਜਾਣ ਬਜ ਜਾਣੀ ਮੀਂਹ ਬੜਾਈ ਪਿਆ ਹੀ ਰਾਤ ਦਾ ਤੇ ਮੈਂ ਕਾ ਉੱਥੇ ਤੇ ਖੇਤਾਂ 'ਚ ਪਾਣੀ ਪਾਣੀ ਹੋਣਾ ਅੱਜ ਤੇ ਉਹ ਤੁਰ ਕੇ ਵੀ ਵੱਢਣ ਵਾਲਾ ਕੰਮ ਨਹੀਂ ਹੋਣਾ ਤੇ ਅਸੀਂ ਗਏ ਉਹ ਬਾਤ ਨਹੀਂ ਕਹਿੰਦੇ ਜਾਣਾ ਮੈਂ ਬੱਸ ਆ ਗਈ ਜੀ ਕਹਿੰਦੇ ਫੋਨ ਆ ਗਿਆ ਵੀ ਜਾਣਾ ਵਾ ਭਾਈ ਆਰਡਰ ਬਹੁਤ ਜ਼ਰੂਰੀ ਆ ਓਕੇ ਠੀਕ ਹੈ ਅਸੀਂ ਆ ਗਏ ਅਸੀਂ ਉੱਥੇ ਨਾ ਜਿੱਥੋਂ ਸਟਾਪ ਤੋਂ ਸਾਨੂੰ ਚੱਕਣਾ ਹੁੰਦਾ ਜਿੱਦਾਂ ਤੁਸੀਂ ਉਹ ਦੇ ਵੇਖਿਆ ਨਾ ਇੰਗਲੈਂਡ 'ਚ ਵੀ ਇਦਾਂ ਦੇ ਚੌਂਕ ਜੇ ਬਣੇ ਆ ਜਿੱਥੇ ਲੇਬਰ ਜਾਂਦੀ ਐ ਲੇਬਰ ਵੀ ਉੱਥੇ ਪੱਸਾ ਹਾਂ ਲੇਬਰ ਚੌਂਕ ਜੇ ਤੇ ਗਏ ਉੱਥੇ ਆਈ ਬੱਸ ਸਾਨੂੰ ਚੱਕ ਕੇ ਲੈ ਗਈ ਤੇ ਉੱਥੇ ਜਦੋਂ ਗਏ ਆ ਜੀ ਉਹਨਾਂ ਨੇ ਪਹਿਲਾਂ ਤਾਂ ਮਸ਼ੀਨ ਮਸ਼ੂਨ ਪਾਉਣ ਦੀ ਕੋਸ਼ਿਸ਼ ਕੀਤੀ ਖੁੱਬ ਖੱਬ ਗਈ ਉਹ ਵੀ ਹਨ ਅਸੀਂ ਆਪ ਬਾਹਰ ਖੜੋਤੇ ਦਵਾਵਾਂ ਕਰ ਗਏ ਹਾ ਵਾ ਰੱਬਾ ਖੁੱਬ ਗਈ ਸ਼ੁਕਰ ਕਰੇ ਚੱਲਾਂਗੇ ਹਨ ਫਿਰ ਉਹਨਾਂ ਨੇ ਵੇਖਿਆ ਵੀ ਯਾਰ ਪਾਣੀ ਜ਼ਿਆਦਾ ਵੈ ਗੱਲ ਬਾਨੀ ਨਹੀਂ ਉਹਨਾਂ ਨੇ ਸਾਨੂੰ ਕਹਿੰਦੇ ਜਾਓ ਮੇਰੇ ਖਿਆਲੋਂ ਉਹਨਾਂ ਨੇ ਸਾਨੂੰ ਆਗਿਆ ਜੀ ਨਹੀਂ ਦਿੱਤੀ ਅਸੀਂ ਆਪ ਹੀ ਨਾ ਸਾਰੇ ਜਾਣੇ ਵੀ ਉਹਨੂੰ ਲੈ ਕੇ ਠੇਕੇਦਾਰ ਨੂੰ ਨਾ ਸਲਾਮਾਂ ਜੀ ਕਰਕੇ ਵੀ ਇਹ ਤੇ ਨਹੀਂ ਚੱਲਣਾ ਅਸੀਂ ਭਰਾਵਾ ਬਸ ਉਹਨੂੰ ਕਹਿ ਕੇ ਬਸ ਵਾਲੇ ਨੂੰ ਫੇਰ ਅਸੀਂ ਪਿੰਡ ਨੂੰ ਵਾਪਸ ਆ ਗਏ ਅੱਜ ਘਰੇ ਜਾ ਕੇ ਬੂਡਬਾਰਡ ਲਾਏ ਆ ਉਹ ਕਹਿੰਦੇ ਭਰਾਵੋ ਤੁਸੀਂ ਮੂੰਹ ਚੱਕ ਕੰਪਨੀ ਦਾ ਫੇਰ ਫੋਨ ਆ ਗਿਆ ਵੀ ਉਹ ਤਾਂ ਆਰਡਰ ਆ ਜੋ ਵੱਡਣਾ ਜਿਹੜੀ ਮਰਜ਼ੀ ਹਲਾਤ ਦੇ ਵਿੱਚ ਜਿਹੜੀ ਮਰਜ਼ੀ ਲਾ ਦੋ ਇਹ ਨਹੀਂ ਇਹ ਬਹੁਤ ਇੰਪੋਰਟੈਂਟ ਆ ਹੈਗਾ ਯਾਰ ਫੇਰ ਬੜਾ ਗੁੱਸਾ ਚੜਿਆ ਨਾ ਘਰੇ ਗਿਆ ਨੂੰ ਫੇਰ ਤੁਸੀਂ ਆਪਣੀ ਮਰਜ਼ੀ ਨਾਲ ਆ ਗਏ ਸੀ ਮੈਂ ਲਾਈਆਂ ਹੀ ਫੇਰ ਹੈਂ ਤੁਸੀਂ ਆਪਣੀ ਮਰਜ਼ੀ ਨਾਲ ਆ ਗਏ ਸੀ ਛੱਡ ਕੇ ਉਧਰੋਂ ਮਲ ਕੇ ਵਾਪਸ ਉਹ ਅਹੀਂ ਉਹੀ ਨਾ ਹੈਗਾ ਵੀ ਨਹੀਂ ਹੋਣਾ ਉੱਥੇ ਜਿਹੜੇ ਉਹ ਜਿਹੜੇ ਵਰਕਰ ਸੀ ਉਹਨਾਂ ਦੇ ਵੀ ਹਨਾ ਕੋਈ ਟਰੈਕਟਰ ਚਲਾਉਣ ਵਾਲਾ ਉਹ ਵੀ ਉਹ ਵੀ ਕਰੀ ਜਾਣ ਗੱਲਾਂ ਕਰੀ ਜਾਣ ਕਹਿੰਦੇ ਨਹੀਂ ਅੱਜ ਨਹੀਂ ਪੋਸੀਬਲ ਅੱਜ ਨਹੀਂ ਕੰਮ ਹੋਣਾ ਅੱਜ ਨਹੀਂ ਕੰਮ ਹੋਣਾ ਅਸੀਂ ਤੇ ਮੰਨ ਕੇ ਮੰਨ ਕੇ ਜੇ ਮੰਨ ਜੇ ਲਿਆ ਤਾਂ ਅਸੀਂ ਆ ਗਏ ਅੱਛਾ ਜੀ ਉਹ ਜਦੋਂ ਫੋਨ ਆ ਗਿਆ ਵਾਪਸ ਫੇਰ ਕਹਿੰਦੇ ਜਾਣਾ ਪੈਣਾ ਮੈਂ ਕਿਹਾ ਚਲੋ ਜੀ ਅਸੀਂ ਫੇਰ ਸਾਡੀ ਕੀ ਹੁੰਦਾ ਸੀ ਕਰਦ ਹੁੰਦੀ ਸੀ ਇਹ ਕਰਦਾ ਵੀ ਭਰਾਵਾ ਜਿਵੇਂ ਐਡੀ ਐਡੀ ਲੰਮੀ ਕਰਦਾ ਉਹ ਉਹਨਾਂ ਨਾਲ ਅਸੀਂ ਰੱਸੀ ਪਾ ਕੇ ਤੇ ਉਹ ਟੇਬਲ 'ਤੇ ਢੇ ਦੀ ਵੀ ਇਦਾਂ ਗੁੱਟ ਤੇ ਲਮਕਾਈਆਂ ਨਹੀਂ ਕਰਦਾ ਅਸੀਂ ਤਾਂ ਪੂਰੇ ਉਹਦੇ ਰਜਨੀ ਘਾਤਾਂ ਨੂੰ ਸਲਾਦ ਵੱਢੀ ਦਿੰਦੇ ਇਦਾਂ ਹੱਥ ਆਇਆ ਨਾ ਇੱਧਰ ਵੇਖੀ ਇਦਾਂ ਐ ਕਰਕੇ ਹੱਥ 'ਚ ਕਰਦ ਲੈਣੀ ਫਿਰ ਐ ਵੱਢਣਾ ਹਨਾ ਫਿਰ ਛੱਡ ਦੇਣਾ ਫਿਰ ਐ ਕਰਨਾ ਫਿਰ ਕਰਦਾ ਹੱਥ ਜਾਏ ਨਹੀਂ ਇਦਾਂ ਇਹੋ ਜਿਹਾ ਹੁੰਦਾ ਸੀ ਸਾਡੀ ਉੱਥੇ ਦੌਲਤ ਅਸੀਂ ਛੁਰੀਆਂ ਹੀ ਸਾਹਦੇ ਫਿਰ ਦਿੰਦੇ ਸੀ ਭਰਾਵਾ ਬੜਾ ਹਸੀਦਾ ਹੁੰਦਾ ਸੀ ਸਾਡਾ ਇੱਕ ਮੁੰਡਾ ਮੇਰਾ ਯਾਰ ਦਸ ਹੁੰਦਾ ਸੀ ਉਹਨੇ ਕਹਣਾ ਓਏ ਸ਼ਰਮ ਕਰੋ ਓਏ ਉਹ ਕਿੱਲਿਆਂ ਦੇ ਮਾਲਕ ਉਹ ਪਿੱਛੇ ਕੰਜਰਦੇ ਉਹ ਕਰਦਾ ਪਿੱਛੇ ਲੜ ਪੈਨੇ ਆ ਇਹੀ ਕਹਿੰਦੇ ਨੇ ਦੇਹੀ ਨਾ ਉਹ ਮੇਰੀ ਕਰਦ ਤੇ ਆ ਨਿਸ਼ਾਨ ਆ ਮੇਰੀ ਕਰਦ ਕਿੰਨੇ ਲੈ ਲਈ ਆ ਇਹ ਇਹੋ ਜੀਆਂ ਲੜਾਈਆਂ ਹੀ ਬੜੀਆਂ ਪੈਂਦੀਆਂ ਹੁੰਦੀਆਂ ਨੇ ਇਹ ਭਰਾਵਾ ਠੀਕ ਆ ਠੀਕ ਕਰਦਾ ਜੀ ਉਹ ਆ ਗਿਆ ਫੋਨ ਅਸੀਂ ਚਲੇ ਗਏ ਭਰਾਵਾ ਲੱਗ ਪਏ ਮੀਂਹ ਚ ਵੱਢਣ ਅਸੀਂ ਸੱਚ ਪੁੱਛੀ ਬਾਅਦ ਦੇ ਵਿੱਚ ਨਾ ਜਦੋਂ ਅਸੀਂ ਦੂਸਰੀ ਵਾਰ ਹੀ ਗਏ ਬਹੁਤੇ ਜਾਣੇ ਆਪਣੀਆਂ ਬਰਸਾਤੀਆਂ ਵੀ ਨਹੀਂ ਲੈ ਕੇ ਗਏ ਵੀ ਵੱਡਿਆ ਹੀ ਨਹੀਂ ਜਾਣਾ ਯਾਰ ਐਵੇਂ ਲੱਗੇ ਗੋਰੇ ਪਾਗਲ ਹੋਏ ਆ ਵੀ ਆਪਾਂ ਆ ਜਾਣਾ ਵਾ ਸਾਰੇ ਆਪਣੀਆਂ ਨਾ ਇੱਕ ਇੱਕ ਟੀ-ਸ਼ਰਟਾਂ ਹੀ ਪਾ ਕੇ ਚਲੇ ਗਏ ਕੋਈ ਠੰਡ ਵਾਲਾ ਵੀ ਨਹੀਂ ਸਮਾਨ ਲੈ ਕੇ ਗਿਆ ਠੀਕ ਆ ਤੇ ਐਵੇਂ ਹਣਾ ਵੀ ਇਹ ਤਾਂ ਹੋਣਾ ਹੀ ਨਹੀਂ ਯਾਰ ਅੱਜ ਕੰਮ ਹਣਾ ਚਲੋ ਇਹ ਗੋਰੀਆਂ ਦੇ ਮਤ ਵੱਜੀ ਆ ਚਲੋ ਅਸੀਂ ਉੱਥੇ ਗਏ ਜੀ ਉਹ ਕਹਿੰਦੇ ਨਹੀਂ ਵੱਡਣਾ ਪੈਣਾ ਵੱਡਣ ਲੱਪੇ ਸਲੋ ਸਲਾ ਹਣਾ ਜਿੱਦਾਂ ਦਾ ਚਿੱਕੜ ਚ ਕੰਮ ਹੋਵੇ ਕਰੀ ਗਏ ਪਹਿਲਾਂ ਤਾਂ ਹੋ ਗਿਆ ਭਰਾਵਾ ਮੀਂਹ ਸਟਾਰਟ ਮੀਂਹ ਚ ਗਿੱਲੇ ਹੋਏ ਦੋ ਚਾਰਾਂ ਕੋ ਜਿੰਨਿਆਂ ਕੋ ਬਰਸਾਤੀਆਂ ਹੋਣਾਂ ਨੇ ਪਾਲੀਆਂ ਬਾਕੀ ਅਸੀਂ ਗਿੱਲੇ ਹੋਈ ਜਾਈਏ ਵੱਡੀ ਜਾਈਏ ਇਸ ਰਾਤ ਵੱਡੀ ਚਾਈਏ ਉਹ ਭਰਾਵਾ ਮੀਂਹ ਦੋ ਇੱਕ ਦਮ ਹੀ ਉਦੋਂ ਪਹਿਲੀ ਸنو ਹੀ ਉਹ ਅਸੀਂ ਵੇਖੀ ਊੜੇ ਰੀਏ ਸنو ਪੈਂਦੀ ਨਹੀਂ ਨਾਰਮਲੀ ਅਸੀਂ ਉਧਰ ਵੀ ਉਧਰ ਪੈਨ ਲਾਪੀ ਸਨੋ ਪੈਨ ਪੇ ਅਸੀਂ ਟੀ-ਸ਼ਰਟਾਂ ਹੀ ਪਾਈਆਂ ਤੇ ਲੈ ਵੀ ਲੱਗ ਪਈਆਂ ਕੁਲਫੀਆਂ ਜੰਮਣ ਮੇਰੀਆਂ ਉਂਗਲਾਂ ਵੀ ਸੋਜ ਗਏ ਨਾ ਕਟੀਆਂ-ਕਟੀਆਂ ਹੋ ਗਈਆਂ ਉਂਗਲਾਂ ਸੋਜ ਗਈਆਂ ਹੱਥ ਸੋਜ ਗਏ ਇਹ ਹਨਾ ਦੋ ਕੇ ਜਾਣੇ ਇੱਕ ਤਾਂ ਸਾਡੇ ਚੋਂ ਕੰਬੀ ਜਾਵੇ ਹਨਾ ਕੰਬੀ ਜਾਵੇ ਤੇ ਅਸੀਂ ਉਹਨੂੰ ਭਰਾਵਾ ਜਾ ਕੇ ਟਰੈਕਟਰ ਵਾਲੇ ਦੀ ਮਿੰਤ ਕੀਤੀ ਹੈਗੀਆ ਭਰਾਵਾ ਟਰੈਕਟਰ ਸਟਾਰਟ ਕਰ ਤੋ ਉਹਨੂੰ ਇੰਜਨ ਲੱਗੇ ਭਾਇਆ ਭਰਾਵਾ ਟਰੈਕਟਰ ਸਟਾਰਟ ਕਰਕੇ ਵੀ ਉਹਨੂੰ ਇੰਜਨ ਦਾ ਸੇਕ ਆਵੇ ਤੇ ਉਹ ਸਾਰੀ ਦਿਹਾੜੀ ਉੱਥੇ ਬੈ ਉਹਨੂੰ ਉੱਥੇ ਹੀ ਬਾਹ ਛੱਡਿਆ ਸੀ ਹੈਗਾ ਤੂੰ ਭਰਾਵਾ ਇੱਥੇ ਬਹਿ ਤੂੰ ਨਾ ਕਦੇ ਕੰਮ ਹੋ ਜੇ ਅਸੀਂ ਉਹੜੀ ਡੀਪ ਭੈੜੀ ਬਰਫ਼ ਲੱਗੀ ਸੀ ਨਾ ਹੈ ਨਹੀਂ ਪਹਿਲੀ ਸਨੋਵ ਉਹ ਵੇਖੀ ਸੀ ਮੇਰੇ ਖਿਆਲ ਦੇ ਨਾਲ ਤੇ ਖੇਤਾਂ ਦੇ ਵਿੱਚ ਵੇਖੀ ਸੀ ਘਰੇ ਜਾ ਕੇ ਵੀ ਕਿਸੇ ਦੀਆਂ ਉਂਗਲਾਂ ਨਾ ਹਿੱਲਣ ਭਰਾਵਾ ਹੌਲੀ ਹੌਲੀ ਸੋਜ ਲੱਥੀ ਹੱਥਾਂ ਹੱਥਾਂ ਤੋਂ ਫਿਰ ਸੂਤ ਆਇਆ ਕੰਮ ਤੁਹਾਡੇ ਲਈ ਤਾਂ ਪਹਿਲੀ ਸਨੋ ਮਾੜੀ ਰਹੀ ਹੈ ਨਾ ਨਹੀਂ ਤਾਂ ਲੋਕੀ ਬੜੀ ਖੁਸ਼ ਹੁੰਦੇ ਪਹਿਲੀ ਸਨੋ ਦੇਖ ਕੇ ਜ਼ਿੰਦਗੀ 'ਚ ਕਿ ਮੈਂ ਪਹਿਲੀ ਸਨੋ ਦੇਖੀ ਹਾਂ ਉਸ ਤੋਂ ਬਾਅਦ ਫਿਰ ਮੈਂ ਵੇਖੀ ਭਰਾਵਾ ਪੋਲੈਂਡ ਜਾ ਕੇ ਫਿਰ ਉਦ ਅਕਤੂਬਰ ਜਿਹੇ ਮਹੀਨੇ 'ਚ ਮੈਂ ਗਿਆ ਸੀ ਉਦੋਂ ਪੋਲੈਂਡ ਆਈ ਥਿੰਕ 2008 ਦੇ ਵਿੱਚ ਉਹ ਵੀ ਮੈਂ ਕਿਤੇ ਸਾਂਝੀ ਕੀਤੀ ਆ ਤੇ ਸਵੇਰੇ ਉੱਠੇ ਤੇ ਬੜੀ ਐਨ ਸੋਹਣੀ ਸੋਹਣੀ ਸਨੋ ਪੈਣ ਡਈ ਹਨਾ ਤੇ ਗਲੈਰੀਆਂ ਭਜੰਡੀਆਂ ਮੈਂ ਤਾਂ ਕਦੀ ਬਾਰਿਸ਼ 'ਚ ਭੱਜ ਕੇ ਉਧਰ ਵੱਜਾਂ ਕਦੀ ਉਧਰ ਵੱਜਾਂ ਉਹ ਲੇਡਾਂ ਦਾ ਸਨੋ ਐਸੀ ਚੀਜ਼ ਆ ਅਜੇ ਵੀ ਜੇ ਕੋਈ ਫੈਸੀਨੇਟ ਸਨੋ ਨੂੰ ਵੇਖ ਕੇ ਯਾਰ ਸਨੋ ਕਰੇ ਤੁਹਾਡਾ ਵੱਧ ਤੋਂ ਵੱਧ ਹਫਤਾ ਤੱਕ ਹੁੰਦਾ ਬਸ ਹਫਤੇ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਲੀਵੁੱਡ ਵਾਲਾ ਸੀਨ ਹੀ ਦਾ ਹਾਲੀਵੁੱਡ ਫਿਲਮ ਵਾਲਾ ਸੀਨ ਚੱਲਣ ਡਿਆ ਹੁੰਦਾ ਸਨੋ ਪੈਰੀ ਹੈ ਹੱਥ ਵਿੱਚ ਆਏਗਾ ਕੱਪ ਹੈ ਹਾਂ ਹਾਂ ਫਿਰ ਉਹ ਜਿਹੜੀ ਸਨੋ ਥੋੜੀ ਲੱਦੇ ਹਫਤੇ ਕਿ ਜਲਾਥੇ ਜਾਂਦਾ ਹਾਂ ਬਾਅਦ ਵਿੱਚ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਸੂਰਜ ਆ ਉਸ ਤੋਂ ਵੱਡੀ ਨਿਮਤ ਕੋਈ ਨਹੀਂ ਹੈਗੀ ਦੁਨੀਆ ਦੇ ਉੱਤੇ ਨਹੀਂ ਆਪਾਂ ਵੀ ਕਰਕੇ ਸੋਚਦੇ ਨੇ ਅਸੀਂ ਕਿਉਂ ਇੰਡੀਆ 'ਚ ਬੈਠੇ ਬਹੁਤ ਵਧੀ ਲੱਗਦੀ ਸਨੋ ਹਣਾ ਜਦੋਂ ਕੋਈ ਫੋਰਡਾਂ 'ਚ ਦੇਖਦੇ ਆ ਪਰ ਮੈਂ ਸੋਚਦਾ ਨਹਿਰ ਕੇ ਦੇ ਕਿ ਯਾਰ ਕਿੱਥੇ ਜਾਣਾ ਇੰਨਾ ਸੋਨਾ ਛੱਡ ਕੇ ਸਭ ਕੁਝ ਜਿੱਥੇ ਮੌਸਮ ਵੀ ਕਦੇ ਕਦੇ ਠੀਠਾ ਜਾ ਰਹਿੰਦਾ ਹਨਾ ਇੰਡੀਆ ਚ ਮਤਲਬ ਕਿ ਇੰਨਾ ਨਾ ਠੰਡ ਨਾ ਜਦੀ ਗਰਮੀ ਹਨਾ ਤੇ ਕਿੱਥੇ ਇਥੇ ਬਰਫਾਂੇ ਤੁਰੇ ਫਿਰਦੇ ਉਦੋਂ ਬਹੁ ਉਸ ਜੜਦਾ ਜਦੋਂ ਨਾ ਬਿਲਕੁਲ ਹੀ ਮਤਲਬ ਕਿ ਤੁਸੀਂ ਗੱਡੀ ਚ ਕਦੇ ਕੰਮ ਤੇ ਜਾਣਾ ਆਉਣਾ ਚਲੋ ਗੱਡੀ ਚ ਵੀ ਚਲੋ ਟੈਂਪਰੇਚਰ ਰੀਟਰ ਲੱਗਾ ਦਾ ਬਾਹਰ ਵੀ ਪਰ ਬਾਹਰ ਤੁਰਨਾ ਹੀ ਪੈਣਾ ਤੁਹਾਨੂੰ ਹਨਾ ਜਦੋਂ ਕਦੇ ਨਿਕਲਣਾ ਆਉਣਾ ਤੇ ਉਦੋਂ ਕਦੇ ਕਦੇ ਜਾਂ ਤਾਂ ਇਹ ਜੰਮ ਜਾਂ ਤਾਂ ਸਨੋ ਜਦੀ ਪੈ ਜੇ ਫਿਰ ਉਹ ਸਾਫ ਵੀ ਕਰਨੀ ਆ ਹਰਣਾ ਤੇ ਕਦੇ ਕਦੇ ਸਾਲਾ ਉਹ ਸਾਲ ਜਦੋਂ ਜੰਬ ਜਾਂਦੀ ਖੋਲਣ ਲੱਗੇ ਵਾਰੀ ਉਹ ਨਿਕਲਦੀ ਨਹੀਂ ਅੱਛਾ ਅੱਛਾ ਫਿਰ ਸਪੈਸ਼ਲ ਉਹ ਮਲਕੀ ਇੱਥੇ ਹੁੰਦਾ ਇੱਕ ਉਹੜਾ ਏ ਏਡੀ 15 ਡਾਲਰ ਦੀ ਹੁੰਦੀ ਸ਼ਿਸ਼ੀਪ ਮੈਨ ਹੁਣ ਨਾਂ ਨਹੀਂ ਜਾਂ ਤਾਂ ਉਹ ਕੀ ਕਹਿੰਦੇ ਆ ਉਹਨੂੰ ਆਈਸ ਮੈਲਟਰ ਕਹਿੰਦੇ ਕੁਛ ਇਦਾਂ ਦਾ ਉਹ ਪਾ ਕੇ ਉਹਨੂੰ ਖੁੱਲਣੀ ਪੈਂਦੀ ਆ ਸੋ ਉਹ ਇਦਾਂ ਦੀ ਚੀਜ਼ਾਂ ਬਹੁਤ ਕੋ ਸਟਰਗਲ ਹੁੰਦੀ ਸਨੋ ਦੇਖਣ ਨੂੰ ਬਹੁਤ ਜਲੇ ਸਨੋ ਦੇਖਣ ਨੂੰ ਤਾਂ ਬਹੁਤ ਸੁਣ ਲੱਗਦੀ ਉਹ ਤਾਂ ਮੈਂ ਬੈਠ ਕੇ ਤਾਂ ਬਾਰਿਸ਼ ਨਹੀਂ ਦੇਖੀ ਜਾਵਾਂ ਤੇ ਮੈਨੂੰ ਤਾਂ ਬਹੁਤ ਸੁਣ ਲੱਗ ਰਹੀ ਹੈ ਸਹੀ ਹੈ ਤੂੰ 2-4 ਹੁਣ ਰੀਲਾਂ ਤਾਂ ਪਾ ਨਾ ਫਿਰ ਬਣਾ ਕੇ ਨ ਜਿੱਥੇ ਮੱਠੀ ਪੈਂਦੀ ਆ ਸਨ ਰੀਲਾਂ ਦਾ ਸ਼ੌਂਕ ਨਹੀਂ ਆ ਨਹੀਂ ਨਹੀਂ ਸਲੋ ਮੋਸ਼ਨ ਚ ਪਾ ਨਾ ਥੋੜਾ ਜਿਆ ਕੁੱਛ ਨਾ ਕੁੱਛ ਕਰ ਹੱਥਾਂ ਪੈਰਾਂ ਵਿੱਚ ਹੀ ਆ ਜਿਹੜੇ ਮੱਠੀ ਮੱਠੀ ਪੈਂਦੀ ਆ ਸਨ ਉਹ ਬੜਾ ਗਾਣਾ ਆ ਸਨ ਉਹ ਨਾ ਉਹ ਯਾਰ ਬੌਕ ਐਂਡ ਗਾਣਾ ਅਰਜੰਟਲੋ ਦਾ ਆ ਅਰਜੰਟਲੋ ਦੇ ਗਾਣੇ ਯਾਰ ਮੈਨੂੰ ਪਰਸਨਲੀ ਬਿਹਰ ਬੰਦੇ ਨੂੰ ਪਰਸਨਲੀ ਮਿਲਣਾ ਮੈਂ ਮੇਰੀ ਇੱਕ ਵਾਰੀ ਗੱਲ ਹੋਈ ਜਨਾ ਇੰਸਟਾ ਤੇ ਪਰ ਬੰਦੇ ਨੂੰ ਮਿਲਣਾ ਯਾਰ ਵਧੀਆ ਬੰਦਾ ਲਿਖਦਾ ਹੁਣ ਪਿੱਛੇ ਉਹਨਾਂ ਗਾਣੇ ਲਿਖਿਆ ਮਾਰ ਨਹੀਂ ਜਿੰਦਾ ਓਕੇ ਆ ਜੀ ਲਿਖਤਾ ਨਾ ਗਾਣੇ ਚ ਬਹੁਤ ਵਧੀਆ ਲੱਗਾ ਯਾਰ ਸੁਣ ਕੇ ਉਦੋਂ ਵੀ ਅਰਜਨ ਦੇਵ ਗਾਣੇ ਆ ਹੁਣ ਆ ਹੀ ਗਈ ਆ ਪਤਾ ਨਹੀਂ ਗੱਲ ਕਰਨੀ ਚਾਹੀਦੀ ਕਿ ਨਹੀਂ ਤੇ ਐਨੀਵੇ ਇੱਥੇ ਕੋਈ ਮਾੜਾ ਨਹੀਂ ਹੈਗਾ ਕਿ ਉਹ ਮੈਂ ਨਾ ਉਹ ਦੇਖਣ ਡਿਆ ਕਈ ਲੋਕਾਂ ਨੇ ਉਹਦਾ ਇਸ਼ੂ ਹੀ ਬਣਾਇਆ ਵਾ ਇੱਕ ਤਾਂ ਚਲ ਆ ਮਹਾਰਾਣੀ ਜ਼ਿੰਦਾ ਦਾ ਹੋ ਗਿਆ ਜਿਹਦੇ ਚ ਹਨਾ ਵੀ ਉਹ ਕਹਿੰਦਾ ਵੀ ਇਹਨਾਂ ਨੇ ਹਨਾ ਵੀ ਉਹ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜੀ ਉਹਨੇ ਤੇ ਨਹੀਂ ਕੀਤਾ ਹਨਾ ਵੀ ਉਹ ਜੋ ਹੈਗਾ ਵਾ ਵੀ ਉਹਨੇ ਉਹ ਹੀ ਕਿਹਾ ਹਨਾ ਵੀ ਜੋ ਲਿਖਿਆ ਪਿਆ ਕਿਤਾਬ ਚ ਉਹਨੇ ਤਾਂ ਵੀ ਉਹਨੇ ਤੇ ਜਸਟ ਉਹ 2-4 ਬੰਦਿਆਂ ਨੂੰ ਕਿਹਾ ਵਾ ਨਾ ਨਾ ਕਿ ਸਾਰੀ ਕਮਿਊਨਿਟੀ ਨੂੰ ਬਿਲਕੁਲ ਬਿਲਕੁਲ ਬਿਲਕੁ ਤੇ ਜਾਨ ਹੁਣ ਪ੍ਰਵਾ ਇਹ ਤਾਂ ਗਾਣਾ ਨਹੀਂਗਾ ਕਈ ਲੋਕਾਂ ਨੇ ਯਾਰ ਲੋਕੀ ਵੀਊ ਆਸਤੇ ਇਹ ਕੰਮ ਕਰਦੇ ਆ ਹੁਣ ਉਹਦਾ ਗਾਣਾ ਵਾ 25 25 50 ਨਹੀਂ ਕੋਈ ਸਾਥੋਂ ਹਣਾ ਉੱਪਰ ਦਿਖਾਣਾ ਇਦਾਂ ਗਾਣਾ ਹੈ ਗਾਣਾ ਤੇਰਾ ਉਹ ਜਿਹੜਾ ਤਰੀਕੇ ਦੇ ਉੱਤੇ ਰੱਬ ਆ ਤੇਰੇ ਤੋਂ ਇਦਾਂ ਵੀ ਸੱਚੀ ਚੀਜ਼ ਪਾ ਰਹੇ ਆ ਕਿ ਸਾਥੋਂ ਤੇ ਰੱਬ ਆ ਤੂੰ ਆਪਣੇ ਇਹ ਨਾ ਇਹ ਮੈਂ ਹਣਾ ਮੈਨੂੰ ਹੁਣ ਪੂਰੇ ਬੋਲ ਨਹੀਂ ਯਾਦ ਵੀ ਜਿਹੜਾ ਮੇਨ ਟੱਪਾ ਇਦਾਂ ਵਾ ਨਾ 25 25 50 ਨਹੀਂ ਬਲੋ ਕੋਈ ਸਾਥੋਂ ਉੱਪੇ ਦਿਖਾ ਉਹ ਲੋਕਾਂ ਨੇ ਨਾ ਜਿਹੜੇ ਰੀਲਾਂ ਵਾਲੇ ਆ ਆ ਟਿਕਟੌਕਾਂ ਵਾਲੇ ਉਹਨਾਂ ਨੇ ਨਾ ਜਸਟ ਆਪਣੇ ਲਾਈਕ ਲੈਣ ਵਾਸਤੇ ਉਹਨਾਂ ਨੇ ਉਹ ਸਟਾਰਟ ਕਰਤਾ ਲੈ ਇਹ ਇਹਨੂੰ ਆ ਗਿਆ ਹਨਾ ਆ ਬੇ ਉੱਪਰ ਹੁੰਦਾ ਸੀ ਜੱਟ ਹਨਾ ਉਹ ਸਿੱਧੂ ਮੂਸੇ ਵਾਲੇ ਨੂੰ ਵਿੱਚ ਲੈ ਆਉਂਦੇ ਉਹ ਐਵੇਂ ਹੀ ਕੰਪੀਟੀਸ਼ਨ ਜਾਂ ਵੀ ਬਿਨਾਂ ਕਲੋਂ ਬਈ ਬਿਨਾਂ ਕਲੋਂ ਹਨਾ ਉਹ ਭਰਾਵਾ ਇੱਕ ਆ ਤੁਹਾਡੇ ਤੋਂ ਮੈਂ ਤੇ ਤੈਨੂੰ ਦੱਸਣ ਦੇ ਆ ਮੈਂ ਹੁਣ ਟਿਕਟੌਕ ਯੂਜ਼ ਕਰਦਾ ਮੈਨੂੰ ਹੋ ਗਿਆ ਮੀਨਾਕ ਠੀਕ ਆ ਠੀਕ ਆ ਮੈਂ ਕੋਈ ਪਾਇਆ ਨਹੀਂਗਾ ਉੱਤੇ ਕੋਸ਼ ਠੀਕ ਆ ਵੀ ਉਹ ਪਈ ਜਾ ਪਿੰਕ ਤੇ ਪਾਇਆ ਸੀ ਉਹੋ ਹੀ ਆ ਬਸ ਦੇਖਣ ਵਾਸਤੇ ਉਹ ਮੈਂ ਆ ਵੇਖਣ ਲੱਪਿਆ ਹਨਾ ਵੇਖ ਲਈਦਾ ਵਾ ਤੇ ਉਹ ਭਰਾ ਉਹ ਤੁਹਾਡੇ ਕੋ ਕੈਨੇਡਾ ਤੋਂ ਕੱਪੜਾ ਜਾ ਭਰਾਵਾ ਉਹਨੇ ਗਲ ਚ ਲਾਲਜੀ ਟਾਈ ਜੀ ਪਾਈ ਆ ਤੇ ਉਹ ਪਿੰਡ ਗਏ ਹਨਾ ਉਹਦੇ ਲੋਕੀ ਆਪਣੀ ਆਪਣੀਆਂ ਰੀਲਾਂ ਤੇ ਵੀਊ ਜਿੰਨੇ ਸਾਈਡ ਤੇ ਉਹ ਲੈ ਆ ਆਪਣੇ ਕਟਿੰਗ ਜੀ ਕਰਾਈ ਆ ਵਾ 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 ਹਾ ਸਟਾਰ ਜੀ ਠੀਕ ਹੈ ਹੈਪੀ ਨਾ ਜਿਮੀ 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 ਕੋਈ ਨਾਮ ਆਹੋ ਹੈ ਜਿਮੀ ਆਹੋ ਕੋਈ ਇਦਾਂ ਦਾ ਮੈਂ ਸਾਰੇ ਦੇਖ ਰਿਹਾ ਸੀ ਇੰਨਾ ਖੇਜ ਆਉਂਦੀ ਆ ਨਾ ਉਹਦੀ ਮਾਂ ਵੀ ਮੈਂ ਵੇਖਣ ਡਿਆ ਉਹਦੀ ਮਾਂ ਵੀ ਵੇਖਣ ਡਈ ਹੀ ਵੀ ਇੱਕ ਫੋਗਰੇ ਆ ਕੇ ਸਾਡੇ ਘਰੇ ਬੈਠੇ ਆ। ਉਹਦੀ ਮਾਂ ਨੂੰ ਸੈਂਟਰ ਚ ਬਿਠਾਇਆ ਨਾ ਸਿੱਧੂ ਬਾਈ ਜੀ ਮਾਂ ਨੂੰ। ਹਾਂ ਹਾਂ ਸੈਂਟਰ ਚ ਉਹ ਵਿਚਾਰੀ ਬੈਠੀ ਆ ਹੁਣ ਘਰੇ ਆਇਆ ਕੋਈ ਕੈਮਰਾ ਤੁਸੀਂ ਵੀਡੀਓ ਬਣਾ ਰਹੇ ਹੋਣ ਅਗਲੀ ਵੀਡੀਓ ਤੇ ਕੁਝ ਕਹਿ ਵੀ ਨਹੀਂ ਸਕਦੀ ਉਹ ਜਨਾ ਉਹਨਾਂ ਨੂੰ 7 ਤੋਂ 8 ਵੀਡੀਓ ਚੱਲ ਰਹੀ ਆ। ਹਾਂ 7 ਤੋਂ 8 ਵੀਡੀਓ ਪਾਤੀਆਂ ਉਹਨੇ ਕਦੇ ਦੀ ਜਗ੍ਹਾ ਤੇ ਜਾ ਕੇ ਹਨਾ ਕਦੇ ਕਦੇ ਉਹ ਇਹੋ ਜਿਹੇ ਨੂੰ ਤਾਂ ਬੰਦਾਰਾਂ ਉੱਥੇ ਮੈਂ ਕਹਿੰਦਾ ਜਿਹੜੇ ਮੂਸੇ ਪਿੰਡ ਵਾਲੇ ਵੀ ਇਹਨਾਂ ਨੂੰ ਜੁੱਤੀ ਲਾਉਣੀ ਚਾਹੀਦੀ ਇਹੋ ਜਿਹੇ ਲਈ ਜਿਹੜੇ ਇਹੋ ਜਿਹਾ ਕੰਮ ਕਰਦੇ ਆ। ਯਾਰ ਮੈਂ ਸਿੰਪਲੀ ਗੱਲ ਆ ਨਾ ਰੂਲ ਹੋਣਾ ਚਾਹੀਦਾ ਉਹਦੇ ਘਰਦਿਆਂ ਵੀ ਠੀਕ ਆ ਉਹਨਾਂ ਦਾ ਵੀ ਟਾਈਮ ਗੁਜ਼ਰਦਾ ਵੀ ਵੀਡੀਓ ਨਹੀਂ ਬਣਾਉਣੀ ਭਾਈ ਹਨਾ ਅੰਦਰ ਅੰਦਰ ਵੜ ਕੇ ਅੰਦਰ ਵੜਨ ਤੋਂ ਬਾਅਦ ਵੀਡੀਓ ਨਹੀਂ ਬਾਹਰੋਂ ਕੋਠੀ ਕਾਠੀ ਦੀ ਬਣਾਉਣੀ ਬਣਾ ਲਓ ਅੰਦਰ ਨੋ ਵੀਡੀਓ ਅੰਦਰ ਤਾਂ ਫਿਰ ਬਦਾ ਵਿਊ ਲਈ ਵੀਡੀਓ ਬਣਾ ਰਿਆ ਮੈਨੂੰ ਕੋਈ ਦੁੱਖ ਥੋੜੀ ਹਾਂ 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 ਬਿਲਕੁਲ ਉਹਨੇ ਯਾਰ ਮੈਂ ਸਿੰਪਲੀ ਦੱਸਦਾ ਮੈਂ ਆ ਮੈਂ ਮੈਂ ਜਦੋਂ ਉਹ ਜਿਉਂਦਾ ਸੀ ਮੈਂ ਉਹਦੇ ਖਿਲਾਫ ਵੀਡੀਓ ਪਾਈਆਂ ਠੀਕ ਆ ਉਹਦੇ ਖਿਲਾਫ ਨਹੀਂ ਆਪਾਂ ਕਹਿ ਸਕਦੇ ਆਪਾਂ ਤੈਨੂੰ ਵੀ ਪਤਾ ਮੈਂ ਕੰਟੈਂਟ ਦੇ ਖਿਲਾਫ ਪਾਈਆਂ ਯਾਰ ਵੀ ਟੂ ਮਾਚ ਹੋ ਰਿਹਾ ਯਾਰ ਕੋਈ ਸੋਚ ਦੇ ਖਿਲਾਫ ਵੀ ਹਥਿਆਰਾਂ ਤੇ ਹੂਰਾ ਦਾ ਹਨਾ ਵੀ ਇੱਦਾਂ ਹੀ ਹੈਡ ਇਹੋ ਹੀ ਗੱਲਾਂ ਕਿਉਂ ਕਰੀ ਜਾਂਦੇ ਆਪਾਂ ਠੀਕ ਆ ਵੀ ਜਦੋਂ ਮੈਂ ਇੱਕ ਹੋਰ ਵੀਡੀਓ ਕੀਤੀ ਹੈ ਵੀ ਕਿਸੇ ਟਾਈਮ ਵੀ ਜਦੋਂ ਸਾਡੀ ਸੋਸਾਇਟੀ ਚੋਂ ਕਿਤਾਬਾਂ ਗੈਪ ਹੋਣ ਲੱਪਣ ਉਦੋਂ ਸਾਨੂੰ ਕਿਤਾਬਾਂ ਵਾਲੇ ਗੀਤ ਗਾ ਲੈਣੇ ਚਾਹੀਦੇ ਆ ਜਦੋਂ ਸਾਡੀ ਸੋਸਾਇਟੀ ਚੋਂ ਹਥਿਆਰਾਂ ਦੀ ਮਹੱਤਤਾ ਮੁੱਕ ਜੂਗੀ ਉਦੋਂ ਚਲੋ ਸਾਨੂੰ ਹਥਿਆਰਾਂ ਵਾਲੇ ਵੀ ਗਾਉਣੇ ਚਾਹੀਦੇ ਆ ਵੀ ਮੇਰਾ ਇਹ ਆ ਵੀ ਇਸ ਇਹਦੇ ਪਿੱਛੇ ਲੌਜੀਕ ਇਹ ਹੈ ਵੀ ਬੈਲੈਂਸ ਚਾਹੀਦਾ ਆਲਵੇਸ ਜਦੋਂ ਕੋਈ ਚੀਜ਼ ਟੂ ਮੱਚ ਹੋ ਜੇ ਨਾ ਵੀ ਉਹ ਆਪਾਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਵੀ ਉਹ ਉਹਦੇ ਕਰਨੇ ਮੈਂ ਉਹਦੇ ਹਿਸਾਬ ਨਾਲ ਉਹਦੇ ਉਹਦੇ ਉਹੜੇ ਗਾਣੇ ਦੇ ਖਿਲਾਫ ਵੀਡੀਓ ਕੀਤੀਆਂ ਸੀ ਕਿ ਯਾਰ ਵੀ ਵੀ ਜਿਹੜਾ ਬਹੁਤ ਛੋਟੀ ਉਮਰ ਦਾ ਯੂਥ ਹੈ ਨਾ 16 ਦਾ 18 ਦਾ ਹੁਣ ਤੁਹਾਡੇ ਤੂੰ ਦੇਖ ਨਾ ਵੀ ਜਿਹੜੇ ਸਟੂਡੈਂਟ ਤੁਹਾਡੇ ਕੈਨੇਡਾ ਆਉਂਦੇ ਆ ਉਹ ਗਾਣਿਆਂ ਗੋਣਿਆਂ ਦੇ ਗਾਣਿਆਂ ਗੋਣਿਆਂ ਤੋਂ ਪੱਟੇ ਹੁੰਦੇ ਗੱਡੀਆਂ ਬਾਰੇ ਉਹ ਆਉਂਦੇ ਹਰ ਉਹਨਾਂ ਦਾ ਕ੍ਰੇਜ਼ ਹੁੰਦਾ ਗੱਡੀ ਲੈ ਕੇ ਤੇ ਫਿਰ ਆਪਾਂ ਰੀਲ ਬਣਾਉਣੀ ਆ ਇਹ ਚੀਜ਼ਾਂ ਹਨ ਉਹ ਆਪਣਾ ਝੁਗਾ ਚੌੜ ਕਰਾ ਲੈਂਦੇ ਬਾਅਦ ਦੇ ਵਿੱਚ ਕਈ ਸਾਲਾਂ ਵਾਸਤੇ ਗੱਡੀਆਂ ਕੁਡੀਆਂ ਦੇ ਚੱਕਰ ਚ ਗਾਣਿਆਂ ਦੇ ਪੱਟੇ ਹੀ ਤੇ ਯੂਐਸਏ ਕਰਕੇ ਕਹਿਆ ਹੈ ਵੀ ਵੀ ਯਾਰੀ ਬਾਲੀ ਜੰਗ ਜਨਰੇਸ਼ਨ ਆ ਵੀ ਇਨਾਂ ਗਾਣਿਆਂ ਦੇ ਪਿੱਛੇ ਲਾ ਕੇ ਪੱਟੀ ਨਾ ਜਾਵੇ ਹੁਣ ਮੈਨੂੰ ਮੈਨੂੰ ਉਹ ਦੇ ਉਹਦੇ ਜਾਣਦੇ ਹਨਾ ਵੀ ਯਾਰ ਬੜਾ ਦੁੱਖ ਹੁੰਦਾ ਨਾ ਹੁਣ ਸ਼ਾਇਦ ਨਾ ਇੱਕ ਚੀਜ਼ ਮੈਂ ਮੰਨਦਾ ਵਾਂ ਕਿ ਉਸ ਟਾਈਮ ਸਾਡਾ ਫੋਕਸ ਮੇਰੇ ਵਰਗਿਆਂ ਦਾ ਜਸਟ ਉਹਦੀ ਨੈਗੇਟਿਵਿਟੀ ਤੇ ਹੀ ਹੋ ਗਿਆ ਵੀ ਉਹ ਇਹ ਚੀਜ਼ ਕਰਦਾ ਵਾ ਤੋ ਗਲਤ ਆ ਵੀ ਆਪਾਂ ਹਨਾ ਵੀ ਉਹ 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 ਉਸ ਤੋਂ ਗਾਣਿਆਂ ਤੋਂ ਲਾਵਾ ਇਲਾਵਾ ਕਿਦਾਂ ਦਾ ਪਰਸਨ ਸੀ ਉਹ 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 ਉੱਤੇ ਨਹੀਂ ਆਪਾਂ ਇੰਨਾ ਫੋਕਸ ਕੀਤਾ ਹਨ ਵੀ ਉਹ ਇੱਕ ਮਾਸੂਮ ਜਿਆ ਯਾਰ ਹੁਣ ਪਤਾ ਵੇਖੀਦਾ ਹੀ ਆ ਵੀ ਯਾਰ ਸਿੱਧਾ ਸਾਦਾ ਜਿਆ ਬੰਦਾ ਸੀ ਮਾਸੂਮ ਜਿਆ ਵੀ ਸੀ ਠੀਕ ਆ ਉਹ ਇੱਕ ਗੁੱਡ ਬਿਜ਼ਨਸਮੈਨ ਵੀ ਸੀ ਹਨਾ ਆਪਣਾ ਪ੍ਰੋਡਕਟ ਵੀ ਵੇਚਣਾ ਜਾਣਦਾ ਸੀ ਸੋ ਮੇਰਾ ਕਹਿਣ ਦਾ ਟੋਟਲ ਮੰਤਵ ਇਹੋ ਹੀ ਆ ਕਿ ਮੈਨੂੰ ਬਹੁਤ ਦੁੱਖ ਜਾਂ ਫੀਲ ਹੁੰਦਾ ਯਾਰ ਬਹੁਤ ਮਾੜਾ ਹੋਇਆ ਉਹਦੇ ਮੈਂ ਮੇਰਾ ਕੀ ਜੀ ਕਰਦਾ ਯਾਰ ਮੈਂ ਜਾਣਾ ਵਾ ਯਾਰ ਹਨਾ ਤੇ ਮੇਰਾ ਜਾਣ ਨੂੰ ਜੀ ਮੈਂ ਕਹਿਣਾ ਨਾ ਵੀ ਯਾਰ ਮੈਂ ਸੱਚੀ ਦੱਸਾਂ ਵੀ ਮੈਂ ਇਦਾਂ ਵੀ ਕਦੀ ਹਨਾ ਵੀ ਉਹਦੇ ਖਿਲਾਫ ਵੀ ਸੀ ਪਰ ਮੈਂ ਵੀ ਅੱਜ ਮੈਨੂੰ ਵੀ ਬੇहद ਦੁੱਖਾ ਕੇ ਇਦਾਂ ਦਾ ਹੋਇਆ ਵਾ ਵੀ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਚਾਹੇ ਤੁਹਾਡਾ ਦੁਸ਼ਮਾਨ ਆ ਜਾਂ ਕੋਸ਼ ਪਰ ਫਿਰ ਕਹੀਦਾ ਯਾਰ ਉਹਦੇ ਘਰ ਦੇ ਹੋਰ ਨਾ ਆਹਤ ਹੋਣ ਪਰ ਇਹ ਆਲਵੇ ਸੋਚਿਆ ਕਿ ਜਦੋਂ ਵੀ ਗਿਆ ਨਾ ਕੋਈ ਫੋਟੋ ਖਿੱਚਣੀ ਆ ਤੇ ਨਾ ਕੋਈ ਭਾਈ ਉੱਥੇ ਜਾ ਕੇ ਵੀਡੀਓ ਬਣਾਉਣੀ ਆ ਜਸਟ ਜਾਣਾ ਵਾ ਮਿਲ ਕੇ ਆਉਣਾ ਹਨਾ ਆ ਚੀਜ਼ ਪਰ ਲੋਕੀ ਲੋਕੀ ਉਹ ਪਿੱਛੇ ਜੇ ਉਹਨਾਂ ਨੇ ਵਲੌਗ ਹੀ ਪਾਇਆ ਸੀ ਇੰਦਰਗੀਰਤ ਨੇ ਆਪਾਂ ਦੇ ਮੰਮੀ ਡੈਡੀ ਨਾਲ ਚੱਲੇ ਆ ਦੁੱਖ ਵੰਡਾਉਣ ਚੱਲੇ ਆ ਉਹਦੋਂ ਵੇਲਾ ਯਾਰ ਕਿੰਨਾ ਯਾਰ ਜੇ ਕਿੰਨਾ ਉਦੋਂ ਤਾਂ ਜੇ ਹੋਇਆ ਹੀ ਸੀ ਨਾ ਉਦੋਂ ਤੋਂ ਉਹ ਇਨਸੀਡੈਂਟ ਹੋਇਆ ਹੀ ਸੀ ਉਹ ਨੇ ਉਹ ਗੱਲ ਕੀਤੀ ਸੀ ਇਹ ਚ ਕਹਿੰਦਾ ਮੰਮੀ ਡੈਡੀ ਤਾਂ ਉਹ ਜਿਹੜਾ ਥੋੜੇ ਬੀਜੀ ਜੇ ਸੀਗੇ ਕਿ ਪ੍ਰਾਪਰਟੀ ਪ੍ਰਾਪਰਟੀ ਦਾ ਕਾਗਜ਼ ਕੋਈ ਸਹੀ ਕਰਨੇ ਪਏ ਉਹਨਾਂ ਨੂੰ ਉਹਦੇ ਵਾਸਤੇ ਬੀਜੀ ਜੇ ਸੀਗੇ ਦਸ ਤੂੰ ਕਿਹੜੀ ਗੱਲ ਕਰ ਰਹੇ ਆ ਯਾਰ ਉਸ ਟਾਈਮ ਪ੍ਰਾਪਰਟੀ ਦੀ ਸੋਚਦੀ ਹੋੜ ਟਾਈਮ ਆਹੋ ਉਹ ਉਹਨਾਂ ਨੇ ਅੰਦਰ ਨਹੀਂ ਵੜਿਆ ਹੋਣਾ ਗੱਲ ਤਾਂ ਇੱਥੇ ਮੁੱਕਦੀ ਆ ਨਾ ਅੰਦਰ ਤਾਂ ਵੜਿਆ ਨਹੀਂ ਚਾਰ ਵਰੀ ਮੋੜੇ ਪਹਿਲਾਂ ਵੀਡੀਓ ਚ ਕਹਿੰਦਾ ਹਾਂ ਉਹ ਰੋਟੀ ਖਾ ਰਹੇ ਆ ਬਾਹਰ ਚ ਆਉਣਗੇ ਹਾਂ ਉਏ ਇਦਾਂ ਦੀ ਗੱਲਾਂ ਨਾ ਬਈ ਇਹ ਤਾਂ ਜਦੋਂ ਆਪਾਂ ਇਹੋ ਜਿਹੀ ਗੱਲਾਂ ਜਦੋਂ ਤੁਸੀਂ ਪਹਿਲਾਂ ਸ਼ੁਰੂ ਕੀਤੀ ਨਾ ਗੱਲ ਕੀ ਜਦੋਂ ਰੀਲਾਂ ਤੇ ਟਿਕਟੌਕ ਤੇ ਜਾਣ ਬੁੱਝ ਕੇ ਲੋਕੀ ਕਹੀ ਨਾ ਸਿਰਫ ਵਿਊ ਲੈਣ ਵਾਸਤੇ ਦੂਜੇ ਨਾਲ ਕੰਪੀਟੀਸ਼ਨ ਕਰਦੇ ਬਈ ਉਹ ਵਧੀਆ ਬੰਦਾ ਸੀ ਯਾਰ ਉਹ ਉਹਦੇ ਨਾਲ ਤਾਂ ਕੰਪੀਟੀਸ਼ਨ ਹੈ ਹੀ ਨਹੀਂ ਕਿਸੇ ਨਾਲ ਹਨਾ ਜਿਹੜਾ ਸਾਡੇ ਨਾਲ ਗਾਣੇ ਗਾਏ ਆ ਤੁਸੀਂ ਖੁਦ ਕੰਪੀਟੀਸ਼ਨ ਕਰਦੇ ਜੀ ਕਿਸੇ ਨਾਲ ਕਿ ਯਾਰ ਜੱਟ ਤਾਂ ਜੱਟ ਸੀਗਾ ਹਨਾ ਜਾਂ ਉਹ ਹੁੰਦਾ ਤਾਂ ਗੱਲ ਹੋਰ ਹੁੰਦੀ ਉਹਨੂੰ ਕੰਪੀਟੀਸ਼ਨ ਦੀ ਲੋੜ ਹੀ ਨਹੀਂ ਗਈ ਹੁਣ ਤਾਂ ਯਾਰ ਉਹ ਲੈਜੈਂਡ ਹੋ ਗਿਆ ਬੰਦਾ ਔਰ ਨਾ ਉਦਲੀ ਕੰਪੀਟੀਸ਼ਨ ਹੈ ਨਹੀਂ ਕੋਈ ਤੁਸੀਂ ਇਹਦਾ ਆਪਣੇ ਵਿਊ ਲਈ ਨੇ ਬੰਦੇ ਯਾਰ ਤੇ ਜਿਹੜੇ ਆ ਆਪਣੇ ਜਿੰਮੀ ਉਮੀ ਹੁਣੀ ਉਹਨਾਂ ਨੇ ਤਾਂ ਅੱਠ ਵੀਡੀਓ ਪਾਤੀਆਂ ਮੈਂ ਤਾਂ ਕਹਾਂ ਜਿਹੜੇ ਵੀ ਬੰਦੇ ਵੀਡੀਓ ਦੇਖਣ ਜੇ ਟਿਕਟੋਕ ਤੇ ਚੱਲਦਾ ਫੜ ਕੇ ਰਿਪੋਰਟ ਕਰੋ ਉਹ ਮੈਨੂੰ ਸੱਚੀ ਬਈ ਬਹੁਤ ਬਾੜਾ ਯਾਰ ਉਹ ਮੈਨੂੰ ਬਾੜਾ ਯਾਰ ਵੀ ਬੰਦੇ ਕਿੱਦਾਂ ਦੇ ਆ ਵੀ ਤੂੰ ਇੱਕ ਦਿਨ ਆਵੇਂ ਤੂੰ ਪਹਿਰਾਵਾ ਆਵੇਂ ਆਪਣਾ ਹਣਾ ਆਪਣਾ ਪਹਿਰਾਵਾ ਦੇਖ ਆਪਣੀ ਕਟਿੰਗ ਦੇਖ ਉਹ ਉਹ ਵੈਸੇ ਵੀ ਨਹੀਂ ਪਾਉਣ ਵਾਲਾ ਤੇਰੇ ਵਰਗਾ ਕਿਹੇ ਦੂਰਦਰਾਰ ਦੇ ਪਿੰਡ ਚ ਪਹੁੰਚ ਕੇ ਕੱਪੜੇ ਪਾ ਕੇ ਕੁੱਤੇ ਪੈ ਜਾਣੇ ਪਿੱਛੇ ਹਣਾ ਵੀ ਤੂੰ ਇਹ ਉਹ ਤੋਂ ਇੱਕ ਉਹਨਾਂ ਘਰੇ ਪਹਿਰਾਵਾ ਪਾ ਕੇ ਜਾਣਦੇ ਜਿੰਨਾਂ ਘਰੇ ਮਰਗ ਹੋਈ ਹੈ ਹਨਾ ਆਪਣਾ ਪੰਜਾਬ ਦਾ ਕਲਚਰ ਇਦਾਂ ਦਾ ਨਹੀਂ ਹੈਗਾ ਜਿੱਥੇ ਮਰਗ ਹੋਵੇ ਵੀ ਉੱਥੇ ਆਪਾਂ ਇੰਨਾ ਸੱਜ ਫੱਬ ਕੇ ਨਹੀਂ ਜਾਈਦਾ ਹਨਾ ਵੀ ਖਾਸ ਕਰ ਜਦੋਂ ਆਪਾਂ ਅਫਸੋਸ ਕਰਨ ਜਾ ਰਹੇ ਹਾਂ ਹਨਾ ਟਾਈਮ ਗੁਜ਼ਰ ਗਿਆ ਬਹੁਤ ਜ਼ਿਆਦਾ ਜ਼ਿਆਦਾ ਅਫਸੋਸ ਕਰਨੀ ਹੈ ਜ਼ਿਆਦਾ ਅਫਸੋਸ ਕਰਨੀ ਹੈ ਜਿਹੜਾ ਬੰਦਾ ਹਾਂ ਵੀ ਉਹ ਹੀ ਬਹਾਨਾ ਲਾਉਣੀ ਆਹੋ ਬਹੁਤ ਬਹੁਤ ਯਾਰ ਉਹਨੂੰ ਨਾ ਹੁਣ ਆਪਾਂ ਸਿੱਧੂ ਦੀ ਗੱਲ ਕਰਨੇ ਉਹਨੂੰ ਨਾ ਉਹਨੂੰ ਭਰਾਵਾ ਉਹਨਾਂ ਨੇ ਵੀ ਵਰਤ ਲਿਆ ਜਿਨ੍ਹਾਂ ਦੇ ਉਹ ਖਿਲਾਫ ਬੋਲਦਾ ਸੀ ਕਹਿੰਦਾ ਮਤਲਬ ਖਿਲਾਫ ਬੋਲਣ ਦਾ ਮੇਰਾ ਮਤਲਬ ਵੀ ਉਹਨੇ ਜਦਾਂ 295 ਗਾਇਆ ਸੀ ਨਾ ਉਹਨੇ 295 ਤੇ ਉਹੀ ਗਾਇਆ ਸੀ ਵੀ ਤੁਸੀਂ ਯਾਰ ਵੀ ਇੱਕੋ ਕੋਈ ਵੀ ਆਣਾ ਧਰਮ ਦਾ ਠੇਕੇਦਾਰ ਨਾ ਬਣੋ ਵੀ 295 ਇਹੋ ਹੀ ਉੱਤੇ ਲੱਗੀ ਸੀ ਹਾਂ ਜੀ ਤੇ ਉਹਨੇ ਜਦਾਂ ਕਿਹਾ ਸੀ ਵੀ ਕਿਸੇ ਸਿਰ ਤੇ ਨਹੀਂ ਹਨਾ ਕੇਸ ਬਚਣੇ ਤੇ ਵੀ ਤੁਸੀਂ ਵੀ ਇਦਾਂ ਦੇ ਧਰਮ ਦੇ ਉਹ ਲੋਕੀ ਉਹ ਵੀ ਹਨਾ ਉਹੀ ਉਹਨੂੰ ਪਹਿਲਾਂ ਉਸੇ ਹੀ ਧਰਮ ਦਾ ਸਾਰਾ ਲੈ ਕੇ ਜਦੋਂ ਉਹਨੇ ਉਹ ਗਾਣਾ ਕੱਢਿਆ ਸੀ ਉਹੀ ਇਹਨੂੰ ਭੰਡਣ ਵਾਲੇ ਸੀ ਬਾਅਦ ਚ ਉਹੀ ਕਹਿੰਦੇ ਸਾਡਾ ਸੋ ਲੋਕੀ ਵਾਦੂ ਜਿਹੜੀ ਮੌਤ ਮੌਤ ਤੇ ਵੀ ਵਾਦੂ ਸਿਆਸਤ ਹੋ ਗਈ ਲੋਕਾਂ ਨੇ ਵਾਦੂ ਕਰ ਲਈ ਆਪਣੇ ਆਪਣੇ ਫਾਇਦੇ ਕਢ ਲਈ ਕਈ ਹੱਜੀ ਵੀ ਗੱਡੀ ਜਾਂਦੇ ਮੈਂ ਦੇਖਿਆ ਗਾਣੇ ਗੁਣੇ ਵਾਲੇ ਵੀ ਕਈ ਉਦਾਂ ਵੀ ਗੱਡੀ ਜਾਂਦੇ ਗਾਣਾ ਕੱਢ ਦਿੰਦੇ ਆ ਉਦਾਂ ਹੋਰ ਚੱਲਣਾ ਨਹੀਂ ਤਿੰਨ ਚਾਰ ਮਹੀਨੇ ਬਾਅਦ ਉਦਨ ਚੱਕ ਕੇ ਗਾਣਾ ਕੱਢ ਦੋ ਵਾਟੇਵਰ ਭਾਈ ਬੰਦਾ ਬੜਿਆਂ ਨੂੰ ਰੋਟੀ ਪਾ ਗਿਆ ਬੜਨ ਰੋਟੀ ਪਾ ਗਿਆ ਬੰਦਾ ਹਾਂ ਇਹ ਗੱਲ ਇਹ ਗੱਲ ਵਾਕਿਆ ਆ ਉਹ ਸਹੀ ਕਿਹਾ ਮੈਨੂੰ ਨਾ ਕਿਸੇ ਉਹਦੇ ਬਾਰੇ ਨਾ ਕਾਫੀ ਡਿਟੇਲ ਦੇ ਵਿੱਚ ਹੋਰ ਵੀ ਇੱਕ ਦਿਨ ਇੱਕ ਕਿਸੇ ਨਾ ਗੱਲ ਹੋਈ ਵੀਰ ਨਾਲ ਵੀ ਉਹਦੇ ਕਾਫੀ ਨੇੜੇ ਸੀ ਉਹ ਉਹ ਬੰਦੇ ਨੇ ਉਹਦੀਆਂ ਬੜੀਆਂ ਗੱਲਾਂ ਦਸੀਆਂ ਮੈਨੂੰ ਬੜੀਆਂ ਬੜੀਆਂ ਉਹਨੇ ਦੱਸਿਆ ਵੀ ਅਸੀਂ ਕਿੱਦਾਂ ਕਿੱਦਾਂ ਕਿਤੇ ਗਏ ਜਿਹੜੇ ਲੋਕੀ ਸਾਨੂੰ ਮਿਲਦੇ ਸੀ ਨਾ ਵੀ ਜਿਹੜਾ ਕੋਈ ਪਤਾ ਲੱਗਦਾ ਸੀ ਵੀ ਇਹ ਉਹ ਫੁਕਰੀ ਮਾਰਦਾ ਸੀ ਵੀ ਇਹ ਇਹਦੀ ਬੜੀ ਛੇਕੀ ਆ ਇਹਦੇ ਕੋਲ ਇੰਨੀ ਪ੍ਰਾਪਰਟੀ ਆ ਇੰਨੇ ਟਰੱਕ ਆ ਇੱਕੋ ਆ ਕਹਿੰਦਾ ਉਹਨੂੰ ਦੇ ਉਹਨੂੰ ਜਾਣ ਕੇ ਖੱਜਲ ਕਰਦਾ ਹੁੰਦਾ ਇਹ ਉਹ ਅੱਛਾ ਉਹ ਅਗਲਾ ਹਾਂ ਉਹਨੂੰ ਨੇ ਜਾਣ ਕੇ ਖੱਜਲ ਕਰਨਾ ਤਾਂ ਕਹਿੰਦਾ ਜੇ ਕੋਈ ਮਾਤੜਾ ਉਡਾਉਂਦਾ ਸੀ ਨਾ ਵੀ ਉਹ ਤੁਰ ਕੇ ਆਉਂਦਾ ਸੀ ਵੀ ਚਪਲਾ ਚਪਲਾ ਚ ਵੀ ਆਉਂਦਾ ਸੀ ਉਹਨੂੰ ਆਪ ਜੱਫੀ ਪਾ ਕੇ ਮਿਲ ਲੈਂਦਾ ਸੀ ਉਹ ਬੰਦਾ ਤਾਂ ਕਹਿੰਦਾ ਵੀ ਜਿਹੜਾ ਜਿਹੜਾ ਫੁਕ ਵੀ ਆਪਾਂ ਦੇ ਵੀ ਫੰਨੇ ਖਾਵਾਂ ਉਹਨੂੰ ਕਹਿੰਦੇ ਖੱਜਲ ਬਹੁ ਕਰਦਾ ਹੁੰਦਾ ਇਹ ਮੈਂ ਪਿਛੇ ਇੱਕ ਇੰਟਰਵਿਊ ਦੇਖੀ ਸੀ ਉਹ ਚ ਕਹਿੰਦਾ ਸੀ ਕਹਿੰਦਾ ਕਿ ਕੋਈ ਆਇਆ ਉਹਦੇ ਕੋਲ ਉੱਤੇ ਕਹਿੰਦਾ ਕਿ ਮੈਂ ਨਾਲ ਆਪਣੇ ਗੱਨੇ ਮੈਂ ਜੇ ਲੈ ਆਇਆ ਦੋ ਤਿੰਨ ਕਿ ਮੈਂ ਉਹਦਾ ਉਹਦਾ ਮੁੰਡਾ ਵਾਂ ਤੇ ਉਹਨੂੰ ਕਹਿੰਦਾ ਵੇਟਿੰਗ ਕਰ ਮੈਰਾ ਜਿਆ ਬਿਜੀ ਆ ਤੇ ਲੱਗਿਆ ਕਹਿੰਦਾ ਕੋਈ ਹੋਰ ਆਇਆ ਹਨਾ ਬੰਦਾ ਉਦਾਂ ਹੀ ਕੋ ਪਿੰਡ ਚੋਂ ਜਾਂ ਕੋਈ ਦੋ ਵੀ ਹਨਾ ਵਿਚਾਰਾ ਉਹ ਇੱਕ ਬੜ ਬੈ ਉਹਨੂੰ ਬੜਾ ਕੇ ਨਾਲ ਉਹ ਰੋਟੀ ਖਾਦੀ ਵੱਖਰੀ ਦੂਜੇ ਨੂੰ ਲੈ ਕੇ ਆ ਪਰ ਉਹ ਇਦਾਂ ਚਲੋ हां बंदे रे यार आपा ਜਦੋਂ ਤੁਸੀਂ ਗੱਲ ਕੀਤੀ ਜਦੋਂ ਆਪਾਂ ਉਦੋਂ 네ਗਟਿਵਿਟੀ ਵਾਲ ਜ਼ਿਆਦਾ ਫੋਕਸ ਹੋ ਜਾਂਦਾ ਨਾ ਕਰੇ ਕਰੇ ਬੰਦਿਆਂ ਦਾ ਬਟ ਉਹ ਜੋ ਕਿਦਾਂ ਬੰਦੇ ਦੇ ਨਾਰਮਲ ਵਿਚਰ ਦਾ ਲੋਕਾਂ ਚ ਉਹ ਨਹੀਂ ਪਤਾ ਸੀ ਚਲੋ ਭਾਈ ਹੁਣ ਆਪਾਂ ਇਸ ਬਾਰੇ ਹਨ ਤੇ ਮੈਂ ਵੀ ਉਹ ਹੀ ਲੱਗਾ ਮੈਂ ਵਿੱਚ ਮੈਂਸ਼ਨ ਕਰਦਾ ਵੀ ਕੋਈ ਇਹ ਨਾ ਸੋਚੇ ਉਹ ਵੀ ਇਹ ਕੋਈ ਪਲਾਨਡ ਸੀ ਸਾਡਾ ਉਹਦੇ ਚਰਚਾ ਕਰਨਾ ਵੀ ਐਵੇਂ ਆ ਕੋਈ ਨਹੀਂ ਜਨਤਾ ਨਹੀਂ ਉਹ ਹੀ ਕਰਦੇ ਆ ਉਹ ਹੀ ਕਰਦੇ ਆ ਉਹ ਹੀ ਕਰਦੇ ਆ ਹਨਾ ਕਿ ਤੁਸੀਂ ਵੀ ਤਾਂ ਉਹਦੇ ਨਾਲ ਵੀ ਲੈ ਰਹੇ ਹੋ ਕੋਈ ਟਾਈਟਲ ਜਿਹੜਾ ਟਾਈਟਲ ਸੁਭਾਗ ਟਾਪਿਕ ਆ ਗਿਆ ਤੇ ਮੈਂ ਇਹ ਜੇ ਮੁੱਦਾ ਛੜਿਆ ਹੀ ਆ ਤੇ ਮੈਂ ਪਬਲਿਕਲੀ ਮੈਂ ਐਡੀ ਚੀਜ਼ ਦੇ ਵੀ ਮੈਂ ਕਹਿ ਸਕਦਾ ਵੀ ਮੈਨੂੰ ਕਦੇ ਨਾ ਕਿਤੇ ਕਈ ਰਹੀ ਨਾ ਮੈਨੂੰ ਗਲਟ ਜਿਹਾ ਫੀਲ ਹੁੰਦਾ ਹੁੰਦਾ ਵੀ ਯਾਰ ਹਾਰਸ਼ ਚੱਲ ਗਏ ਹਨਾ ਵੀ ਉਹ ਆਪਾਂ ਜਿਵੇਂ ਕਹਿਦੇ ਨੇ ਨਾ ਕਦੀ ਕਿਸੇ ਦੀ ਅਡਜਸਟ ਉਹਦੀ ਆਪਾਂ ਬਰਾਈਆਂ ਹੀ ਫੋਕਸ ਕਰੀਦੀਆਂ ਮੈਨੂੰ ਵੀ ਮੈਨੂੰ ਲੱਗਦਾ ਉਹਦੇ ਟਾਈਮ ਵੀ ਜਦੋਂ ਉਹਦੇ ਹੋਰ ਪਰਸਨੈਲਿਟੀ ਦੇ ਪੱਖ ਸ਼ਾਇਦ ਅਪਰੀਸ਼ੀਏਟ ਕਰਨੇ ਚਾਹੀਦੇ ਸੀ ਉਹਦੇ ਟਾਈਮ ਮੈਂ ਨਹੀਂ ਉਹ ਉਹ ੜੀ ਚੀਜ਼ ਨੂੰ ਦਰਕਨਾਰ ਕਰਕੇ ਮੈਂ ਜਸਟ ਉਹਦੇ ਕੰਟੈਂਟ ਜਿਹੜਾ ਸੀ ਉਹ ਮੈਨੂੰ ਨਹੀਂ ਸੀ ਜਿਹ ਪਸੰਦ ਮੈਂ ਕਿਹਾ ਟਾਈਟਲ ਵੀ ਨਾ ਪਾਇਓ ਆੜਾ ਟਾਈਟਲ ਵੀ ਨਾ ਪਾਇਓ ਜਾਂਦਾ ਫਿਰ ਮੈਂ ਕਿ ਉਹਦੇ ਨਾਮ ਦਾ ਟਾਈਟਲ ਵੀ ਨਾ ਪਾਇਓ ਜਿੱਤਾਂ ਨੇ ਕਹਣਾ ਤੁਸੀਂ ਤਾਂ ਵੀਊ ਖਾਦੀ ਉਹ ਨਾ ਉਹ ਆਪਾਂ ਆਪਾਂ ਦਾ ਆਹੀ ਪਾਉਣਾ ਵਾ ਆਪਾਂ ਨਾ ਹਨਾ ਕੋਈ ਥੰਬਨੇਲ ਦੇ ਵਿੱਚ ਤੇ ਨਾ ਕੋਈ ਆਪਾਂ ਉਹਦੇ ਵਿੱਚ ਜ਼ਿਕਰ ਕਰਨਾ ਹਾਂ ਤੇ ਮੈਂ ਤੁਹਾਨੂੰ ਕੁਝ ਤੁਹਾਨੂੰ ਪੁੱਛਣਾ ਸੀ ਮੈਂ ਕਿ ਤੁਸੀਂ ਇੱਕਦਾਂ ਚੁੱਪ ਜੇ ਕਰ ਗਏ ਆ ਬਲੌਗਰਾਂ ਵਾਲੀ ਸੀਨ 'ਚ ਹੈਨਾ ਜਿਹੜਾ ਤੁਸੀਂ ਬੇੜਾ ਚੱਕਿਆ ਸੀਗਾ ਬਲੌਗਰਾਂ ਦੇ ਖਿਲਾਫ ਪਹਿਲਾਂ ਬਿਲਕੁਲ ਸਟਾਰਟਿੰਗ 'ਚ ਤੇ ਇੱਕਦਾਂ ਉਹ ਸੀਨ ਜਾਂ ਡੈਡੀ ਕਰਤਾ ਤੁਸੀਂ ਬਿਲਕੁਕੁਲ ਕੀ ਸੀਨ ਕੀ ਹੋਣਿਆ ਲਈ ਤੁਸੀਂ ਬੋਲਣਾ ਨਹੀਂ ਚਾਹੁੰਦੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਮੂਰਖ ਨਾਲ ਉੱਝ ਕੇ ਕੋਈ ਫਾਇਦਾ ਨਹੀਂ ਹੈ ਨਹੀਂ ਯਾਰ ਉਹ ਪਤਾ ਕੀ ਚੱਕਰ ਸੀ ਉਹ ਮੈਨੂੰ ਲੱਗਦਾ ਸੀ ਕਿ ਵੀ ਉਹ ਨਾ ਹੀ ਇੱਕ ਬਾਲੀ ਪਰਸਨੈਲਿਟੀ ਜੰਗ ਜੀ ਹੋ ਗਈ ਸੀ ਇੱਕ ਤੇ ਹੈਨਾ ਕਾਰਨੋਂ ਤਾਂ ਮੈਨੂੰ ਵੀ ਵੇਹ ਮੈਨੂੰ ਪਤਾ ਸੀ ਕਿ ਮੈਂ ਆਪਣੇ ਉਹਦੇ ਸਟੈਂਡ ਤੇ ਵੀ ਹੋ ਸਕਦਾ ਚਲੋ ਵੀ ਕੁਝ ਗਲਤ ਹੋਵਾ ਪਰ ਮੈਨੂੰ ਮੈਨੂੰ ਆਪਣੇ ਪੁਆਇੰਟ ਆਫ 视图 ਦਾ ਲੱਗਦਾ ਸੀ ਮੈਂ ਸਹੀ ਪਾਸੇ ਆ ਤੇ ਮੈਂ ਕੁਝ ਵੀ ਆਪਣੇ ਲੋ ਬਣਾ ਕੇ ਜਾਂ ਗਲਤ ਨਹੀਂ ਬੋਲ ਰਿਹਾ ਸੋ ਕੁਝ ਵੀ ਉਹ ਕਾਊਂਟਰ ਕਰਦੀ ਕੋਸ਼ਿਸ਼ ਕਰਦੇ ਮੈਂ ਜਵਾਬ ਤੇ ਦੇ ਹੀ ਸਕਦਾ ਹੇ ਭਾਵੇਂ ਮੇਰੇ ਲੋ ਭਾਵੇਂ ਸਾਰੇ ਹੀ ਮੈਂ ਤਾਂ ਹੀ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਉਦੋਂ ਹਨਾ ਜਦੋਂ ਮੈਂ ਉਦੋਂ ਕਿਹਾ ਸੀ ਕਿ ਆਜੋ ਸਾਰੇ ਹੀ ਲਾਈਵ ਆਜੋ ਮੈਂ ਕੱਲਾ ਹੀ ਤੁਸੀਂ ਸਾਰੇ ਆਜੋ ਆਪਾਂ ਬਹਿ ਕੇ ਗੱਲ ਕਰਦੇ ਹਾਂ ਤੁਸੀਂ ਪ੍ਰੂਵ ਕਰ ਦੋ ਵੀ ਤੁਸੀਂ ਕਿੱਦਾਂ ਸਹੀ ਆ ਪਰ ਉਹ ਆਖਰੀ ਬਸ ਯਾਰ ਮੈਨੂੰ ਨਾ ਮੈਨੂੰ ਫਿਰ ਆਪਣਾ ਕੰਮ ਕਾਰਜ ਇਹਦਾ ਆ ਜਾਂਦਾ ਯਾਰ ਵੀ ਮੈਂ ਜਿਆਦਾ ਉਧਰ ਖੁੱਬ ਜਾਣਾ ਫੋਕਸ ਕਰਾਂ ਹਨਾ ਜਿਆਦਾ ਪਰਸਨਲ ਜਾਣਾ ਤੇ ਦੂਜੀ ਗੱਲ ਇਹ ਵੀ ਹੈ ਸੱਚੀ ਤੇ ਉਹਨੇ ਨੂੰ ਤੁਸੀਂ ਵੀ ਖਾਸ ਕਰਕੇ ਰਿਟਰੀ ਵਾਲੇ ਨੇ ਚੰਗਾ ਝੰਡਾ ਚੱਕ ਲਿਆ ਸੀ ਤੇ ਮੈਂ ਕਿਹਾ ਵੀ ਕੋਈ ਨਾ ਹੁਣ ਮੈਂ ਕਿਹਾ ਵੀ ਇਹ ਵੀ ਇਹਨੇ ਲਾਈ ਆਉਣੇ ਆ ਉਹ ਮੈਨੂੰ ਯਾਦ ਨਹੀਂ ਸਿਖਿਆ ਜਿੱਦਾਂ ਹੁਣ ਹੁਣ ਵੇਖ ਮੈਂ ਤੁਹਾਡੇ ਨਾਲ ਇੰਟਰਵਿਊ ਕਰਨ ਦੇ ਆ ਟਾਡੇ ਕੋਈ ਉਹੋ ਜਿਹੇ ਹੋਣਗੇ ਸੁਣ ਵਾਲੇ ਜਿਨ੍ਹਾਂ ਨੂੰ ਮੇਰੀ ਇੱਕ ਸੋਚ ਪਸੰਦ ਨਹੀਂ ਹੋਊਗੀ ਬਿਲਕੁਲ ਫੋਰ ਐਗਜ਼ਾਮਪਲ ਯਾਰ ਮੈਂ ਮੈਂ ਨਾ ਮੈਂ ਸਾਰੇ ਇਨਸਾਨਾਂ ਨੂੰ ਇੱਕ ਜਾਂ ਮੰਨਦਾ ਵਾਂ ਹਨਾ ਕਈ ਆਖਣਗੇ ਵੀ ਸ਼ਾਇਦ ਨਾਸਤਿਕ ਮੈਨੂੰ ਨਹੀਂ ਪਤਾ ਮੈਂ ਨਾਸਤਿਕ ਆਸਤਿਕ ਮੈਨੂੰ ਮੈਨੂੰ ਵੀ ਮਿਕਸ ਆਈ ਆ ਰਹੇ ਹਨਾ ਚੀਜ਼ਾਂ ਬਹੁਤ ਜ਼ਿਆਦੀਆਂ ਹਨਾ ਕੰਪਲਿਕੇਟਿਡ ਵੀ ਹੈਗੀਆਂ ਵੀ ਕਈ ਕਹਿਣਗੇ ਲੈ ਤੂੰ ਹਨਾ ਵੀ ਤੁਸੀਂ ਇਸਾਭੀ ਨਾ ਕਰਨ ਤੇ ਕਈ ਮਰਣਾ ਇਹਨ ਇਸ ਗੱਲੋਂ ਨਾਰਾਜ਼ ਹੋਣਗੇ ਲੈ ਤੋਂ ਉਹਨਾਂ ਨੇ ਵੀਡੀਓ ਕਰਨ ਰਿਹਾ ਜਿਹੜੇ ਵੀਡੀਓ ਦੇ ਵਿੱਚ ਗਾਲਾਂ ਕੱਢਦੇ ਹਨ ਜਾਂ ਡਬਲ ਮੀਨਿੰਗ ਯੂਜ਼ ਕਰਦੇ ਆ ਹਾਂਜੀ ਸੋ ਇਹ ਵੀ ਇਹ ਮੈਂ ਇਸੇ ਕਰਕੇ ਨਾ ਉਦੋਂ ਮੈਨੂੰ ਕਈ ਜਣੇ ਕਰਦੇ ਸੀ ਯਾਰ ਇਟਲੀ ਵਾਲਾ ਹਨਾ ਗਾਲਾਂ ਵੜੀਆਂ ਕੱਢਦਾ ਗਾਲਾਂ ਵੜੀਆਂ ਕੱਢਦਾ ਮੈਂ ਉਦੋਂ ਕਿ ਨਾ ਉਹਨਾਂ ਦਾ ਮੱਥਾ ਲਾ ਕੇ ਵੇਖ ਲਿਆ ਸੀ ਕਿਉਂਕਿ ਉਹਨਾਂ ਨੇ ਨਾ ਉਦੋਂਕ ਉਹਨੇ ਚਵਲ ਨੇ ਐਨੇ ਮੰਗਦੇ ਨੇ ਉਦੋਂ ਇੱਕ ਵੀਡੀਓ ਦੇ ਵਿੱਚ ਨੇ ਝੂਠ ਬੋਲਿਆ ਸੀ ਕਿ ਸਾਬੀ ਨੇ ਮੇਰੀ ਘਰ ਦੀ ਨੂੰ ਗਲਤ ਬੋਲਿਆ ਵਾ ਹਣਾ ਮੇਰੀ ਫੈਮਿਲੀ ਪਰ ਮੈਨੂੰ ਨਹੀਂ ਸੀਦਾ ਬਰੇ ਉਹਨੇ ਕਿਹਾ ਸੀ ਜਦੋਂ ਮੈਂ ਕਿਹਾ ਯਾਰ ਇਹ ਤਾਂ ਮੈਂ ਕਿਹਾ ਸਾਲੀ ਸਿਰੇ ਦੀ ਚੱਵੜਾ ਵੇਖ ਵੀ ਇਹਦੀ ਵਾਈਫ ਬਾਰੇ ਮੈਂ ਕੁਝ ਨਹੀਂ ਕਿਹਾ ਮੈਂ ਇੱਕ ਦੋ ਵਾਰ ਹੀ ਮੈਂ ਵੀਡੀਓ ਦੇ ਵਿੱਚ ਨਾ ਉਹਦੀ ਵਾਈਫ ਨੂੰ ਇਹ ਕਿਹਾ ਵੀ ਵੀ ਉਹ ਹਨਾ ਵੀ ਉਹਦਾ ਕੁਝ ਨਹੀਂ ਇਹਦੇ ਨਾਲ ਲੈਣਾ ਦੇਣਾ ਹਨਾ ਵੀ ਇਹ ਆਪਣੀ ਵਾਈਫ ਨੂੰ ਕਿਦਾਂ ਵੀ ਐਜ਼ ਅ ਟੂਲ ਯੂਜ਼ ਕਰਨ ਡਿਆ ਵੀ ਵਿਚਾਰੀ ਭੋਲੀ ਭਾਲੀ ਹੈ ਹਨਾ ਮੈਂ ਤਾਂ ਉਹਦੀ ਵਾਈਫ ਨੂੰ ਕੋਈ ਗਲਤ ਸ਼ਬਦ ਵੀ ਨਹੀਂ ਬੋਲਿਆ ਹਨਾ ਕੋਈ ਉਦਾਂ ਦਾ ਬਿਲਕੁਲ ਉਹ ਬੰਦੇ ਨੇ ਆਪਣੀ ਆਡੀਅנס ਨੂੰ ਪਿੱਛੇ ਲਾਉਣ ਦੀ ਖਾਤਰ ਉਨੇ ਉਹਨੂੰ ਆਪਣੀ ਵਜੋਂ ਇਹ ਟੂਲ ਯੂਜ਼ ਕਰ ਲਿਆ ਹਨਾ ਠੀਕ ਤੇ ਫਿਰ ਮੈਂ ਕਿਹਾ ਵੀ ਇਹ ਭਾਈ ਇਹ ਗਾਲਾਂ ਵਾਲੀ ਆ ਫਿਰ ਇਟਰੀ ਵਾਲੇ ਨੂੰ ਕਿਹਾ ਇਟਰੀ ਵਾਲੇ ਮੈਂ ਕਿਹਾ ਪਰ ਪਹਿਲਾਂ ਮੈਟਰੀ ਵਾਲੇ ਨੂੰ ਨਾ ਮੈਨੂੰ ਕਈਆਂ ਨੇ ਕਰਨੇ ਵੀ ਯਾਰ ਤੇਰੀ ਤੇ ਉਹਨਾਂ ਨਾਲ ਗੱਲ ਹੁੰਦੀ ਨੂੰ ਸਮਝਾ ਮੈਂ ਇਟਰੀ ਵਾਲੇ ਨੂੰ ਕਹਿਣਾ ਮੈਂ ਕਿਹਾ ਯਾਰ ਵੀ ਲੋਕੀ ਯਾਰ ਮਾਈਂਡ ਕਰਦੇ ਆ ਗਾਲਾਂ ਨਾ ਕੱਢਿਆ ਕਰ ਹਨਾ ਲੋਕੀ ਮਾਈਂਡ ਕਰਦੇ ਆ ਵੀ ਘਟ ਇਹਨੇ ਕਿਹਾ ਨਾ ਪਾਜੀ ਮੈਂ ਹੋਲ ਪਾਜੀ ਮੈਂ ਇੱਕ ਦਮ ਤੇ ਨਹੀਂ ਘਟਾ ਸਕਦਾ ਮੈਂ ਹੌਲੀ ਹੌਲੀ ਘਟਾ ਦਊਗਾ ਇਹਨੇ ਤਾਂ ਕਿਹਾ ਉਹ 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 ਹੋਰ ਤਰੀਕੇ ਨਾਲ ਸੋਚਦਾ ਸੀ ਉਹ ਵੀ ਉਹ ਕਹਿੰਦਾ ਸੀ ਜੇ ਮੈਂ ਇੱਕ ਦਮ ਕਰਤਾ ਵੀ ਸ਼ਾਇਦ ਲੋਕਾਂ ਨੇ ਇਹਦਾ ਦੂਸਰਾ मीनिंग ਕੱਢ ਲੈਣਾ ਵੀ ਸ਼ਾਇਦ ਕਿਸੇ ਨੇ ਡਰਾ ਤਾ ਧਮਕਾ ਤਾ ਡਰ ਗਿਆ ਬਿਲਕੁਲ ਬਿਲਕੁਲ ਮੈਂ ਕਰ ਦਊਗਾ ਘਟ ਹਣਾ ਵੀ ਹਾਂ ਪਰ ਜਦੋਂ ਇਹਨੇ ਇਹ ਚੀਜ਼ ਕੀਤੀ ਫਿਰ ਮੈਂ ਉਦੋਂ ਕਿਹਾ ਮੈਂ ਕਹਾ ਤੂੰ ਭਰਾਵਾ ਜਿੱਦਾਂ ਦਰਾ ਜੀ ਕਰਦਾ ਉਦਾਂ ਹੀ ਕਰ ਮੈਂ ਕਹਾ ਇਹ ਸੇਵਾ ਵਾਲੀ ਆ ਮੈਂ ਕਹਾ ਭਰਾਵਾ ਇਹ ਨਹੀਂ ਮੈਂ ਕਹਾ ਇਹ ਨੇ ਨਾ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਮੈਨੂੰ ਯਾਦ ਆ ਜ਼ਿਕਰ ਮੈਨੂੰ ਯਾਦ ਆ ਜ਼ਿਕਰ ਮੇਰਾ ਨਾ ਚੈਨਲ ਸੀ ਆ ਬਲੌਗਿੰਗ ਵਾਲਾ ਮੈਂ ਨਾ ਮਲਕੀ ਯਾਰ ਦੋਸਤਾਂ ਨਾਲ ਵਲੌਗ ਪਾਈ ਸੀ ਉੱਤੇ ਬੜੇ ਚਿਰਪਲੇ ਮੈਂ ਛੱਡ ਗਿਆ ਸੀ ਵਲੌਗ ਪਾਉਣੇ ਬਟ 2 ਸਾਲ ਪੁਰਾਣੇ ਵਲੌਗ ਪਏ ਪੇ ਸੀ ਉੱਤੇ 25000 ਸਬਸਕ੍ਰਾਈਬਰ ਸੀ ਮੇਰੇ ਉਦੋਂ ਇਹਡਾ ਚੈਨਲ ਮੇਰਾ ਬੰਦ ਹੋ ਗੇ ਇਹਦੀ ਗੱਲ ਕਰਨਿਆ ਤੇ ਜਿੱਦਨ ਤੁਹਾਡਾ ਲਾਈਵ ਸਟ੍ਰੀਮ ਸੀਗਾ ਡਿਬੇਟ ਵਾਲਾ ਨਾ ਤੇ ਉਦੋਂ ਤੁਸੀਂ 2-3 ਵਾਰੀ ਲਾਈਵ ਸਟ੍ਰੀਮ ਕੱਟਿਆ ਹਨਾ ਆਪਣਾ ਮੈਂ ਦੇਖਿਆ ਲਾਈਵ ਸਟ੍ਰੀਮ ਦਾ ਸਾਰਾ ਤੇ ਜੋ ਤੀਜੀ ਰਿਆ ਨਾ ਤੇ ਤੀਜੀ ਰੀ ਲਾਈਵ ਸਟ੍ਰੀਮ ਚ ਮੈਂ ਕਹਤਾ ਫੁੱਲ ਸਪੋਰਟ ਕਰਕੇ ਨਾ ਮੈਂ ਕੁਝ ਜਿਹੜਾ ਸੁਪਰ ਚੈਟ ਨਹੀਂ ਭੇਜ ਜਾਂਦੀ ਉਹ ਭੇਜਦੀ ਆਪਣੀ ਰੀਅਲ ਅਕਾਊਂਟ ਤੋਂ ਫੈਸ਼ੀਂਗ ਰੀਅਲ ਤੋਂ ਤੇ ਮਗੀ 4.5 ਡਾਲਰ ਦੀ ਹੁੰਨੀ ਮੈਨੂੰ ਲੱਗਦਾ ਹਨਾ ਤੇ ਥੱਲੇ ਲੋਕਾਂ ਨੇ ਕਈ ਕਮੈਂਟ ਕੀਤੇ ਫਰੈਸ਼ੀ ਯਾਰ ਤੂੰ ਸਪੋਰਟ ਕਰਨ ਦਾ ਤੂੰ ਵੀ ਤਾਂ ਬਲੌਗਰ ਹੀ ਆ ਤੇ ਮੈਂ ਉਹ ਤੋਂ ਸੋਚਿਆ ਯਾਰ ਕਿ ਹੋ ਯਾਰ ਮੈਨੂੰ ਤਾਂ ਲੋਕ ਕਿਉਂ ਨਾ ਅਕਾਊਂਟ ਕਰੀ ਜਾਂਦੇ ਆ ਫਿਰ ਉਹ ਤੋਂ ਦੋ ਦਿਨਾਂ ਬਾਅਦ ਮੈਂ ਵੀਡੀਓ ਬਣਾਈ ਸੀ ਆਪਣੀ ਬਿੱਲੀ ਰੋਸਟਿੰਗ ਜਿਹੜੀ ਵਧੀਆ ਚੱਲੀ ਫਿਰ ਉਸ ਤੋਂ ਬਾਅਦ ਮੈਂ ਦੂਜੀ ਬਣਾਈ ਉਹ ੜੀ ਜ ਜਿਹੜੀ ਤੁਸੀਂ ਦੇਖੀ ਹੋ ਸ਼ਾਇਦ ਉਹੀ ਹਿਸਾਬ ਦੀ ਜਾਨਵਲ ਜਿਹਦੇ ਚ ਮੈਂ ਜਾਨਵਲ ਬਣਿਆ ਸੀਗਾ ਉਦੋਂ ਤੋਂ ਲੋਕਾਂ ਨੇ ਵਧੀਆ ਪਸੰਦ ਕੀਤੀ ਤੇ ਮੈਂ ਕਹਿੰਦਾ ਚੱਲ ਕਰਕੇ ਦੇ ਲੈ ਤੇ ਮੇਰਾ ਵੀ ਚੈਨਲ ਦਾ ਸ਼ੁਰੂਆਤ ਜਿਹੜੀ ਰੋਸਟਿੰਗ ਵਾਲੀ ਉਧਰ ਹੋਈ ਪਹਿਲਾਂ ਉਹੀ ਡਿਬੇਟ ਤੋਂ ਬਾਅਦ ਹੀ ਹੋਈ ਹੈ ਤੇ ਸਾਰਾ ਉਹ ਤਾਂ ਤੁਹਾਨੂੰ ਤੁਹਾਨੂੰ ਜਾਂਦਾ ਹੋਣਾ ਸਰੇਸ਼ ਸਾਰਾ ਪਰ ਮੈਂ ਜੋ ਤਾਂ ਯਾਰ ਤੁਹਾਨੂੰ ਵੀ ਜੇ ਤੁਸੀਂ ਕੱਲ ਚੱਕੀ ਸੀ ਭਾਈ ਤਾਂ ਚੱਕੀ ਰੱਖੋ ਕੋਈ ਗੱਲ ਨਹੀਂ ਕਿਉਂਕਿ ਜਿਹੜੀ ਚੀਜ਼ ਸਹੀ ਆ ਉਹਦੇ ਚ ਸਾਰੇ ਸਾਥ ਦਿੰਦੇ ਆ ਹਨਾ ਉਹ ਗੱਲ ਤੁਹਾਡੀ ਸਹੀ ਸੀ ਇਹਨਾਂ ਦੀ ਇਹਨਾਂ ਨੇ ਡਿਬੇਟ ਤਾਂ ਤਾਂ ਹੀ ਨਹੀਂ ਆਏ ਉਹਨਾਂ ਨੇ ਹੋਰ ਬੜਾ ਕੁਝ ਕੀਤਾ ਮਤਲਬ ਕਿ ਤੁਹਾਡਾ ਬੁਟਸ ਦਾ ਨਾਮ ਬਣਾਇਆ ਇਟਲੀ ਵਾਲੇ ਦਾ ਬਣਾਇਆ ਆਹੋ ਪਿੰਡੂ ਖੇਡੀ ਦਾ ਬਣਾਇਆ ਤੇ ਇਹਦਾ ਟੀਮ ਆ ਪਿੰਡੂ ਖੇਡੀਆਂ ਨੇ ਚਲਾ ਰਿਆ ਵਾ ਪਤਾ ਨਹੀਂ ਆਪਣੇ ਕੋਲ ਕੋਈ ਲੋਜੀਕਲ ਗੱਲਾਂ ਤੇ ਆ ਜਾ ਇੱਥੇ ਆ ਜਾ ਮੈਂ 6 ਫੁੱਟ ਦਾ ਆ ਮੈਂ ਆਉਂ ਆ ਆਹੋ ਆਉ ਉਹਦੇ ਖਿਆਲ ਨਾਲ ਵੀ ਦੁਨੀਆ ਦੇ ਨਾਲ ਮੈਂ ਹੀ 6 ਫੁੱਟ ਦਾ ਆ ਵੀ ਸ਼ਾਇਦ ਅਗਲਾ ਤਾਂ ਹੋਣਾ ਹੀ ਨਹੀਂਗਾ ਨਾ ਵੀ ਵੀ ਬੰਦਾ ਪੁੱਛੇ ਵੀ ਹੁਣ ਉਹ ਜਿਹੜੇ ਆ ਕੁਸ਼ਤੀਆਂ ਲੜਦੇ ਆ ਹਰਿਆਣੇ ਦੇ ਉਹ 6 ਫੁੱਟ ਹਣਾ ਵੀ ਮੈਨੇ ਤਾਂ ਕੱਦ ਨਾਲ ਕੋਈ ਹੁੰਦਾ ਨਾ ਹੁਣ ਉਹ 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 ਹੁਣ ਉਹ ਛੋਟੇ ਕਾਦਾਂ ਦੇ ਆ ਹੁਣ ਮੇਰੇ ਅਗੇ ਦੀ ਬਾਜੀ ਲਵਾ ਦੇਣਾ ਅਗਲੇ ਭਾਈ ਕਦਾਂ ਇਹ ਚੀਜ਼ਾਂ ਨਾਲੇ ਉੱਤੇ ਕਹਦਾ ਮਾਨ ਕਰਨਾ ਕੱਦ ਤੋਂ ਆਪ ਥੋੜੀ ਬਣਾਇਆ ਕੱਦ ਜੀਨ ਆ ਤੇਰੇ ਮਾਪਿਆਂ ਦੇ ਤੇਰੇ ਵਿੱਚ ਆ ਗਏ ਹਨਾ ਕੱਦ ਰੰਗ ਅੱਖਾਂ ਵਾਲ ਉਹ ਤੇਰੇ ਮਾਣ ਕਰਨੀ ਜਾਂਦੇ ਮਾਣ ਨਹੀਂ ਕਰਨਾ ਬਣਦਾ ਹੁੰਦਾ ਇਹ ਤੁਸੀਂ ਨਹੀਂ ਹਨਾ ਹਾਂ ਸਰੀਰ ਤੋਂ ਡੌਲੇ ਬਣਾ ਲਏ ਆ ਉੱਤੇ ਮਾਣ ਕਰ ਲੈ ਭਾਈ ਕੱਦ ਤੇ ਥੋੜੀ ਕੱਦ ਕੱਦ ਨਹੀਂ ਹਨਾ ਕੱਦ ਵਿਧਾ ਨਹੀਂ ਸਕਦਾ ਬੰਦਾ ਹੁਣ ਕਈ ਡਾਕਟਰ ਆਂਦੇ ਲਮਕਿਆ ਕਰੋ ਫਲਾਨ ਕਰ ਲਿਆ ਮੈਨੂੰ ਨਹੀਂ ਲੱਗਦਾ ਵੀ ਜੇ ਵੱਧ ਤੋਂ ਵੱਧ ਇਹੜੀ ਚੀਜ਼ ਦਾ ਕਦੀ ਫਰਕ ਪੈਂਦਾ ਵੀ ਹੋਊਗਾ ਤੇ ਮੈਨੂੰ ਲੱਗਦਾ 2-4 ਸੈਂਟੀਮੀਟਰ ਦਾ ਫਰਕ ਪੈ ਜਾਂਦਾ ਹੋਊਗਾ ਬਿਲਕੁਲ ਬਿਲਕੁਲ ਹਾਂ ਵੀ ਇਸ ਤੋਂ ਵੱਧ ਤੁਸੀਂ ਆਪਣੇ ਕਦ ਨੂੰ ਕੰਟਰੋਲ ਨਹੀਂ ਕਰ ਸਕਦੇ ਸੋ ਸੋ ਇਹਨਾਂ ਚੀਜ਼ਾਂ ਦੇ ਮਾਨ ਨਹੀਂ ਕਰੀਦਾ ਉਹ ਜਿਵੇਂ ਕਹਿੰਦੇ ਨਾ ਵੀ ਜੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇ ਮਾਨ ਕਰਦੇ ਆ ਤੇ ਜੇ ਕੱਲ ਨੂੰ ਕੈਂਸਰ ਹੋ ਜਾਂਦੀ ਫਿਰ ਉਤੋਂ ਹੀ ਮਾਨ ਕਰਿਆ ਕਰੋ ਵੀ ਮੈਨੂੰ ਮਾਨ ਆ ਮੇਰੇ ਸਰੀਰ ਚ ਕੈਂਸਰ ਆ ਹਨਾ ਆਹੋ ਹਨਾ ਉਹ ਵੀ ਇਤਨੀ ਉਹ ਤਾਂ ਲੋਜੀਕਲ ਇਸ ਗੱਲਾਂ ਸੀ ਉਹਨਾਂ ਦੀਆਂ ਤੇ ਚਲੋ ਉਹ ਤਾਂ ਫਿਰ ਲਗਾਤਾਰ ਪਤਾ ਲੱਗ ਹੀ ਗਿਆ ਸੀ ਜੋ ਡਿਬੇਟ ਤੇ ਨਹੀਂ ਆਏ ਹਨਾ ਤੇ ਜਾਣ ਵਾਲਾ ਕਹਿੰਦਾ ਸੀ ਡਿਬੇਟ ਕਰਾਂਗੇ ਸਿੱਧੂ ਮੂਸੇ ਵਾਲੇ ਨਾਲ ਕਹਿੰਦਾ ਮੈਂ ਯਾਰ ਉੱਤੇ ਨਹੀਂ ਮੈਨੂੰ ਮੈਨੂੰ ਨਾ ਮੈਨੂੰ ਪਤਾ ਕਿ ਮੈਂ ਤੈਨੂੰ ਕੀ ਦੱਸਾਂ ਮੈਨੂੰ ਕਿਹ ਤੇਰੇ ਗੁੱਸਾ ਆ ਮੈਨੂੰ ਉੱਤੇ ਉੱਤੇ ਤੇ ਬਿਲਕੁਲ ਨਹੀਂ ਆਉਂਦਾ ਯਾਰ ਉਹ ਮੈਂ ਨਾ ਇੱਕ ਦਿਨ ਸੋਚਦਾ ਸੀ ਮੈਂ ਕਿਹਾ ਯਾਰ ਉਹਨੂੰ ਮੈਂ ਮਿਲਣਾ ਜਾ ਕੇ ਯਾਰ ਮੈਂ ਕਿਹਾ ਜੇ ਉਹ ਮਿਲ ਨੂੰ ਮੰਨਿਆ ਨਾ ਹਨਾ ਮੈਂ ਕਿਹਾ ਯਾਰ ਉਹਦੇ ਨਾਲ ਨੋਟੀ ਬੰਦਾ ਉਹ ਮੰਨ ਜਾਣਾ ਨਾ ਨੋਟੀ ਬੰਦਾ ਉਹ ਮੰਨ ਜਾਣਾ ਮੈਂ ਕਿਹਾ ਵੀ ਇਹ ਨਹੀਂ ਵੀ ਮੈਂ ਵੀਡੀਓ ਵੀਡੀਓ ਮੈਂ ਕਿਹਾ ਨਾ ਯਾਰ ਚਾਹ ਚੂਪੀ ਕੇ ਆਵਾਂਗੇ ਕਿਤੇ ਹਨਾ ਬੈ ਕੇ ਉਹ ਯਾਰ ਉੱਤੇ ਨਾ ਉੱਤੇ ਉਹ ਨਾ ਉਹ ਮੈਨੂੰ ਕਦੀ ਕਦੀ ਉੱਤੇ ਨਾ ਵੀ ਉਹ ਮੈਨੂੰ ਫਨੀ ਆ ਲੱਗਦਾ ਹੁੰਦਾ ਨਾ ਵੀ ਮੈਨੂੰ ਪਤਾ ਨਹੀਂ ਤਾਂ ਕਹਿ ਰ ਮੈਂ ਸੋਚਦਾ ਨਾ ਵੀ ਜਾਣ ਕੇ ਸ਼ਾਇਦ ਐਕਟਿੰਗ ਕਰਦਾ ਯਾ ਰੀਅਲ ਪਰਸਨੈਲਿਟੀ ਹੈ ਨਾ ਵਾਟਐਵਰ ਤੇ ਉਹੀ ਗੱਲ ਹੁੰਦੀ ਵੀ ਮੈਂ ਕਹਿੰਦਾ ਚੱਲ ਉਹਤੇ ਨਹੀਂ ਮੈਨੂੰ ਗੁੱਸਾ ਪਤਾ ਕਹਤੇ ਆਉਂਦਾ ਗੁੱਸਾ ਆਉਂਦਾ ਏਹੜੀ ਚਵਲ ਤੇ ਏਹੜੀ ਚਵਲ ਤੇ ਤਾਂ ਆਉਂਦਾ ਕਿਉਂਕਿ ਇਹਨੂੰ ਸਭ ਪਤਾ ਵਾ ਇਹ ਪੜਿਆ ਲਿਖਿਆ ਇਹਨੂੰ ਸਾਰਾ ਪਤਾ ਵਾ ਤੇ ਇਹਨੂੰ ਇਹ ਵੀ ਪਤਾ ਵਾ ਕਿ ਮੈਂ ਕਿਹੜੇ ਤਰੀਕੇ ਨਾਲ ਆਪਣਾ ਆਪਣੀ ਡੇਲੀ ਵਲੋਗਿੰਗ ਨੂੰ ਵੀ ਕਿਉਂ ਮੈਂ ਰਾਈਟ ਪ੍ਰੂਵ ਕਰ ਰਿਹਾ ਕਿਉਂਕਿ ਉਹਨੂੰ ਉਤੋਂ ਪੈਸੇ ਆ ਰਹੇ ਆ ਤਾਂ ਉਹਨੇ ਨਹੀਂ ਮੰਨਣਾ ਵੀ ਇਹ ਜਿਹੜੀ ਚੀਜ਼ ਕਿੱਦਾਂ ਇਫੈਕਟ ਕਰਦੀ ਐ ਸਾਰਿਆਂ ਨੂੰ ਹਨ ਵੀ ਇਹ ਇਹ ਐਡਿਕਸ਼ਨ ਕਿੱਧਰ ਲੈ ਕੇ ਜਾਂਦੀ ਐ ਮੈਂ ਡੇਲੀ ਵਲੋਗਿੰਗ ਦੀ ਤੁਹਾਨੂੰ ਗੱਲ ਦੱਸਾਂ ਜਿਹੜੀ ਡੇਲੀ ਵਲੋਗਿੰਗ ਆ ਨਾ ਹਨਾ ਇਹ ਉਦੋਂ ਪੰਜਾਬੀ ਕੋਈ ਕਰਦਾ ਨਹੀਂ ਹੁੰਦਾ ਸੀ ਡੇਲੀ ਵਲੋਗਿੰਗ ਜਦੋਂ ਆਪਾਂ ਮੈਂ ਕਰਦਾ ਹੁੰਦਾ ਸੀ ਮੈਂ ਹੁਣ ਇਹ ਗੱਲ ਜਿਹੜੇ ਮੈਨੂੰ ਬੜੇ ਪੁਰਾਣੇ ਦੇਖਦੇ ਨੇ ਸਬਸਕ੍ਰਾਈਬਰ ਇਹਨੂੰ ਖੁਦ ਵੀ ਪਤਾ ਹੋਣਾ ਵਾ ਇੰਨੇ ਉਦੋਂ ਵੀ ਇੱਕ ਬੋਲਿਆ ਸੀ ਜਗ੍ਹਾ ਤੇ ਜਾ ਕੇ ਕਿ ਇਹ ਅਪਰੋਚ ਹੀ ਵੀਡੀਓ ਬਣਾਉਂਦੇ ਰਹਿੰਦੇ ਆ ਆਪਣੇ ਕੋਈ ਨਾ ਟਾਈਮ ਨਹੀਂ ਦਾ ਆਪਣੇ ਜੋਬ ਆਪਾਂ ਦੇ ਜੋਬਾਂ ਕਰਦੇ ਆ ਤੇ ਆਪਾਂ ਯਾਰ ਦੋਸਤਾਂ ਨਾਲ ਜਾਣਾ ਘੁੰਮਣ ਫਿਰਨਾ ਹਨਾ ਤੇ ਆਪਾਂ ਟੈਲੀ ਵੀਡੀਓਜ਼ ਬਣਾਉਂਦੇ ਹੁੰਦੇ ਸੀ ਦਿੱਲੀ ਉਦੋਂ ਆਪਾਂ ਅੱਛਾ ਉਦੋਂ ਇਦਾਂ ਕਹਿੰਦਾ ਸੀ ਹੈ ਅੱਛਾ ਉਦੋਂ ਮੈਂ ਸਪੈਸ਼ਲ ਟਾਈਟਲ ਪਾਉਣਾ ਆਪਣਾ ਡੇਲੀ ਵਲੌਗ 1 2 3 ਕਰਕੇ ਆਪਾਂ 56 ਬਣਾਏ ਬਾਅਦ ਸਾਨੂੰ ਆਪ ਲੱਗਾ ਕਿ ਯਾਰ ਨਹੀਂ ਫਾਇਦਾ ਹਨਾ ਵਹਰੋਂਦਾ ਕੋਈ ਕਿ ਦਿੱਲੀ ਆਪਾਂ ਜਾਂਦਾ ਨੂੰ ਕੀ ਦਿਖਾਉਂਦੇ ਨੇ ਨਹੀਂ ਫਾਇਦਾ ਮੈਂ ਬਲੌਗਿੰਗ ਛੱਡਤੀ ਤੇ ਉਹ ਦਿੱਲੀ ਹੁਣ ਖੁਦ ਇਹਨਾਂ ਨੇ ਖੁਦ ਸ਼ੁਰੂ ਕਰਤਾ ਹੁਣ ਸਾਰੇ ਕਰਨ ਦੇ ਬਈ ਉਦੋਂ ਪੰਜਾਬ ਚ ਮੈਨੂੰ ਨਹੀਂ ਲੱਗਦਾ ਜਾਂ ਦਿੱਕਤਾਂ ਹੋਵੇ ਵੀ ਪਰ ਮੈਨੂੰ ਨਹੀਂ ਪਤਾ ਪਰ ਪੰਜਾਬੀ ਚ ਉਦੋਂ ਡੇਲੀ ਵਲੌਗ ਕੋਈ ਵੀ ਬ ਕੱਟ ਉਹਦੋਂ ਨਹੀਂ ਕਿ ਬਣਾਉਂਦਾ ਡੇਲੀ ਵਲੌਗ ਉਹਦੋਂ ਆਪਾਂ ਹੀ ਬਣਾਉਂਦੇ ਸੀਗੇ ਤੇ ਇਹ ਤਾਂ ਹੁਣ ਆਪਣਾ ਆਪਣੇ ਨੂੰ ਰਾਈਟ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਆਪਣੇ ਡੇਲੀ ਵਲੌਗ ਆਪਾਂ ਕਰਦੇ ਆ ਆਪਣੀ ਲਾਈਫ ਦਿਖਾਉਂਦੇ ਆ ਆ ਜਿਹੜੇ ਵੈਸਟਰਨ ਕਲਚ ਕਹਿੰਦੇ ਆਪਾਂ ਵੈਸਟਰਨ ਕਲਚਰ ਨੂੰ ਪ੍ਰਮੋਟ ਕਰਦੇ ਆ ਤਾਂ ਕਰਕੇ ਹਣਾ ਸਾਡਾ ਤਾਂ ਆਪਾਂ ਉਹ ਫੋਲੋ ਕਰਦੇ ਆ ਪਰ ਮੈਨੂੰ ਤੁਸੀਂ ਬਹੁਤ ਘੱਟ ਚੈਨਲ ਹੋਣਗੇ ਵੈਸਟਰਨ ਕਲਚਰ ਚ ਵੀ ਜਿਹੜੇ ਮਰਖੀ ਗੋਰੇ ਜਿਹੜਾ ਬਣਾਉਂਦੇ ਨੇ ਜਿਹੜੇ ਇਦਾਂ ਦੇ ਵਲੌਗ ਬਣਾਉਂਦੇ ਨੇ ਕਿ ਅੱਜ ਮੈਂ ਸਵੇਰੇ ਉੱਠ ਕੇ ਇਹ ਕੀਤਾ ਹੁਣ ਮੈਂ ਕੱਲ੍ਹ ਦੇਖ ਰਿਹਾ ਸੀ ਕਿਸੇ ਗੁਰਦਾਵ ਵਲੌਗ ਉਹਨੇ ਆਪਣੇ ਇਲੈਕਟ੍ਰਿਕ ਬਾਈਕ ਤੇ ਜਿਹੜਾ ਛੋਟਾ ਬਾਈਕ ਹੁੰਦਾ ਇਲੈਕਟ੍ਰਿਕ ਇੰਗਲੈਂਡ ਤੋਂ ਫਰਾਂਸ ਜਾਣਾ ਵਾ ਪੈਰਿਸ ਦੇ ਉਹ ਆਪਣੇ ਐਫਲ ਟਾਵਰ ਹਨਾ ਇਲੈਕਟ੍ਰਿਕ ਉਹਨੇ ਪੂਰੇ 3-4 ਦਿਨ ਦੀ ਯਰਣੀ ਆ ਉਹਨੇ ਪੂਰੀ ਦੱਸਿਆ ਮੈਂ ਕਿੱਥੇ ਰਿਆਂ ਮੈਂ ਕਿਦ ਕੋ ਹਲਪ ਮੰਗੀ ਉਹ ਤਾਂ ਵਲੌਗ ਦੇਖ ਕੇ ਲੱਗਦਾ ਕਿ ਯਾਰ ਇੱਕ ਨਵੀਂ ਚੀਜ਼ ਹਨਾ ਬੰਦਾ ਕਰ ਰਿਹਾ ਕਿ ਮੈਂ ਕਰਕੇ ਦੇਖਾਂ ਜਾਕੀ ਕਿ ਕਰਦੇ ਆ ਕਿ ਮੇਰੇ ਕੋਲ ਅੱਜ 100 ਡਾਲਰ ਆ ਤੇ ਮੈਂ ਨਾ ਸਾਰੇ ਆਪਣੇ ਮਲੋ ਯੂਰਪ ਆਇਆ ਵਾਂ ਜੱਕਤੇ ਆਇਆ ਵਾਂ 100 ਡਾਲਰ ਚ ਪੂਰਾ ਦਿਨ ਕੱਢਣਾ ਮੈਂ ਆਪਣਾ ਕਦੇ ਇੱਕ ਇੱਕ ਕੱਢ ਸਕਦੇ ਹਣਾ ਤੇ ਇੱਕ ਤਾਂ ਪਿੱਛੇ ਮੈਂ ਦੇਖਿਆ ਸੀ ਦबई ਚ ਕੋਈ ਆਪਣਾ ਇੰਡੀਅਨ ਸੀਗਾ ਉਹ ਇਹਨੇ ਇਦਾਂ ਵਲੌਗ ਬਣਾਇਆ ਕਿ ਮੈਂ ਅੱਜ ਸਾਰਾ ਲੋਕਾਂ ਕੋਲ ਹੈਲਪ ਮੰਗ ਕੇ ਦਿਨ ਕੱਢਣਾ ਕਿ ਮੇਰੀ ਹੈਲਪ ਕੋਈ ਕਰਦਾ ਕਿ ਨਹੀਂ ਕਰਦਾ ਉਹਨੇ ਵਕ ਵਕ ਰੀਜਨ ਦੇ ਬੰਦੇ ਉਹਦੇ ਨਾਲ ਮੰਗੀ ਐਂਡ ਤੇ ਉਹਨੂੰ ਇੱਕ ਪਾਕਿਸਤਾਨੀ ਨਾਲ ਹਲਪ ਕੀਤੀ ਉਸ ਤੋਂ ਬਾਅਦ ਕੋਈ ਸਕਾਟਿਸ਼ ਬੰਦਾ ਸੀ ਉਹਨੇ ਹਲਪ ਕੀਤੀ ਤੋ ਉਹ ਇੱਕ ਵੱਖਰਾਇਆ ਫਲੇਵਰ ਹੁੰਦਾ ਵਲੌਗ ਦੇਖ ਕੇ ਨਾ ਕਿ ਉਹੋ ਜਿਹੇ ਵਲੌਗ ਹੁਣ ਤਾਂ ਕੋਈ ਮੜਾ ਨਾ ਕੋਈ ਬੜਾ ਕੰਮ ਵਿੱਚ ਵੀ ਇਹ ਚੀਜ਼ਾਂ ਹੋਣ ਗਿਆ ਹਨਾ ਵੀ ਉੱਠ ਕੇ ਗੁੱਡ ਮਾਰਨਿੰਗ ਸਾਰਾ ਕੁਝ ਕਰਦੇ ਆ ਪਰ ਉਹਨਾਂ ਦੇ ਵਿੱਚ ਨਾ ਉਹਦੇ ਵਿੱਚ ਚੰਗੇ ਚੈਨਲ ਵੀ ਹਰੇਕ ਤਰ੍ਹਾਂ ਦੀ ਇਨਫੋਰਮੇਸ਼ਨ ਵਾਲੇ ਚੈਨਲ ਹਰੇਕ ਤਰ੍ਹਾਂ ਦੇ ਚੈਨਲ ਹੈਗੇ ਆ ਇਦਾਂ ਦੇ ਪਿੱਛੇ ਤਾਂ ਹੀ ਪਾਇਆ ਸੀ ਕਿਉਂਕਿ ਸਾਡੇ ਕੁਝ ਹੋ ਹੀ ਨਹੀਂ ਚ ਰਿਹਾ ਸੀ ਜਿਹੜਾ ਕੋ ਯੂਟਿਊਬ ਤੇ ਆ ਰਿਹਾ ਸੀ ਉਹ ਕਹਿੰਦਾ ਸੀ ਜਾਨ ਜੀ ਦਾ ਉਹੀ ਗੱਲ ਕਹਿੰਦੇ ਨਾ ਇੱਕ ਰੰਦਨ ਉਹ ਕਿਸੇ ਨੇ ਮੈਂਸ਼ਨ ਕੀਤਾ ਸੀ ਮੈਨੂੰ ਵੀ ਤੇ ਤੈਨੂੰ ਵੀ ਇੱਕ ਪਾਇਆ ਸੀ ਮੀਮ ਜਿਆ ਵੀ ਫੋਰਨ ਯੂਟਿਊਬਰ ਬ੍ਰੋ ਹਨਾ ਵੀ ਕੀ ਚਾਹੀਦਾ ਵਾ ਵਲੋਗਿੰਗ ਆ ਫੋਰਨਰ ਆ ਹੋ ਕੈਮਰਾ ਲੱਭਦੇ ਆ ਟਰਾਈਪੋਡ ਲੱਭਦੇ ਆ ਤੇ ਪੰਜਾਬੀ ਬਲੌਗਰ ਕਹਿੰਦੇ ਹਨਾ ਵੀ ਵਿਆਹ ਵਿਆਹ ਹੋਣਾ ਚਾਹੀਦਾ ਹਨਾ ਜਿੱਦੋਂ ਹੁਣ ਪਿੱਛੇ ਲੱਗਦਾ ਸੀ ਵੀ ਇਹੋ ਹੀ ਹੋ ਜਾਂਦਾ 99% ਯੂਟਿਊਬ ਪੰਜਾਬੀ ਇਹੋ ਹੀ ਹੋ ਰਹੀ ਸੀ ਕਿੱਥੇ ਤੱਕ ਆਪਣਾ ਲੋਕਾਂ ਦਾ ਲੈਵਲ ਡਿੱਗ ਗਿਆ ਕੁਲੜੇ ਜਿਹੜਾ ਬੰਦਾ ਹਨਾ ਬਣਾਉਂਦਾ ਸੀ ਵਧੀਆ ਆਪਣੀ ਮਿਹਨਤ ਕਰਦਾ ਸੀ ਕੁਲੜੇ ਪਿਛਲਾ ਉਹਨੂੰ ਵਲੋਗਾਂ ਵਲੋਗਾਂ ਦੇ ਚੱਕਰ 'ਚ ਉਹਨੂੰ ਬਾਜ ਗਾਣੇ ਗੋਣੇ ਮਿਲ ਲਾਪੇ ਉਹ ਸ਼ਾਪ ਤੇ ਵੀ ਹਟ ਗਿਆ ਤੇ ਬਾਅਦ ਵਿੱਚ ਉਹਦਾ ਕੋਈ ਚੱਕਰ ਚੱਕਰ ਚੱਲ ਗਿਆ ਉਹਨਾਂ ਦਾ ਕੋਈ ਆਪਸ 'ਚ ਪੈਸੇ ਬੁਝ ਨੂੰ ਲੈ ਕੇ ਮੀਆਂ ਬੀਵੀ 'ਚ ਕਿ ਮੈਨੂੰ ਸਾਨੂੰ ਭਾਈ ਇੰਟਰਨਲ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਬੰਦਿਆਂ ਦਾ ਧੰਨਵਾਦ ਆਹ ਤੁਸੀਂ ਆਡਿਟ ਪੂਰੇ ਰਹਿੰਦੇ ਉਹ ਸ਼ਾਪ ਤੇ ਨਹੀਂ ਜਾਂਦਾ ਉਹ ਸ਼ਾਪ ਤੇ ਉਹ ਨਹੀਂ ਜਾਂਦਾ ਤੇ ਹੁਣ ਉਹਨਾਂ ਦੇ ਵਿਊ ਵੀ 10-15000 ਰਹਿ ਗਏ ਤੇ ਮੈਂ ਵੀ ਉਹ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਰੋਸਟ ਕੀਤਾ ਸੀ ਮੈਂ ਇਹੀ ਗੱਲ ਕੀਤੀ ਸੀ ਕਿ ਇਹ ਸਿਰਫ ਜਨਤਾ ਨੂੰ ਜਿਹੜਾ ਥੋੜੇ ਟਾਈਮ ਲਈ ਖੇਡਣ ਵਾਲਾ ਖਡੋਣਾ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਜਨਤਾ ਤੁਹਾਨੂੰ ਥੋੜੇ ਦਿਨਾਂ ਮ ਖੇਡਣਾ ਉਤ ਤੋਂ ਬਾਅਦ ਜਨਤਾ ਨੇ ਛੱਡ ਦੇਣਾ ਜਸਟ ਲੇਕ ਇ ਨੀਡ ਟੂ ਸ਼ਟਨ ਵਾਲਾ ਬਾਈ ਹਨਾ ਜਿੱਦਾਂ ਉਹਨੇ ਉਹਨੂੰ ਵੀ ਲੋਕੀਂ ਅਦਾ ਹਵਾ ਪੰਪ ਦੇ ਦੇ ਕੇ ਚੜਾਇਆ ਸੀ ਪਹਿਲਾਂ ਤੇ ਬਾਅਦ ਚ ਉਹਨੂੰ ਵੀ ਵੋਟਾਂ ਚ ਜੇ ਲਿਵਰ ਆਇਆ ਉਹ ਤੁਹਾਨੂੰ ਰਿਵਿਊ ਵੀ ਨਹੀਂ ਹੁੰਦੇ ਤੇ ਉਹੀ ਸਿਸਟਮ ਆ ਕਿ ਉਹਨਾਂ ਨਾਲ ਇਦਾਂ ਹੋਇਆ ਸੀ ਚੰਗਾ ਬਣਾਉਣ ਦਾ ਕੰਮ ਚੱਲਦਾ ਸੀ ਉਹਨਾਂ ਦੇ ਵਲੌਗ ਚੱਲੇ ਉਸ ਤੋਂ ਬਾਅਦ ਉਹਨਾਂ ਨੂੰ ਐਕਟਰ ਗਏ ਉਹਨਾਂ ਕੋ ਫਿਲਮਾਂ ਦੀ ਪ੍ਰਮੋਸ਼ਨ ਕਰਾਉਣ ਉਹਨਾਂ ਨੂੰ ਲੱਗਾ ਕਿ ਯਾਰ ਸਾਡਾ ਤੇ ਲਾਈਫ ਇਦਰੀ ਸੈਟ ਆ ਹਨਾ ਹੁਣ ਦਾ ਆਪਾਂ ਗਾਣੇ ਜਾਵਾਂਗੇ ਤੇ ਉਸ ਤੋਂ ਬਾਅਦ ਹੁਣ ਉਹ ਵਿਚਾਰੇ ਜਿਹੜਾ ਕੰਮ ਚੱਲਦਾ ਸੀ ਉਹ ਵੀ ਕੱਲ ਪਰਸੋ ਮੈਨੂੰ ਵੀਡੀਓ ਆਈ ਸੀ ਕਿਦੀ ਕਿ ਉਹ ਉੱਥੇ ਸਟੋਰ ਤੇ ਹੀ ਐ ਨਹੀਂ ਕਿ ਤਿੰਨ ਚਾਰ ਦਿਨ ਦੇ ਲੋਕ ਕੀ ਆਉਂਦੇ ਆ ਦੇਖੀ ਚਲ ਜਾਂਦੇ ਆ ਸ਼ੋਅ ਬਿਲਕੁਲ ਬੰਦ ਪਈ ਉਹਨਾਂ ਦੀ ਅੱਛਾ ਹਾਂ ਤੇ ਇਹ ਸਿਸਟਮ ਹੋ ਜਾਂਦਾ ਇਹ ਆ ਤੂੰ ਨੀਡੂ ਸ਼ਟਰਾਂ ਵਾਲੀ ਦੀ ਗੱਲ ਮੈਂਸ਼ਨ ਕਰਤੀ ਆ ਜਿਹੜਾ ਇੱਕ ਪਿੱਛੇ ਜ ਉਹ ਜਿਹੜਾ ਸੋਚਦਾ ਕਿ ਮੈਂ ਬੜਾ ਫਨੀ ਰੋਸਟਰ ਹਾਂ ਜਿਹਦੇ ਨਾਲ ਜਿੰਨੇ ਉਹ ਵੀਡੀਓ ਕੀਤੀ ਸੀ ਨਾ ਅਮਣ 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 ਆਮਾ ਨਾ ਹੋ ਠੀਕ ਹੈ ਤੂੰ ਫਿਰ ਉਹਦੀਆਂ ਕੋ ਜਾੜੀ ਹੋਣੀ ਸੀ ਲੀਕ ਜਿਹੀਆਂ ਕੀਤੀਆਂ ਉਹ ਚ ਦੱਸਣ ਰਿਹਾ ਸੀ ਯਾਰ ਉਹ ਮੈਨੂੰ ਨਾ ਉਹ ਵਿਚਾਰਾ ਆਂਦਾ ਵਾ ਮੇਰੇ ਤੇ ਬਾਰੇ ਕੁਝ ਬੋਲ ਦੋ ਹਣਾ ਮੈਨੂੰ ਮਹੀਨੇ ਦਾ 15-20 ਹਜ਼ਾਰ ਆਨ ਲਾਪੂਗਾ ਦੇਖ ਉਹਨਾਂ ਨੂੰ ਵੀ ਉਹ ਜਿਨ੍ਹਾਂ ਨੂੰ ਨਹੀਂ ਪਤਾ ਕੰਟੈਕਸਟ ਦਾ ਇੱਕ ਮੈਂ ਗੱਲ ਸਮਝਾਦਾ ਕਿ ਉਹ ਨਾ ਗੱਲ ਕਰ ਰਿਹਾ ਸੀ ਵੀ ਮੈਨੂੰ ਨਾ ਵੀ ਸਾਨੂੰ ਨੀਡ ਟੂ ਸ਼ਟਨ ਵਾਲਾਂ ਦਾ ਕਹਿੰਦਾ ਵੀ ਯਾਰ ਮੇਰੇ ਖਿਲਾਫ ਕੋਈ ਵੀਡੀਓ ਪਾ ਦਿਓ ਪਲੀਜ਼ ਵੀ ਮੈਂ ਔਖਾ ਮੈਂ ਤੰਗ ਆ ਬਿਲਕੁਲ ਉਹਦੇ ਖਿਲਾਫ ਕੁਝ ਬੋਲ ਦਿਓ ਤਾਂ ਬਾਅਦ ਚ ਮੈਂ ਵੀ ਬੋਲ ਕੇ ਤੁਹਾਡੇ ਖਿਲਾਫ ਵੀਡੀਓ ਪਾ ਦੂੰਗਾ ਤਾਂ ਲੋਕੀ ਦੇਖਣ ਲੱਪੈਣਗੇ ਤੇ ਮੈਨੂੰ YouTube ਤੋਂ 2 ਮਹੀਨੇ ਦੇ ਕੁਝ ਪੈਸੇ ਆਉਣ ਲੱਪੈਣਗੇ ਖਰਚੇ ਆ ਉਸਤੇ ਤੇ ਉਹ ਨਾ ਉਹਨੂੰ ਵਿਚਾਰਾ ਵਿਚਾਰਾ ਦੱਸ ਰਿਹਾ ਸੀ ਹਨਾ ਤੂੰ ਭਾਈ ਤੂੰ ਤੈਨੂੰ ਵਿਚਾਰਾ ਲੱਗਦਾ ਵਾ ਤੂੰ ਸਿੱਧਾ ਉਹਨੂੰ 15-20000 ਪਾ ਦੇ ਆਪ ਤੈਨੂੰ ਉਹ ਵਿਚਾਰਾ ਦੇਖਦਾ ਵੀ ਪਰ ਇਹ ਜਿਹੜੀ ਜਿਹੜੀ ਅਸਲ 'ਚ ਲੜਾਈ ਹੋਣੀ ਨਹੀਂ ਵੀ ਉਹਨੂੰ ਵੇਖਣ ਆਸਤੇ ਕਿੰਨਿਆਂ ਲੋਕਾਂ ਨੇ ਕਿੰਨੇ ਆਪਣੇ ਹਜ਼ਾਰਾਂ ਘੰਟੇ ਬਰਬਾਦ ਕਰਨੇ ਆ ਜਨਤਾ ਨੂੰ ਬੇਫਿਕਰ ਬਣਾਉਣਾ ਉਹ ਤੁਹਾਨੂੰ ਉਹ ਨਹੀਂ ਮੈਟਰ ਕਰਦੇ ਵੀ ਸ਼ਾਇਦ ਉਹ ਜਿਹੜੇ ਟਾਈਮ ਦੇ ਵਿੱਚ ਕਿਸੇ ਨੇ ਕੀ ਕਰ ਲੈਣਾ ਜਾਂ ਕੀ ਕਰ ਲੈਣਾ ਵੀ ਉਹ ਬਸ ਆ ਆ ਆ ਅਸਲ 'ਚ YouTube ਦੇ ਉੱਤੇ ਇਹ ਕੁਝ ਹੋ ਰਿਹਾ ਵਾ ਨਹੀਂ ਮੈਂ ਕਿਹਾ ਨਾ ਭਾਜੀ ਜਦੋਂ ਦਾ ਮੈਂ ਰੋਸਟਿੰਗ ਸ਼ੁਰੂ ਕੀਤੀ ਮੈਂ ਤੁਹਾਨੂੰ ਇਹ ਰ ਆਪ ਮਿਲੇ ਸੀ ਉਹ ਵੀ ਗੱਲ ਦੱਸੀ ਸੀ ਕਿ ਮੈਨੂੰ ਕਟਕਟਾ 506 ਇਹੋ ਜਿਹੇ ਬੰਦਿਆਂ ਨੇ ਮੈਸੇਜ ਆ ਕੇ ਹੋਣੇ ਆ ਭਾਜੀ ਸਾਨੂੰ ਰੋਸਟ ਕਰ ਦੋ ਸਾਡਾ ਵੀਊ ਕਾਊਂਟ ਵਾਜੂ ਠੀਕ ਆ ਖੁੱਦ ਤੇ ਇੱਥੋਂ ਤੱਕ ਕਿ ਕਈ ਬੰਦੇ ਇਦਾਂ ਸੀ ਭਾਜੀ ਮੇਰੀ ਇਹਨੂੰ ਰੋਸਟ ਨਾ ਕਰਿਓ ਹਨਾ ਮੇਰੀ ਵੀਡੀਓ ਚ ਆ ਬੰਦਾ ਹੁੰਦਾ ਵਾ ਤੇ ਆ ਬਾਕੀ ਤੁਹਾਨੂੰ ਤਿੰਨ ਬੰਦੇ ਲਿਸਟ 'ਚ ਦੰਨਾ ਵਾ ਇਹ ਤਿੰਨ ਬੰਦੇ ਨੂੰ ਜਿੰਨਾ ਮਰਜ਼ੀ ਮਾਂ ਪੈਂਦੀ ਗੱਲ ਕੱਢ ਦਿਓ ਠੀਕ ਆ ਤੇ ਮੈਂ ਇਹਨੂੰ ਕਿਹਨਾਂ ਨਾ ਵੀਰੇ ਮੇਟਰ ਚੈਨਲ ਸ਼ੇਅਰ ਕਰ ਦਿੰਨਾ ਕੋਈ ਚੱਕਰ ਨਹੀਂ ਹਨਾ ਜਿੱਦਾਂ ਮੇਰੇ ਕੋ ਹੋ ਸਕਦਾ ਵੀਰੇ ਮੈਂ ਇਹ ਕੰਮ ਨਹੀਂ ਕਰਦਾ ਨਹੀਂ ਭਾਈ ਨਹੀਂ ਭਾਈ ਮੇਰੇ ਕੋ ਗਾਲੀ ਮੰਗਤਾ ਤੇ ਜਿੱਦਾਂ ਹੁਣ ਤੁਸੀਂ ਕਿਹਾ ਕੀ ਨਕਲੀ ਲੜਾਈ ਕਰਕੇ ਤੇ ਜਨਤਾ ਨੇ ਪਿੱਛੇ ਪਤਾ ਨਹੀਂ ਕੀ ਕੀ ਕਰ ਲੈਣਾ ਕਿਉਂਕਿ ਭਾਜੀ ਬੰਦੇ ਇੱਦਾਂ-ਇੱਦਾਂ ਦੇ ਹੁੰਦੇ ਨੇ ਨਾ ਮਿੱਜਦਾ ਹੁਣ ਆਪਾਂ ਨੂੰ ਮੈਸੇਜ ਕਰਦੇ ਨੇ ਜਿਹੜੇ ਤੁਹਾਡੇ ਪਿੱਛੇ ਜਾਣ ਦੇ ਨੂੰ ਰੈਡੀ ਨੇ ਉਹਨਾਂ ਨੇ ਕਦੇ ਮਿਲੇ ਨਹੀਂ ਉਹਨੂੰ ਉਹ ਕਹਿੰਦੇ ਨੇ ਕਿ ਭਾਜੀ ਤੁਹਾਨੂੰ ਕੰਮ ਦੱਸੋ ਕਿਹੜਾ ਹੈਗਾ ਤੁਹਾਨੂੰ ਦੱਸੋ ਹਨਾ ਤੁਹਾਨੂੰ ਵੀ ਕਈ ਸਬਸਕ੍ਰਾਈਬਰ ਤਾਂ ਨਹੀਂ ਮਿਲ ਜਾਂਦੇ ਹੋਣੇ ਹਨਾ ਮਿਲੇ ਹੋਣੇ ਤੁਹਾਨੂੰ ਵੀ ਸਬਸਕ੍ਰਾਈਬਰ ਸਾਰੇ ਨੂੰ ਹੁੰਦੇ ਤਾਂ ਨੇ ਕਿ ਭਾਈ ਸਾਨੂੰ ਕੰਮ ਦੱਸੋ ਆਪਾਂ ਉਹਨੂੰ ਕਮੈਂਟ ਕਰਦੇ ਆ ਆਹ ਕਰਦੇ ਆ ਜਾਂ ਜਿੱਥੇ ਤੁਹਾਨੂੰ ਹੈਗਾ ਤੁਸੀਂ ਇੱਥੇ ਆਓ ਹਨਾ ਤੇ ਜਦੋਂ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਜਦੋਂ ਆਪਾਂ ਫੇਕ ਲੜਾਈ ਲੋਕਾਂ ਨੂੰ ਦਿਖਾਉਣੀ ਆ ਉਹਨੇ ਟਾਈਮ ਚ ਤੁਸੀਂ ਤਾਂ ਖਲੀ ਆਪਣੀ ਵੀਡੀਓ 24 ਘੰਟੇ ਬਾਅਦ ਪਾਉਣੀ ਦੋ ਦਿਨਾਂ ਬਾਅਦ ਪਾਉਣੀ ਤਿੰਨ ਦਿਨਾਂ ਬਾਅਦ ਪਾਉਣੀ ਉਹਨੇ ਟਾਈਮ ਚ ਕੋਈ ਬੰਦਾ ਕੋਈ ਹੋਰ ਸਟੈਪ ਚੱਕ ਲਈ ਜਿੱਦਾਂ ਹੁਣ ਇੰਦਰ ਕੀਰਤ ਦੀ ਚੱਲਣ ਡਿਆ ਸੀਗਾ ਇੱਕ ਮਿੰਟ ਜਦੋਂ ਇੰਦਰ ਕੀਰਤ ਚੱਲਿਆ ਸੀ ਆਪਣਾ ਡਿਵੋਰਸ ਵਾਲਾ ਸੀਨ ਹਾਂ ਉਦੋਂ ਡਿਵੋਰਸ ਵਾਲਾ ਸੀ ਉਹਨਾਂ ਨੇ ਵਲੌਗ ਪਾਇਆ ਉਹਨਾਂ ਨੂੰ ਕਮੈਂਟ ਇਦਾਂ ਦੇ ਆਏ ਕਿ ਦੀਦੀ ਮੈਂ ਅਜ ਰਤੀ ਸੁਸਾਇਡ ਕਰਨ ਲੱਗੀ ਆ ਮੈਨੂੰ ਦੱਸੋ ਸੱਚ ਆ ਕਿ ਝੂਠ ਆ ਠੀਕ ਆ ਹਾਂ ਤੇ ਇਦਾਂ ਦੇ ਕਮੈਂਟ ਚ ਤੇ ਪਲੀਜ਼ ਮੈਨੂੰ ਉਸ ਚੀਜ਼ ਆਪਣੀ ਗੱਲ ਕੀਤੀ ਕਿ ਪਲੀਜ਼ ਵੀ ਦੀਦੀ ਮੈਨੂੰ ਦੱਸੋ ਸੱਚ ਆ ਜਾਂ ਝੂਠ ਆ ਤੇ ਇਹਨਾਂ ਨੇ ਪੂਰੇ 24 ਘੰਟੇ ਨਾ ਕੋਈ ਸਟੋਰੀ ਨਾ ਇੰਸਟਾ ਦੀ ਸਟੋਰੀ ਜੇ ਉਹਨਾਂ ਨੂੰ ਲੱਗਦਾ ਸੀ ਕਿ ਗੱਲ ਪੁੱਠੀ ਪੈ ਚੁੱਕੀ ਆ ਕਿ ਲੋਕੀ ਇਨੇ ਈਮੋਸ਼ਨਲ ਹੋ ਚੁੱਕੇ ਨੇ ਤੇ ਆਪਾਂ ਨੂੰ ਤਾਂ ਰੋਸਟ ਕਰਤਾ ਸੀ ਮੈਂ ਤਾਂ ਉਧਰ ਰਾਈਤ ਵੇ ਨਾਲ ਦੀ ਨਾਲ ਰਾਤੀ ਬਣਾਦਾ ਰੋਸਟ ਮੈਂ ਕਿ ਚਲ ਸਵੇਰ ਤੱਕ ਕਰੇ ਤੇ ਵੀਡੀਓ ਆਉਣ ਤੋਂ ਪਹਿਲਾਂ ਰੋਸਟ ਅਪਲੋਡ ਹੋ ਜਾਈ ਇਹਨਾਂ ਦੀ ਦੂਜੀ ਵੀਡੀਓ ਤਾਂ ਠੀਕ ਆ ਤੇ ਜਦੋਂ ਉਹਨਾਂ ਨੂੰ ਪਤਾ ਕਿ ਲੋਕੀ ਇਨੇ ਈਮੋਸ਼ਨਲ ਅਟੈਚ ਸਾਡੇ ਨਾਲ ਹੈਗੇ ਨੇ ਤੇ ਫਿਰ ਵੀ ਉਹ ਨਾ ਸਟੋਰੀ ਪਾਉਣ ਕਿਤੇ ਨਾ ਇੰਸਟਾਗ੍ਰਾਮ ਤੇ ਕੋਈ ਦੱਸਣ ਕਿ ਹਾਂ ਇਹ ਪ੍ਰੈਂਕ ਸੀਗਾ ਜਾਂ ਆਪਣਾ ਬੰਦਾ ਟਾਈਟਲ ਹੀ ਅਪਡੇਟ ਕਰ ਦਿੰਦਾ ਹੈ ਹਸ਼ਟੈਗ ਪ੍ਰੈਂਕ ਲਿਖ ਕੇ ਕਿ ਅਗਲੇ ਵਿੱਚ ਗੱਲ ਕਰਾਂਗੇ ਅਗਲੇ ਚ ਉਹਨਾਂ ਨੇ ਗੱਲ ਹੀ ਚੇਂਜ ਕਰਤੀ 24 ਘੰਟੇ ਬਾਅਦ ਆ ਕੇ ਦੱਸ ਰਹੇ ਨੇ ਕਿ ਪ੍ਰੈਂਕ ਸੀਗਾ ਉਹ ਤੇ ਆਪਾਂ ਨੂੰ ਵੀਰੇ ਨੇ ਕਿਹਾ ਸੀ ਪ੍ਰੈਂਕ ਕਰਨ ਨੂੰ ਕਿ ਵੀਰਾ ਕਹਿੰਦਾ ਕਿ ਲੋਕਾਂ ਨੂੰ ਡਿਵੋਰਸ ਬਾਰੇ ਦੱਸੋ ਕਿ ਕੀ ਕੁਝ ਹੁੰਦਾ ਹੋ ਆ ਵਾਹ ਸਮਝ ਹੀ ਨਹੀਂ ਉਹ ਵੀਰਾ ਬੈਠਾ ਸੋਚਦਾ ਹਣਾ ਮੈਂ ਮੇਰੀ ਕੀ ਗਲਤੀ ਸਾਲਾ ਮੇਰ ਕੋ ਕਿਉਂ ਤੋੜਾ ਇਹ ਇੱਥੇ ਇੱਥੇ ਉਹ ਵੀਰਾ ਕਰਦਾ ਹੋਣਾ ਨਾ ਉਹ ਹੀ ਉਹ ਦਾ ਦੇਸ਼ਦ્રોਹੀ ਵਾਲਾ ਮੈਨੇ ਤੇਰਾ ਕੀ ਬਿਗਾੜਾ ਥਾ ਨਹੀਂ ਨਹੀਂ ਉਹ ਕਿਹਨਾਂ ਸਾਲਾ ਮੇਰ ਕੋ ਕਿਉਂ ਤੋੜਾ ਜਦੋਂ ਨਹੀਂ ਤਾ ਆ ਵਾਹ ਕਿ ਉਹਨਾਂ ਦਾ ਕੇਸ ਤਾਂ ਗਿਣੀ ਆਉਂਦੇ ਮੈਨੂੰ ਤੇ ਈਵਨ ਕੀ ਉਹ ਵੀਡੀਓ ਚ ਕਹਿ ਵੀ ਰਹੀ ਆ ਵੀਡੀਓ ਚ ਕਹਿ ਵੀ ਰਹੀ ਆ ਕਿ ਗਾਇਸ ਮੈਨੂੰ ਮੈਸੇਜ ਆਇਆ ਇਹਨੇ ਕਿ ਤੁਸੀਂ ਸੋਹ ਐਡ ਕਰ ਲੈਣੀ ਆ ਤੁਸੀਂ ਪੇਪਰ ਤੇ ਨਹੀਂ ਜਾਣਾ ਸਵੇਰੇ ਆਪਣੇ ਪੇਪਰ ਤਾਂ ਬੜਾ ਇੰਨਾ ਜ਼ਰੂਰੀ ਇਦਾਂ ਨੇ ਮੈਸੀ ਆਇਆ ਤੇ ਗਾਇਸ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਨਿਕੀ ਸਾਡੇ ਡੇ ਲਾਈਫ ਨਾਲ ਨਾ ਟੈਂਸ਼ਨ ਆ ਹੋਵੇ ਤੇ ਜੇ ਤੁਹਾਨੂੰ ਇਦਾਂ ਦੇ ਮੈਸੇਜ ਆ ਰਹੇ ਸੀ ਤੁਸੀਂ ਐਕਨੋਲਡਜ ਕਰਦੇ ਸੀ ਉਹ ਮੈਸੇਜਾਂ ਨੂੰ ਤਾਂ ਵਾਈ ਤੁਸੀਂ ਉਹਨਾਂ ਲੋਕਾਂ ਨੂੰ ਦੱਸਿਆ ਨਹੀਂ ਉਦੋਂ ਹੋ ਸਟੋਰੀ ਪਾ ਕੇ ਕਿ ਹਾਂ ਜੀ ਜੀ ਸੋਰੀ ਸਾਡੇ ਕੋਲ ਗਲਤੀ ਹੋ ਗਈ ਤੇ ਇਹ ਮਤਲਬ ਉਹ ਬਸ ਵੀਊ ਲੈਣੇ ਸੀ ਅਗਲੇ ਦਿਨ ਆ ਕੇ ਕਿ ਹਾਂ 24 ਘੰਟੇ ਭਲਾਇਆ ਚਲ ਜੇ ਬਾਅਦ ਚ ਉਹ ਚਲ ਜੇ ਉਹ ਤੋਂ ਬਾਅਦ ਉਹਨਾਂ ਨੇ ਮਿੱਟੀ ਪ੍ਰੀਜ਼ ਜਿਆਦਾ ਕਰਾਈ ਆਪਣੀ ਉਹ ਬਹੁਤ ਮਿੱਟੀ ਪ੍ਰੀਜ਼ ਕਰਾਈ ਉਹਨਾਂ ਨੇ ਉਸ ਤੋਂ ਬਾਅਦ ਉਹ ਵਿਚਾਰੇ ਹੁਣ ਥੋੜੇ ਠੰਡੇ ਹਰ ਚੱਲਦੇ ਨੇ ਪਰ ਕੋਈ ਨਾ ਮੈਨੂੰ ਲੱਗਦਾ ਮੈਨੂੰ ਅਗਲੀ ਵੀਡੀਓ ਨਾਲ ਇੱਕ ਹੋਰ ਨਾ ਤੇ ਬਣਾਉਣੀ ਆ ਮੈਂ ਕੰਟੈਂਟ ਆਇਆ ਉਹਨਾਂ ਤੋਂ ਕੋਈ ਮੈਨੂੰ ਮੈਂ ਇੱਕ ਗੱਲ ਕਹਦਾ ਵੀ ਸ਼ਾਇਦ ਕੋਈ ਹਨਾ ਇਹੋ ਹੀ ਆ ਜਾਏ ਤੁਸੀਂ ਕੌਣ ਹੋਨੇ ਜਾਈਂ ਕੱਲ ਹਨਾ ਬੀਇੰਗ ਪਾਰਟ ਆਫ ਅ ਸੋਸਾਇਟੀ ਤੁਹਾਨੂੰ ਤੁਸੀਂ ਬੋਲਦੇ ਹਨਾ ਤੁਹਾਨੂੰ ਜਿਹੜੀ ਸੱਜੇ ਖੱਬੇ ਚੀਜ਼ ਨਹੀਂ ਚੰਗੀ ਲੱਗਦੀ ਆਲਵੇਸ ਹਨਾ ਤੁਹਾਡੇ ਕੰਮ ਦੇ ਲੱਗੇ ਕੋਈ ਰੋਜ ਹਨਾ ਕੂੜਾ ਉੱਥੇ ਹਨਾ ਖਿਲਾਰੀ ਜਾ ਵਜਾਂ ਕੋਸ਼ਿਸ਼ ਕਰੀ ਜਾਵੇ ਤੁਸੀਂ ਸਾਨੂੰ ਹੀ ਲੋਕੀ ਬੋਲਦੇ ਆ ਵੀ ਯਾਰ ਹਨਾ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਹਨ ਕਿਉਂਕਿ ਉਹ ਜਿਵੇਂ ਇੱਕੋ ਕਹਾਵਤ ਵੀ ਹੈਗੀ ਹੈ ਨਾ ਕਹਿੰਦੇ ਆ ਵੀ ਇਹ ਤੁਹਾਡੀ ਜਵਾਨੀ ਦੇ ਮੂੰਹ ਤੇ ਗੀਤ ਕਿਹੜੇ ਤੇ ਮੈਂ ਤੁਹਾਡਾ ਭਵਿੱਖ ਦੱਸ ਦੂੰ ਇੱਕ ਬੜੀ ਵਧੀਆ ਮੈਂ ਗੱਲ ਕਰੀ ਪੜੀ ਸੀ ਉਹ ਕਹਿੰਦੇ ਸੀ ਵੀ ਫਿਊਚਰ ਨਥਿੰਗ ਹਨਾ ਵੀ ਫਿਊਚਰ ਇਹ ਜੋ ਤੁਸੀਂ ਡੇਲੀ ਕਰ ਰਹੇ ਹੋ ਨਾ ਉਹੀ ਉਹ ਉਹਨੇ ਹੀ ਤੁਹਾਡਾ ਨਿੱਕੇ ਨਿੱਕੇ ਜਿਹੜੇ ਸਟੈਪ ਤੁਸੀਂ ਲੈ ਰਹੇ ਹੋ ਤੁਸੀਂ ਦਿਨ ਕਿਦਾਂ ਬਤਾ ਰਹੇ ਹੋ ਉਹਨੇ ਹੀ ਤੁਹਾਡਾ ਫਿਊਚਰ ਡਿਸਾਈਡ ਕਰਨਾ ਵਾ ਉਹਨਾਂ ਤੇ ਤੁਹਾਡੇ ਸੋਚਨੇ ਨਹੀਂ ਡਿਸਾਈਡ ਕਰਨਾ ਵੀ ਜੇ ਤੁਸੀਂ ਆਖੋ ਮੈਂ ਮੈਂ ਵੀ ਅੱਜ ਤੁਸੀਂ ਡਿਸਾਈਡ ਕਰ ਲਓ ਮੈਂ 10 ਸਾਲਾਂ ਨੂੰ ਕਰੋੜਪਤੀ ਯਰਬਪਤੀ ਬਣਨਾ ਇਹ ਸੋਚਿਆ ਨਹੀਂ ਹੋਣਾ ਹੁਣ ਆਪਾਂ ਜੇ ਡੇਲੀ ਆਪਾਂ ਆਪਾਂ ਉਹ ਟਾਰਗੇਟ ਤੇ ਪਹੁੰਚਣਾ ਸੀ ਮੈਂ ਕੁਝ ਕਰ ਹੀ ਨਹੀਂ ਰਹੇ ਹਨ ਸੋ ਉਹ ਤੇ ਕਿਤੇ ਵੀ ਨਹੀਂ ਪਹੁੰਚਣਾ ਹਨ ਸੋ ਇਹ ਇਸੇ ਕਰਕੇ ਹੀ ਆ ਇਸੇ ਕਰਕੇ ਗੁੱਸਾ ਹੁੰਦਾ ਸੀ ਕਿ ਮੈਜੋਰਟੀ ਯਾਰ ਵੀ ਜਦੋਂ ਵੀ ਵੀ ਜਦੋਂ ਵੇਖੀਦਾ ਵੀ ਸਾਰੇ ਹੀ ਹਨਾ ਵੀ ਇਹੋ ਹੀ ਕੰਮ ਹੋ ਰਿਹਾ ਜਿਹੜਾ ਨਵਾਂ ਆ ਰਿਹਾ ਉਹ ਵੀ ਕਹਿੰਦਾ ਆਪਾਂ ਵੀ ਇਹੋ ਕੰਮ ਕਰੀਏ ਸੋ ਇਸੇ ਕਰਕੇ ਖਿੱਚ ਕੇ ਉਹ ਕੰਮ ਹੋਇਆ ਸੀ ਹਾਂ ਤੇ ਭਾਜੀ ਸਾਨੂੰ ਵੀ ਆਪਣਾ ਬڑے ਲੋਕੀ ਗਲਤ ਬੋਲਦੇ ਹੀ ਆ ਤੇ ਜਦੋਂ ਆਪਾਂ ਕੋਈ ਚੀਜ਼ ਪਾਤੀ ਇੰਟਰਨੈਟ ਤੇ ਉਹ ਇੰਟਰਨੈਟ ਦੀ ਚੀਜ਼ ਆ ਉੱਤੇ ਲੋਕਾਂ ਨੇ ਰਿਐਕਟ ਕਰਨਾ ਥੱਲੇ ਤੁਸੀਂ ਬਟਨ ਨਹੀਂ ਦੇਖ ਲੋ ਮੇਨ ਸਿਸਟਮ ਬਟਨ ਨਹੀਂ ਦੇਖ ਲੋ ਥੱਲੇ ਜਦੋਂ ਆਪਾਂ YouTube ਤੇ ਕੋਈ ਵੀਡੀਓ ਪਾਉਂਦੇ ਆ ਥੱਲੇ ਲਾਈਕ ਡਿਸਲਾਈਕ ਦਾ ਬਟਨ ਹੈਗਾ ਕਮੈਂਟ ਦਾ ਬਟਨ ਹੈਗਾ ਇਹਦਾ ਮੈਂ ਕਿ ਤੁਸੀਂ ਆਪਣੀ ਟਿੱਪਣੀ ਵਾਸਤੇ ਦੇ ਸਕਦੇ ਜੀ ਪਬਲਿਕ ਤੇ ਕੋਈ ਚੀਜ਼ ਪਈ ਆ ਤੁਸੀਂ ਆਪਣੇ ਵਿਚਾਰ ਉੱਤੇ ਦੇ ਸਕਦੇ ਤੇ ਇਹੀ ਇਦਾਂ ਸੁਸਾਇਟੀ ਚੱਲਦੀ ਆ ਹੁਣ ਜਿਦਾਂ ਕਈ ਕਹਿੰਦੇ ਉਹਨਾਂ ਦੀ ਲਾਈਫ ਆ ਜੀ ਲੈਂਦੋ ਲਾਈਫ ਤੇ ਫਿਰ ਸਾਡੀ ਲਾਈਫ ਹੋ ਯਾਰ ਸਾਡਾ ਮੇਰਾ ਦਿਲ ਕਰਦਾ ਰੋਸਟ ਕਰਨਾ ਹਾਂ ਨਹੀਂ ਨਹੀਂ ਉਹ ਉਹ ਤੇ ਮੈਂ ਅਨਿਕ ਇਸੇ ਇਸੇ ਚੀਜ਼ ਨੂੰ ਮੈਂ ਇੱਕ ਹੋਰ ਚੀਜ਼ ਨਾਲ ਐਕਸਪਲੇਨ ਕਰ ਦਾਂ ਕਈ ਜਾਣੇ ਆਖਣਗੇ ਅਸੀਂ ਪਾਇਆ ਤੁਸੀਂ ਨਾ ਦੇਖੋ ਹਨਾ ਜਾਂ ਸਮਝ ਬਿਲਕੁਲ ਗੱਲ ਇਹੋ ਹੀ ਆ ਕਿ ਜਦੋਂ ਬੈਲੈਂਸ ਵਿਗੜਦਾ ਉਦੋਂ ਕਰਨਾ ਹੀ ਪੈਂਦਾ ਇਹ ਜਿਹੜੇ ਹਿਸਾਬ ਨਾਲ ਨਸ਼ੇ ਵੇਚਣ ਵਾਲੇ ਵੀ ਇਹੋ ਹੀ ਜਾਂਦੇ ਅਸੀਂ ਤੁਹਾਡੇ ਮੂੰਹ ਦੇ ਵਿੱਚ ਨਹੀਂ ਆ ਕੇ ਪਹੁੰਚਦੇ ਹਨਾ ਸਾਡੇ ਕੋਲ ਲੋਕ ਹੀ ਆਉਂਦੇ ਨਸ਼ਾ ਲੈਣੇ ਹੀ ਵੇਚਦੇ ਹਨਾ ਵੀ ਉਹ ਵੀ ਸੇਮ ਹੀ ਸਿਨੈਰੀਓ ਹਨਾ ਹੁਣ ਮੈਂ ਅੱਗੇ ਵੀ ਕਈ ਵਾਰ ਦੱਸ ਚੁੱਕਾ ਹਾਂ ਕਿ ਜੇ ਆਸੇ ਪਾਸੇ ਦੁਕਾਨਾਂ ਜ਼ਿਆਦੀਆਂ ਵੀ ਫੁੱਲਾਂ ਦੀਆਂ ਆ ਜਾਂ ਉਹ ਹਨਾ ਵੀ ਉਹ ਜਿਮ ਖੁੱਲੇ ਨੇ ਤੇ ਮੋਸਟ ਲਾਈਕਲੀ ਆ ਕਿ ਤੁਸੀਂ ਹਨਾ ਵੀ ਫੁੱਲ ਖਰੀਦੋਗੇ ਜਿਮ ਵਿੱਚ ਜਾਓਗੇ ਇਹੋ ਜਿਹੀਆਂ ਚੀਜ਼ਾਂ ਕਰੋਗੇ ਜੇ ਤੁਹਾਡੇ ਆਸੇ ਪਾਸੇ ਠੇਕੇ ਖੁੱਲੇ ਆ ਉਹ ਜਾਦੀਆਂ ਚੀਜ਼ਾਂ ਠੇਕੇ ਜਾਦੇ ਹੋ ਗਏ ਆ ਤੇ ਮੋਸਟ ਲਾਈਕਲੀ ਆ ਕਿ ਤੁਸੀਂ ਹਨਾ ਵੀ ਸ਼ਰਾਬੀ ਬਣੋਗੇ ਤੁਸੀਂ ਸੋ ਇਹ ਚੀਜ਼ਾਂ ਤਾਂ ਹੀ ਆ ਖੋਰ ਵੀ ਗੱਲ ਇਦਾਂ ਨਾ ਕਿ ਕੰਟੈਂਟ ਜਿਹਦਾ ਉਹਨਾਂ ਨੇ ਮਲੋ ਕੁਝ ਪਾਇਆ ਤੁਸੀਂ ਕਹਿੰਦੇ ਜਿਹਦਾ ਪਾਇਆ ਸਭ ਪਾਪੜੇ ਚੈਨਲ ਤੇ ਪਾਇਆ ਤੁਸੀਂ ਨਾ ਦੇਖੋ ਭਾਜੀ ਅੱਜਕਲ ਐਲਸੀਡੀਆਂ ਤੁਹਾਨੂੰ ਪਤਾ ਸਾਰੀ ਜਗ੍ਹਾ ਟੀਵੀ ਘਰੇ ਚੱਲਦਾ ਰਹਿੰਦਾ YouTube ਲੋਕਾਂ ਦੇ ਹਨ ਉਹ ਆਟੋ ਪਲੇ ਤੇ ਚੀਜ਼ ਚੱਲਦੀ ਰਹਿੰਦੀ ਹੈ ਆਪੇ ਹਾਂ ਹੁਣ ਤੁਹਾਡਾ ਬੱਚਾ ਕਿ ਬੈਠਾ ਵਾ ਆਪੇ ਆਤੇ ਮੈਂ ਕਈ ਲੋਕਾਂ ਨੂੰ ਇੱਥੇ ਜਾਣਦਾ ਜਿਹਨੇ ਮੈਨੂੰ ਮੈਸੇਜ ਕੀਤੇ ਹੋਣਗੇ ਤੇ ਉਹ ਕਹਿੰਦੇ ਕਿ ਸਾਡੇ ਬੱਚੇ ਭਾਜੀ ਪੜ੍ਹਨੇ ਨਹੀਂ ਚਾਹੁੰਦੇ ਸਾਡੇ ਬੱਚੇ ਕਹਿੰਦੇ ਕਿ ਇਹੀ ਕੰਮ ਕਰਨਾ ਆਪਾਂ ਕਿ ਇਹ ਚੀ ਫਿਊਚਰ ਹ ਹੁਣ ਵਲੌਗ ਬਣਾਉਂਦੇ ਆਪਾਂ ਅੱਜ 4 ਲੱਖ ਦੇ ਕਮਰੇ ਚ ਘੁੰਮੇ ਆਪਾਂ ਅੱਜ ਇੱਥੇ ਗਏ ਇੱਥੇ ਸ਼ਾਪਿੰਗ ਕੀਤੀ ਆ ਕੀ ਕੀਤਾ ਉਹ ਕੀਤਾ ਤੇ ਉਹਨਾਂ ਵੱਲ ਦੇਖ ਕੇ ਤਾਂ ਲੋਕ ਨੂੰ ਲੱਗਦਾ ਹੀ ਆ ਕਿ ਇਹ ਤਾਂ ਦੁਬਈ ਦੇ ਸ਼ੇਖ ਵਾਲੀ ਲਾਈਫ ਜਿਉਣ ਦੇ ਕਿ ਅੱਜ ਤਾਂ ਸਾਰੀ ਐਸ਼ ਹੀ ਇਹਨਾਂ ਦੀ ਆ ਤੇ ਹੋਰ ਕੁਝ ਕਰਨਾ ਹੀ ਕੀ ਏ ਜ਼ਿੰਦਗੀ 'ਚ ਬੰਦੇ ਤੇ ਜਿਦਾਂ ਪਿੱਛੇ ਜੇ ਉਹ ਸੀ 올림픽 'ਚ 골ਡ ਜਿੱਤ ਕੇ ਲਿਆਏ ਹਨਾ ਬੰਦੇ ਤਿੰਨ ਚਾਰ ਜਿਹੜੇ ਆਪਣੇ ਹੈਗੇ ਸੀ 올림픽 'ਚ ਤਾਂ ਨਹੀਂ ਕਿਹੜੀ ਖੇਡਾਂ ਜਿੱਤੇ ਮੈਨੂੰ ਨਹੀਂ ਹੁਣ ਪਤਾ ਰੀਅਲਟਲੀ ਉਹਨਾਂ ਦੀ ਬਹੁਤ ਮੈਲਥ ਵੀ ਹੋਈਆਂ ਹੈ ਇਹਨਾਂ ਦੇ ਆ ਕੋਮਨ ਵਾਲਾ ਜੀ ਉਹਨਾਂ ਉਹਨਾਂ ਦੀ ਇੰਟਰਵਿਊ ਹੀ ਨਹੀਂ ਕੀਤੀ ਨੀ ਸਿਰਫ ਇੱਕ ਚੈਨਲ ਇੰਟਰਵਿਊ ਕੀਤੀ ਉਹਨਾਂ ਜਾ ਕੇ ਤੇ ਆ ਨਿਊਜ਼ ਚੈਨਲ ਵਾਲੇ ਉਹ ਜਿਹੇ ਕੱਲ ਨੂੰ ਪਰਸ ਮੈਂ ਦੇਖਣ ਡਿਆ ਸੀ ਕੋਈ ਇਦਾਂ ਨੱਚਦਾ ਵਿਚਾਰਾ ਹਨਾ ਠੁਮਕੇ ਜੇ ਮਾਰ ਕੇ ਇਹ ਇੱਕ ਆਓ ਤੇਰਾ ਮੇਰਾ ਵਿਆਹ ਚੰਦਰੀਆ ਨਾਲ ਇੱਕ ਨਾਤਾ ਪਤਾ ਨਹੀਂ ਕਿਹੜਾ ਉਹਦੀ ਇੰਟਰਵਿਊ ਕਰਦੇ ਜਾ ਕੇ ਕਿ ਤੁਹਾਨੂੰ ਇਹ ਸ਼ੌਂਕ ਕਿਦਾਂ ਕਿਦਾਂ ਪਿਆ ਦੱਸੋ ਉਹ ਕੀ ਦੱਸੇ ਕਿ ਮੈਨੂੰ ਸ਼ੌਂਕ ਕਿਦਾਂ ਪਿਆ ਚੀਜ਼ ਦਾ ਹਨਾ ਤੇ ਪਤਾ ਨਹੀਂ ਉਹ ਪੰਜਾਬ ਚ ਕੀ ਚੈਨਲ ਹੀ ਇਦਾਂ ਚੱਲ ਗਏ ਆ ਖਬਰਾਂ ਵਾਲੇ ਜਿਹੜੇ ਸਪੈਸ਼ਲ ਇਹੋ ਜਿਹੀ ਆਟਮਾ ਦੀ ਇੰਟਰਵਿਊ ਕਰਦੇ ਨੇ ਹੋਰ ਕਿਹਦੀ ਕਰਦੇ ਨਹੀਂ ਜਿੱਦਾਂ ਉਹ ਪਤਾ ਨਾ ਆਉਂਦੇ ਆ ਨਾ ਲੋਕੀ ਦੇਖਦੇ ਆ ਚੱਲ ਰਹੇ ਆ ਮੈਨੂੰ ਆ ਮੈਸੇਜ ਹੈ ਮੈਨੂੰ ਆਇਆ ਮੈਸੇਜ ਹੈ ਮੈਂ ਉਹ ਹੈਗਾ ਪੰਜਾਬ ਚੈਨਲ ਦਾ ਕੋਈ ਨਾਮ ਨਹੀਂ ਚਲੋਂ ਲੈ ਲੈਂਦਾ ਮੈਨੂੰ ਕਿਹਾ ਤੈਨੂੰ ਇੰਟਰਵਿਊ ਕਰਨੀ ਹੈ ਮੈਂ ਕਿਹਾ ਦੇਖੋ ਮੇਰੀ ਇੰਟਰਵਿਊ ਕਰਨੀ ਪਰ ਤੁਸੀਂ ਤਾਂ ਦੂਜਿਆਂ ਦੀ ਕਰਦੇ ਹੋ ਹਨਾ ਜਿਹੜੇ ਕਹਿੰਦੇ ਤੁਸੀਂ ਤਾਂ ਇਹਨਾਂ ਦੀ ਬੈਠ ਕੇ ਰੋਸਟ ਕਰਦੇ ਹੋ ਨਾ ਮੈਂ ਤੁਹਾਡੀ ਇੰਟਰਵਿਊ ਕਰਕੇ ਬਾਅਦ ਚ ਇਹਨਾਂ ਦੇ ਘਰੇ ਜਾ ਜਾ ਕੇ ਰੋਸਟ ਕਰਨਾ ਹੈ ਇਹਨਾਂ ਨੂੰ ਠੀਕ ਹੈ ਤੁਹਾਡੀ ਜਿਹੜੀ ਚੱਕ ਕੇ ਤੇ ਮੈਂ ਉਹਨੂੰ ਕਿਹਾ ਠੀਕ ਹੈ ਇੰਟਰਵਿਊ ਕਰ ਲੈਂਦੇ ਪਰ ਮੈਂ ਕਿਹਾ ਮੇਰਾ ਕਲਿੱਪ ਕੋਈ ਨਾ ਜਿਹਦਾ ਸਟਾਰਟਿੰਗ ਵਿੱਚ ਕੋਈ इमोशनल ਸਾਊਂਡ ਲਾ ਕੇ ਕਿ ਜਿੱਦਾਂ ਸਾਰੀ ਦੁਨੀਆ ਦੇ ਦੁਖੀ ਇਹਨੂੰ ਨੇ ਕਿ ਜਿੱਦਾਂ ਸਾਰੇ ਜਿੱਦਾਂ ਤੁਸੀਂ ਇੰਟਰਵਿਊ ਦੇਖੋਗੇ ਨਾ ਉਹ ਸਟਾਰਟਿੰਗ ਜਦੋਂ ਉਹ ਸਟਾਰਟਿੰਗ ਚਲਾਇਆ ਹੁੰਦਾ ਇੰਟਰਵਿਊਮੈਂਟ ਦੇ ਉਦਾਂ ਹੀ ਕਵਰ ਕੀਤੇ ਹੁੰਦੇ ਆ ਅਥਰੂ ਪੁੰਜਣਾ ਪਿੱਛੇ ਸਾਊਂਡ ਜਾਂ ਸਾਈਡ 'ਚ ਲੱਗਾ ਹੁੰਦਾ ਮੈਨੂੰ ਲੋਕ ਇਦਾਂ ਕਹਿੰਦੇ ਸੀ ਇਦਾਂ ਕਹਿੰਦੇ ਸੀ ਮੈਂ ਕਿਹਾ ਮੇਰੇ ਇਦਾਂ ਉਦਾਂ ਕੁਝ ਨਹੀਂ ਕਰਨਾ ਤੇ ਨਾ ਪਿੱਛੇ ਫਣੀ ਸਾਊਂਡ ਲਾਉਣਾ ਬਾਅਦ 'ਚ ਕਿ ਜੇ ਮੈਂ ਗੱਲ ਮੈਂ ਕਿਹਾ ਇਤਰ ਨਹੀਂ ਤਾਂ ਮੈਂ ਵੀ ਉਹ ਕਹਿੰਦੇ ਵੀਡੀਓ ਕਾਲ ਹੀ ਕਰਨੀ ਇੰਨੀ ਮੈਂ ਕਿਹਾ ਮੈਂ ਮੈਂ ਵੀ ਵੀਡੀਓ ਕਾਲ ਰਿਕਾਰਡ ਕਰ ਲੈਣੀ ਫਿਰ ਮੈਂ ਆਪਣੇ ਚੈਨਲ ਤੇ ਪਾ ਦੂੰਗਾ ਕਿ ਮੈਂ ਤੇ ਆ ਬੋਲਿਆ ਸੀ ਹਨਾ ਫਿਰ ਉਹ ਨਹੀਂ ਤੁਸੀਂ ਕਿਸੇ ਹੋਰ ਨੇ ਤੁਸੀਂ ਕਿਸੇ ਦੀ ਵੀ ਦੇਖ ਲਓ ਇਹਨਾਂ ਦੇ ਇੰਟਰਵਿਊ ਜਿਹੜੇ ਅੱਜ ਇਹਨਾਂ ਕੋ ਜਾਂਦੇ ਨੇ ਇਹ ਐਡਾ ਇਮੋਸ਼ਨਲ ਕਰਦੇ ਐਡਾ ਇਮੋਸ਼ਨਲ ਕਰਦੇ ਨਾ ਜਿੱਦਾਂ ਸਾਰੀ ਦੁਨੀਆ ਦੇ ਦੁੱਖ ਇਹਨਾਂ ਨੂੰ ਸੀ ਕਿਸੇ ਹੋਰ ਬੰਦੇ ਨੂੰ ਕਿਸੇ ਹੋਰ ਬੰਦੇ ਨੂੰ ਸਟਰਗਲ ਦੇਖਿਆ ਹੀ ਨਹੀਂ ਤੇ ਇੱਕ ਹੋਰ ਜੋਸ਼ਟਾ ਕਰਦੇ ਜਿਹੜਾ ਕਿ ਜੋ ਸਟਾਕ ਜੀ ਜਾਂਦੇ ਹੁੰਦੇ ਆ ਉਹਦੇ ਵੀ ਪ੍ਰਭਾਵ ਮੈਂ ਵੀ ਸੁਣੀ ਤੂੰ ਪਹਿਲਾਂ ਗੱਲ ਹ ਮੈਨੂੰ ਨਹੀਂ ਪਤਾ ਹੁਣ ਕਿਹੜੀ ਕਰਨੀ ਤੂੰ ਹ ਉਹਦੀ ਚ ਵੀ ਇਹੀ ਆ ਮੈਨੂੰ ਮਤਲਬ ਕਿ ਉਹ ਬੰਦਾ ਨਾ ਐਡੀਟਰ ਰਿਹਾ ਕਿ ਜੋ ਸਟਾਕ ਤੇ ਦੱਸਦਾ ਸੀ ਕਹਿੰਦਾ ਭਾਈ ਇਹ ਸਾਨੂੰ ਥੋੜੀ ਸਟੋਰੀ ਸੁਣਾਉਂਦੇ ਆ ਬਾਅਦ ਵਿੱਚ ਅਸੀਂ ਸਟੋਰੀ ਲਿਖ ਕੇ ਦਿੰਨੇ ਸਾਰੇ ਕਿ ਭਾਈ ਤੁਸੀਂ ਇਦਾਂ ਨੈਰੇਟ ਰੇਟ ਕਰਿਓ ਕਿ ਤੁਹਾਡੀ ਸਟੋਰੀ ਲੋਕਾਂ ਨੂੰ ਇਮੋਸ਼ਨਲ ਲੱਗੇ ਉਹ ਬੰਦੇ ਉਹਨਾਂ ਨੇ ਕਿਹਾ ਸਿਰ ਮੈਨੂੰ ਹੀ ਕਿਸੇ ਨੇ ਉਹਨਾਂ ਬਾਰੇ ਇਹੋ ਹੀ ਗੱਲ ਕਹੀ ਸੀ ਕਿ ਉਹ ਕਹਿੰਦੇ ਵੀ ਤੁਸੀਂ ਬਸ ਮੇਨ ਮੇਨ ਪੁਆਇੰਟ ਦੱਸ ਦੇ ਬਾਕੀ ਅਸੀਂ ਇਮੋਸ਼ਨਲ ਵਿੱਚ ਆਪ ਹੀ ਪਾ ਲੈਣੀ ਹੈ ਨਾ ਵੀ ਮੈਂ ਵੀ ਮੈਂ ਥੋ ਕਹਿੰਦੇ ਤੂੰ ਆ ਬੋਲਣੀ ਹੈ ਨਾ ਵੀ ਉਹਨਾਂ ਨੂੰ ਪਤਾ ਵੀ ਅਸੀਂ ਆੜੀਆਂ ਚੀਜ਼ਾਂ ਮੋਸ਼ਨਲ ਧੱਕੇ ਨਾਲ ਵਿੱਚ ਜੋੜ ਦੇਣੀਆਂ ਮੈਂ ਤਾਂ ਲੋਕਾਂ ਨੇ ਬਾਅਦ ਜਗਾਣਾ ਉਹ ਅੱਛਾ ਸਾਰੇ ਦੀ ਜ਼ਿੰਦਗੀ ਸਾਰਿਆਂ ਦੇ ਪੈਸੇ ਦੇ ਚੱਕਰ ਜਿਹੇ ਕੰਮ ਸਾਰਿਆਂ ਦੀ ਜ਼ਿੰਦਗੀ ਸਾਰਿਆਂ ਦੀ ਜ਼ਿੰਦਗੀ ਭਾਈ ਇਹ ਮੋਸ਼ਨਲ ਨਹੀਂ ਹੋ ਸਕਦੀ ਚਲੋ ਹਣਾ ਜਿੰਨੇ ਵੀ ਸਟਾਰ ਨੇ ਮੈਂ ਕਿਸੇ ਅਦੀਨੀ ਦੇਖੀ ਜਿਹੜਾ ਕਵੇ ਕਿ ਮੈਨੂੰ ਘਰ ਦੇ ਆਨੇ ਸਪੋਰਟ ਕੀਤਾ ਹਣਾ ਮੈਂ ਤਾਂ ਇੱਥੇ ਜਦਕਰ ਪਹੁੰਚਿਆ ਮੈਂ ਤਾਂ ਬਹੁਤ ਖੁਸ਼ ਹੋ ਕੇ ਪਹੁੰਚਿਆ ਸਾਰਿਆਂ ਨੇ ਜ਼ਿੰਦਗੀ ਦੀ ਸਟਰਗਲ ਹੀ ਕਹਿੰਦੇ ਹੈਗੇ ਬਸ ਸਟਰਗਲ ਕੀਤੀ ਮੈਂ ਆਪਣੇ ਮੈਂ ਆਪਣੇ ਐਗਜ਼ਾਮਪਲ ਦੇ ਦਿੰਦਾ ਬਈ ਚਲੋ ਮਾੜਾ ਟੰਗਾ ਟਾਈਮ ਆਇਆ ਪਰ ਮੈਂ ਕਦੇ ਇਹ ਨਹੀਂ ਕਹੂੰਗਾ ਕਿ ਮੈਂ ਜ਼ਿੰਦਗੀ ਸਟਰਗਲ ਕਰ ਰਿਹਾ ਸੀ ਮੈਂ ਤਾਂ ਅੱਜ ਵੀ ਖਾਸ ਕੇ ਸਟਰਗਲ ਕਰ ਰਿਹਾ ਹਜੇ ਤੱਕ ਸਟਰਗਲ ਕਰ ਰਿਹਾ ਹਾਂ ਠੀਕ ਆ ਪਰ ਇਦਾਂ ਨਹੀਂ ਆ ਕਿ ਕੋਈ ਸਟੋਰੀ ਕਿ ਮੈਨੂੰ ਘਰ ਦੇ ਕੁੱਟਦੇ ਸੀ ਕਿ ਵੀਡੀਓ ਬਣਾ ਸੀ ਇਦਾਂ ਦੀ ਕੋਈ ਸਟੋਰੀ ਨਹੀਂ ਮੈਂ ਇੱਕ ਪਛੇ ਜੇ ਦੇ ਜਦੋਂ ਮੈਂ ਗਲੀ 'ਚ ਜਾਵਾਂ ਤੇ ਮੈਨੂੰ ਸਾਰੇ ਟੈਂਪੂ ਟੈਂਪੂ ਕਹਿ ਕੇ ਬੁਲਾਉਂਦੇ ਸੀ ਤੇ ਅੱਜ ਮੈਂ ਸਟਾਰ ਬਣ ਗਿਆ ਅੱਛਾ 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 ਅੱਜ ਉਹਨਾਂ ਦੇ ਬੱਚੇ ਸਾਰੇ ਕਹਿੰਦੇ ਨੇ ਕਿ ਆਪ ਇਹੋ ਜਿਹਾ ਉਹਨਾਂ ਦਾ ਕਹਿੰਦਾ ਅੱਜ ਉਹਨਾਂ ਦੇ ਬੱਚੇ ਵੀ ਕਹਿੰਦੇ ਨੇ ਕਿ ਆਪ ਇਹੋ ਜਿਹਾ ਬੰਨਾ ਨਹੀਂ ਤਾਂ ਗਲੀ 'ਚ ਸਾਰੇ ਓਏ ਆਟੋ ਓਏ ਟੈਂਪੂ ਅੱਛਾ ਅੱਛਾ ਵੀ ਹੁਣ ਆਣੇ ਵੀ ਆਂਦੇ ਬੰਨਾ ਚਲੋ ਠੀਕ ਹੈ ਹੁਣ ਮੈਂ ਤੇਰੇ ਕੋਲ ਇੱਕ ਹੋਰ ਸਵਾਲ ਪੁੱਛਦਾ ਮੈਂ ਉਹਨੂੰ ਵੀ ਪੁੱਛਿਆ ਸੀ ਡਰੀ ਵਾਲੇ ਨੂੰ ਵੀ ਬਿਲਕੁਲ ਮੈਂ ਜਵਾਬ ਨਹੀਂ ਦਸਣਾ ਠੀਕ ਹੈ ਸਭ ਤੋਂ ਵੱਧ ਮਜ਼ਾ ਕਿਹੜੇ ਨੂੰ ਰੋਸਟ ਕਰਕੇ ਆਉਂਦਾ ਵੀ ਜੇ ਤੂੰ ਵੀ ਜਦੋਂ ਕਹਿੰਦਾ ਲੈ ਵੀ ਅੱਜ ਹਨਾ ਵੀ ਮੈਂ ਦਿਲੋਂ ਕਰ ਰਿਹਾ ਵੀ ਪੜਾਸ ਦਿਲੋਂ ਨਿਕਲ ਰਹੀ ਆ ਬਈ ਮੈਂ ਸੱਚੀ ਦੱਸਾਂ ਨਾ ਮੈਂ ਜਿੰਨੂ ਵੀ ਕਰਦਾ ਰੋਸਟ ਆ ਨਾ ਮੈਂ ਦਿਲੋਂ ਹੀ ਕਰਦਾ ਐ ਸੱਚੀ ਗੁੱਸਾ ਹੁੰਦਾ ਅੱਜ ਜਿੰਨੂ ਸੱਚੀ ਗੁੱਸਾ ਦਾ ਜਵਾਬ ਹੈ ਬੜੇ ਯੂਨੀਕ ਨੇ ਉਹਨੇ ਕੁਝ ਹੋਰ ਦਿੱਤਾ ਹੀ ਮੈਂ ਉਹ ਵੀ ਵੱਖਰਾ ਹੀ ਤੇਰਾ ਵੀ ਅਜਾਹ ਜਾਰਾ ਦਿਲੋਂ ਹੀ ਹੁੰਦਾ ਬਾਅਦ ਚ ਦੱਸਿਓ ਮੈਂ ਦੱਸਦਾਂ ਨੂੰ ਜਦੋਂ ਮੈਂ ਰੋਸਟ ਕਰਦਾ ਮੈਂ ਦਿਲੋਂ ਹੀ ਕਰਦਾ ਮੈਨੂੰ ਇਦਾਂ ਨਹੀਂ ਕਿ ਯਾਰ ਮੈਂ ਕਹਿੰਦਾ ਸympathy ਕਰ ਲੂੰਗਾ ਪਰ ਮੈਂ ਅੱਜ ਕੱਲ ਨਾ ਜਦਾਂ ਮੈਨੂੰ ਨਵੇਂ ਆਟਮਾ ਲੱਭ ਰਹੇ ਜਾਂਦੀਆਂ ਰੋਸਟ ਕਰਨ ਨੂੰ ਮੈਨੂੰ ਲੱਗਦਾ ਸੇਮ ਸੇਮ ਤੇ ਕਦੇ-ਕਦੇ ਬੰਦਾ ਖੁਦ ਇਟਲੀ ਵਾਲੇ ਭਾਈ ਨੇ ਤਾਂ ਨਾ ਇਹ ਹੀ ਕੋਤੇ ਕਰੀ ਜਾਂਦੇ ਨਾ ਫਿਰ ਖੁਦ ਵੀ ਬੰਦਾ ਬੋਰ ਹੋ ਜਾਂਦਾ ਯਾਰ ਇਹ ਤੇ ਮੈਂ ਹੁਣ ਕਿੰਨੇ ਕੀ ਜੋਕ ਬਣਾ ਲਾ ਹਨਾ ਤੇ ਤਾਂ ਕਰਕੇ ਮੈਂ ਹੁਣ ਨਵੀਂ ਐਡ ਮੈਂ ਲੱਭਦਾ ਰੋਜ਼ ਰੋਜ਼ ਨਾਲ ਇੰਟਰਨੈਟ ਤੇ ਬੜਾ ਵਾਧੂ ਕੰਟੈਂਟ ਆ ਤੇਰੇ ਕੋਲ ਹੈ ਉਹ ਭਾਈ ਉਹ ਆਪਾਂ ਹੀ ਗੱਲ ਕਰਦੇ ਹਾਂ ਦੋਵੇਂ ਜਾਣੇ ਕਰਕੇ ਬੈਠੇ ਕਿ ਸਾਡਾ ਕੰਨੈਕਟ ਮੋਕ ਹੀ ਨਹੀਂ ਸਕਦਾ ਬਾਈ ਜਿਹੜੇ ਸਾਡਾ ਐਡ ਮਾ ਰੋਜ਼ ਰੋ ਇੰਟਰਨੈਟ ਤੇ ਆ ਰਹੀਆਂ ਨੇ ਪਰ ਦਿਲੋਂ ਮੈਨੂੰ ਮਿਲ ਕੇ ਜਿਹੜੇ ਕਰਨਾ ਕਿ ਦਿਲੋਂ ਖੁਨਸ ਜੀ ਹੋ ਗਈ ਬੰਦਿਆਂ ਨੂੰ ਜਿਹੜਾ ਰੋਸਟਿੰਗ ਚ ਵੜਿਆ ਉਸ ਤੋਂ ਬਾਅਦ ਉਹ ਤਾਂ ਹੈਗੇ ਇੱਕ ਇੰਦਰਗੀਰਤ ਠੀਕ ਆ ਅੱਛਾ ਉਹ ਜਦੋਂ ਆਪਣਾ ਹਾਂ ਜਿਵੇਂ ਤੇਰੇ ਘਰੇ ਘਰੇ ਦਾ ਕਹਿੰਦੇ ਨਾ ਘਰੇ ਜਾਣਾ ਨਾ ਪਰਸਨਲ ਉਹ ਮੈਨੂੰ ਪਹਿਲਾਂ ਮੈਨੂੰ ਪਿਆਬੀ ਬ੍ਰੋਕਰ ਨਾਲ ਕੋਈ ਪਰਸਨਲ ਖੁੰਨਣ ਸੀ ਬਟ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਉਹ ਬੰਦਾ ਇਹਨਾਂ ਨਾਲੋਂ ਸੋਗਣਾ ਚੰਗਾ ਇੰਦਰਗੀਰਤ ਵਾਲੇ ਨੂੰ ਹਣਾ ਇਹ ਨਟ ਤੇ ਬਹੁਤ ਜਰਾ ਫੇਕ ਆ ਬੰਦੇ ਆ ਜਿੱਦਾਂ ਕਿ ਆਪਾਂ ਦਾ ਬਹੁਤ ਧਾਰਮਿਕ ਆ ਪਰ ਜਦੋਂ ਇਹਨੇ ਪਰਸਨਲ ਚ ਮੈਸੇਜ ਕੀਤਾ ਕਿ ਹਾਂ ਉਹ ਤਾਂ ਧਾਰਮਿਕ ਧੁਰਮਿਕ ਦਾ ਬੜਾ ਜਦੋਂ ਮੇਰੇ ਨਾਲ ਵੀ ਰੌਲਾ ਜਿਹਾ ਪਿਆ ਸੀ ਬੜੇ ਰਮਾ ਰਮੂਲ ਬਣ ਕੇ ਹਣਾ ਬੇ ਬੜੇ ਧਾਰਮਿਕ ਜਿਹਾ ਬਣ ਕੇ ਬਹੁਤ ਜਰਾ ਫੇਕ ਜਦੋਂ ਪਰਸਨਲ ਚ ਜਿਹੜੀਆਂ ਗੱਲਾਂ ਹੁੰਦੀਆਂ ਇੱਕ ਗੱਲ ਕਹਿਣਾ ਕਿ ਮੈਂ ਰੋਸਟ ਕਰਦਾ ਨਾ ਜਦਾਂ ਮਰਜੀ ਜਿਹੋ ਜੀ ਮਰਜੀ ਲੈਂਗੁਏਜ ਰੋਸਟ ਕਰਦਾ ਮੈਨੂੰ ਭਾਵੇਂ ਕੋਈ ਵੀ ਮੈਸੇਜ ਕਰ ਲੇ ਭਾਵੇਂ ਜਿਹੜਾ ਵੀ ਬਲੌਗਰ ਹੋਵੇ ਕੋਈ ਵੀ ਮੈਂ ਕਦੇ ਵੀ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਮੈਂ ਜੀਜੀ ਕਹੇ ਗੱਲ ਕਰਦਾ ਮੈਂ ਮਰ ਤੋਂ ਛੋਟਾ ਹੀ ਹੋਵੇ ਚ ਪਰ ਉਹ ਬੰਦੇ ਇਦਾਂ ਦੇ ਨੇ ਇੰਟਰਨੈਟ ਤੇ ਜੀਜੀ ਤੇ ਜਦੋਂ ਮੈਸੇਜ ਕੀਤਾ ਤਾਂ ਸਿੱਧੀਆਂ ਗਾਲਾਂ ਠੀਕ ਆ ਉਹ ਫਿਰ ਤੁਸੀਂ ਲੋਕਾਂ ਸਾਹਮਣੇ ਫੇਕ ਬੰਦਦੇ ਹੋ ਤਾਂ ਫਿਰ ਕੋਈ ਫਾਇਦਾ ਨਹੀਂ ਸਾਡਾ ਸੁਖ ਵਧੀਆ ਸੋ ਲੋਕਾਂ ਸਾਹਮਣੇ ਲੋਕਾਂ ਨੂੰ ਲੱਗਦਾ ਕਿ ਬੰਦੇ ਬੜੇ ਰੂੜ ਨੇ ਤੇ ਆਪਾਂ ਜਦੋਂ ਸਕਸੈਸ ਕਿ ਮਿਲਦਾ ਕਿ ਇਹਨੂੰ ਉਹ ਕਹਿੰਦੇ ਭਾਈ ਆਪਾਂ ਨੂੰ ਲੱਗਦਾ ਨਹੀਂ ਸੀ ਇਦਾਂ ਮਿਲੋਗੇ ਤੇ ਹਾਂ ਉਹਨਾਂ ਨਾਲ ਪਰਸਨਲ ਥੋੜੀ ਦਿਲ ਤੋਂ ਹੋ ਗਈ ਕਿ ਹਾਂ ਯਾਰ ਇਹ ਬੰਦੇ ਨੇ ਨਾ ਮਲਕੀ ਚੰਗਾ ਨਹੀਂ ਕੀਤਾ ਇਹ ਬੰਦੇ ਨੂੰ ਇੰਨੇ ਲੈਵਲ ਤੇ ਡਿਗਣਾ ਨਹੀਂ ਚਾਹੀਦਾ ਸੀ ਕਿਉਂਕਿ ਉਹ ਆਪਾਂ ਰੋਸਟ ਕਰਦੇ ਨੇ ਦੀ ਵੀਡੀਓ ਦੇਖ ਕੇ ਹੀ ਚੱਲ ਬੰਦੇ ਵਧੀਆ ਆਪਣੀ ਲਾਈਫ ਚ ਚੱਲ ਕਰਦੇ 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 ਗਲਤ ਪਾਉਂਦੇ ਕੰਟੈਂਟ ਉਹਨੂੰ ਅਪਰੋਚ ਕਰ ਦਿੰਦੇ ਨੇ ਪਰ ਉਹ ਜਾਦੇ ਉੱਪਰ ਚੱਲ ਗਏ ਸੀ ਬੰਦੇ ਬਹੁਤ ਅਗਲੇ ਮੈਂ ਵੀ ਦਾਦਾ ਇਹਨਾਂ ਨੂੰ ਮੈਂ ਕਿਹਾ ਸਾਰਿਆਂ ਨਾਲ ਸ਼ੇਅਰ ਕਰਾਂ ਜਦੋਂ ਮੈਂ ਕੈਨੇਡਾ ਗਿਆ ਨਾ ਇਹ ਅਸੀਂ ਅਸੀਂ ਮੈਂ ਪਹਿਲਾਂ ਰੁਮਿੰਟਨ ਗਿਆ ਰੁਮਿੰਟਨ ਤੋਂ ਫਿਰ ਅਸੀਂ ਇਕੱਠੇ ਵਾਪਸ ਫਿਰ ਕੈਲਗਰੀ ਆ ਗਏ ਕੈਲਗਰੀ ਆ ਗਏ ਤੇ ਉਦੋਂ ਨਾ ਅਸੀਂ ਉੱਥੇ ਰੋਟੀ ਹੈ ਨਹੀਂ ਪੀਜ਼ਾ ਪੂਜ਼ਾ ਆਰਡਰ ਕਰ ਲਿਆ ਪੀਜ਼ਾ ਆਰਡਰ ਕਰ ਲਿਆ ਵਾਈਨ ਵਾਈਨ ਲੈ ਲਈ ਵਾਈਨ ਲੈ ਲਈ ਤੇ ਉਦੋਂ ਅਸੀਂ ਸਲਾਬ ਬਣਾ ਲਈ ਮੈਂ ਕਿਹਾ ਤੂੰ ਮੈਨੂੰ ਇਹ ਕੱਢ ਕੱਢ ਕੇ ਆਟਮਾ ਵਿਖਾਉਣੇ ਆ ਤੇ ਆਪਾਂ ਮੈਂ ਕਿਹਾ ਰਿਕਾਰਡ ਕਰਨੇ ਹਨ ਵੀ ਇਹਨਾਂ ਦੇ ਉੱਪਰ ਆਪਣੀ ਪ੍ਰਤੀਕਿਰਿਆ ਰਿਕਾਰਡ ਕਰਨੀ ਆ ਉਹ ਇੱਕਾ ਗਲਾਪੀ ਐਪੀਸੋਡ ਹੋ ਗਿਆ ਲੱਗਾ ਹੈ ਉਹ ਐਪੀਸੋਡ ਬਹੁਤ ਵਧੀਆ ਰਿਕਾਰਡ ਹੋ ਗਿਆ ਸੀ ਆਪਣਾ ਜੇ ਆਪਣੇ ਕੋਲ ਕਲਿੱਪ ਬਹੁਤ ਵਧੀਆ ਹੀ ਹੋ ਪਰ ਉਹ ਪਹਿਲਾਂ ابھی ਇਨ ਇਨੇ ਐਡੀਟਿੰਗ ਕਰਨੀ ਸੀ ਹਨ ਪਹਿਲਾਂ ਮੈਂ ਕਰਨੀ ਸੀ ਉਹ ਮੇਰਾ ਟਾਈਮ ਨਾ ਲੱਗੇ ਕਹਿੰਦਾ ਭਾਜੀ ਮੈਂ ਕਰ ਦਿੰਨਾ ਮੈਂ ਉਹ ਫਾਈਲ ਭੇਜਣੀ ਸੀ ਉਹ ਜਦੋਂ 4K ਬਣੀ ਸੀ ਉਹ ਬਾਲੀ ਵੱਡੀ ਸੀ ਉਹ ਉੱਥੇ ਮੈਂ ਟ੍ਰੈਵਲ ਕਰੀ ਜਾਣਾ ਹ ਕੈਨੇਡਾ ਦੇ ਵਿੱਚ ਹਨ ਵੀ ਉਹ ਜੋ ਜਨੇ ਕੇ ਫੋਨ ਦੇ ਉੱਪਰ ਜਾਂ ਕਈ ਥਾਂ ਵਾਈਫਾਈ ਕਨੈਕਟ ਕੀਤਾ ਉਹ ਹੁੰਦੀ ਨਹੀਂ ਸੀ ਅਪਲੋਡ ਜੀ ਹਨ ਤੇ ਉਹ ਫਿਰ ਬਾਅਦ ਚ ਹੌਲੀ ਹੌਲੀ ਟਾਈਮ ਲੰਘਦਾ ਗਿਆ ਜਿਆਦਾ ਹੀ ਪੁਰਾਣੀ ਹੋ ਗਈ ਫਿਰ ਉਹ ਰਹਿ ਨਹੀਂ ਦਿੱਤੀ ਸੋ ਉਹ ਵੀ ਬੜੀ ਖੁੰਦਕਨਾ ਦਿਲੋਂ ਕੀਤਾ ਸੀ ਉਹਦਾ ਪੂਰੇ ਦੋ ਤਿੰਨ ਲਾ ਗਿਆ ਨਾ ਤਗੜੇ ਤਗੜੇ ਜੇ ਤੇ ਫਿਰ ਫਿਰ ਬਣੀ ਵੀਡੀਓ ਦੋ ਦੋ ਘਲਾਜ ਆਈ ਤੇ ਠੀਕ ਹੈ ਯਾਰ ਮੇਰਾ ਨਾ ਅੱਜ ਪਤਾ ਨਹੀਂ ਚੇਅਰ ਜੀ ਸੈੱਟ ਨਹੀਂ ਬੈਹ ਰਹੀ ਪਤਾ ਨਹੀਂ ਮੈਂ ਸੈਟਿੰਗ ਇਹਦੀ ਕਰੀ ਕਰ ਲਈ ਤਾਂ ਬਸ ਆਪਣਾ ਹੋ ਹੀ ਗਿਆ ਬਸ ਆਲਮੋਸਟ ਆਪਾਂ 5-10 ਮਿੰਟ ਦਾ ਹੋ ਰਿਹਾ ਨਹੀਂ ਨਹੀਂ ਤੇ ਮੈਂ ਤੁਹਾਨੂੰ ਪੁੱਛ ਲੈਣਾ ਕੋਈ ਸਵਾਲ ਕਿ ਜਦੋਂ ਤੁਸੀਂ ਕੋਈ ਵੀਡੀਓ ਬਣਾਉਂਦੇ ਹੋ ਹਨਾ ਤੇ ਪਹਿਲਾਂ ਸਭ ਪਹਿਲਾਂ ਆਪਣਾ ਨਾਂ ਦੱਸੋ ਨਾ ਉਹੀ ਸਾਬੀ ਹੀ ਕਿਉਂ ਰੱਖਿਆ ਨਾ ਉਹੀ ਸਾਬੀ ਸਾਬੀ ਉਹ ਯਾਰ ਇਹਦੇ ਪਿੱਛੇ ਨਾ ਹਾਂ ਮੈਂ ਦੱਸਦਾ ਵੀ ਸਟੋਰੀ ਹੁੰਦੀ ਹੈ ਨਾ ਹਰ ਚੀਜ਼ ਦੇ ਵਿੱਚ ਕੋਈ ਚੀਜ਼ ਹਾਂ ਵੀ ਨਾ ਮੈਨੂੰ ਨਾ ਇੰਨਾ ਕਿ ਤੇ ਮੈਨੂੰ ਅ ਰੈਸਟੋਰੈਂਟ ਦਾ ਕੰਮ ਕਰਨ ਕਰਕੇ ਨਾ ਵੀ ਥੋੜੀ ਜਿਹੀ ਇੰਨੀ ਕਿ ਸਮਝ ਆ ਗਈ ਸੀ ਵੀ ਨਾਂ ਬਹੁਤ ਇੰਪੋਰਟੈਂਟ ਚੀਜ਼ ਆ ਬਿਲਕੁਲ ਨਾਮ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਤੁਹਾਡੇ ਦਿਮਾਗ 'ਚ ਸਟੱਕ ਜਾ ਹੋ ਜੇ ਹਨਾ ਇਹ ਕੈਚੀ ਜਾਵੇ ਕੈਚੀ ਆ ਕੈਚੀ ਜਾਵੇ ਹਨਾ ਤੇ ਫਿਰ ਮੈਂ ਕਹਿਆ ਵੀ ਯਾਰ ਵੀ ਸ਼ਾਰਟ ਚ ਪੱਕਾ ਜਿ ਪਹਿਲਾਂ ਆਈ ਜਾਵੇ ਸਾਬੀ ਸੰਦੂਰ ਰੱਖਦਾ ਹਨਾ ਜਾਂ ਸਰਬਜੀ ਸੰਦੂਰ ਰੱਖਦਾ ਸਾਬੀ ਤਲਵੰਡੀ ਰੱਖਦਾ ਤਲਵੰਡੀ ਮੇਰਾ ਪਿੰਡ ਆ ਵੀ ਇਦਾਂ ਦੀਆਂ ਚੀਜ਼ਾਂ ਆਈ ਜਾਣ ਹਨਾ ਫਿਰ ਅ ਅ ਵੀ ਇਹ ਕਿਨਾ ਕਿਤੇ ਨਾ ਕਿਤੇ ਇਹ ਵੀ ਮੈਂ ਅ ਪੋਰਟਰੇ ਕਰਨਾ ਚਾਹੁੰਦਾ ਹਾਂ ਵੀ ਕਿਸੇ ਤਰ੍ਹਾਂ ਦੀ ਐਰੋਗੈਂਟ ਜੀ ਨਾ ਹੋਵੇ ਵੀ ਅਰੋਗੈਂਸੀ ਨਾ ਝਲਕਦੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਬੰਦਾ ਆਪਣਾ ਜਿਹਾ ਲੱਗੇ ਲੋਕਾਂ ਨੂੰ ਹਾਂ ਵੀ ਉਹ ਨਾ ਫਿਰ ਮੈਨੂੰ ਲੱਗਾ ਉਹੀ ਸਾਬੀ ਨਾ ਇਹ ਪਤਾ ਨਹੀਂ ਕਿੱਦਾਂ ਆਇਆ ਤੇ ਦਿਮਾਗ ਦੇ ਵਿੱਚ ਮੈਂ ਕਿਹਾ ਹਾਂ ਇਹ ਸਹੀ ਆ ਮੈਂ ਕਿਹਾ ਵੀ ਕੋਈ ਪੁੱਛੂਗਾ ਵੀ ਨਾ ਵੀ ਕੌਣ ਸਾਬੀ ਉਹ ਹੀ ਸਾਬੀ ਤੇ ਫਿਰ ਇਹੜੇ ਤਰੀਕੇ ਦੇ ਨਾਲ ਇਹ ਨਾ ਆਪਾਂ ਨੂੰ ਨਹੀਂ ਸਹੀ ਆ ਜੁਨੀਕ ਜਾਂ ਨਾਮ ਆ ਜੁਨੀਕ ਜਾਂ ਨਾਮ ਆ ਉਹਦਾ ਮੈਨੂੰ ਬਾਅਦ ਵਿੱਚ ਹਰ ਲੋਕਾਂ ਨੇ ਕਈ ਬੜਾ ਐਪਰੀਸ਼ੀਏਟ ਕਰਦੇ ਆ ਉਹ ਵੀ ਨਾ ਹੁਣ ਮੈਂ ਵੇਖਦਾ ਉਹਨਾਂ ਲੋਕਾਂ ਨੇ ਕਾਫੀ ਬਣਾਇਆ ਹੁੰਦਾ ਵੀ ਇਦਾਂ ਨਹੀਂ ਆਈਡੀਆਂ ਬਣੀਆਂ ਹੁੰਦੀਆਂ ਲੋਕਾਂ ਨੂੰ ਵੀ ਜਿੱਦਾਂ ਪਸੰਦ ਆ ਹੂੰ ਹੂੰ ਨਹੀਂ ਨਹੀਂ ਵਧੀਆ ਉਹੀ ਸਾਬੀ ਜੁਨੀਕ ਜਾਂ ਨਾਮ ਬੰਦਾ ਨਾ ਨੀ ਤੇ ਜੇ ਸਾਬੀ ਸੰਧੂ ਰੱਖਦੇ ਜਿੱਦਾਂ ਕਈ ਵੀ ਲੋਕੀ ਇਹ ਨਾ ਆਪਣਾ ਨਾਮ ਰੱਖ ਲੈਂਦੇ ਬੁਰਾ ਬੁਰਾ ਉਹ ਫਿਰ ਸਹੀ ਲੱਗਦਾ ਪਰ ਇਹ ਵੀ ਗੱਲ ਮੈਂ ਨਾ ਉਹ ਮੈਨੂੰ ਨਾ ਇਟਲੀ ਵਾਲੇ ਬੰਦੇ ਦੀ ਇੱਕ ਗੱਲ ਭਾਈ ਭਰਾ ਦੀ ਇੱਕ ਗੱਲ ਵਧੀਆ ਲੱਗਦੀ ਆ ਨਾ ਬੜੀਆਂ ਚੀਜ਼ਾਂ ਨੂੰ ਤੋੜ ਦਾ ਧਾਰਨਾ ਨੂੰ ਮੇਰੀ ਦਿਮਾਗ ਚੜੀ ਹੁੰਦੀ ਹੈ ਜੇ ਤੁਸੀਂ ਕਹਿੰਨਾ ਆਪਣਾ ਨਾਮ ਕਿ ਐਚੀ ਹੋਣਾ ਜਿਹਦਾ ਵਧੀਆ ਗੱਲ ਆ ਉਹਨੇ ਜਦ ਆਪਣਾ ਨਾਮ ਰੱਖਿਆ ਪੰਜਾਬੀ ਪ੍ਰੈਂਕ ਰੋਸਟਰ ਬਲੋਗ ਆਹੋ ਵੇਲਾ ਹਾਂ ਹਾਂ ਤੇ ਮੈਂ ਤੋੜ ਦਾ ਭਰਾਵਾ ਹਾਂ ਤੇ ਮੈਂ ਕਿਹਾ ਭਾਜੀ ਇਹ ਚੈਨਲ ਦਾ ਨਾਮ ਹਨਾ ਕਹਿੰਦਾ ਯਾਰ ਮੈਂ ਬਣਾਇ ਲਿਖਿਆ ਤਾਂ ਸੀਗਾ ਚੈਨਲ ਦਾ ਨਾਮ ਕਿ ਮੈਂ ਇਸੇ ਚੈਨਲ ਨਾਮ ਤੇ ਚੱਲਣਾ ਤੇ ਜਦੋਂ ਆਪਾਂ ਹੁਣ ਨਵਾਂ ਪੋਡਕਾਸਟ ਬਣਾਉਣ ਲੱਗੇ ਤੇ ਮੈਂ ਕਿਹਾ ਭਾਜੀ ਕੋਈ ਇਦਾਂ ਰੱਖ ਲੈਨੇ ਮੇਰਾ ਦਿਮਾਗ ਸੀਗਾ ਕਿ ਮਹਿਫਿਲ ਹਨਾ ਜਾਂ ਫਿਰ ਸ਼ੁਗਲ ਮੇਲਾ ਸ਼ੁਗਲ ਮਿਲਾ ਕੋਈ ਵਧੀਆ ਨਾਮ ਰੱਖ ਲੈਣੇ ਆ ਤੇ ਮੈਂ ਕਿਹਾ ਹਨਾ ਵਧੀਆ ਆ ਗੱਪਾਂयां ਮਾਰੇ ਕਰੇਗਾ ਉਹਦਾ ਨਹੀਂ ਤੂੰ ਮਿੱਤਰਾਂ ਦਾ ਪੋਡਕਾਸਟ ਰੱਖ ਮੈਂ ਕਿਹਾ ਭਾਜੀ ਯਾਰ ਥੋੜਾ ਹੋਰ ਤਾਂ ਨਹੀਂ ਲੱਗਦਾ ਇਹਦਾ ਤੂੰ ਰੱਖ ਕਹਿੰਦਾ ਜੇ ਮੈਂ ਆ ਚੈਨਲ ਚਲਾ ਸਕਦਾ ਮੈਂ ਉਹ ਵੀ ਚਲਾ ਲੈਣਾ ਮਿੱਤਰਾਂ ਦਾ ਪੋਡਕਾਸਟ ਵੀ ਤੇ ਉਹ ਵਧੀਆ ਮੈਂ ਕਹਿੰਦਾ ਉਹ ਆਪ ਹੀ ਐਡੀਟਿੰਗ ਕਰਦਾ ਤੇ ਆਪ ਹੀ ਸਭ ਕੁਝ ਕਰਦਾ ਮੈਂ ਸਰੋ ਬੜਾ ਭਰਾਵਾ ਮੈਂ ਬੜਾ ਮੈਨੂੰ ਕੱਲ ਵੀ ਮੈਂ ਵੀਡੀਓ ਦੱਸਿਆ ਮੈਂ ਕਿਹਾ ਭਰਾਵਾ ਤੂੰ ਬੜੀ ਵੀ ਤੂੰ ਹਰੇਕ ਬੰਨੀ ਹੋਈ ਨਾਟ ਜਸਟ ਜੋਕਸ ਵਗੈਰਾ ਐਡੀਟਿੰਗ ਮੈਂ ਤੂੰ ਭਰਾਵਾ ਹਰੇਕ ਬੰਨੀ ਹੋਈ ਬੜੀ ਤਰੱਕੀ ਕੀਤੀ ਆ ਉਹ ਬਾਈ ਮੈਂ ਕਹਿੰਦਾ ਉਹ ਬੰਦਾ ਆਪਣਾ ਮੈਨੂੰ ਇੰਪਰੂਵ ਕਰੀ ਜਾ ਰਿਹਾ ਉਹ ਬੰਦਾ ਭਾਈ ਗੰਜਿਆਂ ਨੂੰ ਕੰਗੀ ਵੇਚ ਸਕਦਾ ਇਹੋ ਜਿਹਾ ਬੰਦਾ ਸੱਚੀ ਗੰਜੇ ਨੂੰ ਹਾਂ ਵੇਚ ਸਕਦਾ ਵੇਚ ਸਕਦਾ ਭਾਈ ਵੇਚ ਸਕਦਾ ਗੱਲਾਂ ਬਹੁਤ ਨੇ ਮੈਂ ਮੈਨੂੰ ਪਤਾ ਵਾਕਈ ਮੈਂ ਉਹਦਾ ਨਾ ਉਹ ਜਿਹੜੇ ਸਾਫ ਦੀ ਵੀ ਸਾਇਲੈਂਟ ਐਕਟਿੰਗ ਕਰ ਜਾਂਦਾ ਉਹ ਕਾਲਰ-ਕੂਲਰ ਜਦੋਂ ਬੋਲਦੇ ਹੋਣਗੇ ਉਹਦੇ ਤੇ ਮੂੰਹ ਬਣਾਈ ਜਾਊ ਫੇਸ ਬਣਾਈ ਜਾਊ ਕਈ ਤਰ੍ਹਾਂ ਦੇ ਹਨਾ ਉਹ ਬਹੁਤ ਆਈਟਮ ਬੰਦਾ ਉਹ ਹਾਂ ਬਹੁਤ ਥੜੀ ਐਟਮ ਮੈਂ ਮੈਂ ਚਲੋ ਲੋਕੀ ਤਾਂ ਨੂੰ ਵੀਡੀਓ ਤਾਂ ਦੇਖਦੇ ਨਾ ਪਰ ਮੇਰਾ ਤਾਂ ਬਈ ਰੋਜ਼ ਹੀ ਗੱਲ ਹੁੰਦੀ ਹੈ ਰੋਜ਼ ਹੀ ਫੋਨ ਤੇ ਗੱਲ ਹੁੰਦੀ ਤੇ ਮੈਂ ਕਿਸੇ ਨਾਲ ਘੰਟਾ ਡੇਢ ਘੰਟਾ ਮੈਂ ਜ਼ਿੰਦਗੀ ਚ ਕਦੇ ਗੱਲ ਨਹੀਂ ਕੀਤੀ ਹੋਣੀ ਪਰ ਮੈਂ ਉਹਨਾਂ ਨਾਲ ਲੱਗਾ ਰਹਿਣਾ ਕਿਉਂਕਿ ਉਹ ਗੱਲਾਂ ਹੀ ਨਹੀਂ ਮੁੱਕਦ ਹੁੰਦਾ ਅੱਜ ਅੱਜ ਉਹ ਕੋਈ ਸਟੋਰੀ ਸੁਣਾ ਰਿਹਾ ਸੀ ਕਹਿੰਦਾ ਯਾਰ ਮੇਰੇ ਬੈਂਕ ਅਕਾਊਂਟ ਦਾ ਕੋਈ ਇਸ਼ੂ ਪੈ ਗਿਆ ਕਹਿੰਦਾ ਮੈਂ ਬੈਂਕ ਵਾਲੇ ਲੜ ਗਏ ਸਾਡੇ ਕਹਿੰਦਾ ਉੱਥੇ ਪੁਲਿਸ ਪਲਸ ਆ ਗਈ ਕਹਿੰਦਾ ਉਹ ਕਹਿੰਦਾ ਮੈਂ ਚੰਗਾ ਲੜ ਕੇ ਆਇਆ ਆ ਮਤਲਬ ਕਿ ਦਿਲ ਦਾ ਬਲਗੁਰ ਖੋਸ਼ਦਿਲ ਬੰਦਾ ਯਾਰ ਲੋਕੀ ਭਾਵੇਂ ਉਹ ਜਿ ਮਰਜੀ ਗਈ ਜਾਣ ਆਪਣੇ ਨਾਲ ਪਹਿਲੇ ਦਿਨ ਤੋਂ ਸਪੋਰਟ ਕੀਤੀ ਬੰਦੇ ਨੇ ਤੇ ਆਪਾਂ ਭਰਾਵਾ ਜਾਣ ਹੀ ਅੱਜਰ ਬੰਦੇ ਲਈ ਪਰ ਬੰਦਾ ਬਹੁਤ ਹੀਰਾ ਦਿਲ ਦਾ ਤੇ ਹਾਂ ਨਾਮ ਵਾਲਾ ਤਾਂ ਤੁਹਾਡੀ ਸਟੋਰੀ ਖਤਮ ਨਾਲ ਪਤਾ ਲੱਗ ਗਈ ਤੇ ਹੁਣ ਦੱਸ ਇਹ ਦੱਸ ਇਹ ਕਿ ਤੁਸੀਂ ਜਿੱਦਾਂ ਕਦੇ-ਕਦੇ ਮੈਂ ਦੇਖਿਆ ਤੁਹਾਡਾ ਕਿ ਇੱਕ ਵੀਡੀਓ ਤੁਸੀਂ ਤਿੰਨ-ਤਿੰਨ ਮਹੀਨੇ ਬਾਅਦ ਪਾਉਂਦੇ ਜੀ ਜਿਹੜੀ ਅੱਜਰਗੋੜ ਕੀਤੀ ਹੁੰਦੀ ਹੈ ਉਹ ਕੀ ਸੀਨ ਹੁੰਦਾ ਜਿੱਦਾਂ ਇੰਦਰਜੀਤ ਦਾ ਡਿਵੋਰਸ ਵਾਲਾ ਸੀ ਸੀਨ ਨਾ ਇਹੀ ਹੁੰਦਾ ਵਾ ਕਿ ਕਈ ਵਾਰੀ ਨਾ ਛੋਟੇ ਛੋਟੇ ਕੰਮ ਜੇ ਵਿੱਚ ਬਹੁਤ ਨਿਕਲ ਆਉਂਦੇ ਆ ਠੀਕ ਆ ਤੇ ਉਹ ਟਾਈਮ ਹੀ ਨਹੀਂ ਨਿਕਲ ਪਾਉਂਦਾ ਤੇ ਉਹ ਕਈ ਵਾਰੀ ਫੇਰ ਨਾ ਜਿੱਦਾਂ ਜਿਹੜੀ ਚੀਜ਼ ਕਈ ਵਾਰੀ ਜਿਆਦੀ ਪੁਰਾਣੀ ਫੇਰ ਮੈਂ ਕਈਰ ਕਹਿਣਾ ਹੁੰਦਾ ਯਾਰ ਛੱਡ ਪਰਾ ਹਨਾ ਹੁਣ ਵੀ ਨਾ ਪਏ ਫੋਰ ਐਗਜ਼ਾਮਪਲ ਜਿਹੜੀ ਜਿੱਦਾਂ ਤੁਸੀਂ ਉਹ ਮੇਰੇ ਖਿਆਲ ਨਾਲ ਤੇਰੇ ਦਿਮਾਗ ਚ ਉਹ ਆਈ ਹੋਣੀ ਸਰਤਾਜ ਵਾਲੀ ਹਨਾ ਸਰਤਾਜ ਵਾਲੀ ਸੀ ਨਾ ਵਿੱਚ ਰਿਕਾਰਡ ਹੋਈ ਸੀ ਤੇ ਮੈਨੂੰ ਲੱਗਦਾ ਮੈਂ ਸਤੰਬਰ ਚ ਹੀ ਪਾਈ ਸੀ ਸ਼ਾਇਦ ਹਨਾ ਆਹੋ ਆਹੋ ਇਹ ਅਗਸਤ ਤੋਂ ਸਤੰਬਰ ਦੇ ਵਿੱਚ ਇਦਾਂ ਤਿੰਨੇ ਚਾਰੀ ਮਹੀਨੇ ਬਾਅਦ ਤੇ ਉਹ ਦੋ ਚਾਰ ਰੀਜ਼ਨ ਆ ਉਹ ਕਈ ਵਾਰੀ ਨਾ ਮੈਨੂੰ ਲੱਗੂਗਾ ਮੈਂ ਵੀਡੀਓ ਅਜੇ ਵੀ ਆ ਹੁਣ ਮੈਂ ਉਧਰੋਂ ਕੈਨੇਡਾ ਤੋਂ ਵਾਪਸੀਦਾ ਮੈਂ ਵਲੌਗ ਬਣਾਇਆ ਸਾਰੇ ਮੈਂ ਵਾਇਆ ਇੰਗਲੈਂਡ ਆਇਆ ਸੀ ਇੰਗਲੈਂਡ ਰਾਤ ਰਿਆਂ ਉਹ ਮੈਂ ਬਣਾਇਆ ਪਰ ਮੈਂ ਪਾਇਆ ਨਹੀਂ ਉਹ ਯਾਰ ਮੈਨੂੰ ਲੱਗਾ ਵੀ ਮੈਂ ਵੇਖ ਕੇ ਮੈਂ ਕਹਾ ਨਹੀਂ ਯਾਰ ਨਾ ਵੀ ਕੁਝ ਹੈ ਨਹੀਂਗਾ ਯਾਰ ਵੀ ਉਹ ਜਾ ਚੜ ਗਏ ਉਤਰ ਗਏ ਤੇ ਵਿੱਚ ਮੈਂ ਨਾ ਕਿਤੇ ਬਹਿ ਕੇ ਕੁਝ ਗੱਲਾਂ ਕੀਤੀਆਂ ਵੀ ਆ ਵੀ ਬਹਿ ਕੇ ਆਪਣਾ ਨਾ ਕੁਝ ਚੀਜ਼ ਹੋਈਆਂ ਪਰ ਮੈਨੂੰ ਲੱਗਾ ਨਹੀਂ ਯਾਰ ਵੀ ਕੁਝ ਖਾਸ ਨਹੀਂ ਹੋਣਾ ਛੱਡ ਪਰ ਹਨਾ ਪਰ ਬਾਅਦ ਵਿੱਚ ਕਈ ਰਿਆ ਆ ਜਾਂਦਾ ਵਾ ਫਿਰ ਕਈ ਵਾਰੀ ਨਾ ਵੀ ਆਪਾਂ ਹੁਣ YouTube ਦੇ ਉੱਤੇ ਐਵੇਂ ਆਖੀਏ ਸਾਰੇ ਸਹੀ ਹਨਾ ਕਈ ਰਿਓ ਜਿਹੜਾ ਪ੍ਰੈਸ਼ਰ ਕ੍ਰੀਏਟ ਹੁੰਦਾ ਨਾ ਜਿਹੜਾ ਗੈਪ ਕ੍ਰੀਏਟ ਹੁੰਦਾ ਫਿਰ ਕਹਿੰਦਾ ਯਾਰ ਚੱਲ ਉਹ ਪਈ ਆ ਉਹੋ ਹੀ ਪਾ ਦਿੰਨੇ ਹਨਾ ਸਹੀ ਬੰਦਾ ਫਿਰ ਉਦੋਂ ਫਿਰ ਇਦਾਂ ਦਾ ਕਰਦਾ ਇਹਦਾ ਚੱਲ ਯਾਰ ਪਾ ਦਿੰਨੇ ਆ ਵੀ ਸ਼ਾਇਦ ਵੀ ਚੱਲ ਕੋਈ ਨਾ ਕੋਈ ਤਾਂ ਕੋਈ ਗੈਪ ਤੇ ਕਲੀਅਰ ਹੋਊਗਾ ਹੁਣ ਐਸ ਲਈ ਮੈਂ ਕੋਈ ਸ਼ ਵੀ ਨਹੀਂ ਪਾ ਰਿਆ ਸੋ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਤੇ ਧਾਨਾ ਭਰਾਵਾ ਮੈਂ ਮੈਂ ਹੁਣ ਐਸੀ ਗੱਲਾਂ ਕਰਕੇ ਹੀ ਪਿੰਡੂ ਕੈਨੇਡਿਆ ਨੂੰ ਭਰਾਵਾ ਇਹ ਸਾਰੇ ਗੱਲਾਂ ਉਹਦੀਆਂ ਕਰੀਦੀਆਂ ਭਰਾਵਾ ਧੰਨਾ ਉਹ ਕੰਮ ਵੀ ਕਰੀ ਜਾਂਦਾ ਕਿਤਾਬ ਵੀ ਲਿਖੀ ਜਾਂਦਾ ਵੀਡੀਓ ਵੀ ਪਾਈ ਜਾਂਦਾ ਪਤਾ ਨਹੀਂ ਕਿੱਥੋਂ ਟਾਈਮ ਕੱਢਦਾ ਹੀ ਭਰਾਵਾ ਰੱਬ ਜਾਣਦਾ ਹੀ ਆਹੋ ਤੇ ਮੈਂ ਖੋਰ ਗੱਲ ਕਰਨੀ ਸੀ ਤੁਹਾਡੀ ਜਿਹਦਾ ਹੁਣ ਮੈਂ ਪਿੱਛੇ ਦੇਖਿਆ ਸੀ ਟ੍ਰੇਲ ਤੇ ਘੁੰਮਣ ਗਏ ਨਾ ਕੈਨੇਡਾ ਚ ਜਾਂ ਇੱਥੇ ਉੱਥੇ ਚੱਲੇ ਗਏ ਜਾਂ ਤੁਰ ਕੇ ਸਾਰੀ ਯਰਨੀ ਕਰ ਲਈ ਤੇ ਜਾਂ ਇਧਰੋਂ ਤੁਰ ਕੇ ਚੱਲ ਗਏ ਉਹਨਾਂ ਕਰਕੇ ਮੈਂ ਕਿਹਾ ਨਾ ਯਾਰ ਭਾਜੀ ਦੀ ਭਾਜੀ ਨੂੰ ਪੁੱਛਣਾ ਭਾਜੀ ਖਾਂਦੇ ਕੀ ਐਨਰਜੀ ਦਾ ਸਰੋਤ ਕੀ ਆ ਭਾਈ ਜਿਹੜਾ ਇੰਨਾ ਮੈਂ 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 ਨਹੀਂ ਇਹੋ ਜਿਹਾ ਬੰਦਾ ਹੈਗਾ ਯਾਰ ਕਿ ਮੈਂ ਚਲੋ ਆਪਾਂ ਇਕੱਠੇ ਮਿਲ ਲਈ ਵੀ ਸੀ ਨਾ ਤੇ ਮੈਨੂੰ ਨਾ ਜੇ ਤੁਸੀਂ ਮੈਨੂੰ ਕਹਿੰਦੇ ਨਾ ਜਿਵੇਂ ਮੇਰੇ ਕਸ ਨੇ ਇੱਕ ਮਿੰਟ ਇੱਕ ਮਿੰਟ ਜੇ ਦਾ ਤੁਸੀਂ ਅ ਤਾਂ 6 ਕਿਲੋਮੀਟਰ ਟ੍ਰਾਇਲ ਜਿਹੜੀ ਤੁਸੀਂ ਕਰ ਲਈ ਹਨ ਜੇ ਆਪਾਂ ਇਕੱਠੇ ਬੈਠੇ ਵੀ ਹੁੰਦਾ ਆਪਾਂ ਮਿਲੇ ਵੀ ਸੀ ਹਨਾ ਜੇ ਆਪਾਂ ਘੁੰਮਣ ਜਾਂਦੇ ਤਾਂ ਜੇ ਤੁਸੀਂ ਕਹਿੰਦੇ ਹੋ ਨਾ ਕਿ ਯਾਰ ਚਲਿਏ 6 ਕਿਲੋਮੀਟਰ ਤਾਂ ਮੈਂ ਨਾ ਮੂੰਹ ਤੇ ਕਰਦਣੀ ਸੀ ਭਾਈ ਮੇਰਾ ਮੇਰੇ ਕੋਲ ਨਹੀਂ ਜਾ ਹੋਣਾ ਜਾ ਫਰਾਵਾ ਚਲ ਜਾ ਤੁਸੀਂ ਇਕੱਲਾ ਘੁੰਮੋ ਮੈਂ ਮੈਂ ਨਾਲੇ ਸੋਚ ਰਿਹਾ ਮੈਂ ਵੀਡੀਓ ਦੇਖੀ ਤੁਹਾਡੀ ਉੜੀ ਚ ਤੁਸੀਂ ਹਨਾ ਉਹ ਮੇਬੀ ਬੀਸੀ ਚ ਕੋਈ ਟ੍ਰੇਲ ਹੈ ਜਿੱਥੇ ਤੁਸੀਂ ਉਹ ਬਾਚੋ ਬਣਾਏ ਵੀ ਜਿਹ ਇਦਾਂ ਜਿਹੜੇ ਬਣਾਉਂਦੇ ਆ ਆਪਣੇ ਗੋਰੇ ਪੱਥਰ ਤੇ ਪੱਥਰ ਾਂਕ ਕੇ ਪੱਥਰ ਜਿਹਾ ਹਵਾ ਹਵਾ ਉਹ ਮੈਂ ਦੇਖਣਾ ਨਹੀਂ ਉਹ ਇੱਥੇ ਹੀ ਅਲਬਰਟਾ ਹੀ ਆ ਉਹ ਨਹੀਂ ਨਹੀਂ ਮੈਂ ਕਹਿੰਦਾ ਭਾਈ ਮੈਂ ਦੇਖਣਾ ਮੈਂ ਕਹਿੰਦਾ ਤੂੰ ਕੱਲੇ ਤੁਰੇ ਫਿਰਦੇ ਜੰਗਲ ਚ ਮੇਰੇ ਵਰਗਾ ਸੱਚੀ ਮੈਂ ਇਹ ਵਰਗਾ ਭਾਲੂ ਵੀ ਤੁਸੀਂ ਭਾਲੂ ਵਾਲੀ ਗੱਲ ਸੀ ਨੀ ਕੀਤੀ ਮੇਰੇ ਵਰਗਾ ਸੱਚੀ ਹਿੰਮਤ ਨਹੀਂ ਕਰੂਗਾ ਇੱਕ ਤੇ ਪਹਿਲੀ ਗੱਲ ਤੇ ਜਾਣ ਦੀ ਕਿਉਂਕਿ ਮੈਂ ਜ਼ਿੰਦਗੀ ਸਾਰਿਆਂ ਨੂੰ ਪਿਆਰੀ ਤੇ ਮੈਨੂੰ ਆਪਣੀ ਬਹੁਤ ਪਿਆਰੀ ਆ ਠੀਕ ਆ ਤੇ ਇੱਕ ਉਦਾਂ ਵੀ ਹੌਸਲਾ ਕੀ ਬੰਦਾ ਕੱਲਾ ਤੁਰਿਆ ਤੇ ਹਜੇ ਵੀ ਨਹੀਂ ਪਤਾ ਕਿ ਸ਼ਾਇਦ ਨਿਕਲਦੇ ਨਿਕਲਦੇ ਸਹੇਰਾ ਹੋ ਜੇ ਤੇ ਮੈਂ ਪੁੱਛਣਾ ਸੀ ਯਾਰ ਖਾਂਦੇ ਕੀ ਜੇ ਨਾ ਕਿ ਤੁਰੇ ਫਿਰਦੇ ਜਾਂਦੇ ਨਿਕਲ ਉਹ ਦੋ ਤੇ ਚੀਜ਼ਾਂ ਵਾਚ ਤੇ ਨਾ ਰੋਲ ਪਲੇ ਕਰਦੀਆਂ ਪਹਿਲੀ ਗੱਲ ਤੁਰਨ ਦੀ ਮੈਨੂੰ ਤੁਰਨਾ ਬਹੁਤ ਪਸੰਦ ਆ ਈ ਤੂੰ ਸਾਹ ਲੜਾ ਵੀ ਬੰਦੇ ਬਾਹਰ ਬਾਹਰੋਂ ਜਾਂਦੇ ਨਾ ਇੰਡੀਆ-ਇੰਡੀਆ ਬੰਦੇ ਨਹੀਂ ਵੀ ਮੋਟਰਸਾਈਕਲ ਜਾਂ ਗੱਡੀ ਕੱਢਦੇ ਲਾਗੇ ਲਾਗੇ ਜਾਣ ਨੂੰ ਵੀ ਬਿਲਕੁਲ ਤੇ ਮੈਨੂੰ ਤੇ ਇਹ ਹੁੰਦਾ ਵੀ ਪਿੰਡ ਦੇ ਵਿੱਚ ਮੈਂ 2-3 ਕਿਲੋਮੀਟਰ ਵੀ ਜਾਣਾ ਨਾ ਤੇ ਮੈਂ ਕਹਿੰਦਾ ਮੈਂ ਤੁਰ ਕੇ ਹੀ ਚੱਲ ਜਾਣਾ ਮੈਂ ਤੁਰ ਕੇ ਹੀ ਜਾਣਾ ਸਹੀ ਆ ਇਹ ਮੈਨੂੰ ਤੁਰਨ ਦਾ ਬਹੁਤ ਮਾਇਆ ਆਉਂਦਾ ਮੈਨੂੰ ਕਈ ਰ ਕੋਈ ਯਾਰ ਦੋਸਤ ਵੀ ਆਖੂ ਨਾ ਇੰਡੀਆ ਵੀ ਆਪਾਂ ਉੱਥੇ ਜਾਣਾ ਮੈਂ ਕਹੂੰਗਾ ਯਾਰ ਆ ਚੱਲਾ ਜਾ ਤੁਰ ਕੇ ਚੱਲਦੇ ਹਰਨ ਤੁਰਨ ਚ ਬਹੁਤ ਆਪਾਂ ਨੂੰ ਮਜ਼ਾ ਆਉਂਦਾ ਮੈਨੂੰ ਤੁਰਨ ਦੇ ਵਿੱਚ ਨਾ ਇਸੇ ਕਰਕੇ ਤੁਰਨ ਚ ਨਹੀਂ ਥਕਾਵਟ ਹੁੰਦੀ ਭਾਵੇਂ 15 ਕਿਲੋਮੀਟਰ 20 ਜਿਵੇਂ ਹੁਣ ਜਿਹੜੀ ਤੂੰ ਇੱਕ ਦਿਨ ਗੱਲ ਕਰ ਰਿਹਾ ਉਹ ਟ੍ਰੇਲ ਸੀ 16.5 ਕਿਲੋਮੀਟਰ 16.5 ਕਿਲੋਮੀਟਰ ਮੈਂ ਉਹ ਤੁਰਿਆ ਤੇ ਉਹ ਹੈ ਵੀ ਟ੍ਰੇਲ ਚ ਉਚਾਈ ਚੜ੍ਹਾਈ ਵਾਲੀ ਸੀ ਤੇ ਉਸ ਤੋਂ ਇਲਾਵਾ ਵੀ ਉਸ ਦਿਨ ਉਸ ਦਿਨ 5-6 ਕਿਲੋਮੀਟਰ ਉਸ ਦਿਨ ਮੈਂ ਇੱਕ ਦਿਨ ਦੇ ਵਿੱਚ 22 ਕਿ 23 ਕਿਲੋਮੀਟਰ ਤੁਰਿਆ ਸਹੀ ਆ ਸਹੀ ਆ ਸਹੀ ਆ ਤੇ ਉਹ ਤੁਰਨ ਦਾ ਮੈਨੂੰ ਵਧੀਆ ਲੱਗਦਾ ਸੋ ਤੁਰਨ ਵਾਲੀ ਗੱਲ ਤੇ ਇੱਥੋਂ ਕਵਰ ਹੋ ਗਈ ਪਰ ਤੁਜੀ ਗੱਲ ਆ ਮੈਨੂੰ ਨਾ ਜੇ ਮੈਨੂੰ ਟਾਈਮ ਮਿਲੇ ਵੀ ਮੈਂ ਸੋਹਣੀ ਅਹੀਂ ਆ ਥਾਵਾ ਤੇ ਕੱਲਾ ਟਾਈਮ ਸਪੈਂਡ ਕਰਾ ਹਨ ਤੇ ਉਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਉਹ ਮੈਂ ਮੈਂ ਅਕਸਰ ਹੀ ਆਪਣੀ ਵੀਡੀਓ ਚ ਗੱਲ ਕਰਦਾ ਹਾਂ ਜਿਹਨੂੰ ਪਰਸਨੈਲਿਟੀ ਆਖ ਦਿੰਦੇ ਇੰਟਰੋਵਰਟ ਹਨਾ ਵੀ ਜਿਹੜੇ ਕੱਲੇ ਰਹਿਣਾ ਪਸੰਦ ਕਰਦੇ ਆ ਵੀ ਥੋੜਾ ਜਿਹਾ ਕਦੀ ਕਦਾਈ ਹੁੰਦਾ ਵਾ ਕਈ ਜਿਨ੍ਹਾਂ ਨਾਲ ਤੁਹਾਡੀ ਟਿਊਨਿੰਗ ਹੁੰਦੀ ਉਹਨਾਂ ਨਾਲ ਤੁਸੀਂ ਟਾਈਮ ਪਰ ਹਰੇਕ ਦਿਨ ਨਾਲ ਹਨਾ ਵੀ ਬਾਹਰ ਜਾਣ ਨੂੰ ਕਈ ਦਾ ਨਹੀਂ ਯਾਰ ਜੀ ਨਹੀਂ ਕਰਦਾ ਵੀ ਕੱਲਾ ਮੈਂ ਚੱਲ ਜਾਂ ਫੋਰ ਐਗਜ਼ਾਮਪਲ ਮੈਂ ਇੱਕ ਵੀਡੀਓ ਚ ਵੀ ਗੱਲ ਕੀਤੀ ਸੀ ਵੀ ਮੈਂ ਸਪੇਨ ਬੀਚਾਂ ਆਸਤੇ ਮਸ਼ਹ ਸਵੇਰੇ ਕਈ ਜਾਨ ਨੂੰ ਬੀਚਾ ਦੇ ਹਨਾ ਕਹਿਣਗੇ ਪੀ ਤੇ ਜਾਣਾ ਜ ਬੜਾ ਨਜ਼ਾਰਾ ਹੋਣਾ ਹਨਾ ਵੀ ਅੱਜ ਛੁੱਟੀ ਆ ਜਾਂ ਬਰਾਣਾ ਨਾ ਵੀ ਬੇ ਕੁੜੀਆਂ ਕੜੀਆਂ ਹੋਣੀਆਂ ਸਾਰਾ ਤੇ ਮੈਂ ਜਾਂਦਾ ਹੀ ਨਹੀਂ ਮੈਂ ਜਾਣਾ ਰਾਤ ਨੂੰ ਜਾਣਾ ਵੀ ਉੱਥੇ ਜਾ ਕੇ ਵੀ ਨੁੱਕਰ ਤੇ ਓੜੇ ਪੱਥਰ ਤੇ ਬੈਠਣਾ ਜਿੱਥੇ ਕੋਈ ਆਵੇ ਹੀ ਨਾ ਕਹਿਣਾ ਇੱਧਰ ਨੂੰ ਕੋਈ ਰਾਤ ਨੂੰ ਵੀ ਨਾ ਕੋਈ ਅੱਬਲ ਤੇ ਹੋਣਾ ਨਹੀਂ ਰਾਤ ਨੂੰ ਕੋਈ 2-3 ਵਜੇ ਬੀਚ ਤੇ ਤੇ ਫਿਰ ਵੀ ਕਹਿੰਦਾ ਫਿਰ ਵੀ ਉਹ ਨੁੱਕਰੇ ਜਾ ਕੇ ਮੈਨਾਂ ਵੀ ਇੱਧਰ ਨੂੰ ਤਾਂ ਜੇ ਕੋਈ ਆ ਵੀ ਗਿਆ ਇੱਧਰ ਨੂੰ ਨਾ ਘਟੋ ਘਟਾਵੇ ਨਹੀਂ ਨਹੀਂ ਮੈਂ ਕਹਿੰਦਾ ਤੁਹਾਨੂੰ ਨਾ ਉਹ ਲੈ ਲੈਣਾ ਜਿਹਦਾ Apple ਦਾ ਨਾਮ ਆ ਫੋਨੀਆ ਯਾਰ ਸੈਟਲਾਈਟ ਨਾਲ ਕਨੈਕਟ ਹੋ ਜਾਂਦਾ ਵਾ ਜਿਹੜਾ 14 ਹਨਾ ਉਹ ਲੈ ਲਓ ਤੁਸੀਂ ਤੁਸੀਂ ਇਦਾਂ ਖੇਦਨ ਗਵਾਜ ਜਾਣਾ ਜੇ ਮੈਨੂੰ ਲੱਗਦਾ ਸੱਚੀ ਗੱਲ ਹੈ ਚੰਗਲ ਉਹ ਮੈਂ ਨਾ ਮੈਂ ਇਨੀ ਗਾ ਹਾਂ ਇਹ ਗੱਲ ਹੈ ਮੈਂ ਭਰਾਵਾ ਇਨੀ ਗਾ ਰੱਖੀ ਸੀ ਦਿਮਾਗ ਦੇ ਵਿੱਚ ਗੱਲ ਹਨਾ ਉਹ ਮੈਂ ਕਰਦਾ ਹੇ ਹੋਈ ਕਿ ਮੈਂ ਨਾ ਜਿੱਥੇ ਵੀ ਜਾਣਾ ਹਾਂ ਮੈਂ ਪਹਿਲਾਂ Google Map ਡਾਊਨਲੋਡ ਕਰ ਲੈਣਾ ਹਾਂ Google Map ਡਾਊਨਲੋਡ ਕਰਕੇ ਆਪਣਾ ਵੀ ਹਨਾ ਜਿੱਥੇ ਰੇਂਜ ਨਾ ਮੈਂ ਬਾਹਰ ਤੇ ਨਿਕਲ ਸਕਾਂ ਕੈਨੇਡਾ ਤੇ ਕੀ ਅਸੈਂਸ ਚੱਲਦਾ ਨਹੀਂ ਇੰਟਰਨੈਟ ਪੜਾ ਪੜਾ ਜੀ ਉਹ ਨਹੀਂ ਚੱਲਦਾ ਜਿੰਨੀ ਨੈਸ਼ਨਲ ਪਾਰਕਾਂ ਚ ਉਦਾਂ ਵੀ ਨਹੀਂ ਰੇਂਜ ਹੁੰਦੀ ਬਹੁਤਿਆਂ ਚ ਬਿਲਕੁਲ ਨਹੀਂ ਨੈਸ਼ਨਲ ਪਾਰਕਾਂ ਸੀ ਉੱਥੇ ਤੇ ਮੈਂ ਉਹ ਮੈਪ ਉਹਨੇ ਕੇ ਏਰੀਆ ਦਾ ਹਨਾ ਵੀ ਵਾਵਾ ਕਿਲੋਮੀਟਰ ਦਾ ਡਾਊਨਲੋਡ ਕਰ ਲੈਣਾ ਹੈ ਗੂਗਲ ਵਿਊ ਸੈਟਲਾਈਟ ਵਿਊ ਵੀ ਬੰਦਾ ਜੇ ਕਿਤੇ ਇੱਧਰ ਉੱਧਰ ਹੋ ਵੀ ਗਿਆ ਬੰਦਾ ਉਹ ਤੇ ਉਹ ਡਾਊਨਲੋਡ ਆ ਬੰਦਾ ਵੇਖ ਤੇ ਲੈਂਦਾ ਵੀ ਕੱਦਰ ਕੁਦਰ ਐਣੋ ਤਰਾਂ ਇੱਧਰ ਨੂੰ ਸੜਕ ਆ ਜਾਊਗੀ ਕਿ ਨਹੀਂ ਆ ਜਾਊਗੀ ਹਨਾ ਹਾਂ ਭਰਾਵਾ ਪਾਲੂ ਵਾਲਾ ਡਰ ਤਾਂ ਬਹੁਤ ਲੱਗਦਾ ਸੀ ਪਾਲੂ ਵਾਲੀ ਵੀ ਗੱਲ ਇੱਕ ਜੀ ਕਰਦਾ ਸੀ ਹਾਏ ਆ ਜੇ ਭਾਲੂ ਹਨ ਵੀ ਵੇਖਾਂਗੇ ਹਨ ਵੀ ਕਿੱਦਾਂ ਰਹਿੰਦੇ ਆ ਇੱਕ ਜੀ ਸਾਲਾ ਇਹ ਵੀ ਆਵੇ ਮੈਂ ਕਿਹਾ ਆਪਾਂ ਨੂੰ ਪਤਾ ਵੀ ਨਹੀਂਗਾ ਹਨਾ ਵੀ ਉਹ ਕਿੱਦਾਂ ਰਿਐਕਟ ਕਰਦੇ ਆ ਸੋ ਮੈਂ ਦੋ ਚਿੱਤੀ ਜੀ ਚ ਰਿਆਂ ਪਰ ਮੈਂ ਕਿਹਾ ਵੀ ਜਾਣਾ ਤਾਂ ਹੈਗਾ ਹੀ ਆ ਯਾਰ ਵੇਖੀਓ ਟ੍ਰੇਲਾਂ ਤੇ ਜਾਣਾ ਤਾਂ ਹੈ ਹੀ ਆ ਉਹ ਬੜਾ ਮਜ਼ਾ ਆਉਂਦਾ ਹਨਾ ਮੈਂ ਇਦਾਂ ਹੀ ਅ ਬਈ ਉਹ ਕੰਮ ਜੇ ਸਟਾਰਟ ਕੀਤਾ ਪਰ ਬਹੁਤ ਹੁਣ ਮੈਂ ਇੱਥੇ ਵੀ ਆ ਖੜਿਆ ਸਾਡੇ ਵੀ ਹਨਾ ਵੀ ਇੱਥੇ ਸਾਡੇ ਇੱਥੇ ਜਵਾਲਾਮੁਖੀ ਵਗੈਰਾ ਉਹਦੇ ਵਾਲੇ ਦੁਆਲੇ ਹੈਗੀਆਂ ਟ੍ਰੇਲਾਂ ਟ੍ਰੋਲਾਂਾਂ ਤੇ ਉਹ ਮੈਂ ਇਹਨਾਂ ਨੂੰ ਕਹਿਣ ਡਿਆ ਹਾਂ ਨਾਲ ਮੁੰਡਿਆਂ ਨੂੰ ਮੈਂ ਕਹਾ ਵੇਖ ਲੋ ਜਿਹੜੇ ਹੁਣ ਜਦਾਂ ਮੈਂ ਆ ਸਾਹ ਬਰਾਏ ਚੱਲਦੇ ਆ ਪਰ ਅਜੇ ਟਾਈਮ ਹੀ ਨਹੀਂ ਨਿਕਲਿਆ ਹੁਣ ਹੁਣ ਕਿਉਂਕਿ ਹੁਣ ਪ੍ਰੋਗਰਾਮ ਜਾਂ ਬਣ ਗਏ ਆ ਇੰਡੀਆ ਜਾਣ ਦਾ ਇੰਡੀਆ ਜਾਣਾ ਥੋੜੇ ਦਿਨਾਂ ਤੱਕ ਤੇ ਉਹ ਜਾਣ ਤੋਂ ਪਹਿਲਾਂ ਪਹਿਲਾਂ ਕੰਮ ਬੜੇ ਫਿਨਿਸ਼ ਕਰਨ ਵਾਲੇ ਹੁਣ ਇੱਧਰ ਖੁੱਬ ਗਏ ਆ ਚਲੋ ਕੋਈ ਨਾ ਵਧੀਆ ਗੱਲ ਆ ਦੁਨੀਆ ਘੁੰਮਣੀ ਚਾਹੀਦੀ ਆ ਘੁੰਮਣ ਵਾਸਤੇ ਬਣੀ ਆ ਦੁਨੀਆ ਬੜਾ ਕੁਝ ਸਿੱਖਦਾ ਯਾਰ ਬੰਦਾ ਪੈਸਾ ਕਈ ਕਹਿੰਦੇ ਆ ਵੀ ਆਫ ਕੋਰਸ ਯਾਰ ਮੈਂ ਐਵੇਂ ਨਹੀਂ ਗੱਲ ਕਹਿੰਦਾ ਹਨਾ ਵੀ ਜਿੱਦਾਂ ਕਈ ਲੋਕਾਂ ਦੀ ਗੱਲ ਇਹ ਵੀ ਜਾਇਜ਼ ਆ ਵੀ ਇਹ ਵੀ ਨਹੀਂ ਹਨਾ ਵੀ ਹਰੇ ਕੋਈ ਜੇ ਮੈਂ ਇੱਕ ਨਾਰਮਲ ਜੌਬ ਕਰਦਾ ਹੁੰਦਾ ਤੇ ਨਹੀਂ ਸੀ ਪੋਸੀਬਲ ਹੈਗੀ ਚੀਜ਼ ਕਿਉਂਕਿ ਯਾਰ ਵੀ ਮੈਂ ਐਵੇਂ ਆਖੀ ਜਮਾ ਲੋਕਾਂ ਨੂੰ ਘੁੰਮੋ ਘੁੰਮੋ ਹੁਣ ਭਾਈ ਛੁੱਟੀ ਜੇ ਸਾਲ ਦੀਆਂ ਜੜੀਆਂ ਜੇ ਪੁੰਨੀਆਂ ਹੀ ਮਿਲੀਆਂ ਹਨਾ ਜਿਆਦਾ ਜੌਬ ਜਾਊਗੀ ਜੇ ਮੈਂ ਆਖੀ ਜਮਾ ਘੁੰਮਣਾ ਹਨਾ ਨਹੀਂ ਚੀਜ਼ਾਂ ਪੋਸੀਬਲ ਪਰ ਹਾਂ ਵੀ ਜਦੋਂ ਤੁਹਾਨੂੰ ਟਾਈਮ ਮਿਲਦਾ ਨਾ ਉਦੋਂ ਕੱਢੋ ਜ਼ਰੂਰ ਤੇ ਵੀ ਕੁਝ ਨਵੀਆਂ ਥਾਵਾਂ ਤੇ ਵੀ ਜ਼ਰੂਰ ਜਾਓ ਜਸਟ ਇੰਡੀਆ ਹੀ ਨਹੀਂ ਕਿਤੇ ਥੋੜਾ ਬਹੁਤ ਮੈਂ ਆਲਵੇਜ਼ ਮੈਂ ਅੱਜ ਅੱਜ ਵੀ ਇਹ ਚੀਜ਼ਾਂ ਸੋਚਦਾ ਨਾ ਮੈਂ ਜਦੋਂ ਹੁਣ ਤੁਹਾਡੇ ਕੈਨੇਡਾ ਗਿਆ ਮੈਂ ਫਿਰ ਆਇਂਦਾ ਮੈਂ ਸੋਚਦਾ ਵੀ ਜੇ ਕੈਨੇਡਾ ਦੇ ਵਿੱਚ ਲੋਕੀ ਯੂਰੋਪੀਅਨ ਲਾਈਫ ਸਟਾਈਲ ਅਪਣਾ ਲੈਣ ਨਾ ਕੈਨੇਡਾ 'ਚ ਪੈਸੇ ਬਥੇਰੇ ਬਣਦੇ ਆ ਜੇ ਉਹ ਜਿੱਦਾਂ ਇੱਥੇ ਗੋਰੇ ਰਹਿੰਦੇ ਆ ਜੇ ਇਦਾਂ ਰਹਿਣ ਲੱਪਣ ਨਾ ਤੇ ਮੈਂ ਕਹਿੰਦਾ ਵੀ ਬੰਦਾ ਸੋਹਣਾ ਤੇ ਸੁਭਾਗਾ ਪੈਸਾ ਇੱਥੋਂ ਨਾਲ ਵੱਧ ਬਣਦਾ ਵਾ ਤੇ ਜਸਟ ਲਾਈਫ ਸਟਾਈਲ ਮੈਂ ਅੱਜ ਵੀ ਨਾ ਤੁਹਾਡੇ ਮੈਂ ਉੱਥੋਂ ਦਾ ਇੱਕ ਗਰੁੱਪ ਜੁਆਇਨ ਕੀਤਾ ਅੱਛਾ ਘਰਾਂ ਘਰਾਂ ਠੀਕ ਹੈ ਜਿੱਤੇ ਘਰ ਘਰ ਲਿਸਟ ਹੁੰਦੇ ਆ ਤੇ ਉਹ ਬਹੁਤ ਮੈਂ ਹਾਂ ਹਾਂ ਤੇ ਉਹ ਬਹੁਤ ਅੱਜ ਮੈਂ ਇੱਕ ਟਾਊਨ ਹ ਉਸ ਲੱਗਾ ਵੇਖਿਆ ਹਨ ਉਸ 311500 ਡਾਲਰ ਦਾ ਉਹ ਐਡਾ ਵਧੀਆ ਐਡਾ ਖੁੱਲਾ ਡੁੱਲਾ ਹਨਾ ਦੋ ਕਿ ਤਿੰਨ ਬਾਥਰੂਮ ਵੀ ਉਹ ਚ ਚਾਰ ਕਮਰੇ ਉਹ ਮੈਂ ਕਿਹਾ ਯਾਰ ਵੀ ਇਹ ਕਿ ਬੇਹਲਾ ਵੀ ਮੈਂ ਕਿਹਾ ਮਨਾ ਵੀ ਆ ਸਾਡੂ ਮਹਿਲਰ ਗੱਲ ਲੱਗਣ ਡਿਆ ਯੂ ਕਿਡਾ ਤਕੜਾ ਹੀ ਮੈਂ ਕਿਹਾ ਪਤਾ ਨਹੀਂ ਪੰਜਾਬੀ ਯਾਰ ਕਿਉਂ ਨਹੀਂ ਲੈਂਦੇ ਇਹਨਾਂ ਨੂੰ ਕਿਉਂ ਨਹੀਂ ਪ੍ਰੈਫਰ ਕਰਦੇ ਭਾਜੀ ਇਹ ਇੱਕ ਆਪਣਾ ਸੁਸਾਇਟੀ ਦਾ ਪ੍ਰੈਸ਼ਰ ਹੋ ਗਿਆ ਹਨ ਆਪਣੇ ਇਥੇ ਪੰਜਾਬੀ ਬਹੁਤ ਜ਼ਿਆਦੇ ਨੇ ਤੇ ਜਦੋਂ ਮੰਨ ਲਓ ਮੇਰੇ ਕੋਲ ਹੁਣ ਹੋਂਡਾ ਸਿਵਿਕ ਆ ਤੇ ਗਵਾਂਡੀ ਮਰਸੀਡੀਜ਼ ਲੈ ਕੇ ਆਉਂਦਾ ਤੇ ਫਿਰ ਪੰਜਾਬੀਆਂ ਦਾ ਸੋਚ ਇਹ ਹੁੰਦੀ ਕਿ ਯਾਰ ਮੈਂ ਵੀ ਲੈ ਕੇ ਆਵਾਂ ਤੇ ਉਹਦੇ ਚੱਕਰ 'ਚ ਹੀ ਉਹਦੇ ਚੱਕਰ 'ਚ ਹੀ ਥੋੜਾ ਜਨਾ ਬੇੜਾ ਕਰ ਲੈਂਦੇ ਕਰਿਆ ਆਪਣਾ ਕਰ ਪਰ ਨਹੀਂ ਸਹੀ ਆ ਤੁਸੀਂ ਜਦੋਂ ਪਿਛੇ ਮੈਨੂੰ ਦੱਸਿਆ ਸੀ ਜਦੋਂ ਯੂਰਪ ਦੀ ਕੀ ਕੰਟਰੀਆਂ ਦੀ ਸੋਚ ਆ ਕਿ ਜਸਟ ਇਨਾਫ ਜਿਹੜਾ ਤੁਸੀਂ ਕਹਿੰਦੇ ਕਿ ਬਸ ਉਨੇ ਕੀ ਕੱਪੜੇ ਲੈਣੇ ਹਨਾ ਜਿਹੜਾ ਕਿ ਕੁਆਲਿਟੀ ਵੀ ਸਹੀ ਹੋ ਜੇ ਤੇ ਮਤਲਬ ਕਿ ਬੁਰਾ ਵਣਾ ਲੱਗੇ ਯਾਰ ਸਸਤਾ ਚੀਪ ਜਨਾ ਹੋਵੇ ਉਹੋ ਜੀ ਸੋਚ ਹੋਵੇ ਫਿਰ ਤਾਂ ਬੰਦਾ ਘੁੰਮਣਾ ਤੇ ਪੈਸੇ ਕਢ ਲੂਗਾ ਨਹੀਂ ਤਾਂ ਫਿਰ ਓਕੇ ਹੀ ਉਪਰਾਵਾ ਸਾਡੇ ਨਾਲ ਇਥੋਂ ਮੁੰਡਾ ਆ ਥੋੜੇ ਦਿਨ ਪਹਿਲਾਂ ਦੋ ਦਿਨ ਪਹਿਲਾਂ ਆ ਉਹ ਡੈਨਮਾਰਕ ਤੋਂ ਆਇਆ ਅੱਛਾ ਤੇ ਉਹਦਾ ਮੈਨੂੰ ਤੁਰਨ ਲੱਗੇ ਆ ਫੋਨ ਆਇਆ ਕਹਿੰਦਾ ਭਾਜੀ ਕੱਪੜੇ ਤੁਹਾਡੇ ਆਇਲੈਂਡ ਤੇ ਕਿੰਨੇ ਦੇ ਕਹਿੰਦਾ ਮਹਿੰਗੇ ਆ ਕਿ ਸਸਤੇ ਆ ਮੈਂ ਕਿਹਾ ਭਰਾਵਾ ਮੈਨੂੰ 2 ਸਾਲ ਹੋ ਗਏ ਯਾਰ ਉਹ ਮੈਂ ਕਿਹਾ ਮੈਨੂੰ ਭੋਂ ਨਹੀਂ ਪਤਾ ਮੈਂ ਕਿਹਾ ਯਾਰ ਵੀ ਆ 2 ਸਾਲ ਹੋ ਗਏ ਆ ਇਨਫਲੇਸ਼ਨ ਵਾਬ ਵਧ ਗਿਆ ਮੈਂ ਕਿਹਾ ਉਹਨਾਂ ਤਾਂ ਸਸਤੇ ਹੀ ਪਤਾ ਨਹੀਂ ਭਰਾਵਾ ਮੈਂ ਕੱਪੜਿਆਂ ਦੇ ਵੀ ਰੇਟ ਵਧ ਗਏ ਹੁਣ ਮੈਂ ਮੈਂ ਤਾਂ ਲੈ ਹੀ ਨਹੀਂ ਦੋ ਕੁ ਸਾਲ ਹੋ ਗਏ ਹੂ ਤੇ ਆ ਮੇਰੇ ਕੋ ਆ ਆ ਜਿਹੜੀ ਕਮੀਜ਼ ਪਾਈ ਆ ਮੈਨੂੰ ਲੱਗਦਾ ਮੈਂ 4-5 ਸਾਲ ਜਿਹਦੇ ਜ ਨਜ਼ਰ ਕੱਢੀ ਜਾਂਦਾ ਕੱਢ ਲਈਦਾ ਇੱਕ ਸਾਡੇ ਇਹ ਬੜਾ ਨਜ਼ਾਰਾ ਨਾ ਥੋੜਾ ਜਿਹਾ ਇਹ ਹੁਣ ਜੈਕਟਾਂ ਮੇਰੀਆਂ ਜਿੰਨੀਆਂ ਵਾਂ ਮੈਂ ਇੱਥੇ ਜਸਟ ਇੱਕ ਕੇ ਦੋ ਜੈਕਟਾਂ ਰੱਖਿਆ ਸੀ ਉਹ ਵੀ ਇਸੇ ਕਰਕੇ ਕਿ ਜਦੋਂ ਕਿਤੇ ਘੁੰਮਣ ਜਾਈਦਾ ਠੰਡੇ ਦੇਸ਼ ਦੇ ਵਿੱਚ ਉਦੋਂ ਲੋਡ ਪੈਂਦੀ ਹੈ ਹੁਣ ਇੱਕ ਮੈਂ ਪਿਛਲੇ ਵਾਰ ਹੀ ਗਿਆ ਹਾਂ ਉਹਦੇ ਇੱਥੇ ਸੜ ਗਈ ਸੀ ਉਹ ਬਾਹ ਜੀ ਉਹ ਮੈਂ ਉੱਥੇ ਛੱਡ ਆਇਆ ਆਂਦੀ ਹੁਣ ਤੇ ਅਦਰਵਾਈਜ਼ ਇੱਕ ਥੀ ਮੇਰੇ ਕੋਲ ਛੱਡ ਗਈ ਇੱਕ ਤੁਸੀਂ ਮੇਰੇ ਕੋਲ ਆਹ ਇੱਕ ਕੋਟੀ ਸਾਈਤਰ ਕੋ ਰਹਿ ਗਈ ਆਹ ਤੂੰ ਕਹਿਣਾ ਹੈ ਭਾਜੀ ਤੁਹਾਡੀ ਕੋਟੀ ਰਹਿ ਗਈ ਮੈਂ ਕੋਈ ਨਾ 12 ਕੇ 13 ਦੀ ਲਈ ਮੈਂ ਕਿਹਾ ਏਡੀ ਮੈਂ ਕਿ ਨਹੀਂ ਕਿ ਟੈਨਸ਼ਨ ਨਾ ਲੈ ਮੈਂ ਮੈਂ ਕਿਹਾ ਪਛਾਦਣਾ ਮੈਨੂੰ ਲੱਗਾ ਹਨਾ ਕੋਈ ਹੋਊਗੀ ਕਿ ਬ੍ਰਾਂਡ ਰੋਡ ਦੀ ਪਾਈ ਕਿਤੇ ਨਹੀਂ ਉੱਥੇ ਹੀ ਜੱਦੇ ਲਈ ਤੇ ਤੁਸੀਂ ਕਿਹਾ ਹੁਣ ਬ੍ਰਾਂਡ ਦੀ ਹੋਣੀ ਹੈ ਮੈਂ ਨਹੀਂ ਨਹੀਂ ਆਹ ਉਹ ਇੰਨੇ ਕ ਦੀ ਸੀ ਉਹ 12 ਕੇ 13 ਦੀ ਇੰਨੇ ਕ ਦੀ ਆਈ ਹੈ ਉਹ ਸਹੀ ਹੈ ਸਹੀ ਹੈ ਸਹੀ ਹੈ ਬਹੁਤ ਵਧੀਆ ਗੱਲ ਆ ਤੇ ਚਲੋ ਫਿਰ ਕਰੀਏ ਆਪਾਂ ਬੰਦ ਗਿਆ ਜੇ ਕਰਨੀ ਹੋਈ ਹਾਂ ਠੀਕ ਆ ਵੀਰ ਮੇਰਾ ਵਧੀਆ ਹੋਈ ਆ ਐਪੀਸੋਡ ਤਗੜਾ ਹੋ ਗਿਆ ਲੋਕਾਂ ਨੇ ਬੋਰ ਹੋਏ ਨਾ ਐਪੀਸੋਡ ਦੂਜਾ ਕਰ ਲਾਂਗੇ ਆਪਾਂ ਵੈਸੇ ਆਪਾਂ ਨਹੀਂ ਫਿਰ ਕਿਸ ਮੈਂ ਆਪਣਾ ਫੋਕਸ ਇਹਗਾ ਕਿ ਆਪਾਂ ਵਲੌਗ ਕਰਾਂਦੇ ਕਰਾਂਗੇ ਪਰ ਗੱਲਾਂ ਵਿੱਚ ਹੋਰ ਵੀ ਬਹੁਤ ਹੋ ਗਈਆਂ ਚਲੋ ਵਧੀਆ ਚਲ ਠੀਕ ਆ ਨਾ ਹਰੇਕ ਦਾ ਜਿੱਦਾਂ ਇੰਟਰਸਟ ਹੋ ਵੀ ਨਹੀਂ ਹੁੰਦਾ ਉਹ ਜਿਵੇਂ ਕਹਿੰਦੇ ਨਾ ਕਈ ਜਣੇ ਵੀ ਕਈ ਵਾਰੀ ਤੁਸੀਂ ਵੀ ਇਹ ਚੀਜ਼ ਵੇਖੋਗੇ ਹੁਣ ਵੀ ਉਹ ਕਿ ਉਹਨਾਂ ਨੂੰ ਨਹੀਂ ਜਾਣਦੇ ਹੁੰਦੇ ਪਰ ਉਹ ਤੁਹਾਡੇ ਹਨਾ ਵੀ ਜਿਵੇਂ ਮੈਂ ਗੱਲ ਕਰੂੰਗਾ ਉਹ ਜਾ ਕੇ ਫਿਰ ਸਰਚ ਕਰਦੇ ਵੀ ਕਿਹੜੀ ਆਈਟਮ ਆਏ ਉਹ ਬਾਅਦ ਵਿੱਚ ਉਹਨਾਂ ਨੂੰ ਵਾਕਈ ਵੀ ਇਹੜੇ ਤਰੀਕੇ ਨਾਲ ਵਿਊ ਮਿਲਦੇ ਐ ਸੋ ਕਈ ਜਣੇ ਲੋਕਾਂ ਨੂੰ ਹੁੰਦਾ ਵੀ ਉਹਦੇ ਬਾਰੇ ਕਿਉਂ ਗੱਲ ਕਰਦੇ ਪਰ ਹਾਂ ਅਵੋਇਡ ਕਰੋ ਹਨਾ ਵੀ ਬੱਸ ਉਹ ਘਟਿਆ ਹੀ ਉਹਦਾ ਦੋਨਾਂ ਦਾ ਜਦੋਂ ਤੁਸੀਂ ਵੀਡੀਓ ਕਰਨ ਲੱਗੇ ਇਹਦਾ ਇਹ ਨਹੀਂ ਹੋਇਆ ਕਿ ਉਹਨਾਂ ਦੇ ਊ ਵਧੇ ਅਸਲ ਦੇ ਵਿੱਚ ਉਹਨਾਂ ਦੇ ਘਟੇ ਹੀ ਆ। ਵਿਊ ਵੀ ਘਟੇ ਆ। ਇੱਕ ਭਾਈ ਉਹਨਾਂ ਦੀਆਂ ਹਰਕਤਾਂ ਵੀ ਸੇ ਸੁਧਰੀਆਂ ਨਹੀਂ ਥੁੜੀਆਂ ਜੀਆਂ। ਕਿਉਂਕਿ ਹੋਣ ਤਾਂ ਸਗੋਂ ਆਪਸ ਹੋਏ ਤੇ ਨਹੀਂ ਯਾਰ ਕੰਟੈਂਟ ਘੱਟ ਮਿਲਦਾ ਰਹਿ ਜਾਂਚ। ਹੂੰ ਹੂੰ। ਕਦੇ ਕਦੇ ਕੀ ਸਾਲੇ ਸੁਧਰੀ ਕੇ ਸਰ ਕਿਉਂ ਐਡਮ ਆਉਂਦੇ ਨਹੀਂ ਪਰ ਫਿਰ ਵੀ ਜਦੋਂ ਕਿ ਨਾ ਬਾਰਿਸ਼ਾਂ ਆਤਾ ਜਾਂਦੀਆਂ ਨੇ ਤੀਜੇ ਚੌਥੇ ਦਿਨਾਂ ਬਾਅਦ ਕੋਈ ਨਾ ਕੋਈ ਵਧੀਆ ਐਡਮ ਆ ਜਾਂਦੀ। ਹਾਂ ਜਦੋਂ ਉਹਨਾਂ ਦੇ ਵਿਊ ਥੱਲੇ ਜਾਣ ਲੱਗਦੇ ਫਿਰ ਕੋਈ ਨਾ ਕੋਈ ਆਈਟਮ ਕਰ ਲੈਂਦੇ ਆ। ਕਿਉਂਕਿ ਭਾਈ ਹੁਣ ਆਪਾਂ ਵੀਡੀਓ ਬਣਾਉਨੇ ਆ ਆਪਾਂ ਨੂੰ ਪਤਾ ਆਪਾਂ ਕੰਟੈਂਟ ਕ੍ਰੀਏਟ ਕਰਨਾ ਕੋਈ ਮੰਨ ਲਓ ਮੈਂ ਸਕ੍ਰਿਪਟ ਲਿਖਣੀ ਆ ਵੀਡੀਓ ਬਣਾਉਣੀ ਆ ਸੋ ਮੈਂ ਕੰਟੈਂਟ ਕ੍ਰੀਏਟ ਕਰ ਰਿਹਾ ਵਾ ਬਟ ਉਹਨਾਂ ਲਈ ਉਹ ਖੁਦ ਹੀ ਕੰਟੈਂਟ ਨੇ ਉਹਨਾਂ ਨੇ ਆਪਣੇ ਆਪ ਨੂੰ ਰੱਖਣਾ ਆਪਾਂ ਤਾਂ ਚਲੋ ਜੇ ਸਾਡਾ ਇਹ ਨਹੀਂ ਚੱਲੀ ਆਪਾਂ ਬਦਲ ਕੇ ਹੋਰ ਪਾ ਲਾਂਗੇ ਪਰ ਉਹਨਾਂ ਨੇ ساری ਜਿੰਦਗੀ ਆਪਣੇ ਆਪ ਨੂੰ ਚਲਾਉਣਾ ਆਉਣਾ ਕਿਉਂਕਿ ਉਹਨਾਂ ਨੇ ਜੇ ਸਾਡਾ ਜੋ ਉਹਨਾਂ ਨੇ ਕੰਮ ਫੜ ਲਿਆ ਉਹਨਾਂ ਨੇ ਕਰਨਾ ਇਹੀ ਆ ساری ਜਿੰਦਗੀ ਉਹਨਾਂ ਨੇ ਆਪਣੇ ਆਪ ਨੂੰ ਚਲਾਉਣਾ ਤੇ ਤਾਂ ਕਰਕੇ ਕਦੇ-ਕਦੇ ਉਹਨਾਂ ਨੂੰ ਐਟਮਾ ਕਰਨੀਆਂ ਪੈਂਦੀਆਂ ਨੇ ਬਾਦੂ ਭਾਵੇਂ ਉੱਤੇ ਗਾਲ੍ਹਾਂ ਪੈਰੀਆਂ ਹੁਣ ਫ ਹਮ ਹਾਂ ਬਿਲਕੁਲ ਬਿਲਕੁਲ। ਉਹ ਯਾਰ ਉਹ ਟੂ ਮੱਚ ਆ ਯਾਰ ਮੈਨੂੰ ਜੇ ਉਹ ਕੰਮ ਕਰਨਾ ਪਵੇ ਬੜੀ ਸ਼ਰਮ ਆਉਗੀ ਹਨਾ ਵੀ ਇਹ ਡੇਲੀ। ਮੈਂ ਇੱਕ ਇੱਕੋ ਵਾਰੀ ਮੈਂ ਆਪਣੀ ਇੰਡੀਆ ਘਰੇ ਜਾ ਕੇ ਇੰਡੀਆ ਦੀ ਘਰ ਦੀ ਵੀਡੀਓ ਬਣਾਈ ਸੀ ਜਿੱਥੇ ਮੈਂ ਆਪਣੇ ਫੈਮਿਲੀ ਮੈਂਬਰ ਇੰਟਰੋਡਿਊਸ ਕੀਤੇ ਸੀ ਤੇ ਘਰ ਦੱਸਿਆ ਸੀ ਆ ਮੇਰਾ ਘਰ ਹੈ। ਹਾਂ ਮੈਂ ਦੇਖੀ ਸ਼ੂਟ ਦੇ। ਜਸਟ ਫੌਰ ਸੇਕ ਕਿਉਂਕਿ ਬਹੁਤ ਸਾਰੇ ਲੋਕੀ ਪੁੱਛਦੇ ਸੀ ਤੁਹਾਡਾ ਕਿਹੜਾ ਪਿੰਡ ਆ ਕੀ ਆ। ਮੈਂ ਇੱਕੋ। ਤੇ ਮੈਨੂੰ ਕਈ ਯਾਰੀ ਅੱਜ ਵੀ ਸਟਿਲ ਉਹ ਰਿਅਲਾਈਜ਼ ਹੁੰਦਾ ਰਹਿੰਦਾ ਵੀ ਸ਼ਾਇਦ ਮੈਂ ਯਾਰ ਗਲਤੀ ਨਹੀਂ ਕੀਤੀ ਉਹ ਹਨਾ ਵੀ ਉਹ ਵੀਡੀਓ ਕਰਕੇ। ਮੈਨੂੰ ਅਜੇ ਵੀ ਹੁੰਦਾ ਰਹ ਜਿਹੜੇ ਬੰਦੇ ਨੇ ਰੋਹ ਜੀ ਯਾਰ ਆਪਣੇ ਘਰ ਦੇ ਜੀ ਹਾਂ ਜਿ ਮੂੰਹ 'ਚ ਕੈਮਰਾ ਵੜੀ ਜਾਣਾ ਹਨਾ ਮੈਂ ਵੀ ਕਹਿੰਦਾ ਮਤਲਬ ਵੀ ਜਦੋਂ ਤੁਸੀਂ ਈਵਨ ਟਰੈਵਲਿੰਗ ਵਲੌਗ ਵੀ ਬਣਾਉਨੇ ਆ ਨਾ ਤੁਸੀਂ ਇੱਕ ਦੋ ਦੂਜੀ ਥਾਂ ਜਾਂਦੇ ਜਦੋਂ ਕਈ ਵਾਰੀ ਉਹੜਾ ਸੀਨ ਆ ਜਾਂਦਾ ਨਾ ਵੀ ਤੁਹਾਨੂੰ ਵਿੱਚ ਕਿਸੇ ਨੂੰ ਮਿਲ ਰਹੇ ਆ ਉਦੋਂ ਵੀ ਕੈਮਰਾ ਕੱਢਣਾ ਪਵੇ ਉਹ ਬਹੁਤ ਇੰਪੈਰਸਿੰਗ ਹੁੰਦਾ ਵਾ ਹਨਾ ਬਿਲਕੁਲ ਬੰਦਾ ਹੁਣ ਤੁਸੀਂ ਅਕਸਰ ਵੇਖੋਗੇ ਜਦੋਂ ਦੋ ਵਲੌਗਰ ਮਿਲਦੇ ਆ ਹਨਾ ਜਾਂ ਸਮਥਿੰਗ ਉਹਨਾਂ ਨੇ ਆਲਵੇਸ ਉਹਨੇ ਵੀ ਕੈਮਰਾ ਫੜਿਆ ਹੁੰਦਾ ਉਹਨੇ ਵੀ ਕੈਮਰਾ ਫੜਿਆ ਹੁੰਦਾ ਨਾ ਵੀ ਇਦਾਂ ਹੀ ਮਿਲਣਾ ਇਦਾਂ ਹੀ ਉਹ ਚੀਜ਼ਾਂ ਵੀ ਉਹ ਵਾਕਏ ਬੌਮ ਬੈਰ ਸਿੰਘ ਤੇ ਮੈਂ ਵਾਕਏ ਹੀ ਇਸੇ ਕਰਕੇ ਆ ਪੌਡਕਾਸਟ ਵਾਲਾ ਯਾਰ ਮੈਨੂੰ ਕਿਤੇ ਵੀ ਕਦੀ ਵੀ YouTube ਮਨੀ ਦੇ ਪ੍ਰੈਸ਼ਰ ਹੇਠ ਆ ਕੇ ਆਹ ਕੰਮ ਨਾ ਕਰਨਾ ਪਵੇ ਯਾਰ ਇਹ ਨਹੀਂ ਸਹੀ ਤੇ ਬਿਲਕੁਲ ਭਈ ਉਹ ਵੀ ਗੱਲ ਆ ਤੇ ਇੱਕ ਫੈਮਲੀ ਨੂੰ ਤਾਂ ਮੈਨੂੰ ਲੱਗਦਾ ਜਿਹੜੇ ਲੈ ਕੇ ਆਉਂਦੇ ਨੇ ਸਭ ਤੋਂ ਵੱਡੇ ਬੇਵਕੂਫ ਹੁੰਦੇ ਨੇ ਕਿਉਂਕਿ ਕਈਆਂ ਨੇ ਤਾਂ ਫੈਮਲੀ ਆਪਣੀ ਟ੍ਰੇਡ ਕੀਤੀ ਹੋਈ ਨਾ ਹਮ ਕਿ ਜਿਹਨੇ ਤਾਂ ਫੈਮਲੀ ਆਪਣੀ ਟ੍ਰੇਡ ਕੀਤੀ ਹੋਈ ਭਰੀ ਯਾਰ ਤੇ ਨਮਾ ਹੁਣ ਇੱਕ ਫੈਮਿਲੀ ਦਾ ਦੱਸ ਦੇਣਾ ਸਾਡੇ ਪਿੰਡੋਂ ਆ। ਇੱਕ ਮਿੰਟ ਭਈਆ ਸੀਨ ਕੱਢ ਦਿਓ। ਇੱਕ ਮਿੰਟ ਭਈਆ ਸੀਨ ਕੱਢ ਦਿਓ। ਓਕੇ ਓਕੇ। ਹਾਂਜੀ। ਹਾਂਜੀ। ਓਕੇ ਉਹ ਮੁੰਡਾ ਜੀ ਅਸੀਂ ਕੋਈ ਸਮਾਨ ਵਗਦਾ ਸੀ। ਹਾਂਜੀ। ਨਾ ਨਾ ਬਸ ਆਪਾਂ ਹਾਂ। ਹਾਂ ਨਹੀਂ ਕੱਢ ਦੂੰਗਾ ਕਵਰ ਆਪੀ। ਹਾਂਜੀ। ਤੇ ਚਲੋ ਭਈ ਸਾਡੇ ਪਿੰਡ ਸਾਡੇ ਮੈਂ ਲਾਸਟ ਗੱਲ ਹੀ ਲਗਾ ਕਰਨਾ ਵੀ ਸਾਡੇ ਪਿੰਡੋਂ ਵਾ ਵੀ ਇੱਕ ਅਹ ਵੀ ਵਲੌਗਿੰਗ ਕਰਦੇ ਆ ਕਪਾ ਲਾਓ। ਠੀਕ ਹੈ। ਉਹ ਵਲੌਗਿੰਗ ਕਰਦੇ ਉਹ ਪਤਾ ਕੀ ਕੀ ਕਰਦੇ ਆ। ਉਹ ਗਾਰਡਨਿੰਗ ਕਰਦੇ ਆ ਦੋਨੋਂ। ਹੂੰ। ਠੀਕ ਹੈ ਉਹ ਗਾਰਡਨਿੰਗ ਕਰਦੇ ਉਹਨਾਂ ਨੇ ਆਪਣੇ ਛੱਤ ਦੇ ਉੱਤੇ ਸਾਰਾ ਕੁਝ ਲਾਇਆ ਸਬਜ਼ੀਆਂ ਸਾਰਾ ਕੁਝ ਨਾ ਛੱਤ ਤੇਗਾਉਂਦੇ ਆ ਓਕੇ ਉਹ ਬਸ ਉਹਦੀ ਕਰਦੇ ਰਹਿੰਦੇ ਹਨਾ ਵੀ ਅੱਜ ਅਸੀਂ ਆਹ ਤੋੜ ਲਿਆ ਜਾਂ ਅੱਜ ਅਸੀਂ ਇਹਦੀ ਗੋਡੀ ਕਰਕੇ ਇਹ ਪਾ ਦੇਣੇ ਉਹਨਾਂ ਨੇ ਆਪਣੀ ਘਰ ਦੀ ਜਿੰਨੀ ਵੀ ਸਬਜ਼ੀ ਉਹ ਛੱਤ ਤੇਗਾਉਂਦੇ ਆ ਈਵਨ ਕਮਾਦ ਵੀ ਛੱਤ ਤੇ ਗਾਇਆ ਹੁੰਦਾ ਉਹਨਾਂ ਨੇ ਸਹੀ ਹੈ ਸਹੀ ਹੈ ਉਹ ਉਹ ਚਾਰੇ ਉਹ 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 ਕਰਦੇ ਹੁੰਦੇ ਕਹਿੰਦੇ ਵੀ ਅਸੀਂ ਹਨਾ ਵੀ ਉਹ ਕਈ ਡਰਦੇ ਹੁੰਦੇ ਵੀ ਯਾਰ ਅਸੀਂ ਵੀ ਦੋਨੋਂ ਜੀ ਆਉਂਦੇ ਕੋਈ ਸਾਡੇ ਮੈਂ ਕਿਹਾ ਭਰਾਵਾ ਵੀ ਤੁਹਾਡੀ ਇਹ ਕੋਈ ਵੱਖਰੀ ਤਰ੍ਹਾਂ ਦੀ ਕੈਟਾਗਰੀ ਆ ਤੁਸੀਂ ਬਹੁਤ ਵਧੀਆ ਹਨਾ ਵੀ ਲੋਕਾਂ ਨੂੰ ਬੀਤੂ ਸੀ ਇਨਸਪਾਇਰ ਲੋਕੀ ਕਹੀ ਕਹਿੰਦੇ ਸਾ ਅਸੀਂ ਸਬਜੀ ਕਿੱਥੋਂ ਲਿਆਉਣੀ ਸਾਡੇ ਕੋਲ ਥਾਂ ਹੀ ਹੈ ਨਹੀਂ ਵੀ ਉਹਨਾਂ ਨੇ ਛੱਤ ਤੇ ਹੀ ਸਾਰਾ ਕੁਝ ਗਾ ਰਹੇ ਹੋ ਆਪਣੀ ਤੇ ਵੀ ਉਹਨਾਂ ਨੇ ਕਿੰਨਾ ਕੰਮ ਕੀਤਾ ਬਿਲਕੁਲ ਉਹ ਤਾਂ ਬਾਈ ਹਨਾ ਜੇ ਕੰਟੈਂਟ ਕੋਈ ਵਿਦਿਆ ਪਾਵੇ ਫਿਰ ਤਾਂ ਕਿਦਾਂ ਕੋਈ ਰੋਸਟ ਕਰ ਲੂਗਾ ਹਨਾ ਕੋਈ ਕੰਟੈਂਟ ਬਣੇ ਤਾਂ ਰੋਸਟ ਕਰੇਗਾ ਬੰਦਾ ਹੁਣ ਜਦੋਂ ਉਹ ਦੀਪ ਮਠਰੂ ਦਾ ਕੱਲ ਪਰਸ ਰੋਸਟ ਬਣਿਆ ਸੀ ਉਹ ਆਪਣੀ ਉਹਦੀ ਵਾਈਫ ਪ੍ਰੈਗਨੈਂਟ ਹੋ ਗਈ ਚੱਲ ਹੋ ਗਈ ਤੂੰ ਮੰਨ ਜਾ ਯਾਰ ਹੋ ਗਈ ਦੱਸ ਤੇ ਖੁਸ਼ਖਬਰੀ ਦੇ ਦਿੱਤੀ ਪ੍ਰੈਗਨੈਂਟ ਹੋ ਗਈ ਉਹ ਦਿਖਾ ਕਿੰਨੇ ਹੋਣੇ ਆ ਉਹ ਦਿਖਾ ਵੀ ਰਿਹਾ ਆ ਕੀ ਆ ਦੇਖੋ ਆ ਦੇਖੋ ਹੋ ਗਈ ਉਹ ਕੀ ਦਿ ਚੱਕਰ ਜੋ ਵੀ ਹੁੰਦਾ ਇਹ ਨਿਆਣਾ ਵਾ ਉਹ ਤੇ ਹੁਣ ਨਿਆਣੇ ਦੇ ਨਿਆਣਾ ਚੱਲਿਆ ਮੈਂ ਕਹਿੰਦਾ ਸੁਧਰ ਜੇ ਥੋੜਾ ਜਿਹਾ ਉਹ ਵੀ ਉਹਦੀਆਂ ਤਾਂ ਕੰਪਲੇਂਟਾਂ ਪਾਜੀ ਮੈਂ ਕਹਿੰਦਾ ਸੱਤੇ ਦੀ ਉਹਦੀ ਕੰਪਲੇਂਟ ਆਉਂਦੀ ਆਪਾਂ ਜੀ ਉਹਤੇ ਰੋਸਟ ਕਰੋ ਉਹ ਨੇ ਆਹ ਕਰਤਾ ਉਹ ਨੇ ਆਹ ਕਰਤਾ ਮੈਂ ਉਹਨੇ ਨਾਲੇ ਆਪਣੇ ਘਰ ਦੇ ਉਹ ਜਿਹੜੇ ਰਲਏ ਹੋਏ ਨਾ ਜੇ ਤਾਂ ਹੁਣ ਮੈਂ ਕਿਤੇ ਘਰੇ ਜਾ ਕੇ ਆਪਣੀ ਵੀਡੀਓ ਬਣਾਵਾ ਤੇ ਮੇਰੇ ਘਰ ਦੇ ਰੁਕਣਗੇ ਕਿ ਯਾਰ ਨਹੀਂ ਆ ਵੀਡੀਓ ਚ ਨਾ ਲੈ ਕੇ ਆ ਸਾਨੂੰ ਬਟ ਉਹਦੇ ਘਰ ਦੇ ਤਾਂ ਬਿਲਕੁਲ ਫਲੈਕਸੀਬਲ ਹੋ ਗਿਆ ਕੈਮਰੇ ਨਾਲ ਉਹ ਪੈਸਾ ਆ ਰਿਹਾ ਨਾ ਦੇਖੋ ਦੂਜਾ ਹੈ ਵੀ ਉਹ ਕੇਸ ਹੋਏ ਨਾ ਤਰੀ ਜ਼ਮੀਰ ਪਰ ਚਲੋ ਇਹਦੇ ਨਾਲ ਹੀ ਕਰਦੇ ਆ ਐਂਡ ਇਹੜੀਆਂ ਚੀਜ਼ਾਂ ਨੂੰ ਹਾਂ ਨਾ ਇਹ ਇਹਦੇ ਬਾਰੇ ਹੋਰ ਵੀ ਵੀ ਸ਼ਾਇਦ ਕਈਆਂ ਦੇ ਕਿਉਂਕਿ ਜੋ ਅਸੀਂ ਗੱਲਾਂ ਕਰ ਰਹੇ ਨਾ ਉਹ ਤੋਂ ਦਿਮਾਗ 'ਚ ਇਹ ਵੀ ਆ ਰਿਹਾ ਵੀ ਇਹੜੀ ਗੱਲ ਤੋਂ ਤੁਹਾਡੇ ਮਨ ਦੇ ਵਿੱਚ ਕੀ ਕੁਐਸਚਨ ਆ ਆ ਰਿਹਾ ਹੋਵੇਗਾ ਤੇ ਉਹਨੂੰ ਵੀ ਕੋਈ ਨਾ ਕੋਈ ਜੀ ਕਰਦਾ ਵੀ ਉਹਨੂੰ ਉਹਦੇ ਬਾਰੇ ਕੋਈ ਦਰੀਲ ਦੇ ਦਾਂ ਪਰ ਇਦਾਂ ਇਹ ਮੁੱਕਣਾ ਹੀ ਨਹੀਂਗਾ ਐਪੀਸੋਡ ਇਹ ਗਾਂ ਤੋਂ ਗਾਂ ਕੰਟੀਨਿਊ ਹੋਈ ਜਾਣਾ ਸੋ ਕਰੀਏ ਇਹਨੂੰ ਇੱਥੇ ਹੀ ਖਤਮ ਤੇ ਥੈਂਕ ਯੂ ਵੀਰ ਮੇਰਾ ਹੈ ਬਹੁਤ ਬਹੁਤ ਟਾਈਮ ਕੱਟ ਲਈ ਥੈਂਕ ਯੂ ਵਾਲਾ ਕੋਈ ਇਸ਼ੂ ਨਹੀਂ ਵੀਰੇ ਵੀਰੇ ਕਹਿੰਦੇ ਆ ਭਾਜੀ ਕੋਈ ਇਸ਼ੂ ਨਹੀਂ ਥੈਂਕ ਯੂ ਵਾਲਾ ਉਹ ਭਰਾਵਾ ਇਹ ਵੀ ਗੱਲ ਛੱਡ ਦਿਆ ਕਰੋ ਨੈਣ ਨਜ਼ਾਰੇ ਰਿਹਾ ਕਰੋ ਵੀਰੇ ਤੂੰ ਮੈਂ ਜੋ ਮਰਜ਼ੀ ਕਿਹਾ ਕਰੋ ਉਹ ਤਾਂ ਕੋਈ ਹਨਾ ਟੈਨਸ਼ਨ ਵਾਲਾ ਕੋਈ ਚੱਕਰ ਨਹੀਂਗਾ ਜਦੋਂ ਕਹੋ ਉਦੋਂ ਆਪਾਂ ਹੱਜਣਾ ਪੋਡਕਾਸਟ ਲਈ ਕਿਉਂਕਿ ਵਧੀਆ ਲੱਗਦਾ ਯਾਰ ਗੱਲਾਂ ਕਰਕੇ ਵੀ ਲੋਕਾਂ ਨੂੰ ਵੀ ਸਾਡੀਆਂ ਗੱਲਾਂ ਸੁ ਮੈਂ ਜਦੋਂ ਇਟਲੀ ਵਾਲੇ ਨੇ ਪੋਡਕਾਸਟ ਦਾ ਮੈਨੂੰ ਦੱਸਿਆ ਸੀ ਆਪਾਂ ਪੋਡਕਾਸਟ ਸ਼ੁਰੂ ਕਰੀਏ ਤਾਂ ਮੈਨੂੰ ਲੱਗਾ ਸੀਗਾ ਕਿ ਕੌਣ ਦੇਖਣਾ ਚਾਹੁੰਦਾ ਯਾਰ ਸਾਡੀਆਂ ਗੱਲਾਂ ਕਿੰਨੇ ਸੁਣਨੀਆਂ ਨੇ ਪਰ ਅੱਜ ਜਦੋਂ ਆਪਾਂ ਪੋਡਕਾਸਟ ਵੀ ਅਪਲੋਡ ਕਰੀਦਾ ਤੇ ਮੈਨੂੰ ਲੱਗਦਾ ਕਿ ਲੋਕਾਂ ਦਾ ਉਹਨੇ ਰੀਅਲ ਵੀਡੀਓ ਜਿਹੜੀ ਦੂਜੀ ਮੈਂ ਮੇਨ ਚੈਨਲ ਤੇ ਵੀਡੀਓ ਕਰਦਾ ਉਹਨੇ ਕੁਝ ਰੀਅਲ ਤੇ ਮੈਸੇਜ ਨਹੀਂ ਆਉਂਦੇ ਜਿੰਨੇ ਬਈ ਪੋਡਕਾਸਟ 'ਚੋਂ ਲੋਕੀ ਗੱਲਾਂ ਕੱਟ ਕੇ ਸਾਨੂੰ ਮੈਸੇਜ ਕਰਦੇ ਆ ਕਿਉਂਕਿ ਉਹ ਚ ਲੋਕੀ ਸਾਨੂੰ ਪਰਸਨਲੀ ਲੋਕਾਂ ਨੂੰ ਲੱਗਦਾ ਕਿ ਬੰਦੇ ਕਿੱਦਾਂ ਦੇ ਨੇ ਪਤਾ ਲੱਗਦਾ ਤੇ ਫਿਰ ਉਹ ਮਲਕੀ ਇਹ ਵਧੀਆ ਚੀ ਕਿਉਂਕਿ ਇੱਕ ਤਾਂ ਇਹਨੂੰ ਬੰਦਾ ਸੁਣ ਸਕਦਾ ਬੰਦੇ ਨੂੰ ਹਮੇਸ਼ਾ ਦੇਖ ਕੇ ਲੋੜ ਨਹੀਂ ਦੇਖਣ ਦੀ ਹਨਾ ਆਪਣਾ ਕੰਮ ਕਰਦੇ ਵੀ ਸੁਣ ਸਕਦਾ ਤੇ ਇੱਕ ਕਿਸੇ ਦੀਆਂ ਗੱਲਾਂ ਜਿਦਾ ਕਹਿੰਦੇ ਨੇ ਕਿ ਗੱਲਾਂ ਸੁਣਨ ਚ ਹਰ ਇੱਕ ਬੰਦੇ ਦੇ ਵੱਖ-ਵੱਖ ਦਿਮਾਗ ਹੁੰਦਾ ਹੁਣ ਮੈਂ ਕਿਸੇ ਚੀਜ਼ ਨੂੰ ਵੱਖਰੇ ਤਰੀਕੇ ਨਾਲ ਸੋਚਦਾ ਹਾਂਗਾ ਸਾਬੀ ਭਾਈ ਖੇਤਰੀ ਕੋ ਵੱਖਰੇ ਤਰੀਕੇ ਨਾਲ ਸੋਚਦੇ ਹੋਣਗੇ ਤੇ ਸੋਚਾਂ ਨਿਕਲਦੀਆਂ ਨੇ ਬੰਦੇ ਦੀਆਂ ਬਾਹਰ ਆਪਣੀ ਅਸਲੀ ਸੋਚ ਠੀਕ ਆ ਉਹ ਤਾਂ ਜਿੰਨੀ ਵੀ ਕਨਵਰਸੇਸ਼ਨ ਹੋਈ ਆ ਇਹਦੇ ਚ ਮੈਂ ਦੋ ਤਿੰਨ ਗੱਲਾਂ ਮੈਨੂੰ ਵਧੀਆ ਲੱਗੀਆਂ ਨੋਟ ਕੀਤੀਆਂ ਹਨਾ ਇਹ ਬਿਲਕੁਲ ਕਰਦਾ ਹੀ ਆ ਹਾਂ ਬਿਲਕੁਲ ਸਕ੍ਰਿਪਟਡ ਨਹੀਂ ਹੁੰਦਾ ਨਾਲੇ ਭਾਜੀ ਤੇ ਇੱਕ ਨੀਅਰ ਹਨਾ ਰੀਅਲ ਜੀ ਗੱਲਾਂ ਨਿਕਲਦੀਆਂ ਲੋਕਾਂ 'ਚ ਤੇ ਉਹ ਵਧੀਆ ਲੱਗਦੀਆਂ ਲੋਕਾਂ ਨੂੰ ਸੋ ਹੋਰ ਵੀ ਜਿਹੜੇ ਬੰਦੇ ਪੋਡਕਾਸਟ 'ਚ ਆਉਣਾ ਚਾਹੁੰਦੇ ਆ ਮੈਂ ਦੇਖਣਾ ਆਓ ਯਾਰ ਪੰਜਾਬੀ ਆਪਣੇ ਹੈ ਨਹੀਂਗੇ ਜਦੋਂ ਆਪਾਂ ਸ਼ੁਰੂ ਕੀਤਾ ਦੂਜੇ ਨਾ ਤੇ ਆਪਾਂ ਐਪਲ ਪੋਡਕਾਸਟ ਤੇ ਅਪਲੋਡ ਕੀਤੇ ਆਪਣੇ ਤਿੰਨ ਚਾਰ ਐਪੀਸੋਡ ਤੋ ਇੰਡੀਆ ਚ ਰੈਂਕ ਦੂਜੇ ਤਜਰਬੇ ਪਰ ਸਾਡਾ ਪੋਡਕਾਸਟ ਕਰ ਰਿਹਾ ਹਜੇ ਵੀ ਇਹਨਾਂ ਲਿਸਟ ਜੀ ਪਾਈ ਹੀ ਸਾਰੀ ਹੈ ਹਾਂ ਪੂਰੇ ਵਰਲਡਵਾਈਡ ਕਰਦਾ ਰੈਂਕ ਵੈਸੇ ਬਟ ਮੈਂ ਉਤੋਂ ਇਹ ਦੇਖਿਆ ਇਹ ਨਹੀਂ ਕਿ ਸਾਡਾ ਬਹੁਤ ਵਧੀਆ ਤਾਂ ਰੈਂਕ ਕਰ ਰਿਹਾ ਮੈਂ ਇਹ ਦੇਖ ਰਿਹਾ ਕਿ ਆਪਣੇ ਚ ਕੰਪੀਟੀਸ਼ਨ ਨਹੀਂ ਹੈਗਾ ਉਥੇ ਪੋਡਕਾਸਟ ਹਾਂ ਲੱਗੀ ਸਮਝ ਕਿ ਉਥੇ ਲੋਕੀ ਹੈ ਹੀ ਨਹੀਂਗੇ ਸੋ ਬਹੁਤ ਵਧੀਆ ਮਾਰਕੀਟ ਆ ਜੇ ਗ੍ਰੈਬ ਕਰਨੀ ਆ ਕੇ ਪੋਡਕਾਸਟ ਵਾਲੀ ਚਲੋ ਸਾਡੇ ਕੰਪੀਟੀਸ਼ਨ ਖੜੇ ਹੋ ਗਏ ਭਰਾਵਾ ਮੈਂ ਤੈਨੂੰ ਮੈਂ ਮੈਂ ਤੈਨੂੰ ਹਾਸੇ ਦੀ ਗੱਲ ਦੱਸਾਂ ਹਾਸੇ ਦੀ ਨਹੀਂ ਇੱਕ ਤਰ੍ਹਾਂ ਗੱਲ ਦੱਸਦਾ ਮੈਂ ਨਾ ਉਧਰ ਕਿਸੇ ਨੇ ਵੇਖਿਆ ਵੀ ਹੋਊਗਾ ਨੋਟ ਕਰ ਲਿਓ ਜਾਂ ਪਿੱਛੇ ਜਾ ਕੇ ਵੀਡੀਓ 'ਚ ਮੈਂ ਨਾ ਬੜੇ ਡਰੇਜੇ ਨਾ ਉਹ ਰੋਡ ਕਾਸਟਰ ਪ੍ਰੋ ਵਾਲੇ ਵੇਖਿਆ ਮੇਰੇ ਨਾ ਇੱਕ ਦਮ ਹੀ ਜਦੋਂ ਖਤਮ ਕਰਨ ਡਿਆ ਨਾ ਮੇਰੇ ਦਿਮਾਗ 'ਚ ਮੈਂ ਕਹਾ ਯਾਰ ਰਿਕਾਰਡਿੰਗ ਵਾਲਾ ਬਟਨ ਸ਼ਾਇਦ ਨਾ ਪਈ ਨਹੀਂ ਪਰ ਮੈਂ ਵੇਖਿਆ ਨਹੀਂ ਉਹ ਡੀ ਰਿਕਾਰਡਿੰਗ ਮੈਂ ਕਹਿੰਦਾ ਵੀਡੀਓ ਰਿਕਾਰਡ ਕਰਨ ਨੂੰ ਨਾ ਮੇਰੀ ਜਿਹੜੀ ਰੀਅਲ ਚੈਨਲ ਦੀ ਵੀਡੀਓ ਨੂੰ ਰਿਕਾਰਡ ਕਰਨ ਨੂੰ ਮੈਨੂੰ ਲੱਗ ਜਾਂਦਾ 2 ਤੋਂ 3 ਘੰਟੇ ਲੱਗ ਜਾਂਦੇ ਕਦੇ-ਕਦੇ ਸਕ੍ਰਿਪਟਰ ਨੂੰ ਚਲ ਵੱਧ ਲੱਗਦਾ 2 ਤੋਂ 3 ਘੰਟੇ ਰਿਕਾਰਡ ਕਰਨ ਨੂੰ ਲੱਗਦਾ ਕਦੇ-ਕਦੇ 5 ਵੀ ਲੱਗ ਜਾਂਦੇ ਕ ਰਿਕਾਰਡ ਕਰਨ ਨੂੰ ਕਿਉਂਕਿ ਕਈ ਕਿ ਸਿਨ ਪਤਾ ਖੁਦ ਦੇਖ ਕੇ ਕਹਿੰਦਾ ਨਹੀਂ ਵਧੀਆ ਲੱਗਾ ਦੁਬਾਰਾ ਪਾ ਦੋ ਹਣਾ ਤੇ ਇੱਕ ਦਿਨ ਮੈਂ ਰਿਕਾਰਡ ਮੈਂ ਕਿ ਮੈਂ ਇਹਦਾ ਫੋਨ ਨਾਲ ਰਿਕਾਰਡ ਕਰਦਾ ਬੈਕ ਕੈਮਰਾ ਨਾਲ ਮੈਨੂੰ ਦੇਖ ਵੀ ਲੱਗ ਜਾਂਦਾ ਰਿਕਾਰਡਿੰਗ ਵੀ ਨੱਪੀ ਐ ਕਿ ਨੱਪੀ ਤੇ ਮੈਂ ਕੀਤੀ ਰਿਕਾਰਡਿੰਗ ਮੈਂ ਲਾਏ 3 ਘੰਟੇ ਹਣਾ ਪੂਰੇ ਉਹਦੇ ਵਿੱਚ ਮੈਨੂੰ ਆ ਨਹੀਂ ਰਿਹਾ ਮੈਂ ਸਕ੍ਰਿਪ ਤਾਂ ਵੀਡੀਓ ਮੇਰੀ ਚਲੋ 12-13 ਮਿੰਟ ਦੀ ਰਹਿੰਦੀ ਆ ਪਰ ਮੈਂ ਪੇਸ਼ ਦੂੰਗਾ ਤੁਹਾਨੂੰ ਦੇਖ ਲਿਓ ਮੇਰੀ ਵੀਡੀਓ ਰਿਕਾਰਡ ਹੁੰਦੀ ਆ 1 ਘੰਟਾ 45 ਮਿੰਟ ਦੀ 2 ਘੰਟੇ ਦੀ ਰਿਕਾਰਡ ਹੁੰਦੀ ਆ ਉੱਚ ਸਿਰਫ ਉੱਚ ਡਿਟੈਕਟਰ ਨੂੰ ਸਟੈਂਡ ਤੇ ਲਾ ਕੇ ਰਿਕਾਰਡ ਵਾਲਾ ਬਟਨ ਅਪ ਕੇ ਤੇ ਅੱਗੇ ਆ ਕੇ ਬਹਿ ਜਾਣਾ ਅੱਗੇ ਬਹਿ ਜਾਣਾ ਕੁਝ ਨਹੀਂ ਕੁਝ ਸਹੀ ਬੋਲਿਆ ਗਿਆ ਦੁਬਾਰਾ ਫਿਰ ਬੋਲਣਾ ਹੈ ਹਾਂ ਦੁਬਾਰਾ ਬੋਲਣਾ ਤੇ ਉਹ ਮੈਂ ਕਰ ਲਈ ਤਿੰਨ ਜਿਹੜੇ ਘੰਟੇ ਦੀ ਰਿਕਾਰਡ ਹਨਾ ਪਾਣੀ ਪੁਣੀ ਵਿੱਚ ਪੀ ਕੇ ਮੈਂ ਕਹਿੰਦਾ ਚੱਲ ਯਾਰ ਕੋਈ ਨਾ ਰਿਕਾਰਡ ਹੋ ਗਈ ਕਿਉਂਕਿ ਮੈਂ ਥੋੜਾ ਬੋਲ ਉਹ ਚੁਚੀ-ਚੀ ਬੋਲਦਾਨਾ ओके ਮਗਾ ਡਨ ਹੋ ਗਿਆ ਬਸ ਮੈਂ ਨਾ ਹੋਰ ਕੰਮ ਕਰਨ ਡਿਆ ਮਲਕੀਆ ਮੈਂ ਰਿੰਗਲੇਟ ਤੋਂ ਲਾਇਆ ਨਹੀਂ ਮੈਂ ਦੇਖਿਆ ਇੱਥੇ ਰਿਕਾਰਡਿੰਗ ਬਟਨ ਦਬਿਆ ਹੀ ਨਹੀਂ ਮੈਂ ਸੱਚੀ ਅੱਛਾ ਸੱਚੀ ਬਹੁਤ ਗੁੱਸਾ ਹੈ ਮੈਂ ਲੱਤ ਮਾਰੀ ਰਿੰਗਲੇਟ ਨੂੰ ਮੈਂ ਕਿਹਾ ਯਾਰ ਕੀ ਸੁੱਧੂ ਕੰਮ ਕਰ ਰਿਹਾ ਉਹ ਤਾਂ ਬਹੁਤ ਗਸਾਦਾ ਹੁਣ ਜੇ ਮੈਂ ਲਓ ਪੋਡਕਾਸਟ ਉੱਪਰ ਕੋਡ ਕੀਤਾ ਤੇ ਰਿਕਾਰਡ ਹੋਇਆ ਹੀ ਨਾ ਹੋਵੇ ਤੇ ਕਿੱਡਾ ਹਣਾ ਕਿਉਂਕਿ ਇਹ ਗੱਲਾਂ ਦੁਬਾਰਾ ਨਹੀਂ ਨਹੀਂ ਇਹ ਗੱਲ ਬਣਦੀ ਨਹੀਂ ਸੇਮ ਸੇ ਗੱਲਾਂ ਨਹੀਂ ਬਣਦੀ ਨਾ ਕੁ ਖਾ ਨੈਚੁਰਲ ਹਾਂ ਖਾਸ ਕਰ ਪੋਡਕਾਸਟ ਜਿਹੜੀ ਨੈਚੁਰਲ ਗੱਲ ਆਲਰੇਡੀ ਹੋ ਚੁੱਕੀ ਹੈ ਉਹ ਬਾਅਦ ਚ ਉਹਦਾਂ ਦੀ ਨਹੀਂ ਹੋਣੀ ਹ ਇੰਨਾ ਹੀ ਕਰਦੇ ਆ ਪੈਂਡ ਪੋਡਕਾਸਟ ਦਾ ਤੇ ਥੈਂਕ ਯੂ ਭਾਜੀ ਮੈਨੂੰ ਆਪਣੇ ਪੋਡਕਾਸਟ ਚ ਬੁਲਾਉਣ ਲਈ ਮੈਨੂੰ ਤੁਸੀਂ ਨਿਦਾਨ ਜੇ ਬੰਦੇ ਨੂੰ ਬਹੁਤ ਮਾਣ ਬਖਸ਼ਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਪਹਿਲਾਂ ਪ੍ਰਾਣੀ ਗੀਤ ਵਿੱਚ ਕਰਦੇ ਹੁੰਦੇ ਸੀ ਨਾ ਜਾਂਦੇ ਜਾਂਦੇ ਆਡੀਅנס ਨੂੰ ਕੋਈ ਸਨੇਹਾ ਦੇਣਾ ਚਾਹੋਗੇ ਹੈ ਮੇਰਾ ਆਡੀਅנס ਨੂੰ ਕੋਈ ਸਨੇਹਾ ਨਹੀਂਗਾ ਮੈਂ ਤਾਂ ਇਹ ਕਹੂੰਗਾ ਕਿ ਮੈਂ ਨਾ ਸਾਬੀ ਭਾਈ ਨੂੰ ਨਾ ਪਹਿਲੀ ਵਾਰੀ ਸੱਚੀ ਦਸਾਂ ਨਾ ਦੇਖਿਆ ਮੈਂ ਹਿੰਦੀਸ ਵੱਲੋਂ ਫੋਲੋ ਕਰਦਾ ਹਾਂ ਫੇਸਬੁਕ ਤੇ ਹਨਾ ਤੇ ਇਹ ਇੰਦੀਸਵਾਲ ਨੇ ਨਾ ਤੁਹਾਡੀਆਂ ਵੀਡੀਓ ਪਉਣੀ ਸ਼ੁਰੂ ਕਰਤੀਆਂ ਵਿੱਚ ਹੈ ਨਾ ਮੈਂ ਤੁਸੀਂ ਦੇਖਿਆ ਪਹਿਲੀ ਵੀਡੀਓ ਇੰਦੀਸਵਾਲ ਦੇ ਚੈਨਲ ਤੇ ਪਾਈਆਂ ਸੀ ਆਪਣੀ ਨਾ ਆਪਣੇ ਫੇਸਬੁਕ ਤੇ ਹਨਾ ਤੇ ਮੈਂ ਇੰਦੀਸਵਾਲ ਨੂੰ ਇੰਡੀਆ ਦੇਖਦਾ ਹੁੰਦਾ ਸੀ ਤੇ ਬਾਜ ਜਦੋਂ ਕੈਨੇਡਾ ਕੇ ਹਨਾ 2017 'ਚ ਦੇਖਿਆ ਤੁਹਾਡੀਆਂ ਵੀਡੀਓ ਚ ਉਹ ਚੈਨਲ ਤੇ ਸ਼ੋ ਹੋਈਆਂ ਮੈਂ ਕਿਹਾ ਇਹ ਦੀਸੋ ਆਨੇ ਪਲਾਸਟੀਰ ਜੀ ਘਰ ਵਾਲੀ ਮੈਨੂੰ ਪਤਾ ਹੈ ਮੈਨੂੰ ਪਤਾ ਨਹੀਂ ਤੂੰ ਹੀ ਹੋਰ ਹੈ ਹਨਾ ਮੈਂ ਕਿਹਾ ਤਾਂ ਬਤਾ ਜਾਂ ਤਾਂ ਮੈਂ ਕਿਹਾ ਉਹ ਫਿਰ ਉਹ ਜਦੋਂ ਪਹਿਲਾ ਵੀਡੀਓ ਪਾਉਂਦਾ ਸੀ ਨਾ ਇੱਕ ਜਿਆ ਖਲੋ ਗਿਆ ਜਾਂ ਉਹ ਹੋਰ ਹੋਣਾ ਜਾਂ ਉਹ ਦੂਰ ਜੇ ਹੋ ਕੇ ਜਾਂ ਹੋਰ ਤਰ੍ਹਾਂ ਦੀ ਬਣ ਕੇ ਪਾਉਂਦਾ ਸੀ ਵੀਡੀਓ ਤਾਂ ਬੰਦੇ ਹੀ ਬਦਲ ਗਿਆ ਉਹ ਤੋਂ ਮੈਨੂੰ ਬਲੀਵਰ ਦੇਖਿਆ ਸੀ ਤੇ ਅੱਜ ਤੁਸੀਂ ਮੈਨੂੰ ਆਪਣੇ ਪੋਡਕਾਸਟ ਚ ਲਿਆ ਇਹੋ ਹੀ ਚੱਕਰ ਸੀ ਮੈਂ ਆਪਣਾ ਚੈਨਲ ਹੀ ਇਸੇ ਕਰਕੇ ਕ੍ਰੀਏਟ ਕੀਤਾ ਸੀ ਲੋਕੀ ਕਨਫਿਊਜ਼ ਹੋ ਰਹੀ ਹੈ ਲੋਕੀ ਨੂੰ ਜਿਹੜੇ YouTube ਤੇ ਵੇਖ ਰਹੇ ਸੀ ਉਹਨਾਂ ਨੂੰ ਲੱਗਦਾ ਹੈ ਮੈਂ ਇੰਦੀ ਜਿਸਵਾਲ ਜਿਹੜੇ Facebook ਤੇ ਵੇਖਦੇ ਸੀ ਉਹਨੂੰ ਲੱਗਦਾ ਹੀ ਹੋਈ ਨਹੀਂ ਜੀ ਸਵਾਲ ਆ ਉਹ ਕਈ ਫੇਸਬੁਕ ਤੇ ਉਹਦੇ ਜਾ ਕੇ ਕਮੈਂਟ ਕਰੀ ਜਾਂਦੇ ਸੀ ਉਹ ਭਰਾਵਾ ਇੱਕ ਹੋਰ ਹੀ ਇੰਦੀ ਜੀ ਸਵਾਲ YouTube ਤੇ ਪਾਈ ਜਾਂਦਾ ਵੀਡੀਓ ਤੇ YouTube ਤੇ ਕਰੀ ਜਾਂਦੇ ਸੀ ਭਰਾਵਾ ਇੱਕ ਫੇਸਬੁਕ ਤੇ ਹੋਰ ਹੀ ਇੰਦੀ ਜੀ ਸਵਾਲ ਬਣਾਈ ਉਹ ਮੈਂ ਕਿਹਾ ਭਰਾਵਾ ਤੂੰ ਆਪਣੀ ਆ ਵੀਡੀਓ ਪਾਇਆ ਕਰ ਵੈਰੀ ਪਾਇਆ ਕਰ ਲੀਆ ਮੈਂਗਾ ਹੁਣ ਨਹੀਂ ਨਹੀਂ ਆਪਣਾ ਸਹੀਆ ਉਹ ਵੇਖੋ ਉਦੋਂ ਮੈਂ ਤੁਹਾਨੂੰ ਦੇਖਦਾ ਹੁੰਦਾ ਸੀ ਹਨਾ ਤੁਹਾਡੇ ਲੱਖ ਲੱਖ ਦੋ ਦੋ ਲੱਖ ਵੀਊ ਆਉਂਦੇ ਫੇਸਬੁਕ ਤੇ ਤੇ ਅੱਜ ਤੁਸੀਂ ਮੇਰੇ ਨਾਲ ਪੋਡਕਾਸਟ ਕਰ ਰਹੇ ਹੋ ਮੇਰੇ ਲਈ ਬਹੁਤ ਵੱਡੀ ਗੱਲ ਆ ਲੈ ਹੁਣ ਹੁਣ ਉਲਟਾ ਹੋਇਆ ਹੜਕਾ ਉਹ ਨਹੀਂ ਨਹੀਂ ਇਹ ਤਾਂ ਭਈ ਅਪਰ ਡਾਊਨ ਚੱਲ ਜੋ ਅਜਾ ਦੇ ਨਾਲ ਜਿੱਦਾਂ ਸਾਰੇ ਕਹਿੰਦੇ ਆ ਵਿਊ ਦਾ ਤਾਂ ਕੋਈ ਚੱਕਰ ਨਹੀਂ ਪਰ ਚੱਕਰ ਸਾਰੇ ਨਹੀਂ ਹੁੰਦਾ ਵੈਸੇ ਕਿ ਮੇਰਾ ਵਿਊ ਨਾ ਕਰਦੀ। ਕੋਈ ਫੋਟ ਹੈ ਨਾ ਵੀ ਮੈਟਰ ਚੀਜ਼ਾਂ ਕਰਦੀਆਂ ਯਾਰ ਹੁਣ ਮੈਂ ਰੈਸਟੋਰੈਂਟ ਖੋਲਿਆ ਵਾ ਹਨ ਮੈਨੂੰ ਮੈਟਰ ਆ ਵੀ ਉੱਥੇ ਪੈਸੇ ਬਣ ਹਨ ਜੇ ਆਪਾਂ ਇੱਥੇ ਵੀ ਆਏ ਆ ਟਾਈਮ ਦੇ ਰਹੇ ਆ ਆਪਣੇ ਤੇ ਚੀਜ਼ ਮੈਟਰ ਕਰਦੀ ਆ ਵੀ ਉਤੋਂ ਕੁਛ ਨਾ ਕੁਛ ਨਿਕਲੇ ਹਨ ਬਿਲਕੁਲ ਬਿਲਕੁਲ ਇਹ ਚੀਜ਼ ਮੈਟਰ ਕਰਦੀ ਆ ਚਲੋ ਭਾਈ ਇਹ ਤਾਂ ਫਿਰ ਪੋਡਕਾਸਟ ਆਪਣਾ ਖਤਮ ਨਹੀਂ ਹੋਣਾ ਪਹ ਰਾਤ ਕੇ ਸੁੱਤ ਰਹੀ ਓਕੇ ਜੀ ਇਦਾਂ ਨਹੀਂ ਹੋਣਾ ਸੋ ਆਈ ਹੋਪ ਵੀ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਪੌਡਕਾਸਟ ਸ਼ਾਇਦ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ ਤੇ ਸ਼ਾਇਦ ਤੁਸੀਂ ਕੁਝ ਗੱਲਾਂ ਦੇ ਨਾਲ ਐਗਰੀ ਵੀ ਨਾ ਹੋਵੋ ਇਟਸ ਓਕੇ ਨਾ ਨਹੀਂ ਉਹ ਸਾਡੀ ਸੋਚ ਆ ਸਾਡੀ ਸੋਚ ਆ ਤੁਸੀਂ ਐਗਰੀ ਹੋ ਨਾ ਤਾਂ ਨਾ ਹੀ ਆਪਾਂ ਆਨੇ ਆ ਵੀ ਸਾਨੂੰ ਕੋਈ ਵੀ ਅਸੀਂ ਚੀਜ਼ ਕਹਿ ਤੀ ਤੁਸੀਂ ਉਹਨੂੰ ਫਾਲੋ ਕਰਨਾ ਪੋ ਜੇ ਤੁਹਾਨੂੰ ਅਸੀਂ ਪਸੰਦ ਆ ਤੁਸੀਂ ਆਪਣੀ ਮਤ ਜ਼ਰੂਰ ਯੂਜ਼ ਕਰੋ ਵੀ ਆਪਣੇ ਆਪ ਦੇ ਲੈਵਲ ਤੇ ਜਿੱਦਾਂ ਪਿੱਛੇ ਜੇ ਨਾ ਇੱਕ ਨੇ ਵੀਰ ਨੇ ਵਧੀਆ ਮੈਨੂੰ ਮੈਸੇਜ ਕੀਤਾ ਸੀ ਅਸੀਂ ਇੱਕ ਪੋਡਕਾਸਟ ਦੇ ਵਿੱਚ ਸਟਾਕਸ ਦੀਆਂ ਗੱਲਾਂ ਕਰ ਰਹੇ ਸੀ ਤੇ ਉਹਦੇ ਵਿੱਚ ਅਸੀਂ ਮੈਟਾਵਰਸ ਦੀ ਗੱਲ ਕਰ ਲਾ ਪਏ ਵੀ ਆਉਣ ਵਾਲਾ ਫਿਊਚਰ ਲੱਗਦਾ ਵੀ ਮੈਟਾਵਰਸ ਵੀ ਹੈ ਆ ਚੀਜ਼ ਇੱਕ ਰੀਅਲ ਤੇ ਉਹਦਾ ਉਹ ਉਹਦਾ ਕਰੇਜ਼ ਆਊਗਾ ਜ਼ਰੂਰ ਵੀ ਉਹ ਆਮ ਚੀਜ਼ ਹੋਊਗੀ ਤੇ ਉਹ ਬਾਅਦ ਇੱਕ ਨੇ ਕਿਹਾ ਵੀ ਸੀਗੇ ਭਾਜੀ ਤੁਸੀਂ ਨਾ ਸਟਾਕਸ ਦੀਆਂ ਇਦਾਂ ਨਾਮ ਨਾ ਲਿਆ ਕਰੋ ਵੀ ਸ਼ਾਇਦ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਕੋਈ ਓੜੇ ਸਟਾਕ ਤੇ ਹੀ ਪੈਸੇ ਲਾ ਦੇ ਬਿਲਕੁਲ ਬਿਲਕੁਲ ਉਹ ਕੱਲ ਨੂੰ ਡੁੱਬ ਜਾਣ ਤੇ ਉਹ ਅਗਲਾ ਬਾਅਦ ਤੁਹਾਨੂੰ ਕਹੂਗਾ ਵੀ ਮੈਂ ਆਦੀ ਇਸੇ ਕਰਕੇ ਵੀਰੋ ਵੀ ਇਹ ਚੀਜ਼ਾ ਹੁਣ ਜੂਜ਼ ਯੂਰ ਬ੍ਰੇਨ ਹਣਾ ਕਿਸੇ ਦਾ ਨਾਮ ਲੈ ਕੋਸ਼ਣਾ ਕੁਝ ਡਿਸਕਸ ਕਰਨਾ ਹੀ ਆ ਪਰ ਤੁਸੀਂ ਉਹਨੂੰ ਅੰਨੇ ਵਾ ਪਲੀਜ਼ ਨਹੀਂ ਫੋਲੋ ਕਰਨਾ ਤੁਸੀਂ ਆਪਣੀ ਮੱਤ ਸਰਚ ਜ਼ਰੂਰ ਕਰਨੀ ਆ ਤੇ ਬਾਕੀ ਕਿਸੇ ਨੂੰ ਵੀ ਆਪਣਾ ਐਡਾ ਨਾ ਵੀ ਅੰਨੇ ਫਾਲੋਅਰ ਕਿਸੇ ਦਾ ਨਾ ਬਣੋ ਕਿਸੇ ਨੂੰ ਨਾ ਮੰਨੋ ਹਾਂ ਬਿਲਕੁਲ ਬਿਲਕੁਲ ਇਹ ਚੀਜ਼ ਆ ਚਲੋ ਭਾਜੀ ਤੇ ਸਾਰਿਆਂ ਨੂੰ ਸ਼ਤਸਰੀ ਅਕਾਲ ਤੇ ਜਿਹੜੇ ਸੁਣ ਰਹੇ ਨੇ ਜਿੱਥੇ-ਜਿੱਥੇ ਸੁਣ ਰਹੇ ਨੇ ਤੇ ਤੁਸੀਂ ਵੀ ਕਰ ਲਓ ਆਪਣੇ ਚੈਨਲ ਤੇ ਐਂਡ ਤੇ ਫਿਰ ਹਾਂ ਬਸ ਆਪਣਾ ਵੀ ਇਹੀ ਆ ਸਸਰੀ ਕਾਲ ਤੇ ਖੀਰ ਤੇ ਉਹੀ ਮੰਗਤਿਆਂ ਵਾਲੀ ਗੱਲ ਕਿ ਜੇ ਪਸੰਦ ਆਵੇ ਤੇ ਵੀਰੇ ਹੋਰਾਂ ਨੂੰ ਰეკਮੈਂਡ ਜ਼ਰੂਰ ਕਰ ਦਿਓ ਸੋ ਬਹੁਤ ਬਹੁਤ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਲਾਈਕ ਸ਼ੇਅਰ ਐਂਡ ਕਮੈਂਟ ਟਿੰਗ 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 ਜੈਲ ਵਾਲਾ ਬਟਨ ਜੂਰਨਾ ਨਾ ਭੁੱਲਿਓ ਓਕੇ ਜੀ ਸਸਰੀ ਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਖੁਸ਼ ਰਹੋ